ਪੰਜਾਬੀ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਹਾਜ਼ਰ ਹੋਏ ਆ স্পੈਸ਼ਲ ਪੌਡਕਾਸਟ ਲੈ ਕੇ ਇੱਕ ਖਾਸ ਸ਼ਖਸੀਅਤ ਦੇ ਨਾਲ ਅੱਜ ਦਾ ਪੌਡਕਾਸਟ ਜਿਵੇਂ ਅਸੀਂ ਹਰ ਵਾਰ ਕਹਨੇ ਆ ਵੀ ਤੁਸੀਂ ਅਖੀਰ ਤੱਕ ਜਾਇਓ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਤੇ ਅੱਜ ਸੱਚਮੁੱਚ ਹੀ ਬਹੁਤ ਸਾਰੀਆਂ ਉਹ ਗੱਲਾਂ ਪਤਾ ਲੱਗਣਗੀਆਂ ਜਿਹੜੇ ਸਵਾਲ ਲੋਕ ਸਾਨੂੰ ਪੁੱਛਦੇ ਆ ਜਾਂ ਜਿਹੜੇ ਲੋਕ ਸਵਾਲ ਜਾਨਣਾ ਚਾਹੁੰਦੇ ਆ ਪਾਣੀ ਨੂੰ ਲੈ ਕੇ ਪਾਣੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਪੰਜਾਬ ਪੰਜ ਆਬ ਪਰ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੜੀਆਂ ਹੁਣ ਹੜ ਆ ਰਹੇ ਆ ਉਹ ਚੀਜ਼ਾਂ ਦੇ ਵਿੱਚ ਦੁਚਿੱਤੀ ਪੈਦਾ ਕਰ ਰਹਿਣਾਂ ਗੀਆਂ ਠੀਕ ਹੈ ਕੁਦਰਤ ਦੀ ਕਰੋਪੀ ਵੀ ਆ ਹਿਮਾਚਲ ਤੋਂ ਤਬਾਹੀ ਸ਼ੁਰੂ ਹੋਈ ਪੰਜਾਬ 'ਚ ਹੁਣ ਹਰਿਆਣੇ 'ਚ ਤੇ ਨਾਲ ਲੱਗਦੇ ਸਾਡੇ ਗਵਾਂਢੀ ਸੂਬੇ ਦੀ ਗੱਲ ਕਰ ਲਈਏ ਜਾਂ ਦੇਸ਼ ਦੀ ਗੱਲ ਕਰ ਲਈਏ ਪਾਕਿਸਤਾਨ 'ਚ ਬਹੁਤ ਸਾਰੀਆਂ ਚੀਜ਼ਾਂ ਹੋ ਰਹਿਣਾਂ ਗੀਆਂ ਇੱਕ ਪਾਸੇ ਇਹ ਵੀ ਗੱਲ ਆਉਂਦੀ ਆ ਵੀ 31 ਜਿਹੜੇ ਫਲੱਡ ਗੇਟ ਆ ਹਰੀਕਿਆਂ ਵਾਲੇ ਉਹ ਵੀ ਖੋਲੇ ਗਏ ਪਹਿਲੀ ਵਾਰ ਇਹ ਅਜੇਹਾ ਹੋਇਆ ਜੋ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਇੱਕ ਸਟੇਟਮੈਂਟ ਆਈ ਆ ਪਰ ਜਿਹੜੇ ਮੌਜੂਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨੋ ਕਹਿੰਦੇ ਆ ਵੀ ਅਸੀਂ ਦੇਖੋ ਪਾਣੀ ਦੇ ਵਿੱਚ ਤੁਹਾਡਾ ਮੁੱਖ ਮੰਤਰੀ ਤੁਰ ਫਿਰ ਰਿਹਾਗਾ ਅਸੀਂ ਲੋਕਾਂ ਦੇ ਨਾਲ ਆ ਤੇ ਅਸੀਂ ਸਭ ਕੁਝ ਲੋਕਾਂ ਲਈ ਕਰਾਂਗੇ ਤੇ ਅਸੀਂ ਕਿਵੇਂ ਪੰਜਾਬ ਹਰਿਆਣੇ ਨੂੰ ਜਾਂ ਸੌਰੀ ਪੰਜਾਬ ਨੂੰ ਹਰਿਆਣੇ ਵਾਲਾ ਪਾਣੀ ਜਾਂ ਰਾਜਸਥਾਨ ਵਾਲਾ ਪਾਣੀ ਅਸੀਂ ਕਿਵੇਂ ਦੇ ਦਈਏ ਕਿਉਂਕਿ ਇਹ ਪਾਣੀ ਦੇ ਉੱਤੇ ਹੱਕ ਸਾਡਾਗਾ ਕਿਉਂਕਿ ਹੜ ਵੇਲੇ ਪੰਜਾਬ ਹੀ ਡੁੱਬਦਾ ਆਇਆਗਾ ਪਰ ਰਾਜਸਥਾਨ ਦੇ ਵਿੱਚ ਜਾ ਕੇ ਗੱਲਾਂ ਬਦਲ ਜਾਂਦੀਆਂ ਆਈਆਂ ਅਸੀਂ ਇਹ ਗੱਲਾਂ ਨੂੰ ਖੋਲ੍ਹਾਂਗੇ ਤੇ ਸਭ ਤੋਂ ਵੱਡੀ ਗੱਲ ਰਪੀਰੀਅਨ ਲਾਅ ਨੂੰ ਲੈ ਕੇ ਸਮਝਾਂਗੇ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਅਜੀਪਾਲ ਸਿੰਘ ਬਰਾੜ ਅਜੀਪਾਲ ਸਿੰਘ ਬਰਾੜ ਬਾਰੇ ਮੈਂ ਦੱਸਦਾ ਜੀਓ ਪੋਲਿਟਿਕਸ ਦੇ ਮਾਹਰ ਨੇ ਤੇ ਵੱਖੋ ਵੱਖ ਪਾਣੀ ਦੇ ਮੁੱਦੇ ਨੂੰ ਲੈ ਕੇ ਜਾਂ ਵਰਸ ਮਾਈਗ੍ਰੇਸ਼ਨ ਦਾ ਮੁੱਦਾ ਹੋਵੇ ਜਾਂ ਰਾਜਨੀਤੀ ਦਾ ਮੁੱਦਾ ਹੋਵੇ ਖਾਸ ਕਰਕੇ ਨੈਸ਼ਨਲ ਤੇ ਇੰਟਰਨੈਸ਼ਨਲ ਰਾਜਨੀਤੀ ਦੇ ਉੱਤੇ ਬੋਲਦੇ ਆਏ ਨੇ ਅਰੇਪਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਵਾਇਗੁਰ ਜੀ ਦਾ ਖਾਲਸਾ ਸਾਹਿਬ ਵਾਇਗੁਰ ਜੀ ਕੀ ਫਤਿਹ ਜੀ ਠੀਕ ਠਾਕ ਹਾਂ ਸੇਠ ਠੀਕ ਹੈ ਜੀ ਸੋਡੀਆਂ ਚੜਦੇ ਕਲਾਚ ਹੈ ਠੀਕ ਹਾਂ ਜੀ ਸੋਡੀਆਂ ਇੰਟਰਵਿਊ ਬਹੁਤ ਹੁੰਦੀਆਂ ਰਹਿੰਦੀਆਂ ਹੈਗੀਆਂ ਇਹਨੂੰ ਪੌਡਕਾਸਟ ਤੇ ਤੁਸੀਂ ਤਾਂ ਸਾਡੇ ਸੀਨੀਅਰ ਹੋ ਤੁਹਾਨੂੰ ਸਭ ਕੁਝ ਹੀ ਪਤਾ ਹੈ ਘਰ ਦੇਸ਼ ਵਿਦੇਸ਼ ਤੁਸੀਂ ਘੁੰਮੇ ਹੋਏ ਆ ਨਹੀਂ ਮੇਰੇ ਵਾਸਤੇ ਵੀ ਬਹੁਤ ਇੰਟਰਸਟਿੰਗ ਐਕਸਪੀਰੀਅੰਸ ਆ ਕਿਉਂਕਿ ਪੰਜਾਬ ਵਿੱਚ ਉਹ ਤੇ ਇਸੇ ਕਰਕੇ ਚਲੋ ਇੱਕ ਉਹ ਫਾਰਮੈਟ ਹੋਰ ਹੁੰਦਾ ਇੰਟਰਵਿਊ ਦਾ ਉਹਦੇ ਚਾਈ ਗੱਲ ਨਹੀਂ ਹੋ ਸਕਦੀ ਖੁੱਲ ਕੇ ਜਿਸ ਤਰੀਕੇ ਨਾਲ ਆਪਾਂ ਇੱਕ ਤਰ੍ਹਾਂ ਇੱਥੇ ਗੱਲ ਕਰ ਸਕਦੇ ਹਾਂ ਤੇ ਬਹੁਤ ਚੰਗਾ ਉਪਰਾਲਾ ਹੈ ਬਹੁਤ ਵਧੀਆ ਜੀ ਅੱਜ ਦੇ ਪੌਡਕਾਸਟ ਤੇ ਮੈਂ ਜੀ ਘੱਟ ਬੋਲਣਾ ਤੁਸੀਂ ਜਿਆਦਾ ਜ਼ਿੰਮੇਵਾਰੀ ਸਾਂਭਣੀ ਆ ਤੁਸੀਂ ਸਭ ਕੁਝ ਦੱਸ ਦਿਓ ਰੀਪੀਰੀਅਨ ਲਾਅ ਤੋਂ ਲੈ ਕੇ ਕਿਉਂਕਿ ਬਹੁਤ ਸਾਰੇ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭਰਾ ਹੁੰਦੇ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ ਤੇ ਹੌਲੀ-ਹੌਲੀ ਆਪਾਂ ਇਹ ਖੜਾਂ ਵਾਲੇ ਵਿਸ਼ੇ ਤੇ ਵੀ ਆਉਣਾਗਾ ਤੇ ਫਿਰ ਸਰਕਾਰ ਦੀ ਪਹਿਲਾਂ ਵਾਲੀਆਂ ਸਰਕਾਰਾਂ ਹੋਣ ਵਾਲੀ ਸਰਕਾਰ ਉਹ ਭੂਮਿਕਾ ਤੇ ਵੀ ਤੁਸੀਂ ਕਿੱਥੋਂ ਆਪਾਂ ਸ਼ੁਰੂ ਕਰੀਏ ਵੀ ਰਿਪੀਰੀਅਨ ਲਾਅ ਤੋਂ ਸ਼ੁਰੂ ਕਰਕੇ ਹਾਂ ਆਪਾਂ ਚਲੋ ਰਿਪੀਰੀਅਨ ਸਿਧਾਂਤ ਤੋਂ ਸ਼ੁਰੂ ਕਰ ਲੈਨੇ ਕਿ ਕੀ ਆ ਹਾਂਜੀ ਮੋٹے ਤੌਰ ਤੇ ਜਿਹੜਾ ਜਿੱਥੇ ਵੀ ਕਿਤੇ ਪਾਣੀ ਦੀ ਵੰਡ ਹੁੰਦੀ ਹੈ ਮਤਲਬ ਪਾਣੀ ਦੇ ਵਸੀਲੇ ਨੂੰ ਵੰਡਿਆ ਜਾਂਦਾ ਹੈ ਉਹਦੇ ਕਈ ਸਿਧਾਂਤ ਦੁਨੀਆ ਦੇ ਵਿੱਚ ਤੈਅ ਕੀਤੇ ਆ ਉਹਨੂੰ ਆਪਾਂ ਜਿਹੜਾ ਨੈਚੁਰਲ ਜਸਟਿਸ ਦਾ ਤਰੀਕਾ ਕਹਿੰਦੇ ਆ ਹਨਾ ਕਿ ਵੀ ਕਿਸ ਤਰੀਕੇ ਨਾਲ ਪਾਣੀ ਦੀ ਵੰਡ ਕੀਤੀ ਜਾਊਗੀ ਇੱਕ ਦੂਜੇ ਨਾਲ ਤਾਂ ਉਹ ਕਾਨੂੰਨ ਨਹੀਂਗੇ ਦੁਨੀਆ ਦੇ ਬਟ ਉਹ ਇੱਕ ਸਿਧਾਂਤ ਤੈਅ ਹੋਏ ਆ ਜਾਂ ਪ੍ਰਿੰਸੀਪਲਸ ਹੈਗੇ ਆ ਉਹਨਾਂ ਦੇ ਵਿੱਚੋਂ ਜਿਹੜੇ ਕੁਝ ਪ੍ਰਿੰਸੀਪਲਸ ਜਿਹੜੇ ਮੈਂ ਜਿਹੜੇ ਜ਼ਿਆਦਾ ਯੂਜ਼ ਹੁੰਦੇ ਆ ਜਾਂ ਜ਼ਿਆਦਾ ਵਰਤੇ ਜਾਂਦੇ ਆ ਉਹਨਾਂ ਚੋਂ ਇੱਕ ਤਾਂ ਰਪੇਰੀਅਨ ਰਪੇਰੀਅਨ ਮੀਨਸ ਕਿ ਜਿਹੜਾ ਉਸ ਦਰਿਆ ਜਾਂ ਉਸ ਉਸ ਵਾਟਰ ਦੇ ਰਿਸੋਰਸ ਦੇ ਉੱਤੇ ਦਰਿਆ ਆ ਚਾਹੇ ਨਾਲਾ ਆ ਜਾਂ ਕੁਝ ਵੀ ਆ ਉਹਦੇ ਤਤ ਵਰਤੀ ਆ ਮਲ ਉਹਦੇ ਨਾਲ ਲੱਗਦੇ ਜਿੰਨਾ ਨੇੜੇ ਲੱਗੂਗਾ ਉਹਨਾਂ ਉਹਦਾ ਉਹਨੂੰ ਫਾਇਦਾ ਜਾਂ ਨੁਕਸਾਨ ਉਹਦਾ ਉਹਨਾਂ ਉਹਨਾਂ ਠੀਕ ਹੈ ਜੀ ਉਸ ਤੋਂ ਬਾਅਦ ਦੂਜੀ ਗੱਲ ਦੂਜਾ ਤਰੀਕਾ ਜਿਹੜਾ ਆ ਜਾਂਦਾ ਉਹ ਬੇਸਨ ਦਾ ਤਰੀਕਾ ਆ ਜਾਂਦਾ ਕਿ ਕੋਈ ਵੀ ਜਿਹੜਾ ਸਿਸਟਮ ਆ ਪਾਣੀ ਦਾ ਹੈ ਨਾ ਜਿਵੇਂ ਯਮਨਾ ਗੰਗਾ ਦਾ ਇੱਕ ਬੇਸਨ ਹੈ ਨਾ ਉਸ ਬੇਸਨ ਦਾ ਭਾਵ ਹੈ ਕਿ ਬੇਸਨ ਜਿਵੇਂ ਆਪਾਂ ਟੱਬ ਟੱਬ ਨੂੰ ਆਪਾਂ ਬੇਸਨ ਕਹਿੰਦੇ ਆ ਤਾਂ ਧਰਤੀਆਂ ਟੱਬ ਵਾਂਗੂੰ ਹੁੰਦੀ ਆ ਆਸ-ਪਾਸੇ ਉੱਚੀ ਹੁੰਦੀ ਆ ਤੇ ਦਰਿਆ ਆਏ ਉਹਦੇ ਵਿੱਚੋਂ ਫਲੋ ਕਰਕੇ ਇਕੱਠੇ ਹੋ ਰਹੇ ਹੁੰਦੇ ਤੇ ਸਮੁੰਦਰ ਨੂੰ ਜਾ ਰਹੇ ਹੁੰਦੇ ਤਾਂ ਉਹ ਬੇਸਨ ਦਾ ਸਿਧਾਂਤ ਆ ਵੀ ਇਹ ਬੇਸਨ ਦੇ ਵਿੱਚ ਜਿੰਨਾ ਪਾਣੀ ਆ ਉਹ ਸਾਰਿਆਂ ਦਾ ਸਾਂਝ ਹੈ ਜੀ ਠੀਕ ਹੈ ਜੀ ਰਿਪੇਰੀਅਨ ਤੇ ਬੇਸਨ ਚ ਮਾਈਨਰ ਜਿਹਾ ਡਿਫਰੈਂਸ ਹੈ ਕਿ ਰਿਪੇਰੀਆں ਚ ਜਿੰਨਾ ਨੇੜੇ ਆ ਦਰਿਆ ਦੇ ਜਾਂ ਪਾਣੀ ਦੇ ਨਾਲੇ ਦੇ ਉਹਨਾਂ ਦਾ ਹੱਕ ਜ਼ਿਆਦਾ ਹੈ ਜਿੰਨਾ ਦੂਰ ਆ ਉਨ੍ਹਾਂ ਦਾ ਹੱਕ ਘਟਦਾ ਜਾਂਦਾ ਹੈ ਠੀਕ ਹੈ ਜੀ ਬੇਸਨ ਦੇ ਵਿੱਚ ਇਹ ਗੱਲ ਨਹੀਂ ਕਿ ਬੇਸਨ ਚ ਆਪਾਂ ਇਹ ਕਹਿੰਦੇ ਵੀ ਅਸੀਂ ਪਾਣੀ ਕਿਤੇ ਵੀ ਲਿਜਾ ਸਕਦੇ ਹਾਂ ਹਾਂ ਚੜਾਵਾਂਗੇ ਨਹੀਂ ਅਪਲਿਫਟ ਨਹੀਂ ਕਰਾਂਗੇ ਉੱਚਾ ਨਹੀਂ ਲਿਜਾਵਾਂਗੇ ਮਤਲਬ ਬੇਸਨ ਚੋਂ ਬਾਹਰ ਨਹੀਂ ਕੱਢਾਂਗੇ ਉਸ ਚੋ ਠੀਕ ਹੈ ਦੂਸ ਤੀਸਰਾ ਤਰੀਕਾ ਜਿਹੜਾ ਹੈਗਾ ਉਹ ਇਜ਼ਰਾਈਲ ਨੇ ਜਾਦ ਕੀਤਾ ਜਿਹੜਾ ਕਿ ਜਾਰਡਨ ਇੱਕ ਦਰਿਆ ਵਗਦਾ ਹੈ ਉਹ ਅਰਬਾਂ ਦੇ ਉੱਥੋਂ ਵਗਦਾ ਸੀ ਜਾਰਡਨ ਦਰਿਆ ਰੇਸ਼ ਤੋਂ ਨਿਕਲਦਾ ਸੀ ਤੇ ਮੌਜੂਦਾ ਇਜ਼ਰਾਈਲ ਦੇ ਕਿਨਾਰੇ ਦੇ ਵਿੱਚ ਦੀ ਹੁੰਦਾ 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 ਉਹ ਹੇਟਾ ਸਮੁੰਦਰ ਚ ਪੈ ਜਾਂਦਾ ਉੱਥੇ ਕੀ ਸੀ ਕਿ ਜਾਰਡਨ ਵਾਲੇ ਜਿਹੜੇ ਸੀ ਉਹ ਪਾਣੀ ਨੂੰ ਰੋਕਦੇ ਸੀ ਕਿਉਂਕਿ ਇਜ਼ਰਾਈਲੀ ਉੱਥੇ ਸੈਟਲਮੈਂਟਸ ਬਣਾ ਰਹੇ ਸੀ ਉਹਨਾਂ ਨੇ ਬੜੇ ਤਰੀਕੇ ਲਾਏ ਜਿਵੇਂ ਉਹ ਚ ਨਮਕ ਵੀ ਸਟਨਾ ਦੀ ਕੋਸ਼ਿਸ਼ ਕੀਤੀ ਹੋਰ ਵੀ ਤਰੀਕੇ ਲਾਏ ਤਾਂ ਉਹਨਾਂ ਦਾ ਉਹਦੇ ਕਰਕੇ ਲੜਾਈਆਂ ਹੁੰਦੀਆਂ ਸੀਗੀਆਂ ਤਾਂ ਫਾਈਨਲੀ ਉਹਨਾਂ ਦਾ ਇੱਕ ਸੈਟਲਮੈਂਟ ਹੋਈ ਜਿਹਨੂੰ ਸਮੀਰ ਸਿਆਲਵਾ ਸੈਟਲਮੈਂਟ ਮੈਥਡ ਕਹਿੰਦੇ ਆ ਕਿ ਪਾਣੀ ਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ ਉਹ ਸਪੈਸਿਫਿਕ ਟੂ ਜਾਰਡਨ ਦਰਿਆ ਹੈਗਾ ਕਿਉਂਕਿ ਜਾਰਡਨ ਦੋ ਦੇਸ਼ਾਂ ਦੇ ਵਿੱਚ ਦੀ ਲੰਘਦਾ ਸੀਗਾ ਫਿਰ ਆ ਜਾਂਦਾ ਹੈ ਜਿਹੜਾ ਮਾਡਰਨ ਇਨਸਾਨ ਨੇ ਤਰੀਕਾ ਲੱਭਿਆ ਉਹ ਆ ਕਿ ਇੱਕ ਹੈਲਸਿੰਕੀ ਮੈਥਡ ਅਪਣਾਇਆ ਹੈਲਸਿੰਕੀ ਦੇ ਹੈਲਸਿੰਕੀ ਇੱਕ ਸ਼ਹਿਰ ਆ ਉੱਥੇ ਇਹ ਮੀਟਿੰਗ ਹੋਈ ਕਾਨਫਰੰਸਾਂ ਹੋਈਆਂ ਕਿ ਪਾਣੀ ਬਹੁਤ ਵੱਡਾ ਮਸਲਾ ਹੈ ਵਰਲਡ ਦਾ ਦੁਨੀਆ ਦਾ ਇਹਨੂੰ ਆਪਾਂ ਕਿਵੇਂ ਹੱਲ ਕਰਾਂਗੇ ਥਾਂ ਥਾਂ ਤੇ ਮਸਲੇ ਬਣਦੇ ਜਾ ਰਹੇ ਆ ਜੀ ਤਾਂ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਉਹਨੂੰ ਹੈਲਸਿੰਕੀ ਨਾਰਮ ਕਹਿੰਦੇ ਆ ਉਹਦੇ ਵਿੱਚ ਮੋٹے ਤੌਰ ਤੇ ਇਹ ਕਿਹਾ ਜਾਂਦਾ ਕਿ ਪਾਣੀ ਦੀ ਬਰਾਬਰ ਜੀ ਵੰਡ ਕਰ ਲਓ ਇਹਦੇ ਰਿਸੋਰਸ ਨੂੰ ਕਰਨਾ ਨਾ ਕਰੋ ਮਲੇ ਜੀ ਪੋਲਿਊਸ਼ਨ ਨਾ ਕਰੋ ਪੋਲਿਊਸ਼ਨ ਨਾ ਕਰੋ ਠੀਕ ਹੈ ਨਾ ਪ੍ਰਦੂਸ਼ਣ ਨਾ ਕਰੋ ਇਹਦੇ ਵਿੱਚ ਇਹਦੀ ਦੁਰਵਰਤੋਂ ਨਾ ਕਰੋ ਹੈ ਇਹਦੇ ਮੇਨ ਕੋਰਸ ਨੂੰ ਡਿਸਟਰੋਏ ਨਾ ਕਰੋ ਠੀਕ ਹੈ ਜੀ ਤਾਂ ਇਹ ਹੈਲਸਿੰਕੀ ਨਾਰਮਾ ਇਹ ਜਿਹੜੇ ਯੂਰਪ ਦੇ ਵਿੱਚ ਵੱਡੇ ਵੱਡੇ ਦਰਿਆ ਹੈ ਕੈਡਨਿਊ ਬਾਰਗੇ ਜਾਂ ਬ੍ਰਾਜ਼ੀਲ ਤੇ ਸਾਊਥ ਅਫਰੀਕਾ ਦੇ ਵੱਡੇ ਐਮਾਜ਼ਨ ਆਰਗੇ ਵੱਡੇ ਵੱਡੇ ਦਰਿਆ ਜਿਹੜੇ ਕਈ ਮੁਲਕਾਂ ਦੇ ਵਿੱਚੋਂ ਲੰਘਦੇ ਆ ਉਹਨਾਂ ਦੇ ਉਹਨਾਂ ਦੇ ਵਿੱਚ ਵੰਡ ਕਿਵੇਂ ਹੋਣੀ ਹੈ ਭਾਰਤ ਦੇ ਵਿੱਚ ਵੀ ਬ੍ਰਹਮਪੁੱਤਰ ਆ ਜਿਹੜਾ ਹੈ ਨਾ ਪਹਿਲਾਂ ਉਹ ਚੀਨ ਦੇ ਵਿੱਚ ਚੱਲਦਾ ਚੀਨ ਚੋਂ ਭਾਰਤ 'ਚ ਆ ਜਾਂਦਾ ਹੈ ਵਿਚੋਂ ਬੰਗਲਾਦੇਸ਼ 'ਚ ਵੀ ਸ਼ਾਇਦ ਥੋੜਾ ਬਟਾਚ ਕਰਦਾ ਤਾਂ ਉਹ ਕਈ ਦੇਸ਼ਾਂ ਦਾ ਉਹਨਾਂ ਨੂੰ ਉਹਨਾਂ ਦੇ ਉੱਤੇ ਇੰਜ ਜਿਹਾਂ ਇਨਸਾਨ ਨੇ ਮਤਲਬ ਹੱਲ ਲੱਭੇ ਆ ਕਿ ਆਪਾਂ ਵੰਡ ਨੂੰ ਕਿਵੇਂ ਮਤਲਬ ਪਾਣੀ ਦੇ ਵਸੀਲੇ ਨੂੰ ਵਰਤਾਂਗੇ ਕਿਵੇਂ ਇੱਕ ਮੈਥਡ ਇਹ ਹੈਗਾ ਕਿ ਵੀ ਅ ਵੀ ਜਿਵੇਂ ਦੁਨੀਆ ਤੇ ਚੱਲਦਾ ਆਇਆ ਹੈ ਨਾ ਕਿ ਵੀ ਆਪਾਂ ਦਰਿਆ ਦੇ ਨੇੜੇ ਸੀ ਪਰ ਆਪਾਂ ਅਗਲੇ ਨੂੰ ਖਾਲ ਦਿੰਦੇ ਸੀਗੇ ਤਾਂ ਭਾਈ ਉਹਨੂੰ ਤੁਸੀਂ ਪਿਛਲੇ 300 ਸਾਲ ਤੋਂ ਦੇ ਰਹੇ ਹੋ ਜਾਂ 200 ਸਾਲ ਤੋਂ ਦੇ ਰਹੇ ਹੋ ਪਾਣੀ ਤਾਂ ਭਾਈ ਇਹਨੂੰ ਚੱਲਦਾ ਰੱਖੋ ਹੁਣ ਨਾ ਮਾਰੋ ਇਹਨੂੰ ਹੂੰ ਸੋ ਇੱਕ ਕਈ ਮੈਥਡ ਇਹਦੇ علاوہ ਵੀ ਬੜੇ ਤਰੀਕੇ ਹੈਗੇ ਆ ਪਰ ਇਹ ਮੋٹے ਮੋٹے ਮੈਂ ਤੁਹਾਨੂੰ ਗੱਲ ਕੀਤੀ ਜਿਸ ਤਰੀਕੇ ਨਾਲ ਜਿਹੜੇ ਇਨਸਾਨਾਂ ਨੇ ਢੰਗ ਦੀ ਇਨਸਾਨਾਂ ਨੇ ਢੰਗ ਦੀ ਪਰ ਪੰਜਾਬ ਇੱਕ ਨਾ ਅਜੋਕੀ ਹਾਲਾਤ ਚ ਗਿਆ ਜਿਹੜਾ ਹੁਣ ਚੜਦਾ ਪੰਜਾਬ ਕਹਿ ਲੋ ਠੀਕ ਹੈ ਕਿ ਇਹ ਸਾਰੇ ਜਿਹੜੇ ਮੈਥਡ ਆ ਇਹਨਾਂ ਦੀ ਲੋੜ ਨਹੀਂ ਪੰਜਾਬ ਨੂੰ ਕਿਉਂਕਿ ਪੰਜਾਬ ਦਾ ਮਸਲਾ ਜਿਹੜਾ ਹੈ ਉਹ ਵੰਡ ਦਾ ਹੈ ਹੀ ਨਹੀਂ ਹਾਂ ਪਾਣੀ ਆਪਾਂ ਵੰਡਣਾ ਨਹੀਂ ਕਿਸੇ ਨਾਲ ਹੂੰ ਪੰਜਾਬ ਨਾਲ ਜਿਹੜਾ ਤੱਕਾ ਹੋ ਰਿਹਾ ਕਹਿ ਲਓ ਜਾਂ ਜਿਹੜਾ ਵੀ ਰੌਲਾ ਪੈ ਰਿਹਾ ਉਹ ਇਹ ਆ ਪੰਜਾਬ ਦੀ ਮਾਲਕੀ ਦਾ ਮਸਲਾ ਹੈ ਵੀ ਪੰਜਾਬ ਇਹਦਾ ਮਾਲਕ ਆ ਠੀਕ ਆ ਜਿਵੇਂ ਆਪਾਂ ਇਹ ਕਹਿ ਦੀ ਹੈ ਕਿ ਵੀ ਆਪਣੀ ਵੰਡ ਦੋ ਭਰਾਵਾਂ ਦੀ ਵੰਡ ਤਾਂ ਹੁੰਦੀ ਹੈ ਕਿ ਜੇ ਫਰਦ ਦੇ ਵਿੱਚ ਦੋਹਾਂ ਦਾ ਨਾਂ ਹੋਵੇ ਹਾਂ ਸਹੀ ਆ ਪਰ ਹੁਣ ਕੀ ਹੈ ਕਿਸੇ ਨੇ ਆ ਕੇ ਆਪਣੀ ਫਰਦ ਦੇ ਵਿੱਚ ਤੱਕੇ ਨਾਲ ਨਾਂ ਲਿਖਾ ਲਿਆ ਆਪਣਾ ਮਸਲਾ ਇਹ ਆ ਕਿ ਆਪਾਂ ਉਹ ਲਾਲ ਪੈਨ ਮਰਵਾਉਣਾ ਉਸ ਦੇ ਉੱਤੇ ਆਪਾਂ ਕਟਵਾਉਣਾ ਹੈ ਉਹਦਾ ਕਿ ਵੀ ਤੁਹਾਡਾ ਹਿੱਸਾ ਨਹੀਂ ਇਹਦੇ ਵਿੱਚ ਤੁਹਾਡਾ ਕੋਈ ਵੰਡ ਨਹੀਂ ਗਈ ਤਾਂ ਇਹ ਆ ਕਿ ਵੀ ਇਹ ਜਿਹੜੇ ਜਿੰਨੇ ਵੀ ਮੈਥਡ ਚਾਹੇ ਰੇਪੀਅਰੈਂਸ ਦਾ ਸਿਧਾਂਤ ਲਾ ਲੈਂਨੋ ਕੱਲ ਨੂੰ ਚਾਹੇ ਉਹਦੇ ਵਿੱਚ ਬੇਸਨ ਦਾ ਸਿਧਾਂਤ ਲਾ ਲੈਨ ਚਾਹੇ ਕੋਈ ਹੈਲਸਿੰਕੀ ਵਾਲਾ ਲਾ ਲੈਨ ਚਾਹੇ ਹੋਰ ਜਿਹੜੇ ਵੀ ਦੁਨੀਆ ਦੇ ਸਿਧਾਂਤ ਆ ਉਹ ਜੇ ਲਾ ਲਨੇ ਆ ਤਾਂ ਪੰਜਾਬ ਦਾ ਪਾਣੀ ਦੀ ਮਾਲਕੀ ਸਿਰਫ ਪੰਜਾਬ ਦੀ ਬਣਦੀ ਆ ਜੇ ਨਿਆ ਕਰਦੇ ਆ ਸੋ ਮਸਲਾ ਇਸ ਟਾਈਮ ਜਿਹੜਾ ਹੈਗਾ ਉਹ ਆ ਕਿ ਵੀ ਇਹ ਪਾਣੀ ਦਾ ਜਿਹੜਾ ਮਾਲਕੀ ਆ ਉਹ ਕੀ ਦੀ ਆ ਬਾਅਦ ਚ ਵੇਖੋ ਆਪਾਂ ਦਿਨੇ ਆ ਕਿਸੇ ਨੂੰ ਤੁਹਾਡੇ ਕੋਲ ਗੱਡੀ ਆ ਹਨਾ ਕਾਰ ਆ ਤੁਸੀਂ ਸਪੋਜ਼ ਸਾਲ ਮੀਨੇ ਚ ਉਹਨੂੰ 10 ਦਿਨ ਵਰਤੇ ਹੋ। ਤੁਹਾਡੀ ਕਿਸੇ ਨਾ ਚੰਗੀ ਮਿੱਤਰਤਾ ਗਵਾਂਢ ਨਾਲ ਹੋਸਟ ਦਾ ਹੋ ਸਕਦਾ ਤੁਹਾਡੇ ਭਰਾ ਨਾਲ ਤੁਹਾਡਾ ਪਿਆਰ ਹੋਵੇ। ਉਹ ਕਹਿੰਦਾ ਭਾਈ ਤੇਰੀ ਜੀਪ ਜਾਂ ਕਾਰ ਮੈਨੂੰ ਚਾਹੀਦੀ ਆ 4 ਦਿਨ। ਤਾਂ ਤੁਸੀਂ ਦੇ ਦੋ ਵੱਡੀ ਗੱਲ ਆ ਪਰ ਉਹਦੀ ਮਾਲਕੀ ਦਾ ਹੱਕ ਨਹੀਂ ਔਰ ਰਜਿਸਟ੍ਰੇਸ਼ਨ ਦੇ ਉੱਤੇ ਤਾਂ ਨਹੀਂ ਨਾ ਉਹਦਾ ਦਾਵਾ ਬਣਾ ਸਕਦਾ। ਹਮਮ ਠੀਕ ਆ ਇਹ ਮਸਲਾ ਹੈ। ਜਾਂ ਜਿਵੇਂ ਆਪਾਂ ਕਹਿ ਦਈਏ ਵੀ ਪਹਿਲਾਂ ਵੀ ਰਾਜੇ ਮਹਾਰਾਜੇ ਆਪਦੇ ਗਵਾਂਢੀ ਸੂਬਿਆਂ ਦੀ ਮਦਦ ਕਰਦੇ ਹੁੰਦੇ ਸੀ। ਚਾਹੇ ਉਹ ਜੰਗਾ ਦੇ ਵਿੱਚ ਲੜੀ ਕਿਸੇ ਵੀ ਤਰੀਕੇ ਤੌਰ ਤੇ ਕਿਸੇ ਨਾਲ ਬਿਲਕੁਲ ਹੋਰ ਚੀਜ਼ਾਂ ਵਸੀਲਿਆਂ ਤੋਂ ਇਲਾਵਾ ਬੜੀਆਂ ਚੀਜ਼ਾਂ ਦੀ ਆਪਕ ਦੂਜਾਂ ਮਦਦ ਕਰਦੇ ਆਂ ਸੜਕਾਂ ਟਾਪਦੀਆਂ ਦੇਸ਼ਾਂ ਦੇ ਵੀ ਜਿਹੜਾ ਉਹ ਇੱਕ ਨਵਾਂ ਸ਼ਬਦ ਆਉਂਦਾ ਜਦੋਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਆਉਂਦਾ ਜਾਂ ਆਪਣੇ ਨਾਲ ਜਾਂਦਾ ਉਹੜਾ ਇੱਕ ਨਵਾਂ ਸ਼ਬਦ ਵੀ ਟ੍ਰੀਟੀ ਹੋਗੀ ਟ੍ਰੀਟੀ ਹਾਂ ਵੀ ਉਹ ਜੋ ਸੰਧੀ ਹੋਗੀ ਹਾਂ ਵੀ ਉਹ ਇਹੀ ਆ ਨਾ ਇਹੀ ਆ ਵੀ ਤੁਸੀਂ ਸਾਨੂੰ ਅਸੀਂ ਫਲਾਨੀ ਚੀਜ਼ ਕਰ ਰਹੇ ਆਂ ਤੁਸੀਂ ਫਲਾਨੀ ਤੁਸੀਂ ਉਹਨਾਂ ਅੰਗਰੇਜ਼ੀ ਰਾਜ ਵੇਲੇ ਵੇਖ ਜਦੋਂ ਖਾਲਸਾ ਰਾਜ ਵੇਲੇ ਵੇਖੋ ਬਹੁਤ ਕੁਛ ਤਿੱਬਤ ਚੋਂ ਜਾਂ ਚੀਨ ਚੋਂ ਬਣ ਕੇ ਉਹ ਖਾਲਸਾ ਰਾਜ ਦੇ ਵਿੱਚ ਦੀ ਹੁੰਦਾ ਹੋਇਆ ਸੈਂਟਰਲ ਏਸ਼ੀਆ ਨੂੰ ਜਾਂਦਾ ਸੀ ਹਾਂ ਠੀਕ ਹੈ ਜੀ ਉਧਰੋਂ ਘੋੜੇ ਆਉਂਦੇ ਸੀਗੇ ਹੋਰ ਬੜਾ ਸਮਾਨ ਆਉਂਦਾ ਸੀ ਤੇ ਇਧਰ ਨੂੰ ਜਾਂਦਾ ਸੀ ਹੁਣ ਜਿਹੜੀ ਉਹ ਸੜਕ ਤੇ ਹੁੰਦਾ ਜਾਂਦਾ ਸੀ ਉਹਦੇ ਤੇ ਉਹ ਆਪਾਂ ਫ੍ਰੀ ਵੀ ਜਾਣ ਦੇ ਸਕਦੇ ਕਹਿੰਨੇ ਵੀ ਚੱਲ ਵੀ ਜਾਂਦਾ ਪਿਆ ਸਮਾਨ ਜਾਣ ਦੋ ਜਾਣ ਦੋ ਦੂਜਾ ਆਪਾਂ ਉਸ ਤੇ ਕੋਈ ਟੋਲ ਵੀ ਲਾ ਸਕਦੇ ਹਾਂ ਕਿਉਂਕਿ ਖਮਸੂਲ ਲੱਗਦਾ ਹੁੰਦਾ ਸੀਗਾ ਠੀਕ ਹੈ ਤੇ ਪਰ ਇਹਦਾ ਇਹ ਮਤਲਬ ਤਾਂ ਨਹੀਂ ਬਣ ਗਿਆ ਵੀ ਸੜਕ ਦੇ ਉੱਤੇ ਉਹ ਦੋਨਾਂ ਬਾਹਰ ਵਾਲੇ ਰਾਜਿਆਂ ਦਾ ਹੱਕ ਹੋ ਗਿਆ ਹੈ ਇਹ ਹੁਣ ਸੜਕ ਦੇ ਉੱਤੇ ਹੱਕ ਬਣਾਉਣ ਵਾਲੀ ਗੱਲ ਕਰਦੇ ਆ ਸਾਡੇ ਨਾਲ ਹੂੰ ਇਸੇ ਤਰ੍ਹਾਂ ਅ ਜਦੋਂ ਆਪਣਾ ਖਾਲਸਾ ਰਾਜ ਸੀ ਉਦੋਂ ਦਰਿਆ ਵਗਦਾ ਹੁੰਦਾ ਸੀ ਦਰਿਆਗਾਹ ਸਿੰਧ ਦੇ ਵਿੱਚ ਸਿੰਧ ਦਰਿਆਗਾਹ ਸਿੰਧ ਦੇ ਵਿੱਚ ਦੀ ਨਿਕਲ ਜਾਂਦਾ ਸੀ ਤਾਂ ਸਿੱਖ ਰਾਜ ਨੇ ਉਥੇ ਇੱਕ ਲਾਹੌਰੀ ਜਿਹੜਾ ਬੰਦਰਗਾਹ ਬਣਾਈ ਹੋਈ ਸੀ ਜਿਹੜਾ ਮਾਲ ਇਧਰੋਂ ਜਾਂਦਾ ਸੀ ਆਪਾਂ ਐਕਸਪੋਰਟ ਕਰਦੇ ਸੀਗਾ ਰਾਜ ਤੋਂ ਐਕਸਪੋਰਟ ਹੁੰਦਾ ਸੀ ਉਹ ਲਾਹੌਰੀ ਬੰਦਰਗਾਹ ਚ ਹੁੰਦਾ ਸੀਗਾ ਉਹ ਠੀਕ ਆ ਸਿੰਧ ਦੇ ਵਜ਼ੀਰਾਂ ਨੇ ਜਾਂ ਸਿੰਧ ਦੇ ਅਮੀਰਾਂ ਨੇ ਤੁਹਾਨੂੰ ਇੱਕ ਫ੍ਰੀ ਪੋਰਟ ਦਿੱਤਾ ਵਸੇ ਜਿਵੇਂ ਅੱਜਕੱਲ ਚੀਨ ਨੂੰ ਗਵਾਦਰ ਦਾ ਪੋਰਟ ਪਾਕਿਸਤਾਨ ਦੇ ਰਿਹਾ ਆਲਮੋਸਟ ਉਹਨਾਂ ਲਾਈਨਸ ਦੇ ਉੱਤੇ ਤਾਂ ਉਹ ਪਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿ ਉਹ ਖਾਲਸਾ ਰਾਜ ਦਾ ਹਿੱਸਾ ਸੀ ਪਰ ਆਪਣੇ ਨਾਲ ਹੁਣ ਕੀ ਹੋ ਰਿਹਾ ਜਿਵੇਂ ਪਾਣੀ ਐਕਚੁਅਲੀ ਮਾਲਕੀ ਆਪਣੀ ਆ ਪਰ ਮਾਲਕੀ ਉਹ ਹਿੱਸਾ ਵੰਡਉਂਦੇ ਆ ਕੋਈ ਨਾ ਕੋਈ ਬਾਹਾਨਾ ਲਾ ਕੇ ਆ ਤਰੀਕਾ ਉ ਤਰੀਕਾ ਇਹ ਪ੍ਰੋਬਲਮ ਹੁਣ ਮੈਂ ਇੱਕ ਗੱਲ ਹੋਰ ਆਉਂਗਾ ਜਿਹੜੀ ਮੈਨੂੰ ਵੀ ਪਰੇਸ਼ਾਨ ਕਰਦੀ ਰਹਿੰਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਹੋਰ ਤੇ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਵੀ ਇਹ ਪਰੇਸ਼ਾਨ ਕਰੂਗੀ। ਉਹ ਗੱਲ ਇਹ ਹੈ ਵੀ ਜੇ ਆਪਾਂ ਦੇਸੀ ਜੀ ਆਪਣੇ ਮਲਵਈ ਬੋਲੀ 'ਚ ਕਹਿਣਾ ਹੋਵੇ ਵੀ ਜਿਹੜਾ ਇਹ ਸਿਆਪਾ ਪੈ ਗਿਆ, ਜਿਹੜਾ ਇਹ ਰੌਲਾ ਪੰਗਾ ਪਿਆ ਵਾ, ਇਹ ਕਿਹਨੇ ਪਾਇਆ? ਕਿਹਦੇ ਆਪਾਂ ਕਹਿ ਲਈਏ ਵੀ ਕਿਹੜੀਆਂ ਆਪਣੀਆਂ ਜੜਾਂ 'ਚ ਬਹਿ ਗਿਆ ਜ ਜਦੇ ਆਪਾਂ ਸਿੱਧੀ ਜੀ ਗੱਲ ਕਰਦੇ ਆਂ ਵੀ ਫਲਾਨਾ ਬੰਦਾ ਜਿਵੇਂ ਲੀਡਰਾਂ ਦੀ ਗੱਲ ਹੁੰਦੀ ਹੈ ਫਿਰ ਫਲਾਨਾ ਲੀਡਰ ਸਾਡੇ ਪੰਜਾਬ ਦੀਆਂ ਜੜਾਂ 'ਚ ਬਹਿ ਗਿਆ ਵੀ ਜਿਹੜਾ ਇਹ ਅਸਲੀ ਰੌਲਾ ਗਿਆ ਸ਼ੁਰੂ ਕਿੱਥੋਂ ਹੋਇਆ ਸੀ ਜਿਵੇਂ ਤੁਸੀਂ ਤਾਂ ਇਹਦੀ ਸਟੱਡੀ ਕਰੀਆ ਪੜ੍ਹਾਈ ਕਰੀਆ ਵੀ ਜੇ ਦੱਸਣਾ ਹੋਵੇ ਵੀ ਕਿਹੜੇ ਬੰਦੇ ਨੇ ਆਪਣੀ ਬੱਟੇ ਪਾਤੇ ਦੇਖੋ ਇਹ ਪਾਣੀ ਇੱਕ ਪਾਣੀ ਕੀ ਕੋਈ ਵੀ ਵਸੀਲਾ ਚਾਹੇ ਸਾਡੇ ਪੰਜਾਬ ਦੀ ਮੈਨਪਾਵਰ ਸੀ ਹੈਨਾ ਹਮਮ ਇਨਸਾਨ ਜਿਹੜਾ ਆਪਣੇ ਜਿਹੜੇ ਆਪਣੇ ਨੌਜਵਾਨੀ ਸੀਗੀ ਜਾਂ ਜਵਾਨੀ ਸੀਗੀ ਉਹ ਚਾਹੇ ਪਾਣੀ ਹੈਨਾ ਅੱਜ ਵੀ ਸਾਡੇ ਨਾਲ ਉਹੀ ਹੋ ਰਿਹਾ ਜੋ ਅੰਗ ਆਪਣੇ ਸਿੱਖ ਰਾਜ ਦੇ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਜੋ ਇੱਕ 트ੈਂਡ ਸ਼ੁਰੂ ਕੀਤਾ ਉਹਨਾਂ ਨੇ ਸਾਡੇ ਦੋ ਤਿੰਨ ਚੀਜ਼ਾਂ ਨੂੰ ਵਰਤਿਆ ਜੀ ਉਹਨਾਂ ਨੇ ਪਹਿਲੀ ਗੱਲ ਤਾਂ ਸਾਡੀ ਜ਼ਮੀਨ ਨੂੰ ਤੇ ਪਾਣੀ ਨੂੰ ਵਰਤਿਆ ਉਹਨਾਂ ਨੇ ਸਾਡੀ ਜਵਾਨੀ ਨੂੰ ਵਰਤਿਆ ਜਵਾਨੀ ਉਦੋਂ ਉਹਨਾਂ ਨੂੰ ਉਹ ਫੌਜਾਂ 'ਚ ਲੈਂਦੇ ਸੀਗੇ ਹੈ ਜਾਂ ਪੁਲਿਸ ਚ ਲੈਂਦੇ ਸੀਗੇ ਸ਼ੰਘਾਈ ਦੇ ਵਿੱਚ ਪੁਲਿਸ ਦੇ ਵਿੱਚ ਬਹੁਤ ਸੀਗੇ ਮਲੇਸ਼ੀਆ ਦੇ ਵਿੱਚ ਅੱਜ ਵੀ ਤੁਹਾਨੂੰ ਮਿਲਦੇ ਹੈਗੇ ਸਿੱਖ ਵਸੇਵੇਂ ਹੋਰ ਵੀ ਕਲੋਨੀਜ਼ 'ਚ ਵਰਤੇ ਤਾਂ ਉਹ ਇੱਕ ਅਮ ਗੈਰ ਲੋਕੀ ਵੀ ਮਿਲਟਰੀ ਕੰਟਰੈਕਟਰਸ ਦੇ ਤੌਰ ਤੇ ਆਪਾਂ ਨੂੰ ਵਰਤਦੇ ਸੀਗੇ ਬਈ ਮੁਗਲ ਵੀ ਵਰਤਦੇ ਰਹੇ ਆ ਸਿਰਫ ਆਪਣੇ ਸਿੱਖ ਰਾਜ ਜਦੋਂ ਆਇਆ ਉਦੋਂ ਹੀ ਨਹੀਂ ਆਪਾਂ ਵਰਤੇ ਗਏ ਜੀ ਉਹਦੇ ਇਲਾਵਾ ਹਮੇਸ਼ਾ ਆਪਾਂ ਆਏ ਯੂਜ਼ ਹੁੰਦੇ ਰਹੇ ਆ ਵੀ ਪੈਸੇ ਬਦਲੇ ਆਪਾਂ ਉਹ ਲੈ ਜਾਂਦੇ ਰਹੇ ਆ ਤੇ ਪਰ ਪਾਣੀ ਦਾ ਜਿਹੜਾ ਪਾਣੀ ਤੇ ਲੈਂਡ ਨੂੰ ਜਿਹੜਾ ਮੈਕਸਿਮਮ ਵਰਤੋਂ ਸ਼ੁਰੂ ਹੋਈ ਆ ਉਹ ਅੰਗਰੇਜ਼ ਵੇਲੇ ਸ਼ੁਰੂ ਹੋਈ ਆ ਹੂੰ ਅੰਗਰੇਜ਼ ਨੇ ਸਰਵੇ ਤਾਂ ਬਹੁਤ ਪਹਿਲਾਂ ਕਰ ਲਏ ਸੀਗੇ ਉਦੋਂ ਵਿਲੀਅਮ ਬੈਡ ਸਮਿਥ ਸੀਗੇ ਉਹਨਾਂ ਨੇ ਇੱਕ ਬਹੁਤ ਵੱਡਾ ਸਰਵੇ ਕੀਤਾ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦਾ ਉਦੋਂ ਹਲੇ ਸਿੱਖ ਰਾਜ ਸੀਗਾ ਹੂੰ ਉਦੋਂ ਹੀ ਉਹ ਸਰਵੇ ਕਰ ਰਹੇ ਸੀ ਮਤਲਬ ਤੁਸੀਂ ਵੇਖੋ ਇਹ ਬਹੁਤ ਚੰਬੇ ਵਾਲੀ ਗੱਲ ਆ ਕਿ ਇਹਦਾ ਮਤਲਬ ਉਹਨਾਂ ਦੀ ਨਿਗਾਹ ਪਹਿਲਾਂ ਹੀ ਮੈਲੀ ਸੀਗੀ ਹਨਾ ਆਪਣੇ ਆਪ ਹਾਂ ਜਿਵੇਂ ਆਪਾਂ ਕਹਿ ਦਈਏ ਵੀ ਇਹ ਵੀ ਪਹਿਲਾਂ ਹੀ ਸੋਚ ਕੇ ਜਾ ਰਹੇ ਸੀਗੇ ਹਾਲਾਂਕਿ ਉਹ ਮਹਾਰਾਜੇ ਨਾਲ ਤਾਂ ਦੋਸਤੀ ਮਿੱਤਰਤਾ ਦੀਆਂ ਗੱਲਾਂ ਕਰ ਰਹੇ ਸੀਗੇ ਹਾਂ ਪਿਆਰ ਦੀਆਂ ਗੱਲਾਂ ਕਰ ਰਹੇ ਸੀਗੇ ਵੀ ਅਸੀਂ ਹਜ਼ਾਰਾਂ ਸਾਲ ਤੁਹਾਡੇ ਦੋਸਤੀ ਰਹੂਗੀ ਸਾਡੀ ਫਲਾਨਾ ਰਹੂਗਾ ਦੋਸ਼ ਵੀ ਆਪਣੇ ਤੇ ਲਾਉਂਦੇ ਆ ਕਿ ਤੁਸੀਂ ਜੰਗ ਸ਼ੁਰੂ ਕੀਤੀ ਪਰ ਸਲਾਹ ਉਹਨਾਂ ਦੀ ਪਹਿਲਾਂ ਸੀ ਉਹ ਤੋਂ ਦੋ ਸਰਵੇ ਉਹਨਾਂ ਨੇ ਵੱਡੇ ਕੀਤੇ ਜਿਹਦੇ ਵਿੱਚ ਇੱਕ ਸਰਵੇ ਤਾਂ ਉਹਨਾਂ ਨੇ ਇਹ ਕੀਤਾ ਕਿ ਵੀ ਇਹ ਬਹੁਤ ਸੋਹਣੀ ਮਿੱਟੀ ਆ ਇਹਦੇ ਨੇਚਰਲ ਫਲੋਸ ਹੈਗੇ ਆ ਇੰਨਾ ਦੀ ਇਹ ਦਰਿਆਵਾਂ ਨੂੰ ਇੰਟਰਕਨੈਕਟ ਕਰਕੇ ਤੇ ਜ਼ਮੀਨ ਨੂੰ ਹੋਰ ਜ਼ਰਖੇਸ ਕੀਤਾ ਮਤਲਬ ਜ਼ਰ ਇੱਥੇ ਇਰੀਗੇਸ਼ਨ ਦੇ ਕੇ ਆ ਤੂੰ ਹੋਰ ਪੈਦਾਵਾਰ ਕੀਤੀ ਜਾ ਸਕਦੀ ਆ ਦੂਜਾ ਜਿਹੜਾ ਉਹਨਾਂ ਨੇ ਕੀਤਾ ਸਰਵੇ ਉਹ ਇਹ ਕੀਤਾ ਕਿ ਬਈ ਪਹਿਲਾਂ ਪਟਿੰਗਰ ਸੀਗੇ 1811 ਚ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਅਲੈਗਜ਼ੈਂਡਰ ਬਰਨਜ਼ ਆਏ ਉਹਨਾਂ ਨੇ ਸਰਵੇ ਕੀਤਾ ਕਿ ਜਿਹੜੇ ਸਾਡੇ ਦਰਿਆ ਹੈ ਹੂੰ ਸਪੈਸ਼ਲੀ ਸਤਲੁਜ ਦਰਿਆ ਤੇ ਕੁਝ ਜਿਹੜੇ ਸਿੰਧ ਦਰਿਆ ਇਹ ਜਿਹੜੇ ਹੈਗੇ ਆ ਇਹਨਾਂ ਦੇ ਉੱਤੇ ਅਸੀਂ ਸਮੁੰਦਰੀ ਵੇੜੇ ਚਲਾ ਸਕਦੇ ਆ ਉਸ ਟਾਈਮ ਇਹਦੇ ਤੇ ਸ਼ਿਪਸ ਚਲਦੀਆਂ ਸੀਗੀਆਂ ਜਿਹੜੀਆਂ ਤਕਰੀਬਨ 300 ਟਨ 100 ਤੋਂ 300 ਟਨ ਤੱਕ ਦਾ ਕਾਰਗੋ ਲੈ ਜਾਂਦੀਆਂ ਸੀ ਮਤਲਬ ਜੇ ਅੱਜ ਸਮੁੰਦਰੀ ਵੇੜਾ ਇੱਥੋਂ ਚੱਲੂਗਾ ਸਮਝੋ ਬਈ ਲੁਧਿਆਣੇ ਤੋਂ ਤੁਸੀਂ ਮਾਲ ਦੁਬਈ ਭੇਜਣਾ ਹੂੰ ਠੀਕ ਹੈ ਜੇ ਆਪਾਂ ਲੁਧਿਆਣੇ ਤੋਂ ਪ੍ਰੋਡਿਊਸ ਕੀਤਾ ਆਪਾਂ ਉਹਨੂੰ ਉੱਥੇ ਸਤਲੋਜਾਲੇ ਵੇੜੇ ਤੇ ਪਾਇਆ ਦੇ ਉਸ ਕਰਾਚੀ ਦੇ ਪੋਰਟ ਤੱਕ ਇੱਥੇ ਪਹੁੰਚ ਗਿਆ ਜੀ ਕਰਾਚੀ ਤੋਂ ਅੱਗੇ ਉਹੀ ਬੇੜਾ ਤੋੜਾ ਉਹਨੂੰ ਦੁਬਈ ਯਾਨੀ ਰਬੇ ਪੋਰਟਸ ਤੇ ਲੈ ਉਹ 100 200 300 ਟਨ ਤੱਕ ਦੇ ਜਹਾਜ਼ ਉਹਨਾਂ ਨੇ ਫਲੈਟ ਬਾਟਮ ਕਹਿੰਦੇ ਸੀਗੇ ਜਿਹੜੀਆਂ ਹੁੰਦੀਆਂ ਫਲੈਟ ਬਾਟਮ ਜਿਹੜੀਆਂ ਸ਼ਿਪਸ ਹੁੰਦੀਆਂ ਜਿਹਨਾਂ ਦੀ ਹੇਠੋਂ ਤਲਾਮ ਜਹਾਜ਼ ਤੁਸੀਂ ਕਹੋਗੇ ਕਈ ਨੀਵਾ ਐ ਤਿੱਖਾ ਹੇਠਾਂ ਨੂੰ ਜਾਂਦੇ ਆ ਤੇ ਇਹ ਫਲੈਟ ਹੁੰਦਾਗਾ ਸਿੱਧਾ ਇੱਕ ਫਲੈਟ ਵਾਲੀ ਕਿਸ਼ਤੀ ਹੁੰਦੀ ਹੈ ਉਹਨਾਂ ਤੇ ਐ ਸਮਾਨ ਭੇਜਿਆ ਜਾ ਸਕਦਾ ਹੁੰਦਾ ਇੰਟਰਸਟ ਤੇ ਉਹਦਾ ਕੋਸਟ ਬਹੁਤ ਘਟ ਜਾਂਦੀ ਹੈ ਮਤਲਬ ਇਹ ਵਾਂਡਦਾ ਹੈ ਇਹ ਵੀ ਆਪਾਂ ਨੂੰ ਨੁਕਸਾਨ ਹੋਇਆ ਬਹੁਤ ਜ਼ਿਆਦਾ ਕਿ ਅੱਜ ਸਾਨੂੰ ਬਹੁਤ ਵੱਡੀ ਕੀਮਤ ਦੇਣੀ ਪੈਂਦੀ ਆ ਆਪਦੀ ਐਕਸਪੋਰਟ ਕਰਨਾਸਤੇ ਜੇ ਅਸੀਂ ਕੁਝ ਪ੍ਰੋਡਿਊਸ ਕਰਾਂਗੇ ਤਾਂ ਅਸੀਂ ਇਹ ਸ਼ਹਿਰਾਂ ਗੁਰੂਆਂ ਨੇ ਵੀ ਕੀ ਕੀਤਾ ਸੀ ਹਨਾ ਗੁਰੂ ਸਾਹਿਬ ਨੇ ਵੀ ਗੋਵਿੰਦਵਾਲ ਜਿਹੜਾ ਹੈ ਉਹ ਦਰਿਆ ਦੇ ਕਿਨਾਰੇ ਵਸਾਇਆ ਪਾਣੀ ਦੀ ਵਿਕਤਾ ਉਹਦੇ ਨਾਲ ਲੋੜ ਪੈਂਦੀ ਆ ਇੱਕੋ ਦਿਨ ਤੁਸੀਂ ਟ੍ਰੇਡ ਕਰ ਸਕਦੇ ਹੋ ਬਹੁਤ ਸੌਖਾ ਠੀਕ ਹੈ ਸ਼ਹਿਰ ਵੀ ਵਸੇ ਆਈ ਸੀ ਕਿ ਪ੍ਰੋਟੋਟਾਈਪ ਇੰਡਸਟਰੀ ਡਿਵੈਲਪ ਹੋਣੀ ਸ਼ੁਰੂ ਹੋ ਗਈ ਸੀ ਪੰਜਾਬ 'ਚ ਜਿਹੜੀ ਛੋਟੀ ਇੰਡਸਟਰੀ ਆ ਬਹੁਤ ਸੀਗੀ ਕਲਾਸੀ ਐਗਰੀਕਲਚਰ ਤੇ ਬੇਸਡ ਸੀ ਇੰਟਰ ਟ੍ਰੇਡ ਬਹੁਤ ਸੀ ਯਾ সেন্ট্রਲ ਏਸ਼ੀਆ ਚੋਂ ਤੇ ਸਿੰਧ ਦਰਿਆ ਚੋਂ ਹੁੰਦਾ ਸਾਡਾ ਕੋੜਿਆਂ ਦਾ ਟ੍ਰੇਡ সেন্ট্রਲ ਏਸ਼ੀਆ ਚੋਂ ਹੁੰਦਾ ਸੀ ਸਿੰਧ ਦਰਿਆ ਰਾਹੀਂ ਸਾਡਾ ਸਮਾਨ ਐਕਸਪੋਰਟ ਹੁੰਦਾ ਸੀ ਅਰਬ ਦੇਸ਼ਾਂ ਤੱਕ ਜਾਂਦਾ ਸੀ ਨੀਲ ਬਹੁਤ ਜਾਂਦਾ ਸੀਗਾ ਤੇ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਬੰਦ ਹੋ ਗਈਆਂ ਮਤਲਬ ਹਨਾ ਅੰਗਰੇਜ਼ ਨੇ ਪਰ ਇਹ ਪਟਿੰਗਰ ਨੇ 1811 ਦੇ ਵਿੱਚ ਸਰਵੇ ਕਰਕੇ ਦੱਸਦਾ ਸੀ ਤੇ ਉਹਨਾਂ ਨੇ ਇਹ ਵੀ ਦੱਸਦਾ ਸੀਗਾ ਕਿ ਸਾਨੂੰ ਕਿਸ ਤਰੀਕੇ ਨਾਲ ਅਸੀਂ ਦੂਜੇ ਬੇੜੇ ਵੀ ਭੇਜ ਸਕਦੇ ਹਾਂ ਵੱਡੇ ਸਮੁੰਦਰੀ ਬੇੜੇ ਵੀ ਜੇ ਚਾਹੀਏ ਕੱਲ੍ਹ ਸੋ ਇਹ ਇਹ ਕੰਮ ਸ਼ੁਰੂ ਹੋ ਗਿਆ ਸੀ ਤਾਂ ਸਮਝ ਲਓ ਉਦੋਂ ਵਸੀਲਿਆਂ ਦੀ ਆਪਣੀ ਉਹਨਾਂ ਨੇ ਨਿਗਾਹ ਰੱਖ ਲਈ ਆਪਣੀ ਕਿ ਆਪਾਂ ਕਰਨਾ ਕੀ ਇੱਥੇ ਤੇ ਫਿਰ ਸਿੱਖ ਰਾਜ ਖਤਮ ਹੁੰਦਾ ਜਦੋਂ ਜੀ ਤਾਂ 1848 ਚ ਹੀ ਪਹਿਲਾ ਸਮਝੋ ਅਰਥਾ 1849 ਦੇ ਵਿੱਚ ਹੀ ਪਹਿਲਾ ਸਿਸਟਮ ਡਰਾ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਜੋ ਪਹਿਲੀ ਉਹਨਾਂ ਨੇ ਜੋ ਡਰਾਇੰਗਸ ਬਣਾਈਆਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਜੇ 80 ਲੱਖ ਏਕੜ ਨੂੰ ਆਪਾਂ ਪਾਣੀ ਦੇਵਾਂਗੇ ਤੇ ਖਰਚਾ ਸਾਡਾ ਇਹਦੇ ਤੇ ਆਊਗਾ 5.5 ਜਾਂ 6 ਲੱਖ ਪਾਉਂਡ ਉਹਨਾਂ ਦੇ ਨਾਲ ਚ ਉਹ ਤਾਂ ਹਾਂਜੀ 1849 ਚ ਹਾਂ ਹਾਂ 1849 ਹਾਂਜੀ ਠੀਕ ਹੈ ਜੀ ਪਰ ਉਹ ਪਲਾਨ ਪਈ ਰਹੀ ਪਰ ਉਹ ਪਲਾਨ ਫੇਰ ਲਾਗੂ ਜਦੋਂ ਸ਼ੁਰੂ ਹੋਈ ਆ ਉਹ ਹੋਈ ਆ 1862 ਦੇ ਵਿੱਚ ਅ ਅਮਰੀਕਾ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ ਖਾਣਾ ਜੰਗੀ ਸ਼ੁਰੂ ਹੋ ਗਈ ਉਹਦੇ ਨਾਲ ਜਿਹੜਾ ਮਾਲ ਅਮਰੀਕਾ ਤੋਂ ਜਿਹੜੀ ਕਾਟਨ ਆਉਂਦੀ ਸੀ ਯਾਨੀ ਤਾਂ ਕਪਾਹ ਉਂਦੀ ਸੀਗੀ ਇੰਗਲੈਂਡ ਦੀ ਸਪਿਨਿੰਗ ਮਿਲ ਨੂੰ ਚਲਾਉਂਦੀ ਸੀ ਟੈਕਸਟਾਈਲ ਇੰਡਸਟਰੀ ਨੂੰ ਚਲਾਉਂਦੀ ਸੀ ਜਿਹੜਾ ਉਹਨਾਂ ਦਾ ਬਹੁਤ ਵੱਡਾ ਇੱਕ ਵਪਾਰ ਸੀਗਾ ਉਹ ਬੰਦ ਹੋ ਗਈ ਹਣੀ ਉਹ ਬੰਦ ਹੋਣ ਕੀ ਜਦੋਂ ਹੋਣੀ ਤਾਂ ਉਹਨਾਂ ਦਾ ਪਹਿਲਾ ਹੀ ਨਿਗਾਹ ਜਿਹੜੀ ਪਈ ਉਹ ਪਈ ਇਸ ਪੰਜਾਬ ਤੇ ਹੂੰ ਕਿ ਵੀ ਆਪਾਂ ਇਹੀ ਕਾਟਨ ਇੱਥੋਂ ਪ੍ਰੋਡਿਊਸ ਕਰੀਏ ਤਾਂ ਪਹਿਲੀ ਵਾਰ ਉਹਨਾਂ ਨੇ ਉਦੋਂ ਐਕਸਪਲੋਇਟ ਆਪਾਂ ਨੂੰ ਕਰਨਾ ਸ਼ੁਰੂ ਕੀਤਾ ਕਿ ਵੀ ਪਾਣੀ ਨੂੰ ਕਿਵੇਂ ਆਪਾਂ ਐਕਸਪਲੋਇਟ ਕਰਨਾ ਤਾਂ ਉਹਦੇ ਵਾਸਤੇ ਉਹਨਾਂ ਨੇ ਲਾਜ਼ ਲਿਓਣੇ ਸ਼ੁਰੂ ਕੀਤੇ ਕਾਨੂੰਨ ਲਿਆਂਦੇ ਉਦੋਂ ਪਹਿਲਾਂ ਜਿਹੜਾ ਉਦੋਂ ਪਹਿਲਾਂ ਕੋਈ ਕਾਨੂੰਨ ਨਹੀਂ ਸੀ ਐਸਾ ਕਿ ਵੀ ਪਾਣੀ ਕੀ ਦਾ ਠੀਕ ਹੈ ਨਾ ਜਿਵੇਂ ਆਪ ਕਹਿੰਦੇ ਵੀ ਜਿਹੜਾ ਕਿਨਾਰੇ ਤੇ ਜਹਾਜ ਹੈਗਾ ਸਮੁੰਦਰ ਦੇ دریا ਦੇ ਉਹ ਪਾਣੀ ਉਹਦਾ ਸੀਗਾ ਤੇ ਉਦੋਂ ਪਹਿਲਾਂ ਜੀ ਫਿਰ ਆਪਣੇ ਇਹ ਵੀ ਕਪਾਖੂ ਵੀ ਨਹੀਂ ਹੁੰਦੀ ਸੀ ਯਾਨੀ ਨਹੀਂ ਹੁੰਦੀ ਸੀ ਹੁੰਦੀ ਜੀ ਪਰ ਇੰਨੀ ਨਹੀਂ ਜਲ ਹੁੰਦੀ ਸੀ ਮੋਟਾ ਉਹ ਖੇਤੀ ਦਾ ਵੀ ਕਿਹਨੂੰ ਆਪਾਂ ਭੇਜ ਸਕੀਏ ਬਾਹਰ ਖੇਤੀ ਦਾ ਤਰੀਕਾ ਮੋਟਾ ਜਿਹਾ ਦੱਸਦਾ ਜੀ ਕੀ ਸੀਗਾ ਖੇਤੀ ਦਾ ਤਰੀਕਾ ਨਾ ਉਹਨੂੰ ਸਲਾਬਾ ਕਹਿੰਦੇ ਸੀਗੇ ਸਲਾਬਾ ਕੀ ਕਰਤ ਹੁੰਦਾ ਸੀਗਾ ਕਿ ਡੈਮ ਨਹੀਂ ਹੁੰਦੇ ਸੀ ਤਾਂ ਜਦੋਂ ਪਾਣੀ ਆਇਆ ਜਿਹੜਾ ਹੁਣ ਹੜ ਆਇਆ ਹਾਂ ਤਾਂ ਉਹਨੇ ਫੈਲ ਜਾਣਾ ਪਾਣੀ ਨੇ ਉਹ ਜਿਵੇਂ ਤੁਸੀਂ ਰੋਪੜ ਤੋਂ ਪਾਣੀ ਜਿਵੇਂ ਸਤਲ ਹੋ ਜਾਇਆ ਤਾਂ ਉਹ ਸ਼ਰਿਆਂ ਚ ਐ ਵੰਡਿਆ ਜਾਂਦਾ ਸੀਗਾ ਪਾਣੀ ਦਰਿਆ ਖਿੱਲਰ ਜਾਂਦਾ ਸੀਗਾ ਤਾਂ ਸਮਝ ਲਓ ਰੋਪੜ ਤੋਂ ਲੈ ਕੇ ਕਰਾਲੀ ਤੱਕ ਇੱਕ ਵੱਡਾ ਦਰਿਆ ਹੀ ਬਣ ਜਾਂਦਾ ਸੀ ਉਹ ਫੈਲ ਜਾਂਦਾ ਸੀ ਐ ਜਦੋਂ ਜ਼ਿੰਮੇਦਾਰ ਸਿਆਣੇ ਹੁੰਦੇ ਸੀਗੇ ਉਹ ਕੀ ਕਰਦੇ ਜਦੋਂ ਪਾਣੀ ਘਟ ਜਾਂਦਾ ਸੀਗਾ ਤਾਂ ਉਹ ਧਰਤੀ ਇਕ ਤਾਂ ਗਾਰ ਆਉਣ ਨਾਲ ਜ਼ਰਖੇਜ਼ ਹੋ ਜਾਂਦੀ ਸੀ ਦੂਜੀ ਗੱਲ ਉਹ ਸਲਾਬੇ ਨੂੰ ਸਾਹਮ ਲੈ ਲੈਂਦੇ ਸੀ ਉਹਨੂੰ ਸਲਾਬਾ ਹੀ ਕਹਿੰਦੇ ਹੁੰਦੇ ਸੀ ਖੇਤੀ ਦੀ ਜਿਹੜੀ ਫਰਜ਼ ਹੁੰਦੀ ਸੀ ਉਹਦੇ ਵਿੱਚੋਂ ਸਲਾਬਾ ਤੇ ਦੂਜਾ ਅੜੜ ਤਰ੍ਹਾਂ ਦੀ ਖੇਤੀ ਬਰਾਨੀ ਖੇਤੀ ਹੋਗੀ ਸਲਾਬੇ ਵਾਲੀ ਹੋਗੀ ਸਲਾਬੇ ਦੇ ਵਿੱਚ ਫਸਲ ਬੀਜ ਦਿੱਤੀ ਜਾਂਦੀ ਸੀ ਪਾਕਿਸਤਾਨ ਚ ਅਜੇ ਵੀ ਸਲਾਬਾ ਹੀ ਕਹਿੰਦੇ ਹਾਂ ਹਾਂਜੀ ਉਹ ਐਕਚੁਅਲੀ ਕੀ ਹੈ ਕਿ ਜਿਆਦਾ ਤੁਸੀਂ ਹੁਣ ਵੀ ਦੇਖੋਗੇ ਪੰਜਾਬ ਚ ਵੀ ਤਾਂ ਦਰਿਆਵਾਂ ਦੇ ਕੰਢੇ ਤੁਹਾਨੂੰ ਪਿੰਡਾਂ ਦੇ ਨਾਲ ਮੁਸਲਮਾਨਾਂ ਦੇ ਮਿਲ ਜੂਗੇ ਹੂੰ ਕਿਉਂਕਿ ਰਿਸੋਰਸ ਦੇ ਉੱਤੇ ਤਾਕਤਵਰ ਤੇ ਰਕਾਵਟ ਹੋ ਜਾਂਦੀ ਹੁੰਦੀ ਹੈ ਹੂੰ ਠੀਕ ਹੈ ਨਾ ਮਤਲਬ ਆਪਾਂ ਥੱਕੇ ਗਏ ਬਰਾਨੀ ਇਲਾਕੇ ਚ ਜਾਂ ਪਹਾੜਾਂ ਚ ਹਾਂ ਤੁਹਾਨੂੰ ਉੱਥੇ ਉਹ ਮਿਲਣਗੇ ਤੇ ਹਾਂ ਹੁਣ ਹੁਣ ਵੀ ਤੁਸੀਂ ਵੇਖੋਗੇ ਜੇ ਤੁਸੀਂ ਸਤਲੋਜ ਦੇ ਨਾਲ-ਨਾਲ ਵੀ ਚੱਲੋਗੇ ਤਾਂ ਜਿੱਥੇ-ਜਿੱਥੇ ਸਲਾਬੇ ਦੀ ਮਾਰ ਆ ਉੱਥੇ ਪਿੰਡਾਂ ਦੇ ਨਾਲ ਜ਼ਿਆਦਾਤਰ ਤੁਹਾਨੂੰ ਅ ਮੁਸਲਮਾਨਾਂ ਦੇ ਮਿਲਣਗੇ ਕੋਟੀ ਸੇਖਾਨ ਕੋਉਦਰ ਠਾਵੇ ਫਰੋਜ਼ਪੁਰ ਫਿਰ ਉਹਦੇ ਨਾਲ-ਨਾਲ ਵੀ ਵੇਖੋਗੇ ਤਾਂ ਉਹ ਲੋਨ ਨੇ ਡੋਮিনেਟ ਕੀਤਾ ਮਤਲਬ ਇਹ ਕਾਡ ਇੰਟਰਸਟਿੰਗ ਫੇਜ਼ ਆ ਕਿ ਜਦੋਂ ਮਤਲਬ ਆਪਣੇ ਲੋਕ ਵਾਧੇ ਹੁੰਦੇ ਸੀ ਇਧਰ ਨੂੰ ਹਾਂ ਤਾ ਜਿਹੜੇ ਸਤਲੋਜ ਦੇ ਨਾਲ ਉੱਤੇ ਤਾਂ ਲੁਧਿਆਣੇ ਤੋਂ ਲੈ ਕੇ ਤੇ ਤਕਰੀਬਨ ਕੋਟ ਈਸੇਖਾਂ ਤੋਂ ਥੋੜਾ ਥੱਲੇ ਤੱਕ ਮੰਜ ਰਾਜਪੂਤ ਜਿਹੜੇ ਮੁਸਲਮਾਨ ਬਣੇ ਹੋਏ ਸੀ ਜਿਨ੍ਹਾਂ ਚੋਂ ਆ ਹੈਗੇ ਆ ਰਾਏ ਕੋਟ ਵਾਲੇ ਹੈਗੇ ਆ ਇਹਨਾਂ ਦਾ ਕਬਜ਼ਾ ਸੀਗਾ ਤੇ ਉਦੋਂ ਗਾ ਵੱਟੂ ਮੁਸਲਮਾਨ ਆ ਜਾਂਦੇ ਸੀ ਜਿਹੜੇ ਫਾਜ਼ਲ ਕਾ ਤੋਂ ਹੀਠਾ ਨੂੰ ਜਾਂਦੇ ਸੀ ਤੇ ਜਿਹੜੀਆਂ ਸਿੱਧੂ ਬਰਾੜਾਂ ਦੀਆਂ ਟ੍ਰਾਈਬਸ ਸੀਗੀਆਂ ਜਿਹੜੀਆਂ ਇੱਥੇ ਡੋਮਿਨੇਟ ਕਰਦੀਆਂ ਸੀ ਇਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ ਜਿਵੇਂ ਅਮਰਾਜ ਵਾਲੇ ਕਿਤੇ ਜਾ ਇੱਥੇ ਆਪਾਂ ਕਰ ਹਾਂ ਇਹ ਫਿਰ ਇਹ ਰੇਗਿਸਤਾਨ ਚ ਸੀ ਸੀਗਾ ਹੀ ਨਾ ਇਹ ਵੀ ਕੋਸ਼ਿਸ਼ ਕਰਦੇ ਸੀ ਮਤਲਬ ਇਹਨਾਂ ਨੇ ਦੋ ਪੁਸ਼ ਕੀਤੇ ਹੈ ਨਾ ਇਹ ਚਲੋ ਆਪਾਂ ਹੁਣ ਡਾਇਵਰਟ ਹੋ ਗਏ ਗੱਲ ਤੋਂ ਹਾਂ ਇਹਨਾਂ ਦੀ ਇੰਟਰਸਟਿੰਗ ਗੱਲ ਹੈ ਕਿ ਲੋਕਾਂ ਨੂੰ ਪਤਾ ਲੱਗੂ ਇਹਨਾਂ ਨੇ ਦੋ ਦੋ ਪੁਸ਼ ਕੀਤੇ ਆਪਦੇ ਆਪ ਨੂੰ ਵਧਾਉਣ ਵਾਸਤੇ ਆਲਾ ਸਿੰਘ ਦੀ ਜਿਹੜੀ ਗ੍ਰੋਥ ਹੈ ਨਾ ਉਹ ਬੜੀ ਇੰਟਰਸਟਿੰਗ ਹੈਗੀ ਆ ਹਾਂ ਉਹਨੇ ਇੱਥੋਂ ਨਿਕਲ ਕੇ ਦੋ ਧੱਕੇ ਮਾਰੇ ਇੱਕ ਤਾਂ ਉਹਨੇ ਸਾਊਥ ਹਲਵਧਨ ਦੀ ਕੋਸ਼ਿਸ਼ ਕੀਤੀ ਜਦੋਂ ਥੋੜਾ ਜਿਹਾ ਮੁਗਲ ਕੰਟਰੋਲ ਘਟਿਆ ਤਾਂ ਉਹਨੇ ਸਾਊਥ ਹਲਵਧਨ ਦੀ ਕੋਸ਼ਿਸ਼ ਕੀਤੀ ਜਿੱਥੇ ਪੱਟੀ ਦੀਆਂ ਪੱਟੀ ਟ੍ਰਾਈਬਾਂ ਟ੍ਰਾਈਬਸ ਹੁੰਦੇ ਸੀਗੇ ਇਹ ਇਹਨਾਂ ਦੇ ਆਪਣਾ ਮੁਸਲਮਾਨਾ ਦੇ ਉਹਨੇ ਥੱਲੇ ਨੂੰ ਅਬੋਹਰ ਤੱਕ ਕੋਸ਼ਿਸ਼ ਕੀਤੀ ਅਬੋਹਰ ਤੋਗਾ ਮਤਲਬ ਮਲੋਟ ਅਬੋਹਰ ਤੱਕ ਉਹ ਵਧ ਸਕੇਗਾਗਾ ਟਿਬੇ ਵਧਣੇ ਸ਼ੁਰੂ ਹੋ ਗਏ ਉੱਥੇ ਤੱਕ ਨਹੀਂ ਵਧਿਆ ਫਿਰ ਉਹ ਹਣਾ ਦੂਜਾ ਉਹਨੇ ਕੋਸ਼ਿਸ਼ ਕੀਤੀ ਕਿ ਵੀ ਮੈਂ ਪਟਿਆਲੇ ਤੱਕ ਤਾਂ ਵਜੇ ਬਿਕੋਜ਼ ਉਹਦੇ ਨਾਲ ਕੀ ਸੀ ਤੁਸੀਂ ਲਾਈਨ ਆਫ ਟ੍ਰੇਡ ਦੇ ਉੱਤੇ ਹਮਲਾ ਕਰ ਸਕਦੇ ਹੋ ਉੱਥੋਂ ਤੁਸੀਂ ਟਾਲ ਟੈਕਸ ਲੈ ਸਕਦੇ ਹੋ ਰਿਸੋਰਸ ਦੀ ਤਵਸੀਲੇ ਦੀ ਤਾਂ ਲੋਡ ਹੁੰਦੀ ਹੈ ਨਾ ਕਿਸੇ ਰਾਜਾਸਤੇ ਤਾਂ ਉੱਤ ਗਿਰਨ 7 800 ਪਿੰਡ ਇਸ ਸਟ੍ਰੈਚ ਚ ਵਧਾ ਗਏ ਤਾਂ ਹੀ ਵੇਖੋ ਪਟਿਆਲੇ ਜਾਣ ਤੋਂ ਬਾਅਦ ਉਹ ਪ੍ਰੋਗਰੈਸ ਵਧੀ ਉਹਨਾਂ ਦੀ ਕਿਉਂਕਿ ਉਹ ਦਿੱਲੀ ਲਾਹੌਰ ਐਕਸੈਸ ਦੇ ਉੱਤੇ ਆ ਗਏ ਜਿੱਥੇ ਉਹ ਟ੍ਰੇਡ ਦੇ ਉੱਤੇ ਕਾਬਜ਼ ਹੋ ਗਏ ਹੂੰ ਠੀਕ ਹੈ ਉੱਥੋਂ ਉਹਨਾਂ ਨੂੰ ਮਸਹੂਲ ਮਿਲਣ ਲੱਗ ਗਿਆ ਹਨਾ ਪਾਵਰਫੁਲ ਹੋ ਗਏ ਨਿਕਲੇ ਇੱਥੋਂ ਪਰ ਇਹ ਉਦੋਂ ਪਹਿਲਾਂ ਇੱਥੋਂ ਵਧਣਾ ਬੜਾ ਮੁਸ਼ਕਲ ਸੀਗਾ ਕਿ ਉਧਰੋਂ ਮੁਸਲਮਾਨ ਪ੍ਰੈਸ਼ਰ ਪਾਉਂਦੇ ਸੀ ਉਧਰੋਂ ਧਰਤੀਆਂ ਹੀ ਜਿਸੀ ਜਿਹਦੇ ਤੁਸੀਂ ਹਸਾਰ ਤੇ ਹਾਂਸੀ ਤੇ ਇਹ ਦਰਵਾਦ ਨਹੀਂ ਸਕਦੇ ਸੀਗਾ ਹੂੰ ਤੇ ਵੈਸੇ ਮੁਗਲਾਂ ਦੀ ਤੇ ਬਾਅਦ ਚ ਅੰਗਰੇਜ਼ਾਂ ਦੀ ਵੀ ਇਹ ਇੱਕ ਜਾਂ ਹੁਣ ਵੀ ਭਾਰਤ ਦੀ ਵੀ ਇਹ ਇੱਕ ਪਾਲਿਸੀ ਰਹੀ ਆ ਕਿ ਤੁਸੀਂ ਉਹ ਇਲਾਕਾ ਬਾਦ ਕਰੋ ਜਿਹਦੇ ਵਿੱਚ ਆਪਣਾ ਪਹਿਲਾਂ ਖੇਤੀ ਨਹੀਂ ਹੁੰਦੀ ਜਦੋਂ ਤੁਸੀਂ ਉਹਨੂੰ ਆਬਾਦ ਕਰੋਗੇ ਤਾਂ ਹੋਰ ਬਣੂਗੀ ਇਸੇ ਤਹਿਤ ਹੀ ਇਹ ਕਨਾਲਸ ਨਿਕਲੇ ਚਲੋ ਆਪਾਂ ਵਾਪਸ ਆਪਣੀ ਗੱਲ ਤੇ ਆਪਾਂ ਉੱਥੇ ਹੀ ਆਈਏ ਵੀ ਜਦੋਂ ਉਹਨਾਂ ਨੇ ਅੰਗਰੇਜ਼ਾਂ ਨੇ ਸੋਚ ਲਿਆ ਵੀ ਇੱਥੇ ਆਪਾਂ ਡਿਵੈਲਪ ਕਰਾਂਗੇ ਡਿਵੈਲਪ ਕਰਨਾਗਾ ਵੀ ਕਪਾਹ ਵਾਲੀ ਖੇਤੀ ਹਾਂਜੀ ਤਾਂ ਪਹਿਲੀ ਜਿਹੜੀ ਉਹਨਾਂ ਨੇ ਡਿਵੈਲਪਮੈਂਟ ਕੀਤੀ ਉਹਨਾਂ ਦੇ ਨਾਲ ਉਦੋਂ ਅਕਾਲ ਵੀ ਬਹੁਤ ਪੈ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਗ੍ਰੇਨ ਸਰਪਲਸ ਵੀ ਕਰਨਾ ਹੈ ਪੰਜਾਬ ਉਦੋਂ ਪਹਿਲਾਂ ਗ੍ਰੇਨ ਸਰਪਲਸ ਇੰਨਾ ਨਹੀਂ ਸੀਗਾ ਇੱਥੋਂ ਤੱਕ ਕਿ ਅਦੀਨਾ ਬੇਗ ਵੇਲੇ ਤਾਂ ਜਿਹੜਾ ਵੱਡਾ ਕਾਰਨ ਪੰਜਾਬ ਦੇ ਵਿੱਚ ਰਿਵੋਲਟ ਉੱਠਣ ਦਾ ਇਹ ਸੀਗਾ ਕਿ ਅਦੀਨਾ ਬੇਗ ਨੇ ਯੂਪੀ ਤੋਂ ਕਣਕ ਆਉਣ ਨਹੀਂ ਰੋਕਦੀ ਤੇ ਇੱਥੇ ਲੋਕਾਂ ਤੇ ਅਕਾਲ ਪਿਆ ਹੋਇਆ ਸੀਗਾ ਤੇ ਉਹਦੇ ਨਾਲ ਹੋਰ ਵੀ ਵੱਡਾ ਜੋਸ਼ ਨਾਲ ਖਾਲਸਾ ਦਲ ਖਾਲਸਾ ਉੱਠ ਖੜਾ ਤੇ ਪਰ ਜਿਹੜਾ ਰੋਟੀ ਬਹੁਤ ਵੱਡਾ ਮਸਲਾ ਸੀ ਲੋਕਾਂ ਦੀ ਮਤਲਬ ਹੁਣ ਤਾਂ ਆਪਾਂ ਇਹਨੂੰ ਮਜ਼ਾਕ ਬਣਾਇਆ ਫੂਡ ਸਿਕਿਉਰਟੀ ਬਹੁਤ ਵੱਡਾ ਇਸ਼ੂ ਸੀਗਾ ਜੋ ਪੰਜਾਬ ਦੀ ਹਾਲਾਂਕਿ ਅੱਜ ਹੈਗਾ ਪਰ ਆਪਾਂ ਉਵੇਂ ਚਿੰਤਾਤ ਨਹੀਂ ਆਪਾਂ ਆਪਾਂ ਉਵੇਂ ਚਿੰਤਤ ਨਹੀਂ ਮਤਲਬ ਆਪਾਂ ਤਾਂ ਬਿਲਕੁਲ ਹੀ ਚਿੰਤਤ ਨਹੀਂ ਪਰ ਹਿੰਦੁਸਤਾਨ ਵੀ ਸੁੱਤ ਭੁੱਖ ਸੁੱਤਾ ਪਿਆ ਪੰਜਾਬ ਕਰਕੇ ਯਾਰ ਹਾਂ ਠੀਕ ਹੈ ਤੇ ਉਹ ਉਸ ਤੋਂ ਬਾਅਦ ਪਹਿਲੀਆਂ ਜਿਹੜੀਆਂ ਨਹਿਰਾਂ ਨਿਕਲੀਆਂ ਉਹ ਸੀਗਾ ਸਰੰਦ ਕਨਾਲ ਸਿਸਟਮ ਜਿਹਨੂੰ ਆਪਾਂ ਦਰਾਹੇ ਕੋਲੇ ਤੁਸੀਂ ਵੇਖਿਆ ਹੁਣ ਬਹੁਤ ਵੱਡੀ ਨਹਿਰ ਜਾਂਦੀ ਹੈ ਉਹ ਕਨਾਲ ਸਿਸਟਮ ਸਭ ਤੋਂ ਪਹਿਲਾ ਡਿਵਾਈਸ ਹੋਇਆ 1872 ਦੇ ਵਿੱਚ ਉਹ ਅੰਗਰੇਜ਼ਾਂ ਨੇ ਕੱਢਣਾ ਸ਼ੁਰੂ ਕੀਤਾ ਅੱਛਾ 1872 ਦੇ ਵਿੱਚ ਹਾਂ ਜਿਹਨੂੰ ਆਪਾਂ ਦਰਾਹੇ ਵਾਲੀ ਨਹਿਰ ਦਰਾਹੇ ਵਾਲੀ ਨਹਿਰ ਕਹਿੰਦੇ ਆ ਇਹਦੇ ਨਾਲ ਤਕਰੀਬਨ ਆ ਸਾਰਾ ਮਾਲਵਾ ਜਿੱਥੇ ਆਪਾਂ ਬੈਠੇ ਆ ਜਾਂ ਹੋਰ ਇਲਾਕੇ ਆ ਅਬੋਰ ਫਾਜ਼ਲਕਾ ਤੱਕ ਇਹ ਨਹਿਰਾਂ ਨੇ ਸਪਲਾਈ ਕੀਤੀ ਬਠਿੰਡਾ ਤੇ ਇਹ ਨਹਿਰਾਂ ਨੇ ਸਪਲਾਈ ਸ਼ੁਰੂ ਕੀਤੀ ਲੁਧਿਆਣੇ ਦਾ ਇਲਾਕਾ ਸੁੱਧਵਾ ਪੇਟ ਦਾ ਇਲਾਕਾ ਇਸ ਨਹਿਰਾਂ ਤੋਂ ਸਪਲਾਈ ਹੋਇਆ ਤੁਸੀਂ ਵੇਖੋ ਨਾ ਅੱਗੇ ਜਾ ਕੇ ਉਹ ਪਾਰਟ ਜਾਂਦੀਆਂ ਤਿੰਨ ਨਹਿਰਾਂ ਵਾਂ ਜਾਂਦੀਆਂ ਫਿਰ ਫਰਦਰ ਪਾਰਟਦੀਆਂ ਜਾਂਦੀਆਂ ਜੀ ਤਾਂ ਉਹ 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 ਨੇ ਉਹ ਉਹ ਉਹਨਾਂ ਨੇ ਉਹ 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 ਨਰ ਦਾ ਸਿਸਟਮ ਬਣਾਇਆ ਉਸ ਸਿਸਟਮ ਬਣਦੇ-ਬਣਦੇ 1883 ਤੱਕ ਉਹ ਸਿਸਟਮ ਬਣਿਆ ਹੂੰ ਉਹਦਾ ਇੰਪੈਕਟ ਜੋ ਵਰਲਡ ਦੇ ਉੱਤੇ ਹੋਇਆ ਉਹਨਾਂ ਦੇ ਨਾਲ ਚ ਸ਼ਿਕਾਗੋ ਇੱਕ ਮੰਡੀ ਹੈਗੀ ਹੈ ਜੀ ਜਿੱਥੇ ਕਣਕ ਦਾ ਭਾਅ ਤੈ ਹੁੰਦਾ ਵਰਲਡ ਦਾ ਹੂੰ ਸਭ ਤੋਂ ਜ਼ਿਆਦਾ ਠੀਕ ਹੈ ਜੀ ਤਾਂ ਉਹ ਸ਼ਿਕਾਗੋ ਦੀ ਮੰਡੀ ਜਿਹੜਾ ਭਾਅ ਤੈ ਹੁੰਦਾ ਉਸ ਭਾਅ ਦੇ ਵਿੱਚ ਉਸ ਸਾਲ 10% ਡ੍ਰੌਪ ਆ ਗਈ ਕਿਉਂਕਿ ਪੰਜਾਬ ਦੇ ਵਿੱਚ ਕਣਕ ਦੀ ਪੈਦਾਵਾਰ ਇੰਨੀ ਵਧ ਜਾਣੀ ਹੈ ਕਿ ਨਵਾਂ ਕਨਾਲ ਸਿਸਟਮ ਬਣ ਗਿਆ ਹੂੰ ਲਾ ਆਪਾਂ ਇੰਨਾ ਵੱਡਾ ਇੰਪੈਕਟ ਉਦੋਂ ਵੀ ਪਾਉਂਦੇ ਸੀ ਇਹ 1872 1872 ਚੋਂ ਬਣਨੀ ਸ਼ੁਰੂ ਹੋਈ 1883 ਚੋਂ ਪੂਰੀ ਹੋ ਗਈ ਹੂੰ ਠੀਕ ਹੈ ਨਾ ਤੇ ਉਹਨਾਂ ਦਿਨਾਂ ਦੇ ਵਿੱਚ ਉਦੋਂ ਦੇ ਰਾਜੇ ਮਹਾਰਾਜਿਆਂ ਨੇ ਵੀ ਉਸ ਵਿੱਚ ਬਹੁਤ ਸਪੋਰਟ ਕੀਤੀ ਨਾਬੇ ਵਾਲਿਆਂ ਨੇ ਇਹਨਾਂ ਨੇ ਉਸ ਨਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਹਾਲਾਂਕਿ ਫਿਲਮਾਂ 'ਚ ਅੱਜਕੱਲ ਉਹਨਾਂ ਨੂੰ ਬਹੁਤ ਲੇਟਲੀ ਮਾੜਾ ਵਖਾਇਆ ਗਿਆ ਪਰ ਇਹ ਮੌੜ ਦੀ ਗੱਲ ਕਰਦੇ ਹਾਂ ਹਾਂ ਪਰ ਉਹ ਉਸ ਟਾਈਮ ਉਹ ਲਾਕਰ ਬਖਾਇਆ ਹੀ ਗਿਆ ਵੇਖੋ ਕਿੰਜ ਜੀ ਉਹਨਾਂ ਨੇ ਜ਼ਰਖੇਸ ਕਰ ਚੋਤੇ ਫੰਡਸ ਵੀ ਬਹੁਤ ਦਿੱਤੇ ਕਿ ਸਾਡੇ ਇਲਾਕੇ ਚ ਇਹ ਗਰੀਬੀ ਖਤਮ ਹੋ ਜਾਈਏ ਜਾਂ ਕਿਵੇਂ ਨਾ ਕਿਵੇਂ ਆਜ ਤੇ ਉਹ ਉਹ ਉਹਨਾਂ ਦਾ ਦੇਣ ਸੀਗੀ ਉਦੋਂ ਬਹੁਤ ਜ਼ਿਆਦਾ ਤੇ ਉਦੋਂ ਇਹ ਪਹਿਲਾਂ ਸ਼ੁਰੂ ਆ ਫਿਰ ਉਹਨਾਂ ਨੇ ਜਦੋਂ ਇਹਨਾਂ ਨੂੰ ਇੱਥੇ ਰਿਜ਼ਲਟ ਮਿਲਣ ਲੱਗ ਗਿਆ ਤਾਂ ਉਹਨਾਂ ਨੇ ਫਿਰ ਬਾਕੀ ਕਨਾਲ ਕਲੋਨੀ ਜਿਵੇਂ ਲਾਇਲਪੁਰ ਵਾਲੀ ਮਾਉਂਟ ਗੁਮਰੀ ਵਾਲੀ ਪਾਕਿਸਤਾਨ ਜੀ ਨੂੰ ਅੱਜ ਕਹਿੰਦੇ ਆ ਉੱਥੇ ਲੈਹਿੰਦੇ ਪੰਜਾਬ ਚ ਉਹਨਾਂ ਨੇ ਕਲੋਨੀਆਂ ਬਸੋਣੀਆਂ ਸ਼ੁਰੂ ਕੀਤੀਆਂ ਕਲੋਨੀਆ ਦੇ ਵਿੱਚ ਉਹਨਾਂ ਨੂੰ ਇੰਨਾ ਫਾਇਦਾ ਹੋਇਆ ਹੂੰ ਕਿ ਉਹਨਾਂ ਨੇ 6 ਲੱਖ ਪਾਉਂਡ 6 ਮਿਲੀਅਨ ਕੀ ਜਾਂ 6 ਲੱਖ ਪਾਉਂਡ ਆਇਆ ਸੀਗਾ ਪਹਿਲਾਂ ਅੰਚ ਜੋ ਐਸਟੀਮੇਟ ਲਾਇਆ ਸੀ ਉਹ ਤੇ ਇਹ ਸੀਗਾ ਕਿ ਉਹ ਕਹਿੰਦੇ ਸੀ ਜੇ ਜੋ ਸਾਡੇ ਕਨਾਲ ਕਲੋਨੀਸ ਖਤਮ ਹੋ ਜਾਣਗੀਆਂ ਤਾਂ ਸਾਨੂੰ ਉਦੋਂ ਇਹਦੇ ਵਿੱਚੋਂ 35% ਸਾਲਾਨਾ ਰਿਟਰਨ ਆਉਗੀ 35% ਰਿਟਰਨ ਵੀ ਬਹੁਤ ਹੁੰਦੀ ਹੈ ਕਿਸੇ ਵਪਾਰ ਚਾਜ ਹੂੰ ਮਤਲਬ ਹੈਨਾ ਕਿ ਵੀ ਸਾਨੂੰ 2 ਮਿਲੀਅਨ ਪਾਉਂਡਸ ਦੀ ਰਿਟਰਨਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਪਰ ਹੋਇਆ ਕਿ ਕਿ ਪਹਿਲੇ ਸਾਲ ਜੀ ਉਹਨਾਂ ਨੂੰ ਜਿਹੜਾ ਉਹ ਰੈਵਨਿਊ ਕਲੈਕਟ ਹੋਇਆ ਉਹ 35 ਲੱਖ ਪਾਉਂਡ ਸੀ ਹੂੰ ਕਿੰਨੇ ਟਾਈਮਸ ਉਹਦੇ ਹਨਾ ਉਹਨਾਂ ਦੀ ਲਾਗਤ ਵੀ ਆ ਗਈ ਫੇਰ ਉਹ ਲੱਗ ਪਏ ਫਟਾਫਟ ਬਣਾਉਣ ਉਹਨਾਂ ਨੂੰ ਸਮਝ ਆ ਗਈ ਫਿਰ ਸਮਝ ਆ ਗਈ ਕਿ ਵੀ ਇਸ ਪਾਸੇ ਸਾਨੂੰ ਫਾਇਦਾ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਇਹ ਕੰਮ ਖਿੱਚ ਸਕਦਾ ਹੈ ਤਾਂ ਦੁਆਬੇ ਚੋਂ ਮਾਝੇ ਚੋਂ ਬਹੁਤ ਕਿਸਾਨ ਨਹੀਂ ਉਹਨਾਂ ਨੇ ਲਜਾ ਲਜਾ ਕੇ ਵਸਾਉਣੀ ਸ਼ੁਰੂ ਕੀਤੀ ਸੋ ਪਹਿਲੀ ਸਾਡੀ ਪਾਣੀ ਦਾ ਆਇਆ ਸ਼ੁਰੂ ਹੋਇਆ ਪਰ ਲੁੱਟ ਕਿੱਥੋਂ ਸ਼ੁਰੂ ਹੋਈ ਇਹ ਆਪਾਂ ਹੁਣ ਇੱਥੇ ਆਉਂਦੇ ਹਾਂ ਇਹ ਅੰਗਰੇਜ਼ ਨੇ ਜਦੋਂ ਇਹ ਕਰਤਾ ਤਾਂ ਇਹਨੂੰ ਵੇਖ ਕੇ ਜਿਹੜਾ ਹੁਣ ਪ੍ਰੈਜ਼ੈਂਟ ਗੰਗਾ ਨਗਰ ਹੈਗਾ ਹਨੂਮਾਨਗੜਾ ਇੱਥੇ ਮਹਾਰਾਜਾ ਬੀਕਨੇਰ ਦਾ ਰਾਜ ਹੁੰਦਾ ਸੀ ਇਹਨੂੰ ਬੀਕਨੇਰ ਸਟੇਟ ਕਹਿੰਦੇ ਸੀਗੇ ਬੀਕਨੇਰ ਦੇ ਵਿੱਚ 1895 ਦੇ ਚ 1880 ਕੇ 90 ਦੇ ਵਿੱਚ ਬਹੁਤ ਵੱਡਾ ਕਾਲ ਪਿਆ ਆਬਾਦੀ ਬਹੁਤ ਮਾਰੀ ਗਈ ਬੁਰਾ ਹਾਲ ਹੋ ਗਿਆ ਹਾਂ ਤੇ ਮਹਾਰਾਜੇ ਨੇ ਕਿਹਾ ਕਿ ਵੀ ਮੈਨੂੰ ਪਾਣੀ ਦਿੱਤਾ ਜਾਵੇ ਪੰਜਾਬ ਚ ਹੂੰ ਉਹਨੇ ਆਪਦੇ ਆਪ ਨੂੰ ਲੋਅਰ ਰਿਪੇਰੀਅਨ ਕਿਹਾ ਉਹਨੇ ਕਿਹਾ ਵੀ ਇੱਥੇ ਕਿਸੇ ਟਾਈਮ ਹੜ੍ਹ ਹੁੰਦੇ ਰਹੇ ਐ ਇਸ ਇਲਾਕੇ ਦੇ ਜਾਂ ਜੋ ਵੀ ਹੈ ਨਾ ਪਰ ਇਹ ਕੋਈ ਗੱਲ ਨਹੀਂ ਸੀ ਤਾਂ ਉਹਦੇ ਕੋਲ ਇੱਕ ਅੰਗਰੇਜ਼ ਅਫਸਰ ਸੀ ਕਨਲ ਹੈਨਸ ਡਾਇਸਕ ਨੇ ਦਾ ਹੂੰ ਉਹਦੇ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦਿੱਤੀ ਜਿਹੜੀ ਪ੍ਰੋਜੈਕਟ ਰਿਪੋਰਟ ਨੂੰ ਪੰਜਾਬ ਸਰਕਾਰ ਨੇ ਮਾਨਤਾ ਨਹੀਂ ਦਿੱਤੀ ਤੇ ਸਿੱਟਾ ਪਾਸੇ ਕਿ ਵੀ ਇਹ ਨਹੀਂ ਦਿੱਤਾ ਜਾ ਸਕਦਾ ਪਾਣੀ ਉਦੋਂ ਪਹਿਲਾਂ ਇੱਕ ਐਕਟ ਅੰਗਰੇਜ਼ਾਂ ਨੇ ਬਣਾਤਾ ਸੀ ਉਹਨੂੰ ਨਾਰਦਰਨ ਕਨਾਲ ਐਕਟ ਕਹਿੰਦੇ ਆ ਕਿ ਪਾਣੀ ਦਾ ਜਿਹੜਾ ਅਖਤਿਆਰ ਸੀਗੀ ਸਾਰੇ ਰਾਈਟਸ ਰਾਈਟਸ ਆਫ ਫਾਰਮਰਸ ਤੋਂ ਖੋ ਕੇ ਉਹਨਾਂ ਨੇ ਇਹਨੂੰ ਦੇ ਦਿੱਤੇ ਸੀਗੇ ਆਪਣੇ ਨੂੰ ਸਰਕਾਰਾਂ ਕੋਲੇ ਆ ਗਏ ਸੀ ਤਾ ਉਹ ਮਨਾ ਹੋ ਗਿਆ ਉਹਨੂੰ ਰਾਜੇ ਨੂੰ ਮਨਾ ਕਰਤਾ ਕਿ ਵੀ ਅਸੀਂ ਨਹਿਰ ਨਹੀਂ ਦੇਣੀ ਤੈਨੂੰ ਹੂੰ ਤਾਂ ਉਹ ਰਿਪੋਰਟ ਪਈ ਰਹੀ ਉਹਦੇ ਤੇ ਕੋਈ ਕੰਮ ਨਹੀਂ ਹੋਇਆ ਐਨੇ ਨੂੰ ਪਹਿਲੀ ਜੰਗ ਆ ਗਈ ਹੂੰ ਜਦੋਂ ਪਹਿਲੀ ਜੰਗ ਆਈ ਤਾਂ ਉਹਦੇ ਵਿੱਚ ਜਿਹੜਾ ਮਹਾਰਾਜਾ ਸੀਗਾ ਬੀਕਨਯਰ ਰਾਜਾ ਗੰਗਾ ਸਿੰਘ ਉਹ ਵਾਰ ਕੈਬਨਟ ਜਿਹੜੀ ਸੀਗੀ ਉਹਦਾ ਹਿੱਸਾ ਸੀ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਸੀ ਅੰਗਰੇਜ਼ਾਂ ਦੀ ਜੰਗ ਦੇ ਵਿੱਚ ਫੌਜੀ ਭੇਜੇ ਸਮਾਨ ਭੇਜਿਆ ਪੈਸੇ ਦੀ ਮਦਦ ਕੀਤੀ ਤਾਂ ਪਹਿਲੀ ਜਿਹੜੀ ਉਹ ਵਰਲਡ ਵਾਰ ਸੀਗੀ ਉਦੇਵ 1919 ਚ ਖਤਮ ਹੋ ਗਈ ਤਾਂ ਉਹਨੇ ਜਦੋਂ ਖਤਮ ਹੋਈ ਤਾਂ ਉਹਨੇ ਪਹਿਲੀ ਡਿਮਾਂਡ ਇਹ ਰੱਖੀ ਕਿ ਵੀ ਮੈਂ ਤੁਹਾਡੀ ਇੰਨੀ ਮਦਦ ਕੀਤੀ ਆ ਤੇ ਤੁਸੀਂ ਪਾਣੀ ਦਿਓ ਹਾਂ ਤਾਂ ਅੰਗਰੇਜ਼ ਸਮਝ ਲਓ ਇਹ ਸਾਡੀ ਪਹਿਲੀ ਲੁੱਟ ਸੀ 1919 ਤੋਂ 19 ਦੇ ਵਿੱਚ 1919 ਹਾਂ 1919 ਚ ਇਹ ਪਾਸ ਹੋ ਗਿਆ ਪਰ ਉਹਨੂੰ ਬੜੇ ਟੇਢੇ ਤੰਗ ਨਾਲ ਪਾਸ ਕੀਤਾ ਗਿਆ ਉਹਦੇ 'ਚ ਇਤਰਾਜ਼ ਦੋਸਤ ਨੇਟਾ ਸੀ ਪੰਜਾਬ ਨੇ ਇਸ ਤਰਾਜਠਾ ਸੀ ਤਾਂ ਉਸ ਤੋਂ ਬਾਅਦ ਇਹੀ ਦਰਿਆ ਗਾ ਬਹਾਲਪੁਰ ਸਟੇਟ ਬਹਾਲਪੁਰ ਉਹਦਾ ਰਾਜ ਹੁੰਦਾ ਸੀਗਾ ਉਹਦੇ ਵਿੱਚੋਂ ਲੰਘਦਾ ਹੁੰਦਾ ਸੀ ਤਾਂ ਬਹਾਲਪੁਰ ਨੇ ਇਤਰਾਜ اٹھਾਇਆ ਸੀ ਤਾਂ ਉਹਦੇ ਵਿੱਚ ਇੱਕ ਆਪਣਾ ਇੱਕ ਕਮੇਟੀ ਬਣੀ ਸੀ ਸਰ ਕਲੌਡ ਹਿਲਦੀ ਕਮੇਟੀ ਬਣੀ ਸੀ ਕਲੌਡ ਹਿਲਦੀ ਕਮੇਟੀ ਨੇ ਆਖਿਆ ਕਿ ਵੀ ਜਿੱਥੇ ਲੋਕਾਂ ਦੇ ਭਲਾਈ ਦਾ ਕੰਮ ਆਜੂਗਾ ਉੱਥੇ ਪਾਣੀ ਸੂਬੇ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਉਹਨੇ ਇੱਕ ਕੰਸਟ੍ਰਕਸ਼ਨ ਪਾਸ ਕਰਵਾ ਹਾਂ ਜਿਵੇਂ ਆਪਾਂ ਕਹ ਰਹੀਏ ਵੀ ਇੱਕ ਨਾਲ ਜੋੜਤੀ ਜਿਵੇਂ ਕਰਦਾ ਹੁਣ ਇੱਥੇ ਖਾਨਾ ਆਪਣਾ ਪਹਿਲਾ ਠੋਗ ਗਿਆ ਅੱਜ ਵੀ ਤਾਂ ਇਹੀ ਕਹਿੰਦੇ ਆ ਨਾ ਜਦੋਂ ਬਲੋਕ ਹੁਣ ਗੱਲ ਕੋਈ ਮਾਲਕੀ ਦੀ ਕਰਦਾ ਨਹੀਂ ਹਾਂ ਹੁਣ ਕਹਿੰਦਾ ਲੋ ਜੀ ਉੱਥੇ ਵੇਖੋ ਵਿਚਾਰੇ ਪਾਣਗੇ ਕਿ ਹਾਂ ਨਾ ਰਾਜਸਥਾਨ ਨੂੰ ਤੁਸੀਂ ਪਾਣੀ ਨਹੀਂ ਦਿੰਦੇ ਕੋਈ ਆਪਣੇ ਸਿੱਖੀ ਤੇ ਸਵਾਲ ਕਰਨ ਲੱਗ ਜਾਂਦਾ ਤੁਹਾਨੂੰ ਸਾਬ ਜਾਨ ਜੀ ਆਪਾਂ ਅੱਜ ਕਹਿ ਦਈਏ ਹੁਣ ਆਪਾਂ ਇਧਰ ਹੀ ਮੋੜਦੇ ਜਿਵੇਂ ਅੱਜ ਕਹਿ ਦਈਏ ਵੀ ਇਹ ਦੋ ਬੰਦੇ ਬੈਠੇ ਪੁਰਾਣੀ ਗੱਲ ਕਰੀ ਜਾਂਦੇ ਹੜਾਂ ਦੀ ਗੱਲ ਨਹੀਂ ਕਰ ਰਹੇ ਹਾਂ ਲਾਂ ਦੀ ਗੱਲ ਹਾਂ ਮਤਲਬ ਹੜਾ ਤੇ ਆਪਾਂ ਹੋਨੇ ਆ ਹਾਂ ਆਵਾਂਗੇ ਕੁਝ ਨਹੀਂ ਆਵਾਂਗੇ ਹਾਂ ਹਾਂ ਥੋੜਾ ਜਿਹਾ ਬੈਕਗ੍ਰਾਉਂਡ ਮੈਂ ਹਾਂ ਆਪਾਂ ਮੌਜੂਦਾ ਉਹ ਮੈਂ ਦੱਸਦੀ ਨਾ ਵੀ ਗੱਲ ਜਿਵੇਂ ਆਪਾਂ ਇੱਥੋਂ ਤੱਕ ਜਿਹੜੇ ਨੇ ਇੱਥੋਂ ਤੱਕ ਕੀ ਅਜੇ ਤੁਹਾਨੂੰ ਲੱਗੇ ਕਿਵੇਂ ਜਿਹੜੇ ਨੇ ਇੱਥੇ ਜਰਾ ਸ਼ਾਰਟ ਕਰ ਦਾਂਗੇ ਆਪਾਂ ਹਾਂ ਹਾਂ ਅੱਛਾ ਉੱਥੇ ਉਹ ਜਦੋਂ ਉਹਨੂੰ ਪਾਣੀ ਦੇਣਾ ਦੀ ਗੱਲ ਸ਼ੁਰੂ ਹੋ ਗਈ ਜਦੋਂ ਪਾਣੀ ਦੀ ਗੱਲ ਪਾਣੀ ਦੀ ਗੱਲ ਮੰਨੀ ਗਿਆ ਚੁੱਕੀ ਸੀਗੀ ਤਾਂ ਉਹਨਾਂ ਨੇ ਉਦੋਂ 5.5 ਕਰੋੜ ਦਾ ਬਜਟ ਸੀਗਾ ਤੇ ਉਹਦੇ ਉੱਤੇ ਟ੍ਰੇਨ ਲਾਈਨ ਵੀ ਉਹਨੇ ਵਸਾਈ ਇੱਕ ਹਰੇਕ ਨਾਲੇ ਤਾਂ ਨਹਿਰਾਂ ਲੱਗਿਆ ਉਹ ਨਾਲੇ ਟ੍ਰੇਨ ਲਾਈਨ ਲਈ ਤੇ ਹੁਣ ਜਿਵੇਂ ਲੋਕ ਕਹਿ ਦਿੰਦੇ ਜੀ ਉਹ ਤਾਂ ਰਾਜੇ ਨੇ ਜੀ ਸੋਨੇ ਦੀਆਂ ਮੋਹਰਾਂ ਲਾ ਕੇ ਦਿੱਤੀ ਹਾਂ ਇਹਦਾ ਆਈ ਵੀ ਗੰਗ ਕਨਾਲ ਜਦੋਂ ਬਣੀ ਸੀ ਮੋਹਰ ਨਾਲ ਮੋਹਰ ਮੋਹਰ ਉਹ ਉਹ ਐਕਚੁਅਲੀ ਰਾਜੇ ਨੇ ਇਹ ਕਿਆ ਸੀ ਵੀ ਮੈਂ ਐਨੀ ਕੀਮਤ ਵੀ ਦੇਣ ਨੂੰ ਤਿਆਰ ਹਾਂ ਕਿ ਮੈਨੂੰ ਮੋਹਰ ਨਾਲ ਮੋਹਰ ਲਾਉਣੀ ਪੈ ਜੇ ਤਾਂ ਵੀ ਮੈਂ ਦਊਂਗਾ ਹਾਂ ਵੀ ਪਾਣੀ ਲੈ ਕੇ ਹੀ ਜਾ ਹਾਂ ਜਾਊਂਗਾ ਰਾਜੇ ਨੇ ਪੈਸਾ ਬਹੁਤ ਔਖਾ ਇਕੱਠਾ ਕੀਤਾ ਸੀ ਉਹਦੇ ਨਾਲ ਮੈਂ ਤੁਹਾਨੂੰ ਉਹ ਨਾਲ ਰਿਲੇਟਡ ਇੱਕ ਗੱਲ ਦੱਸਦਾ ਕਿ ਰਾਜੇ ਨੇ ਉਸ ਟਾਈਮ ਬੀਕਾ ਨਹਿਰ ਦੇ ਤੇ ਹੋਰ ਮਾਰਵਾੜੀ ਬਾਣੀਆਂ ਤੋਂ ਪੈਸਾ ਲਿਆ ਸੀ ਕਰਜ਼ੇ ਤੇ ਵੀ ਲਿਆ ਸੀ ਤੇ ਆਧਾਰਾ ਵੀ ਲਿਆ ਸੀ ਕਿ ਨਹਿਰ ਤਾਂ ਮੈਂ ਲੈ ਕੇ ਆਉਣੀ ਆ ਠੀਕ ਹੈ ਜੀ ਤਾਂ ਹੁਣ ਮੈਂ ਗੰਗ ਕਨਾਲ ਦੇ ਏਰੀਆ ਦੀ ਤਾਂ ਦੱਸ ਰਿਹਾ ਕਿਉਂਕਿ ਗੰਗ ਕਨਾਲ ਤੇ ਸਾਡੇ ਬਜ਼ੁਰਗ ਵੀ ਸੈਟਲ ਹੋਏ ਸੀ ਜਾ ਕੇ ਉਦੋਂ ਤਾਂ ਉੱਥੇ ਉਹਨੇ ਰਾਜੇ ਨੇ ਜਦੋਂ ਪੈਸਾ ਮੰਗਿਆ ਤੇ ਕਈ ਮਾਰਵਾੜੀਆਂ ਨੇ ਨਹੀਂ ਵੀ ਦਿੱਤਾ ਨਾ ਕਿ ਅਸੀਂ ਕਿਉਂ ਤੈਨੂੰ ਫੰਡ ਦਈਏ ਤੇ ਉਹਨਾਂ ਦੇ ਨਾਲ ਚ ਇੱਕ ਕੋਈ ਮਾਰਵਾੜੀ ਸੇਟ ਸੀ ਉਹਨੂੰ ਕਿਹਾ ਉਹਨੇ ਰਾਜੇ ਨੇ ਵੀ ਇੰਨਾ ਪੈਸਾ ਚਾਹੀਦਾ ਮੈਨੂੰ ਤੂੰ ਦੇ ਸਕਦਾ ਹੈ ਉਹ ਨੇਮਨ ਐ ਉਹ ਉਹਨਾਂ ਦੇ ਨਾਲ ਟੰਮ ਟੰਮ ਜੀ ਚੱਲਦੀ ਹੁੰਦੀ ਸੀ ਉਹ ਲੈ ਕੇ ਰਿਕਸ਼ੇ ਤੇ ਤਾਂਗੇ ਤੇ ਜਾਂਦੇ ਸੀ ਉਹ ਉਹ ਸੇਠ ਜਾਂਦਾ ਪਿਆ ਸੀ ਕਿਤੇ ਤੋਂ ਉਹਦੇ ਅੱਗੇ ਕੁੜੀ ਆ ਗਈ ਬੱਚਾ ਮਰ ਗਿਆ ਕੋੜੇ ਦੇ ਥੱਲੇ ਆ ਕੇ ਤੋਂ ਸਜਾਦਾਰ ਆ ਜਾਂਦਾ ਏ ਸਜਾਦਾਰ ਸੀਗਾ ਤੇ ਉਹ ਪੈਰੀ ਪੈ ਗਿਆ ਰਾਜ ਦੇ ਉਹ ਕਹਿੰਦਾ ਵੀ ਹੁਣ ਤੋਂ ਜਿੰਨਾ ਮੈਂ ਤੈਨੂੰ ਮੰਗਦਾ ਸੀ ਉਹਦੇ ਨਾਲ ਪੰਜਾਂ 10 ਗੁਣਾ ਮੈਂ ਵਾਧ ਲਊਗਾ ਤਾਂ ਜਾਨ ਛੁੱਟਣੀ ਆ ਤੇ ਠੀਕ ਹੈ ਨਹੀਂ ਤਾਂ ਸਜਾ ਲੈ ਤੂੰ ਤੂੰ ਪੈਸੇ ਮੰਗਦਾ ਸੀ ਦਿੰਦਾ ਸੋ ਐਂ ਰਾਜ ਨੇ ਬਹੁਤ ਔਖਾ ਪੈਸਾ ਇਕੱਠਾ ਕਰਕੇ ਉੱਤੇ ਲੈ ਗਿਆ ਜਦੋਂ ਉਹ ਲਾ ਜਾ ਕੇ ਨਹਿਰ ਚਾਲੂ ਕੀਤੀ ਗੰਗ ਕਨਾਲ ਗੰਗ ਕਨਾਲ ਉਹਦੇ ਕੋਈ ਕਲੋਨੀਆਂ ਏਰੀਆ ਚ ਚਾਲੂ ਕੀਤੀ ਉਦੋਂ ਪਹਿਲਾਂ ਵੀ ਕੁਝ ਆਪਣੇ ਸੈਟਲਰ ਜਾਂਦੇ ਰਹੇ ਸੀ ਜਿਹੜੇ 1927 ਤੋਂ ਪਹਿਲੇ ਸੈਟਲਰ ਸੀਗੇ ਪਰ 1927 ਚ ਨਹਿਰ ਚੱਲ ਪਈ ਤਾਂ ਜਿਆਦਾ ਜਿਹੜੀ ਜ਼ਮੀਨ ਸੀ ਉਹਨੇ ਆਪਦੇ ਲੋਕਾਂ ਨੂੰ ਹੀ ਦਿੱਤੀ ਸੀ ਉਹ ਮਤਲਬ 8 ਸਾਲਾਂ ਚ ਹੀ ਬਣ ਗਈ ਨਹਿਰ ਇਹ ਹਾਂ ਛੋਟਾ ਜਿਹਾ ਸਟਰਕਚਰ ਹੈ ਨਾ ਗਾਂਟ ਡਿਸਟ੍ਰਿਬਿਊਟਰ ਇਸ ਤਾਂ ਬਹੁਤ ਦੇਰ ਤੱਕ ਬਣਦੀ ਇਹਨੇ ਪਰ ਮੇਨ ਏਰੀਆ ਬਣ ਗਿਆ ਸੀਗਾ ਜੀ ਤਾਂ ਉਹ ਜਦੋਂ ਬਣ ਗਿਆ ਤਾਂ ਉਹਨੇ ਜਿਆਦਾ ਆਪਦੇ ਲੋਕਾਂ ਨੂੰ ਦਿੱਤੀ ਪਰ ਉਹ ਜਦੋਂ ਪਹਿਲੀ ਵਾਰ ਉੱਥੇ ਆਇਆ ਹੂੰ ਉਹਦਾ ਤਾਂ ਰੈਵਨਿਊ ਨਾ ਇਕੱਠਾ ਹੋਇਆ ਠੀਕ ਆ ਉਹ ਜਦੋਂ ਜੱਟਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਆਪਦੇ ਇਲਾਕੇ ਦੇ ਲੋਕਾਂ ਨੂੰ ਮਿਲੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਉਹਨਾਂ ਨੂੰ ਪੁੱਛੇ ਵੀ ਕੀ ਹਾਲ ਚਾਲ ਆ ਤੁਹਾਡਾ ਤਾਂ ਉਹ ਕਹਣ ਬਾਈ ਹੁਕਮ ਬਹੁਤ ਮੌਜਾਂ ਹੀ ਆ ਵੀ ਦੋਬਾ ਵਰਬਰ ਪਾਣੀ ਪੀਤਾ ਪਾਣੀ ਆਵੇ ਪੀਣਾ ਪੀਣ ਪੀਣ ਨੂੰ ਹੀ ਸਾਨੂੰ ਕਮੀ ਨਹੀਂ ਹੁਣ ਪਾਣੀ ਦੀ ਹੂੰ ਤੇ ਜਦੋਂ ਪੰਜਾਬ ਦੇ ਗਏ ਜ਼ਿਮੀਦਾਰਾਂ ਦੇ ਪਿੰਡਾਂ 'ਚ ਜਾਵੇ ਤਾਂ ਉਹ ਗਾਲਾਂ ਕੱਢਣ ਕੀ ਤੇ ਯਾਰ ਬਲੌਕ ਹੋ ਜਾਂਦੀਆਂ ਡਿਸਟ੍ਰੀਬਿਊਟਰੀ ਸਾਰੀਆਂ ਰੇਤੇ ਨਾਲ ਤੇ ਸਾਨੂੰ ਤਾਂ ਪਾਣੀ ਨਹੀਂ ਮਿਲਦਾ ਫਸਲਾਂ ਗੋੜਨ ਨੂੰ ਉਹ ਸਮਝ ਗਿਆ ਕਿ ਵੀ ਇਹ ਦੋਬਾ ਬਰਬਰ ਪਾਣੀ ਪੀਣ ਵਾਲਿਆਂ ਨਾਲ ਮੇਰਾ ਕੰਮ ਨਹੀਂ ਚੱਲਣਾ ਇਹ ਤਾਂ ਲਿਉਣੇ ਪੈਣੇ ਆ ਉਧਰ ਹੂੰ ਉਹਨਾਂ ਦਿਨਾਂ 'ਚ ਕਿਹਾ ਜਾਂਦਾ ਹੈ ਕਿ ਸ਼ਾਹਦੂ ਰੂਮੀ ਡੇਰੇ ਆਇਆ ਕਿ ਕਿੱਥੇ ਆਇਆ ਉਹਨੇ ਕਿਹਾ ਵੀ ਇਦਦਨੋ ਲੈ ਕੇ ਜਾਓ ਕਿਸਾਨ ਉਹਨੇ ਬਹੁਤ ਵੱਡੀ ਤਦਾਦ 'ਚ ਮੁਖਸਰ ਫਰੀਦਕੋਟ ਤੇ ਆਪਣੀ ਇਸ ਇਲਾਕੇ 'ਚ ਉਹ ਹਨਾ ਬਠਿੰਡੇ ਦੇ ਤੇ ਇਧਰੋਂ ਕਿਸਾਨਾਂ ਨੂੰ ਉਹਨੇ ਇਨਵਾਈਟ ਕੀਤਾ ਤੇ ਉਹਨਾਂ ਨੂੰ ਜ਼ਮੀਨਾਂ ਅਲੋਟ ਕੀਤੀਆਂ ਹਾਲਾਂਕਿ ਉਹ ਖਰੀਦੀਆਂ ਹੀ ਆਪਣੇ ਲੋਕਾਂ ਨੇ ਤ론 ਨੂੰ ਜਮੀਨਾਂ ਨੂੰ ਸਵਾਰਿਆ ਤੇ ਉਥੇ ਇਸ ਕਰਕੇ ਸਾਡੀ ਆਬਾਦੀ ਬਹੁਤ ਵੱਡੀ ਹੈ ਆਪਾਂ ਗੰਗਾ ਨਗਰ ਏਰੀਏ ਗੰਗਾ ਨਗਰ ਤੇ ਹਨੂਮਾਨ ਗੜ੍ਹੂ 6-7 ਤਸੀਲਾਂ ਉਹਨਾਂ ਵਿੱਚ ਬਹੁਤ ਜ਼ਿਆਦਾ ਆਬਾਦੀ ਹੈ ਆਪਣੀ ਆਮ ਇਹ ਮਿਸਟੇਕਨ ਨਹੀਂ ਹੁੰਦੀ ਹੈ ਗੱਲ ਕਿ ਉਹਨਾਂ ਨੇ ਜਿਵੇਂ ਆਪਾਂ ਨੂੰ ਦਾਨ ਦਿੱ ਕੋਈ ਆਪਾਂ ਨੂੰ ਵਸਾਇਆ ਇਹ ਗੱਲ ਨਹੀਂ ਉਹਨੇ ਇੱਕ ਸਾਲ ਐਕਸਪੈਰੀਮੈਂਟ ਕਰਕੇ ਵੇਖ ਲਿਆ ਕਿ ਵੀ ਇਹਨਾਂ ਤੋਂ ਬਿਨਾਂ ਸਰਨਾ ਨਹੀਂ ਤਾਂ ਉਹ ਲੈ ਕੇ ਗਿਆ ਹੂੰ ਤੇ ਉਹ ਸ਼ਾਇਦ ਮੈਨੂੰ ਉਹ ਨਾਂ ਭੁੱਲਦਾ ਕਿਹੜੇ ਡੇਰੇ ਦਾ ਜਿਨ੍ਹਾਂ ਨੇ ਉਹਨੂੰ ਕਿਹਾ ਸੀ ਵੀ ਜੇ ਇੱਥੋਂ ਕਿਸਾਨ ਲੈ ਜਾਏਗਾ ਤਾਂ ਹੀ ਤੇਰੀ ਗਤੀ ਹੋਣੀ ਆ ਹੂੰ ਉਹ ਉਹ ਗਤੀ ਸਮਝ ਲਓ ਉਸ ਇਲਾਕੇ ਦੀ ਹੋ ਗਈ ਆ ਜੋ ਬਹੁਤ ਗੁੱਡ ਮਨ ਲਵੀਟ ਪ੍ਰੋਡਿਊਸਿੰਗ ਜਾਂ ਚੰਗਾ ਪ੍ਰੋਡਿਊਸਿੰਗ ਏਰੀਆ ਸਾਡੇ ਬਜ਼ੁਰਗ ਵੀ ਉੱਥੇ ਗਏ ਸੀਗੇ ਉਹਨਾਂ ਨੇ ਵੀ ਅਸੀਂ ਚੱਕਾਂ ਚ ਜੀ ਪਿੰਡਾਂ ਲਈਆਂ ਅਸੀਂ ਵੀ ਚਲੋ ਠੀਕ ਆ ਸਾਨੂੰ ਵੀ ਉਹਦਾ ਐਡਵਾਂਟੇਜ ਹੋਇਆ ਅਸੀਂ ਗਰੋ ਕਰ ਗਏ ਫਾਈਨੈਂਸ਼ਲੀ ਪਰ ਜ਼ਰੂਰਤ ਰਾਜੇ ਦੀ ਆਪਣੇ ਨਾਲ ਵਾਅਦਾ ਸੀ ਹੂੰ ਠੀਕ ਆ ਇਹ ਪਹਿਲੀ ਸਮਝ ਲਓ ਸਾਡੀ ਪਾਣੀ ਦੀ ਜਿਹੜਾ ਪੰਜਾਬ ਦੇ ਵਿੱਚੋਂ ਪਾਣੀ ਪਹਿਲੀ ਵਾਰ ਬਾਹਰ ਗਿਆ ਜਿਹੜਾ 191900 ਦੇ ਵਿੱਚ ਗਿਆ ਇਹਦੇ ਵਿੱਚ ਜੇ ਆਪਾਂ ਦੋ ਚੀਜ਼ਾਂ ਵੇਖੀਏ ਤਾਂ ਪਹਿਲੀ ਗੱਲ ਤਾਂ ਅੰਗਰੇਜ਼ ਦੀ ਆਪਦੀ ਲੋੜ ਸੀ ਉਹਨੇ ਆਪ ਦਾ ਉਹ ਬੰਦਾ ਖੁਸ਼ ਕਰਨਾ ਸੀ ਪੰਜਾਬ ਦਾ ਵਿੱਚ ਕੋਈ ਇੰਟਰਸਟ ਨਹੀਂ ਸੀ ਹੂੰ ਉਹਨਾਂ ਨੇ ਆਪ ਦਾ ਉਹ ਬੰਦਾ ਖੁਸ਼ ਕਰਨਾ ਸੀ ਜੀ ਜਿਹਨੇ ਉਹਨਾਂ ਨੂੰ ਜੰਗ 'ਚ ਮਦਦ ਕੀਤੀ ਮਦਦ ਕੀਤੀ ਮਤਲਬ ਜੰਗ ਅੰਗਰੇਜ਼ ਦੀ ਜਰਮਨੀ ਨਾਲ ਹਾਂ ਬਲਡਵਾਰ ਇੱਕ ਉਹਦੇ ਵਿੱਚ ਰਾਜੇ ਨੇ ਬਾਹਰ ਦੇ ਨੇ ਮਦਦ ਕੀਤੀ ਲੁੱਟਿਆ ਗਿਆ ਰਿਸੋਰਸ ਪੰਜਾਬ ਪੰਜਾਬ ਦਾ ਵੀ ਅਸਲ ਜਿਹੜਾ ਫਾਨਾਗਾ ਉਹ ਇੱਥੇ ਇੱਥੋਂ ਸ਼ੁਰੂ ਹੋਇਆ ਠੀਕ ਹੈ ਜੀ ਦੂਜੀ ਗੱਲ ਉੱਥੇ ਖੇਤੀ ਨਹੀਂ ਹੁੰਦੀ ਸੀ ਉਹ ਚੱਲ ਨਹੀਂ ਪਾਰਿਆ ਸੀ ਉਹਦੇ ਤੋਂ ਕੰਮ ਹੈ ਠੀਕ ਆ ਆਪਾਂ ਨੂੰ ਫਾਇਦਾ ਹੋਇਆ ਉਹਦਾ ਕੋਈ ਨਹੀਂ ਆਪਾਂ ਫਾਈਨੈਂਸ਼ਲੀ ਫੈਲੇ ਆ ਆਪਾਂ ਗਰੋਅ ਕੀਤੇ ਆ ਫਾਈਨੈਂਸ਼ਲੀ ਬਟ ਆਪਾਂ ਕਹੀਏ ਕਿ ਉਹਨੇ ਕੋਈ ਆਪਣੇ ਤੇ ਆਸਾਨ ਕਰਤਾ ਇਹ ਨਹੀਂ ਕੀਤਾ ਆਪਾਂ ਲੈ ਜਾ ਕੇ ਉਹਦੀ ਏਰੀਆ ਨੂੰ ਜ਼ਰਖੇਜ਼ ਕੀਤਾ ਉਹਨਾਂ ਟਿੱਬਿਆਂ ਨੂੰ ਵਾਇਆ ਜਿਹੜੇ ਕਿ ਸੋਚ ਹੀ ਨਹੀਂ ਸੀ ਆਦਮ ਕਦ ਬੰਦੇ ਤੋਂ ਵੀ ਕਈ ਕੀ ਫੁੱਟ ਉੱਚੇ ਟਿੱਬੇ ਸੀਗੇ ਉਠਾਂ ਤੋਂ ਵੀ ਉੱਚੇ ਸੀਗੇ ਮਤਲਬ ਇੰਨੀ ਡਿਫਿਕਲਟ ਲਾਈਫ ਸੀ ਤੁਸੀਂ ਇਹ ਵੇਖੋ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਭੋਲੂ ਵਾਲਾ ਇੱਕ ਸਟੇਸ਼ਨ ਆ ਹੁਣ ਪਾਕਿਸਤਾਨ ਚ ਉਹਨੂੰ ਮੈਕਲੌਇਡ ਗੰਚ ਕਹਿੰਦੇ ਹ ਹ ਉੱਥੇ ਉਤਰਦੇ ਹੁੰਦੇ ਸੀ ਕੋਟਕਪੂਰੋਂ ਟ੍ਰੇਨ ਕੋਟਕਪੂਰੋਂ ਅਬੋਰ ਜਾਣਾ ਪਹਿਲਾਂ ਅਬੋਰੋਂ ਟ੍ਰੇਨ ਫੜਨੀ ਹੂੰ ਅਬੋਰੋਂ ਟ੍ਰੇਨ ਫੜ ਕੇ ਉੱਥੇ ਉਤਰਨਾ ਹੂੰ ਮੈਕਲੌਇਡ ਗੰਚ ਤੇ ਤੇ ਮੈਕਲੌਇਡ ਗੰਚ ਤੋਂ 36 ਮੀਲ ਹੂੰ ਸੀਗਾ ਜਿਹੜਾ ਸਾਡਾ ਪਿੰਡ ਸੀਗਾ ਚੱਕ ਸੀ ਉਸ ਤੁਰ ਕੇ ਪਹੁੰਚਦੇ ਅੱਛਾ ਉਹਨੂੰ ਮਕਲੌੜ ਗੰਚ ਕਹਿੰਦਾ ਕਿ ਇੱਧਰ ਵੀ ਆ ਨੀ ਉਹ ਮਕਲੋਡਗਾ ਤਾਂ ਉੱਤਰਾ ਉਹ ਤੇ ਅੱਜ ਕੱਲ ਉਹਨੂੰ ਉਹਨੂੰ ਭੋਲੂ ਵਾਲਾ ਕਹਿੰਦੇ ਹੁੰਦੇ ਸੀ ਅੱਛਾ ਇਸੇ ਤਰ੍ਹਾਂ ਉਹ ਸਟੇਸ਼ਨ ਸੀਗਾ ਤੇ ਇੱਕ ਫਿਰ ਇੱਕ ਅੰਦਰ ਇੱਕ ਨੇੜੇ ਵੀ ਰਾਜੇ ਨੇ ਵੀ ਬਣਾਇਆ ਸੀ ਦਲਪਤ ਸਿੰਘ ਉਹ ਆਪਣੇ ਹੁਣ ਭਾਰਤ ਚ ਹੀ ਆ ਕੇ Rajasthan ਚ ਆ ਉਹਨੂੰ ਟੇਸ ਨਹੀਂ ਕਹਿੰਦੇ ਹੁੰਦੇ ਸੀ ਆਪਣੇ ਲੋਕ ਹਨਾ ਕਿ ਇਹ ਟੇਸ ਨਹੀਂ ਆ ਕਿ ਉਹ ਟੇਸ ਨਹੀਂ ਤਾਂ ਆ ਕਹਿੰਦੇ ਸੀ ਕਿ ਵੀ ਉਦੋਂ ਅਸੀਂ ਪੁੱਛਣਾ ਕਿ ਵੀ ਤੁਸੀਂ ਉਹ ਦਸ ਕਿ ਮੀਲ ਤੇ ਹੀ ਆ ਹਨਾ ਤਾਂ ਉਹ ਪੁੱਛਣਾ ਵੀ ਤੁਸੀਂ ਉਹ ਟੇਸ ਨਹੀਂ ਤੇ ਕਿਉਂ ਨਹੀਂ ਉੱਤਰਦੇ ਸੀ ਵੀ ਇੰਨੀ ਦੂਰ ਕਿਉਂ ਉੱਤਰਦੇ ਸੀਗੇ ਤਾਂ ਉਹਨਾਂ ਨੇ ਦੱਸਿਆ ਕਿ ਵੀ ਉਹਦੇ ਆਸਤੇ ਪਹਿਲਾਂ ਅਬੂਰੋਂ ਗੰਗਾ ਨਗਰ ਹੋਣਾ ਪੈਂਦਾ ਹੁੰਦਾ ਸੀ ਜਾਂ ਹਨੂਮਾਨ ਘੜਾਉਣਾ ਪੈਂਦਾ ਸੀ ਔਰ ਕਨਾਲ ਲੂਪ ਤੇ ਸੀਗਾ ਅਬੂਰੋਂ ਗੰਗਾ ਨਗਰ ਦੀ ਕੋਈ ਕਨੈਕਟੀਵਿਟੀ ਨਹੀਂ ਸੀ ਉਦੋਂ ਹਮ ਅੱਜ ਤਾਂ ਆਪਾਂ ਮਿੰਟਾਂ 'ਚ ਪਹੁੰਚ ਜਾਂਦੇ ਆ ਨਾ ਆਪਾਂ ਨੂੰ ਲੱਗਦਾ ਹੀ ਕੁਝ ਨਹੀਂ ਕੀਤਾ ਗੰਗਾ ਨਗਰ ਘੜਾ ਪਰ ਉਦੋਂ ਇੰਨੀ ਮੁਸ਼ਕਲ ਚ ਉਹ ਲੋਕਾਂ ਨੇ ਜਾ ਕੇ ਟਿੱਬਿਆਂ ਨੂੰ ਕਲੀਅਰ ਕੀਤਾ ਨੇਰੀਆਂ ਚੱਲਦੀਆਂ ਸੀ ਬੁਰਾ ਹਾਲ ਸੀ ਹਨਾ ਤੇ ਬਹੁਤ ਡਿਫਿਕਲਟੀ ਨਾਲ ਉਹ ਜ਼ਮੀਨਾਂ ਬਣਾਈਆਂ ਜਿਹੜੀਆਂ ਤੇ ਉਹ ਉੱਥੇ ਆਪਣੇ ਲੋਕ ਸੈਟਲ ਹੋਏ ਤੇ ਹੁਣ ਤੱਕ ਵੀ ਪੰਜਾਬ ਦਾ ਰਵਈਆ ਜਿਹੜਾ ਰਿਹਾ ਉਹ ਆਪਦੇ ਲੋਕਾਂ ਨੂੰ ਜਿਹੜੇ ਉੱਥੇ ਸੈਟਲ ਹੋਏ ਹੋਏ ਆ ਉਹਦੇ ਵਿੱਚੋਂ ਪਾਣੀ ਆਪਾਂ ਲੋਕ ਦਿੰਦੇ ਰਹੇ ਗੰਗਾਂ ਕਨਾਲ ਨੂੰ 2400 uh, 2700 ਕਿਊਸਕ ਦੀ ਉਹ ਕਨਾਲ ਆ ਉਹਦੇ ਵਿੱਚ ਪਾਣੀ ਦਿੰਦੇ ਰਹੇ ਮਸਲਾ ਆ ਜਾਂਦਾ ਜਦੋਂ ਫੇਰ ਲੁੱਟ ਵਧਾਉਂਦੇ ਗਏ ਉਹ ਇੱਕ ਮੈਨੂੰ ਹੋਰ ਦੱਸਦਾ ਮੈਂ ਤੁਹਾਨੂੰ ਰੋਕ ਰਿਹਾ ਵੀ ਉਦੋਂ ਜਿਹੜਾ ਇਹ 1919 'ਚ ਇਹ ਸਾਰਾ ਕੁਝ ਹੋਇਆ 27 ਦੇ ਵਿੱਚ ਚੱਲ ਪਈ ਨਹਿਰ ਫਿਰ ਇੱਥੋਂ ਲੋਕ ਵੀ ਗਏ ਵੀ ਉਹਦੋਂ ਕੋਈ ਇਹੋ ਦਾ ਉਹ ਜਿਵੇਂ ਆਪਾਂ ਕਹਦੇ ਆ ਧਾਰਾ ਜਾਂ ਕੋਈ ਕਲੋਜ਼ ਇਹ ਜਾਨੀ ਜੋੜਿਆ ਗਿਆ ਸੀ ਵੀ ਤੁਸੀਂ ਸਾਨੂੰ ਭਾਈ ਪੈਸੇ ਦੇਣੇ ਜਾਂ ਜਿਹੜੀਆਂ ਉਹ ਗੱਲ ਹੁੰਦੀ ਆ ਰਿਪੇਰੀਅਨ ਲਾਅ ਵਾਲੀ ਕਿ ਉਹ ਬਸ ਆਈ ਸੀ ਵੀ ਉਹ ਅੰਗਰੇਜ਼ਾਂ ਨੇ ਰਾਜੇ ਤੇ ਫੇਵਰ ਕਰਤਾ ਕਿਉਂਕਿ ਰਾਜੇ ਦਾ ਫੇਵਰ ਅੰਗਰੇਜ਼ਾਂ ਦੇ ਸੀ ਬਸ ਐਨੀ ਗੱਲ ਹੀ ਸੀ ਨਹੀਂ ਉਹਦੇ ਵਿੱਚ ਇੱਕ ਕਲੋਜ਼ ਹੁੰਦਾ ਕਿ ਉਹ ਸੀਨਰੇਜ ਦਿੰਦੇ ਸੀਗੇ ਉਹ ਆਪਾਂ ਲੋਕ ਇੱਥੇ ਗਲਤ ਇੰਟਰਪ੍ਰੀਟ ਕਰਦੇ ਆ ਕਿ ਰਾਇਲਟੀ ਦਿੰਦੇ ਸੀ ਰਾਇਲਟੀ ਨਹੀਂ ਦਿੰਦੇ ਸੀ ਉਹ ਉਹਦੇ ਕਰਕੇ ਜਿਹੜੇ ਲਾਸਸਿਜ਼ ਕੁਝ ਹੁੰਦੇ ਸੀਗੇ ਹਮ ਇੱਥੇ ਪੰਜਾਬ ਦੇ ਵਿੱਚ ਉਹਦਾ ਉਹ ਭੁਗਤਾਨ ਕਰਦੇ ਸੀ ਕੋਈ ਰਾਇਲਟੀ ਨਾ ਦੀ ਚੀਜ਼ ਨਹੀਂ ਉਹ ਸੀਨ ਬੰਦ ਕਰ ਦਿੱਤਾ ਗਿਆ ਕਿਉਂਕਿ ਕਾਨੂੰਨ ਆ ਗਿਆ ਕਿ ਵੀ ਪਾਣੀ ਜਦੋਂ ਇੱਕ ਦੂਜੇ ਨੂੰ ਸੂਬੇ ਨੂੰ ਦਿੱਤਾ ਜਾਊਗਾ ਤਾਂ ਉਹਦੇ 'ਚ ਪੈਸਾ ਨਹੀਂ ਦਿੱਤਾ ਜਾਊਗਾ। ਨਹੀਂ ਮਤਲਬ ਉਹ ਕੀ ਜਿਹੜਾ ਉਹ ਦਿੰਦੇ ਸੀ ਨਰੇਜ ਜੀ ਨੂੰ ਤੁਸੀਂ ਕਹਿੰਦੇ ਉਹ ਬੜਾ ਮਾਈਨਰ ਜਿਹਾ ਪੈਸਾ ਸੀ। ਬੀ ਜਿਹੜਾ ਉਹ ਪਾਣੀ ਵੀ ਨਹਿਰ ਵੇਖੋ ਨਾ ਉਹ ਨਹਿਰ ਜਿਵੇਂ ਆਪਾਂ ਕਹਦੀਏ ਵੀ ਇੱਥੋਂ ਨਹਿਰ ਜਾ ਰਹੀ ਹੈ ਤਾਂ ਰਾਹ ਚ ਟੁੱਟ ਗਈ ਕਿਤੇ। ਉਹ ਸੀਨਰੇਜ ਆਏ ਆ ਕਿ ਵੀ ਵੇਖੋ ਜਦੋਂ ਨਹਿਰ ਜਾ ਰਹੀ ਆ ਹਨਾ ਉਹਨੇ ਕਈ ਲਾਸਸ ਕਰ ਦੇਨੇ ਆ ਆਸੇ ਪਾਸੇ। ਹੂੰ ਠੀਕ ਆ ਨਾ ਜਾਂ ਇਲਾਕੇ ਦੇ ਜੇ ਤਾਂ ਪਸ਼ੂ ਡੰਗਰ ਵਿੱਚ ਡੁੱਬ ਗਿਆ ਜਾਂ ਕੁਝ ਹੋ ਗਿਆ ਨੁਕਸਾਨ ਮਤਲਬ ਸਟੇਟ ਦਾ ਨੁਕਸਾਨ ਵੀ ਹੁੰਦਾ ਸਿਓ ਉਹ ਸੀਨਰੇਜ ਹੋਣਾ ਐਕਚੁਅਲੀ ਨਾ ਸੀਨਰੇਜ ਜੇ ਨਾਰਮਲ ਡਿਕਸ਼ਨਰੀ ਦੇ ਵਿੱਚ मीनिंग ਪੜੀ ਤਾਂ ਸੀਨਰੇਜ ਤੇ ਰਾਇਲਟੀ ਇੱਕੋ ਚੀਜ਼ ਹੀ ਗਣੀ ਜਾਂਦੀ ਆ ਕਿ ਸੀਨਰੇਜ ਆ ਤਾਂ ਉਹਨੂੰ ਪੜ ਲੈਂਦੇ ਆ ਡਿਕਸ਼ਨਰੀ मीनिंग ਪਰ ਸੀਨਰੇਜ ਤੇ ਰਾਇਲਟੀ ਜਨਾ ਮਾਈਨਰ ਜਾਂ ਅੰਤਰ ਆ ਸੀਨਰੇਜ ਹੁੰਦਾ ਕੀ ਹੈ ਪਹਿਲਾਂ ਆਪਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਆ ਹਾਂ ਕੀ ਹੁੰਦਾ ਕਿ ਜਦੋਂ ਸਿੱਕਾ ਬਣਾਇਆ ਜਾਂਦਾ ਹੈ ਹੂੰ ਜੋ ਸਿੱਕਾ ਮਿੰਟ ਹੁੰਦਾ ਹੈ ਨਾ ਮਿੰਟ ਦੇ ਵਿੱਚ ਸਾਲ ਦੇ ਵਿੱਚ ਸਿੱਕਾ ਬਣਦਾ ਹੈ ਹਾਂ ਤਾਂ ਜਿਹੜੀ ਸਿੱਕਾ ਹੁੰਦਾ ਉਹ ਜੇ ਸਮਝ ਲਓ ਉਹ ਇੱਕ ਤੋਲੇ ਦਾ ਹੈ ਹਾਂ ਤਾਂ ਉਹ 24 ਕੈਰਟ ਸੋਨਾ ਨਹੀਂ ਹੁੰਦਾ ਹੂੰ ਉਹ 22 ਕੈਰਟ ਵੀ ਨਹੀਂ ਹੁੰਦਾ ਉਹ 18 ਜਾਂ 18.5 ਕੈਰਟ ਸੋਨਾ ਹੁੰਦਾ ਪਰ ਉਹਦੀ ਜਿਹੜੀ ਵੈਲਿਊ ਹੁੰਦੀ ਆ ਉਹ ਪੂਰੀ ਇੱਕ ਉਹਦੇ ਜਿੰਨੀ ਹੁੰਦੀ ਆ ਉਸ ਪੂਰੇ 24 ਕੈਰਟ ਜਿੰਨੀ ਹੁੰਦੀ ਆ ਜਿਵੇਂ ਜਿਹੜੀ ਅੰਗਰੇਜ਼ਾਂ ਦੇ ਵਿੱਚ ਗਿੰਨੀ ਛਾਪ ਬਣਾਉਂਦੇ ਸੀ ਗਿੰਨੀਆਂ ਕਹਿੰਦੇ ਸੀ ਆਪਣੇ ਪੁਰਾਣੇ ਬਜ਼ੁਰਗਾਂ ਕੋਲੇ ਵੀ ਹੁੰਦੀਆਂ ਸੀ ਉਹ ਉਸ ਦਾ ਬਹੁਤ ਛੋਟੇ ਪਹਿਲਾਂ ਗਿੰਨੀਆਂ ਵਿਆਹਛ ਵੀ ਦਿੱਤੀਆਂ ਜਾਂਦੀਆਂ ਵੀ 11 ਗਿੰਨੀਆਂ ਦੇਗੇ ਫਲਾਣੇ ਦੇਣਗੇ ਫਿਰ ਉਹ ਕੋਇਨਸ ਹੀ ਹੁੰਦੇ ਸੀ ਐਕਚੁਅਲੀ ਗਿੰਨੀ ਇਜ਼ ਅ ਕੋਇਨ ਤਾਂ ਸੋਨੇ ਦੀ ਬਣਦੀ ਸੀ ਗਿੰਨੀ 18 ਕੈਰਟ ਸੋਨੇ ਦੀ ਬਣਦੀ ਸੀ ਉਹ ਜਿਹੜਾ ਡਿਫਰੈਂਸ ਪਾਉਂਦੇ ਸੀ ਵਿੱਚ ਸੋਨਾ ਕੱਢ ਲੈਂਦੇ ਸੀ ਉਹ ਕੈਰਟ ਘਟਾਉਂਦੇ ਸੀਗੇ ਉਹਨੂੰ ਸੀਨਰੇ ਵਿੱਚ ਕਹਿੰਦੇ ਸੀ ਉਹ ਟਕਸਾਲ ਤੇ ਬਣਨ ਦਾ ਖਰਚਾ ਰਾਜੇ ਦਾ ਖਰਚਾ ਜਿਹਨੂੰ ਆਪਾਂ ਜੀ ਅੱਜਕਲ ਸਟੈਂਪ ਡਿਊਟੀ ਕਹ ਦਈਏ ਹਾਂ ਜਿਵੇਂ ਆਪਾਂ ਸਨੈਰ ਤੋਂ ਕੁਝ ਬਣਾਇਆ ਕੋਈ ਕੜਾਈ ਲੈਂਦਾ ਹੈਗਾ ਉਹ ਕਹਿੰਦੇ ਵੀ ਡਰਾਫਟ ਬਣਾਉਣਗੇ ਵੀ ਉਹਨੇ 1% ਜਾਂ ਅੱਧਾ ਪਰਸੈਂਟ ਜਾਂ ਨੇਰ 'ਤੇ ਚਾਰਜ ਕਰ ਲਿਆ ਹਾਂ ਸਨੈਰ ਅੱਜ ਵੀ ਲੈਂਦਾ ਕੋਈ ਕੜਾਈ ਵਗੈਰਾ ਲੈਂਦੇ ਆ ਹਾਂ ਜਿਵੇਂ ਹੁਣ ਆਪਾਂ ਨਹੀਂ ਉਹ ਕੜਾਈ ਹੋਰ ਹੋ ਗਈ ਇਹ ਸਰਕਾਰ ਲੈਂਦੀ ਸੀ ਹੂੰ ਠੀਕ ਹੈ ਫੋਰ ਐਗਜ਼ਾਮਪਲ ਅੱਜਕਲ ਜਿਵੇਂ ਹੁਣ ਕਹ ਰਹੇ ਵੀ ਜੇ ਤੁਸੀਂ ਯੂਪੀਆਈ ਤੇ ਇੰਨੀ ट्रांजੈਕਸ਼ਨ ਕਰੋਗੇ ਤਾਂ ਵਿੱਚੋਂ ਕੱਟ ਲਵਾਂਗੇ ਅਸੀਂ ਹੂੰ ਅੱਛਾ ਠੀਕ ਹੈ ਤਾਂ ਸਿਨਰੇ ਜੇ ਹੁੰਦੀ ਸੀ ਉਹਦੇ ਨਾਲ ਸਰਕਾਰਾਂ ਨੂੰ ਵੀ ਫਾਇਦਾ ਹੁੰਦਾ ਦੇਪ ਬੁਰੇ ਹੁੰਦੇ ਸੀਗੇ ਤਾਂ ਇਹ ਸੀਨਰੇਜ ਹੈ ਸੀਨਰੇਜ ਦਾ ਮਤਲਬ ਵਿੱਚੋਂ ਜਿਹੜਾ ਉਹਨੇ ਹਿੱਸਾ ਆਪਦੇ ਲੌਸਸਿਜ਼ ਨੂੰ ਜਾਂ ਆਪਦੇ ਕੰਮ ਨੂੰ ਕਵਰ ਕਰਨ ਦਾ ਲੈਣਾ ਤਾਂ ਉਹ ਦਿੱਤਾ ਜਾਂਦਾ ਸੀ ਇਹ ਮਿਸ ਇੰਟਰਪ੍ਰੀਟ ਕੀਤਾ ਜਾਂਦਾ ਕਿ ਉਹਨੂੰ ਰਾਇਲਟੀ ਮਿਲਦੀ ਸੀ ਪੰਜਾਬ ਨੂੰ ਹੂੰ ਯਾਨੀ ਗੱਲ ਸੀਗੀ ਅੱਛਾ ਕਦੇ ਵੀ ਨਹੀਂ ਸੀ ਯਾਨੀ ਸੀ ਰਾਇਲਟੀ ਵਰਡ ਨਹੀਂ ਵਰਡ ਯੂ ਸੀਨਰੇਜ ਦਾ ਡਾਕੂਮੈਂਟ ਐਗਰੀਮੈਂਟ ਤੁਸੀਂ ਪੜ੍ਹ ਸਕਦੇ ਹੋ ਵੇਖ ਸਕਦੇ ਹੋ ਹੂੰ ਹੁਣ ਉਹਨੂੰ ਉਹਵੇਂ ਕਵਰ ਕਰ ਦਿੰਦੇ ਆ ਕਿ ਉਹ ਪੈਸੇ ਭੇਜ ਦਿੰਦੇ ਵੀ ਰਿਪੇਅਰ ਕਰਾ ਦੋ ਸਾਡੀਆਂ ਇਹ ਕਰ ਦੋ ਹੂੰ ਅੱਛਾ ਇਹ ਤੁਸੀਂ ਕਹਿੰਦੇ ਹੋ ਵੀ 27 ਤੋਂ ਲੈ ਕੇ 56 ਤੱਕ ਇਹ ਆ ਹੀ ਚੱਲਿਆ ਜੀ ਚੱਲਦਾ ਰਿਹਾ ਤੇ ਉਦੋਂ ਬਾਅਦ ਉਸੇ ਬੇਸਿਸ ਦੇ ਉੱਤੇ ਫੇਰ ਅੰਗਰੇਜ਼ਾਂ ਤੋਂ ਉਹਨਾਂ ਨੇ ਫੇਰ ਅਗਲੀ ਨਹਿਰ ਵੀ ਮੰਗੀ ਕਿ ਰਾਜਸਥਾਨ ਉਹਦਾ ਵੇਖੋ ਨਾ ਭੁੱਖ ਵਧ ਗਈ ਹੁਣ ਉਹਦੇ ਕੋਲ ਇੱਕ ਚੀਫ ਇੰਜੀਨੀਅਰ ਸੀ ਅਕਮਵਰਸ ਹੈ ਉਹਨੇ ਕਿਹਾ ਜੀ ਆਪਾਂ ਹੋਰ ਇਲਾਕਾ ਵੀ ਆਪਣਾ ਜ਼ਰਕੇਜ਼ ਕਰ ਲਈਏ ਹੈਨਾ ਤਾਂ ਉਹਨੇ ਫੇਰ ਅਪਲਾਈ ਕੀਤਾ ਕਿ ਸਾਨੂੰ ਹੋਰ ਦਿਓ ਪਾਣੀ ਫੇਰ ਉਦੋਂ ਇੱਕ ਐਂਡਰਸਨ ਕਮੇਟੀ ਰਿਪੋਰਟ ਇੰਡਸ ਕਮੇਟੀ ਬਣੀ ਜਿਹਦਾ ਐਂਡਰਸਨ ਕਮੇਟੀ ਕਹਿੰਦੇ ਆ ਐਂਡਰਸਨ ਕਮੇਟੀ ਨੇ ਕਿਹਾ ਕਿ ਨਹੀਂ ਪਾਣੀ ਉਨਾ ਹੀ ਦੇਣਾ ਜਿਹਦੀ ਬਹੁਤ ਜਿਆਦਾ ਜ਼ਰੂਰਤ ਆ ਇਹ ਨਹੀਂ ਕਿ ਸਾਰਾ ਚੱਕ ਕੇ ਪਾਣੀ ਤੁਸੀਂ ਡੇਜ਼ਰਟ ਨੂੰ ਗ੍ਰੀਨ ਕਰਨ ਲੱਗ ਜਾਓਗੇ ਸੋ ਅੰਗਰੇਜ਼ ਇੰਨਾ ਖ ਸਿਆਣਾ ਸੀਗਾ ਕਿ ਉਹਨੇ ਉਹ ਰੋਕ ਲਾਤੀ ਹਮ ਪਰ ਇਹ ਸਾਰਾ ਕੁਝ 1947 ਤੋਂ ਬਾਅਦ ਬਦਲ ਗਿਆ ਹਮ ਉਦੋਂ ਬਾਅਦ ਨਵੀਂ ਸੋਚ ਬਣ ਗਈ ਇੱਥੇ ਉਦੋਂ ਬਾਅਦ ਜੋ ਪਾਖੜਾ ਦੀ ਜ਼ਰੂਰਤ ਹੈ ਰਾਹੀ ਵੀ ਪਾਣੀ ਜਾਣ ਲੱਗ ਗਿਆ ਗੰਗਨਾਲ ਤਾਂ ਜਾ ਹੀ ਰਿਹਾ ਸੀ ਇੱਕ ਨਵੀਂ ਪਲਾਨ ਬਣ ਗਈ ਕਿ ਰਾਜਸਥਾਨ ਕਨਾਲ ਤਾਂ ਨਹੀਂ ਵੀ ਰਾਜਸਥਾਨ ਨੂੰ ਪਾਣੀ ਹੂੰ ਤਾਂ ਇੱਥੋਂ ਲੁੱਟ ਸ਼ੁਰੂ ਹੋਈ ਜਿੱਤੋਂ ਮੈਂ ਸ਼ੁਰੂ ਕੀਤੀ ਲੰਬੀ ਬਹੁਤ ਹੋ ਗਈ ਆਪਣੀ ਗੱਲ ਪਰ ਹੁਣ ਇੱਥੇ ਆਊਗਾ ਉਹੀ ਪੇਜ ਜਿਹੜਾ ਆਪਾਂ ਕਹਿੰਦੀਏ 47 ਤੋਂ ਬਾਅਦ ਜਿਹਨੂੰ ਅਸੀਂ ਕਹਨੇ ਆਂ ਵੀ ਆਜ਼ਾਦੀ ਹੋਊਗੀ ਹਾਲਾਂਕਿ ਆਪਣਾ ਤਾਂ ਆਜ਼ਾਦੀ ਸ਼ਬਦ ਤਾਂ ਚਲੋ ਗੱਲ ਕਰਾਂ ਆਪਣਾ ਤਾਂ ਟ੍ਰਾਂਸਫਰ ਆਫ ਪਾਵਰ ਹੀ ਕਹਿ ਸਕਦੇ ਆਪਣਾ ਤਾਂ ਜਾੜਾ ਹੀ ਹੋਇਆ ਹਾਂ ਆਪਣਾ ਤਾਂ ਜਾੜਾ ਹੀ ਹੋਇਆਗਾ ਵੀ ਹਾਂ ਜਿਹੜੀ ਉਹ ਕਹੇ ਟ੍ਰਾਂਸਫਰ ਪਾਵਰ ਹੋਊਗੀ ਜਾਂ ਆਪਾਂ ਕਹਿੰਦੀਏ ਵੀ ਜਿਵੇਂ ਉਹ ਇੱਕ ਸ਼ਬਦ ਕਿਹਾ ਜਾਂਦਾ ਵੀ ਆਪਣੇ ਆਪਣੇ ਵਾਲੇ ਅੰਗਰੇਜ਼ਾਂ ਦੇ ਹੱਥ ਚ ਆ ਗਿਆ ਕੰਮ ਤਾਂ ਜਿਹੜਾ ਹੁਣ ਉਹ ਲੋਕ ਸੀ ਜਿਹਦੇ ਚ ਜ਼ਿਆਦਾ ਮੈਨੂੰ ਲੱਗਦਾ ਵਕੀਲ ਲੋਕ ਸੀ ਨਹਿਰੂ ਵੀ ਖੁਦ ਵਕੀਲ ਸੀਗਾ ਤੇ ਹੋਰ ਵੀ ਆਸੇ-ਪਾਸੇ ਜਾਂ ਹੁਣ ਵੀ ਜਿਵੇਂ ਆਪਾਂ ਕਹਦੇ ਵੀ ਵਕੀਲਾਂ ਦੀ ਜ਼ਿਆਦਾ ਦਿੱਲੀ ਵਰਗੇ ਸ਼ਹਿਰਾਂ 'ਚ ਤੂਤੀ ਬੋਲਦੀ ਆ ਜਾਂ ਜਿੱਥੋਂ ਦੇਸ਼ ਚੱਲਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਇਹ ਰਾਜਸਥਾਨ ਕਨਾਲ ਜਾਂ ਹੋਰ ਚੀਜ਼ਾਂ ਆਈਆਂ ਜਿਹੜੀਆਂ ਉਹ ਫਿਰ ਉੱਥੇ ਕਿਵੇਂ ਮਤਲਬ ਉੱਥੇ ਪੰਜਾਬ ਨਾਲ ਕਿਵੇਂ ਵਿਤਕਰਾ ਚੱਲਿਆ ਜਿਹੜਾ ਅਸੀਂ ਅੱਜ ਜੇ ਕਿਸਾਨੀ ਅੰਦੋਲਨ ਹੋਇਆ ਜਾਂ ਕੋਈ ਹੋਰ ਧਰਨਾ ਲੱਗਦਾਗਾ ਜਾਂ ਜਦੋਂ ਇੱਕ ਖੇਤਰੀ ਪਾਰਟੀ ਦਾ ਕਿ ਸੇ ਕੇਂਦਰ ਸਰਕਾਰ ਦੇ ਨਾਲ ਤੋੜ ਵਿਛੋੜਾ ਹੁੰਦਾ ਉਹ ਕਹਿੰਦੇ ਆ ਵੀ ਇਹ ਤਾਂ ਸਦਾ ਸਾਡੇ ਨਾਲ ਧੋਖਾ ਕਰਦੇ ਆਏ ਆ ਭਾਈ ਦਿੱਲੀ ਸਾਡੀ ਕਦੇ ਨਹੀਂ ਹੋਈ ਮਤਲਬ ਉਹ ਜਿਹੜਾ ਸਿਸਟਮ ਸੀ ਉਹ ਕਿਵੇਂ ਖਿਲਰ ਰਿਹਾ ਮਤਲਬ ਉੱਥੇ ਪੰਜਾਬ ਨਾਲ ਕੀ ਧੋਖਾ ਹੋ ਗਿਆ ਜਿਵੇਂ ਮੈਂ ਦੱਸਿਆ ਨਾ ਕਿ ਅੰਗਰੇਜ਼ ਦੇ ਮਫਾਦਾਂ ਵਾਸਤੇ ਨਾ ਉਹਦੀ ਜੰਗ ਦੀ ਲੋੜ ਸੀਗੀ ਤਾਂ ਉਹਨੇ ਸਾਡਾ ਹੱਕ ਸਾਡਾ ਪਾਣੀ ਥੋੜਾ ਜਿਹਾ ਮਤਲਬ ਉਹ ਤਾਂ ਥੋੜਾ ਸੀਗਾ ਅਸਰ ਨਹੀਂ ਲੱਪਣ ਜ਼ਿਆਦਾ ਲੱਗਿਆ ਉਹਨੇ ਉਹ ਪਾਣੀ ਅੰਗਰੇਜ਼ ਉਹਨੂੰ ਦੇ ਦਿੱਤਾ ਰਾਜੇ ਨੂੰ ਉਸ ਤੋਂ ਬਾਅਦ ਵੀ ਇਹ ਪਾਲਿਸੀ ਹੀ ਚੱਲੀ ਪਰ ਬਹੁਤ ਵੱਡੇ ਸਕੇਲ ਤੇ ਮਤਲਬ ਕਿ ਵੀ ਆਪਾਂ ਨੂੰ ਜਿਵੇਂ ਜਿਵੇਂ ਆਪਣੇ ਲੀੜੇ ਲਾ ਲੈ ਜਾ ਨੰਗੀ ਕਰ ਦੋ ਆਪਾਂ ਨੂੰ ਠੀਕ ਹੈ ਉਹ ਕਿਵੇਂ ਹੋਇਆ ਕਿ 48 ਤੋਂ ਬਾਅਦ ਪਾਕਿਸਤਾਨ ਤੇ ਭਾਰਤ ਵੰਡੇ ਗਿਆ ਐਕਚੁਅਲੀ ਤਾਂ ਪੰਜਾਬ ਵੀ ਵੰਡਿਆ ਗਿਆ ਸਹੀ ਮੈਨੇ ਤਾਂ ਲਹਿੰਦਾ ਤੇ ਚੜ੍ਹਦਾ ਪੰਜਾਬ ਦੋ ਹੋ ਗਏ ਉਹਨਾਂ ਦੇ ਨਾਲ ਜਿਹੜਾ ਲਹਿੰਦਾ ਪੰਜਾਬ ਸੀ ਟੋਟਲ ਪੰਜਾਬ ਦਾ ਜਿਹੜਾ ਰਕਬਾ ਖੇਤੀਬਾੜੀ ਵਾਲਾ ਸੀ ਉਹ 2.5 ਕਰੋੜ ਏਕੜ ਸੀਗਾ ਹੂੰ ਜੇ ਏਕੜਾ ਚਲਾਈਏ ਇਹਦੇ ਚ ਪੈਪਸੂ ਨਾ ਲਾਓ ਜੇ ਰਿਆਸਤਾਂ ਦੀਆਂ ਜ਼ਮੀਨਾਂ ਨਾਲ ਲਾਓ ਦੂਜਾ ਪੰਜਾਬ ਦਾ ਰਕਬਾ ਰਿਆਸਤਾਂ ਦਾ ਅੱਡ ਸੀਗਾ ਇਹਦੇ ਚ ਠੀਕ ਹੈ ਜੀ ਇਹ ਰਕਬਾ 2.5 ਕਰੋੜ ਏਕੜ ਦਾ ਰਕਬਾ ਪੰਜਾਬ ਦਾ ਇਰੀਗੇਟਿਡ ਸੀਗਾ ਕਨਾਲ ਇਰੀਗੇਸ਼ਨ ਸੀ ਉਹਦੇ ਵਿੱਚੋਂ 2 ਕਰੋੜ ਏਕੜ ਜਿਹੜਾ ਸੀ ਉਹ ਲਹਿੰਦੇ ਪੰਜਾਬ ਚ ਸੀ ਤੇ ਸਿਰਫ ਅੱਧਾ ਕਰੋੜ 50 ਲੱਖ ਏਕੜ ਇਧਰਲੇ ਸੀਗਾ ਹੂੰ ਜਦੋਂ ਉਧਰ ਜ਼ਿਆਦਾ ਰਕਬਾ ਚਲਾ ਗਿਆ ਨਹਿਰ ਵਾਲਾ ਤੇ ਦਰਿਆ ਸਾਰੇ ਇੱਧਰੋਂ ਸ਼ੁਰੂ ਹੁੰਦੇ ਸੀਗੇ ਤਾਂ ਇੱਥੇ ਡਿਸਪਿਊਟ ਖੜਾ ਹੋਣਾ ਸ਼ੁਰੂ ਹੋ ਗਿਆ ਹਾਂ ਕਦੀ ਉਹ ਦਿਆ ਕਰਨ ਪਾਣੀ ਇੱਧਰ ਵਾਲੇ ਕਦੀ ਨਾ ਦਿਆ ਕਰਨ ਕਦੀ ਉਹ ਜਾਦਾ ਮੰਗਿਆ ਕਰਨ ਮਤਲਬ ਬਹੁਤ ਇੱਕ ਦੂਜੇ ਨਾਲ ਡਿਸਪਿਊਟਸ ਸ਼ੁਰੂ ਹੋ ਗਏ ਇਹ ਡਿਸਪਿਊਟਸ ਜਦੋਂ ਹੁੰਦੇ ਹੀ ਪਏ ਸੀ ਹਲੇ ਤੇ ਪੰਜਾਬ ਨੇ ਭਾਰਤ ਨੇ ਇੱਕ ਬਹੁਤ ਵੱਡੀ ਪਲਾਨ ਕਾਢ ਲਈ ਜਿਹਨੂੰ ਉਹਨੇ ਕਿਹਾ ਵੀ ਅਸੀਂ ਪੰਜਾਬ ਹਿੰਦੂਸਤਾਨ ਦਾ ਜਿਹੜਾ ਰੇਗਿਸਤਾਨ ਆ ਜਿਹੜਾ ਉਹ ਰਾਜਸਥਾਨ ਕਨਾਲ ਉਹਨੇ ਮਨਾ ਕੀਤੀ ਸੀ ਅੰਗਰੇਜ਼ ਨੇ ਉਹ ਅਸੀਂ ਬਣਾਵਾਂਗੇ ਉਦੇ ਦੋ ਵੱਡੇ ਮਕਸਦ ਸੀਗੇ ਇੱਕ ਤਾਂ ਹਰੇ ਹਰੀਕਰਾਂ ਅਮਲ ਉਹ ਸਾਰੀ ਆਪਣਾ ਏਰੀਆ ਵਧਾਉਣਾ ਐਗਰੀਕਲਚਰ ਦਾ ਦੂਜਾ ਦਾ ਇਹ ਸੀਗਾ ਕਿ ਇੱਕ ਤਰ੍ਹਾਂ ਦੀ ਇੱਕ ਨੇਚਰਲ ਡਿਫੈਂਸ ਵੀ ਉਹ ਬਣਾਉਣਾ ਚਾਹੁੰਦੇ ਸੀ ਪਾਕਿਸਤਾਨ ਦੇ ਅਟੈਕ ਨੂੰ ਉਧਰਲੇ ਪਾਸਿਓਂ ਹੂੰ ਮਿਲਟਰੀ ਆਬਸਟੈਕਲ ਵੀ ਬਣਾਉਣਾ ਚਾਹੁੰਦੇ ਸੀ ਤਾਂ ਉਹ ਦੋ ਰੀਜਨਸ ਕਰਕੇ ਉਹਨਾਂ ਨੇ ਉਹ ਕੰਮ ਸ਼ੁਰੂ ਹੋ ਗਿਆ ਜੀ ਜਦੋਂ ਇਹ ਸ਼ੁਰੂ ਹੋਇਆ ਤਾਂ ਇਹ ਦੀ ਗੱਲਬਾਤ ਸ਼ੁਰੂ ਹੋਈ ਰੌਲਪਾ ਦਾ ਪੜਨਾ ਸ਼ੁਰੂ ਹੋਇਆ 1955 ਚ ਆ ਕੇ ਇੱਕ ਦਿੱਲੀ ਦੇ ਇੱਕ ਸੈਕਟਰੀਏਟ ਦੇ ਕਮਰੇ ਚ ਬੈ ਕੇ ਤਿੰਨ ਬੰਦਿਆਂ ਨੇ ਡਿਸਾਈਡ ਕਰ ਲਿਆ ਕਿ ਪੰਜਾਬ ਦਾ ਪਾਣੀ ਕਿਵੇਂ ਵੰਡਿਆ ਜਾਊਗਾ ਹਾਂ ਠੀਕ ਹੈ ਉਹ ਕੋਈ ਆਪਣੇ ਅਧਿਕਾਰੀ ਨਹੀਂ ਸੀ ਸੌਰੀ ਅਧਿਕਾਰੀ ਸੀਗੇ ਕੋਈ ਉਹ ਲੀਡਰ ਨਹੀਂ ਸੀਗੇ ਕੋਈ ਪੋਲਿਟਿਸ਼ੀਅਨਸ ਨਹੀਂ ਸੀ ਕਿਸੇ ਵਿਧਾਨ ਸਭਾ ਚ ਜਾਂ ਕਿਤੇ ਉਹ ਮਤਾ ਨਹੀਂ ਪਿਆ ਇੱਕ ਸਿੰਪਲ ਕਾਗਜ਼ ਉੱਤੇ ਡਿਸਾਈਡ ਹੋ ਗਿਆ ਕਿ ਇਹ ਜਿਹੜਾ ਪਾਣੀ ਆ ਇਹ ਇੰਨਾ ਪਾਣੀ ਆ ਇਹਦੇ ਵਿੱਚੋਂ 11.ਸਮ ਜਿਹੜਾ ਪਾਣੀ ਆ ਹਾਂ ਜਿਹੜੇ ਉਹ ਆਪਾਂ ਉਹ ਗੱਲ ਤੇ ਆ ਗਏ ਵੀ ਜਿਹੜੀ ਪੁਆਇੰਟਾਂ ਦੀ ਅੱਜ ਗੱਲ ਆਉਂਦੀ ਹੈ ਹਾਂ ਕਿ 8.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਦੇ ਦੋ ਹੈ ਪੰਜਾਬ ਉਹਨਾਂ ਦੇ ਨਾਲ ਚ ਪੈਪਸੂ ਅੱਡ ਸੀ ਬਾਕੀ ਪੰਜਾਬ ਇਕੱਠਾ ਸੀ ਹਿਮਾਚਲ ਹਰਿਆਣਾ ਪੰਜਾਬ ਹੈ ਨਾ ਹੈ ਇਹਦੇ ਵਿੱਚੋਂ 5 ਪੁਆਇੰਟ ਕੁਝ ਇਸ ਪੰਜਾਬ ਨੂੰ ਦੇ ਦੋ 2 1.90 ਪੈਪਸੂ ਨੂੰ ਦੇ ਦੋ ਮਤਲਬ ਆਪੇ ਬਣਾ ਲਿਆ ਉਹਨਾਂ ਨੇ ਤੇ ਹਰਾਨੇ ਦੀ ਗੱਲ ਤੁਹਾਨੂੰ ਇਹ ਦੱਸ ਦਾਂ ਕਿ ਜਿਹੜੇ ਬੈਠੇ ਸੀ ਅਧਿਕਾਰੀ ਉਹਨਾਂ ਚ ਕੋਈ ਵੀ ਜ਼ਿੰਮੇਵਾਰ ਦਾ ਉਹ ਤਾਂ ਨਹੀਂ ਸੀਗਾ ਉਹਨਾਂ ਸਾਰੇ ਉਹ ਵੀ ਬੰਨਣ ਵਾਲੇ ਸੀਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਪਾਣੀ ਕੀ ਆ ਜਦੋਂ ਉਹ ਚਿੱਠੀ ਉਹ ਡਾਕੂਮੈਂਟ ਪੰਜਾਬ ਇਸ ਸਰਕਾਰ ਨੂੰ ਮਿਲਿਆ ਜਾਂ ਗੱਲ ਹੋਈ ਤਾਂ ਉਹਦਾ ਸਭ ਤੋਂ ਪਹਿਲਾ ਇਤਰਾਜ ਇੱਕ ਲਹਿਰੀ ਸਿੰਘ ਨਾਂ ਦੇ ਜਾਟ ਮਿਨਿਸਟਰ ਸੀਗੇ ਸਦਰਨ ਹਰਿਆਣੇ ਦੇ ਉਹਨਾਂ ਨੇ ਹਟਾਇਆ ਉਹ ਕਹਿੰਦਾ ਸਾਡੇ ਕੋ ਤਾਂ ਪਾਣੀ ਹੈ ਨਹੀਂ ਅਸੀਂ ਦੇ ਕਿੱਥੋਂ ਦਾਂਗੇ ਹਾਂ ਠੀਕ ਹੈ ਨਾ ਉਹਨੇ ਰੌਲਾ ਪਾ ਲਿਆ ਮਤਲਬ ਵੇਖੋ ਨਾ ਜਿਹੜਾ ਬੰਦਾ ਖੇਤੀ ਕਰਦਾ ਉਹਨੂੰ ਪਾਣੀ ਦੀ ਕੀਮਤ ਪਤਾ ਸੀ ਕੀਮਤ ਪਤਾ ਉਹਨੇ ਰੌਲਾ ਪਾ ਲਿਆ ਉਹ ਕਹਿੰਦਾ ਵੀ ਇਹ ਤਾਂ ਕਮੇਟੀ ਨੇ ਕੁਝ ਕੀਤਾ ਮਤਲਬ ਉਹ ਪਛੜੇ ਚ ਪੈ ਗਈ ਗੱਲ ਹੂੰ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਵਫ਼ਦ ਆ ਗਿਆ ਇੱਕ ਆਪਣਾ ਯੂਐਸਏ ਦਾ ਇੱਕ ਐਟੋਮਿਕ ਇੰਜੀਨੀਅਰਿੰਗ ਕਮਿਸ਼ਨ ਦਾ ਐਟੋਮਿਕ એનર્ਜੀ ਕਮਿਸ਼ਨ ਦਾ ਚੇਅਰਮੈਨ ਰਿਆ ਸੀ ਲੇਲੈਂਥੀਅਰ ਉਹ ਭਾਰਤ ਆਇਆ ਹੋਇਆ ਸੀ ਉਹ ਜਦੋਂ ਭਾਰਤ ਘੁੰਮ ਘਮ ਕੇ ਗਿਆ ਪਾਕਿਸਤਾਨ ਚ ਵੀ ਘੁੰਮ ਕੇ ਗਿਆ ਤਾਂ ਉਹਨੇ ਜਾ ਕੇ ਇੱਕ ਸੀਰੀਜ਼ ਆਫ ਆਰਟੀਕਲਸ ਲਿਖੇ ਇੱਕ ਮੈਗਜ਼ੀਨ ਸੀ ਕਾਲੀਅਰ ਉਹਦੇ ਵਿੱਚ ਯੂਐਸਏ ਦੇ ਵਿੱਚ ਆ ਕੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਯੂਐਸਏ ਦੀ ਨਾ ਇੱਕ ਨਵੀਂ ਟਰਸਟ ਆਇਆ ਸੀ ਕਮਿਊਨਿਜ਼ਮ ਦੇ ਉਲਟਾ ਯੂ ਐਸ ਏ ਨੇ ਕੰਮ ਸ਼ੁਰੂ ਕੀਤਾ ਸੀ ਕੋਰੀਅਨ ਵਾਰ ਹੋ ਕੇ ਆ ਟੀ ਸੀਗੀ ਤੇ ਕੋਰੀਆ ਦੇ ਵਿੱਚ ਉਹ ਉਹਨਾਂ ਨੇ ਠੱਲ ਪਾਈ ਸੀਗੀ ਸਾਊਥ ਕੋਰੀਆ ਤੇ ਨਾਰਥ ਕੋਰੀਆ ਬਣਿਆ ਜਿੱਤੇ ਤਾਂ ਉਹ ਯੂ ਐਸ ਏ ਨੇ ਫਿਰ ਆਪਣਾ ਕਮਿਊਨਿਜ਼ਮ ਨੂੰ ਰੋਕਣ ਵਾਸਤੇ ਵਧਣ ਤੋਂ ਇੱਕ ਐਗਰੈਸਿਵ ਪਾਲਿਸੀ ਲਿਆਂਦੀ ਸੀ ਟਰੂਮੈਨ ਦੇ ਹੇਠ ਤਾਂ ਉਹ ਉਹ ਜਿਹੜੀ ਪਾਲਿਸੀ ਦੇ ਤਹਿਤ ਉਹ ਜਦੋਂ ਇੱਥੇ ਆਇਆ ਤਾਂ ਉਹਨੇ ਵੇਖਿਆ ਵੀ ਇੱਥੇ ਵੀ ਜੰਗ ਆ ਸਕਦੀ ਹੈ ਪਾਣੀ ਕਰਕੇ ਹੂੰ ਕੀ ਪ੍ਰੋਬਲਮ ਆ ਉਹਨੇ ਸ਼ਾਇਰ ਓਵਰ ਐਸਟੀਮੇਟ ਕਰ ਲਿਆ ਇਸ਼ੂ ਨੂੰ ਪਰ ਉਹਨੇ ਕਿਹਾ ਵੀ ਉਹਨੇ ਇੱਕ ਲੇਖ ਲਿਖਿਆ ਕਿ ਕਸ਼ਮੀਰ ਜਿਹੜਾ ਉਹ ਅਨਦਰ ਕੋਰੀਅਨ ਮੇਕਿੰਗ ਹੈਗਾ ਹਾਂ ਇੱਥੇ ਪਾਣੀ ਕਰਕੇ ਵੀ ਜੰਗਾ ਉਸ ਨੇ ਪੰਜ ਛੇ ਉਹਨੇ ਆਰਟੀਕਲ ਲਿਖੇ ਕੋਲ ਯਰ ਨਾ ਦੇ ਮੈਗਜ਼ੀਨ ਚ ਤੇ ਉਹ ਮੈਗਜ਼ੀਨ ਪਾਈ ਚਾਂਸ ਉਸ ਸਮੇਂ ਦੇ ਵਰਲਡ ਬੈਂਕ ਦੇ ਹੈੱਡ ਸੀਗਾ ਇੱਕ ਯੂਜੀਨ ਬਲੈਕ ਕੋਈ ਅਰਪੋਰਟ ਤੇ ਸੀਗਾ ਉਹਨੇ ਉਹ ਮੈਗਜ਼ੀਨ ਚੱਕਿਆ ਉਹਨੇ ਪੜਿਆ ਉਨ ਬਾਈਚਾਂਸ ਆਰਟੀਕਲ ਉਹ ਇਹ ਕਿਹਾ ਜਾਂਦਾ ਕਿ ਯੂਜੀਨ ਬਲੈਕ ਕਹਿੰਦਾ ਮੈਂ ਜ਼ਿੰਦਗੀ ਚ ਮੈਗਜ਼ੀਨ ਨਹੀਂ ਪੜਦਾ ਹੁੰਦਾ ਸੀ ਪਰ ਬਾਈਚਾਂਸ ਉਹ ਦਿਨ ਨਹੀਂ ਪੜ ਲਿਆ ਹਮ ਮਤਲਬ ਕੁਝ ਚੀਜ਼ਾਂ ਇਤਫਾਕਨ ਵੀ ਹੁੰਦੀਆਂ ਪਰ ਖੈਰ ਇਹ ਤਾਂ ਐਕਸੀਡੈਂਟਲ ਮੈਂ ਨਹੀਂ ਗੱਲ ਨਹੀਂ ਮੰਨਦਾ ਬਿਕੋਜ਼ ਕਿ ਅਲਟੀਮੇਟਲੀ ਤਾਂ ਯੂਐਸ ਪਾਲਿਸੀ ਰਹਿਣੀ ਸੀ ਉਸ ਪਾਸੇ ਪਰ ਉਹਦੇ ਨਾਲ ਕੀ ਹੋਇਆ ਜਦੋਂ ਇਹ ਗੱਲ ਹੋ ਗਈ ਤਾਂ ਉਹਨੇ ਉਹ ਮੈਗਜ਼ੀਨ ਚ ਉਹਨੇ ਪੜਿਆ ਪਾਣੀ ਦਾ ਇਸ਼ੂ ਆ ਤੇ ਉਹਨੇ ਲੈਂਥਨ ਨਾਲ ਗੱਲ ਕੀਤੀ ਉਹ ਕਹਿੰਦਾ ਤੂੰ ਵਾਪਸ ਹਿੰਦੁਸਤਾਨ ਜਾ ਤੇ ਇਹ ਪਤਾ ਕਰਕੇ ਵੀ ਆਪਾਂ ਇਹਨਾਂ ਮਸਲੇ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਹਾਂ ਉੱਥੇ ਉਹਨੂੰ ਯੂਐਸ ਦਾ ਇੰਟਰ ਮਲੇ ਜਿਹੜਾ ਜਨਰਲੀ ਆਪਣੇ ਲੋਕ ਨਜ਼ਰ ਅੰਦਾਜ਼ ਕਰ ਜਾਂਦੇ ਆ ਜਿੰਨੇ ਆਪਣੇ ਐਨਾਲਿਸਟ ਸਗੇ ਆ ਉੱਥੇ ਅਮਰੀਕਨ ਇੰਟਰਸਟ ਇਹ ਸੀਗਾ ਕਿ ਅਫਗਾਨਿਸਤਾਨ ਤੱਕ ਤਰੂਸ ਸੀਗਾ ਇਨਫਲੂਐਂਸ ਦਾ ਏਰੀਆ ਤੇ ਅਗਲਾ ਜੇ ਪਾਕਿਸਤਾਨ ਦੇ ਵਿੱਚ ਫੂਡ ਪ੍ਰੋਡਕਸ਼ਨ ਨਹੀਂ ਹੁੰਦੀ ਜਾਂ ਖਾਣੀ ਪਾਣੀ ਖਾਣਾ ਘਟਦਾ ਤੁਹਾਨੂੰ ਨੂੰ ਇਹ ਡਰ ਸੀਗਾ ਕਿ ਵੀ ਇੱਥੇ ਵੀ ਕਮਿਊਨਿਜ਼ਮ ਆ ਸਕਦਾ ਦੂਜਾ ਭਾਰਤ ਦੇ ਵਿੱਚ ਵੀ ਫੂਡ ਪ੍ਰੋਡਕਸ਼ਨ ਹੈ ਨਹੀਂ ਸੀਗੀ ਤਾਂ ਕਿਤੇ ਨਾ ਕਿ ਅੰਗਰੇਜ਼ਾਂ ਨੂੰ ਇਹ ਸਮਝ ਵੀ ਸੀਗੀ ਕਿ ਵੀ ਦੋਨੇ ਖਿੱਤਿਆਂ ਨੂੰ ਪੰਜਾਬ ਹੀ ਖਾਣਾ ਦੇ ਸਕਦਾ ਹੂੰ ਠੀਕ ਹੈ ਤਾਂ ਉਹਨਾਂ ਨੇ ਕਈ ਸਟੈਪਸ ਇਕੱਠੇ ਚੱਕੇ ਜਿਵੇਂ ਗ੍ਰੀਨ ਰੈਵੋਲੂਸ਼ਨ ਵੀ ਉਹਨਾਂ ਦੇ ਨਾਲ ਚੀ ਉਹਨਾਂ ਨੇ ਉਦੋਂ ਥੋੜੀ ਦਿਨਾਂ ਬਾਅਦ ਹੀ ਹੋਣਾ ਸ਼ੁਰੂ ਹੋ ਗਿਆ ਉਦੋਂ ਪਹਿਲਾਂ ਇੱਕ ਕਮਿਊਨਿਜ਼ਮ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੇ ਖਾਣੇ ਦਾ ਇੱਕ ਪ੍ਰੋਗਰਾਮ ਬਣਾਇਆ ਸੀ ਉਹਨੂੰ ਪਬਲਿਕ ਆਪਣਾ ਪਬਲਿਕ ਲੈਜਿਸਲੇਸ਼ਨ 400 ਬੀ ਕਿ ਕੀ ਕਹਿੰਦੇ ਸੀਗਾ ਨਾ ਸੌਰੀ ਮੈਂ ਨੰਬਰ ਪੁੱਲ ਗਿਆ ਤਾਂ ਅੱਛਾ ਠੀਕ ਹੈ ਜੀ ਤੇ ਉਹ ਉਹਦੇ ਤਹਿਤ ਕਣਕ ਹਿੰਦੂਸਤਾਨ ਨੂੰ ਮਿਲਦੀ ਹੁੰਦੀ ਸੀ ਉਹ ਮਤਲਬ ਇੰਨੀ ਜ਼ਿਆਦਾ ਕਣਕ ਦੀ ਲੋੜ ਸੀਗੀ ਕਿ ਹਰੇਕ ਘੰਟੇ ਬਾਅਦ ਉਹ ਕਹਿੰਦੇ ਜਾਂਦਾ ਹੁੰਦਾ ਸੀਗਾ ਕਣਕ ਦਾ ਜਾਜ ਪਰਿਆ ਹਿੰਦੁਸਤਾਨ ਨੂੰ ਅਮਰੀਕਾ ਤੋਂ ਆਉਂਦਾ ਹੁੰਦਾ ਸੀਗਾ ਉਹ ਸ਼ਾਇਦ ਤੁਹਾਡੇ ਗ੍ਰੈਂਡਫਾਦਰ ਦੀ ਇਹਦੇ ਕਿਸ ਨੂੰ ਪੁੱਛੋਂਗੇ ਤਾਂ ਦੱਸੂਗਾ ਵੀ ਲਾਲ ਕਣਕ ਹੁੰਦੀ ਸੀ ਅੰਗਰੇਜ਼ ਤੋਂ ਉਹਨੂੰ ਆਪਣੇ ਲੋਕ ਖਾਂਦੇ ਵੀ ਨਹੀਂ ਹੁੰਦੇ ਸੀ ਦੱਸ ਦੇ ਬਯੋਰਕ ਕਹੀ ਠੀਕ ਹੈ ਨਾ ਲਾਲ ਕਣਕ ਗਾਲ ਤੇ ਉਹ ਹੁੰਦੀ ਹੁੰਦੀ ਸੀ ਐਕਚੁਅਲੀ ਕੀ ਸੀਗਾ ਮੈਕਸੀਕਨ ਗਨਗਰਾਸ ਹੀ ਸੀਗਾ ਕਣਕ ਤਾਂ ਉਹ ਨਹੀਂ ਸੀ ਪਰ ਭੁੱਖਿਆਂ ਨੂੰ ਇੱਥੇ ਦੇਣੀ ਜ਼ਰੂਰੀ ਸੀ ਪਰ ਉਹ ਉਸ ਤਹਿਤੋਂ ਕਣਕ ਹੁੰਦੀ ਸੀਗੀ ਤੇ ਪੀਐਲ 400 ਸੀ ਪਬਲਿਕਸ ਲੈਜਿਸਲੇਸ਼ਨ ਚਾਰਜ ਸੀ ਮੈਂ ਨੰਬਰ ਪੁੱਲ ਗਿਆ ਸੀਗਾ ਹਾਂ ਤੇ ਉਹ ਉਹਦੇ ਥਰੂ ਉਹ ਕਣਕ ਹੁੰਦੀ ਰਹੀ ਕਾਫੀ ਸਾਲ ਤੱਕ ਹੁੰਦੀ ਰਹੀ 인ਦਰਾ ਗਾਂਧੀ ਦੇ ਪ੍ਰਾਈਮ ਮਿਨਿਸਟਰ ਬਣਨ ਤੱਕ ਵੀ ਉਹ ਹੁੰਦੀ ਰਹੀ ਜਦੋਂ ਤੱਕ ਗ੍ਰੀਨ ਰੈਵਿਊਲੂਸ਼ਨ ਟੇਕ ਆਫ ਨਹੀਂ ਹੋ ਗਿਆ ਤੇ ਉਸ ਤਹਿਤ ਉਹ ਕਣਕ ਭੇਜਦੇ ਹੁੰਦੇ ਸੀ ਤੇ ਉਹਨਾਂ ਨੂੰ ਆਏ ਸੀ ਕਿ ਵੀ ਕਿਸੇ ਕਮਿਊਨਿਜ਼ਮ ਨੂੰ ਕਿਵੇਂ ਇੱਥੇ ਠੱਲ ਪਾ ਕੇ ਰੱਖਣੀ ਹੈ ਤਾਂ ਉਹਦੇ ਤਹਿਤ ਜਦੋਂ ਉਹ ਇੱਥੇ ਆਇਆ ਤਾਂ ਉਹਨੇ ਫਿਰ ਇੱਥੇ ਗੱਲਬਾਤ ਸ਼ੁਰੂ ਕੀਤੀ ਉਹਨੇ ਨਹਿਰੂ ਨਾਲ ਵੀ ਗੱਲ ਕੀਤੀ ਉਧਰੋਂ ਪਾਕਿਸਤਾਨ ਚ ਵੀ لیاقت ਅਲੀ ਨਾਲ ਗੱਲ ਕੀਤੀ ਕਿ ਵੀ ਤੁਸੀਂ ਇਸ ਮਸਲੇ ਨੂੰ ਸਲਟਾਓ ਸਿੰਧ ਦਰਿਆ ਦਾ ਜਿਹੜਾ ਪਾਣੀ ਆ ਜਿਹੜਾ ਸਾਰਾ ਸਿਸਟਮ ਹੈ ਦਾ ਪਾਣੀ ਨੂੰ ਵੰਡੋ ਪ੍ਰੋਪਰ ਕਰਕੇ ਤਾਂ ਉਹ ਜਿਹੜੀ ਵੰਡ ਸੀਗੀ ਉਹਦੇ ਵਿੱਚੋਂ ਕਾਫੀ ਦੇਰ ਰਏ ਬਹਿਸ मतलब ਡਿਬੇਟਸ ਹੋਣੀਆਂ ਰਹੀਆਂ ਮਸਲੇ ਕਦੀ ਇੱਧਰ ਕਦੀ ਉਧਰ ਜਿਹੜਾ ਆਪਣੇ ਜਿਹੜੇ ਨੇਗੋਸ਼ੀਏਟਰ ਸੀਗੇ ਸਮਝ ਲਓ ਭਾਰਤ ਵੱਲੋਂ ਜਿਹੜੇ ਨੇਗੋਸ਼ੀਏਟ ਕਰ ਰਹੇ ਸੀ ਉਹ ਇਹ ਕਹਿੰਦੇ ਸੀ ਵੀ ਸਾਨੂੰ ਰਾਵੀ ਆਪਣਾ ਰਾਵੀ ਦਾ ਬਿਆਸ ਦਾ ਤੇ ਸਤਲੁਜ ਦਾ ਪਾਣੀ ਪੂਰਾ ਮਿਲਣਾ ਚਾਹੀਦਾ ਹੈ ਪਲੱਸ ਸਾਨੂੰ 7% ਪਾਣੀ ਦੂਜੇ ਦਰਿਆਵਾਂ ਚੋਂ ਮਿਲਣਾ ਚਾਹੀਦਾ ਹੈ ਦੂਜੇ ਪਾਸੇ ਵਾਲੇ ਕਹਿੰਦੇ ਸੀਗੇ ਕਿ ਵੀ ਸਾਨੂੰ ਉਹ ਦਰਿਆ ਸਾਰੇ ਮਿਲਣੇ ਚਾਹੀਦੇ ਆ ਪਲੱਸ ਸਾਨੂੰ ਰਾਵੀ ਦਾ ਤੇ ਬਿਆਸ ਦਾ ਪਾਣੀ ਵੀ ਮਿਲਣਾ ਚਾਹੀਦਾ ਆਏ ਕਨਫਲਿਕਟ ਸੀਗਾ ਰੋਲਾ ਸੀਗਾ ਜੀ ਤੁਹਾਨੂੰ ਦੋਨੇ ਜਿਵੇਂ ਟੀਮਾਂ ਬਲਬਹਿਸ ਚ ਨੈਗੋਸ਼ੀਏਸ਼ਨ ਚੱਲਦੀ ਸੀ ਅੰਗਰੇਜ਼ ਜਿਹੜਾ ਸੀਗਾ ਉਹ ਗੱਲ ਨੂੰ ਸਮਝਦਾ ਸੀਗਾ ਜਿਹੜਾ ਯੂਜੀਨ ਬਲੈਕ ਵੀ ਸੀਗਾ ਤੇ ਲਨਨਥੀਅਲ ਸੀ ਉਹ ਗੱਲ ਨੂੰ ਸਮਝਦਾ ਸੀ ਕਿ ਆ ਵੰਡ ਨਾਲ ਨਹੀਂ ਕੰਮ ਚੱਲਣਾ ਹੂੰ ਉਹਨਾਂ ਦੀ ਸਾਰਾ ਜੋਰ ਇਹ ਸੀਗਾ ਕਿ ਤੁਸੀਂ ਸਿੰਧ ਘਾਟੀ ਨੂੰ ਇੱਕੋ ਘਾਟੀ ਸਮਝੋ ਪਾਣੀ ਦੇ ਮਸਲੇ ਚ ਘੱਟੋ ਘੱਟ ਤੁਸੀਂ ਵੰਡੇ ਗਏ ਉਹਦੇ ਸ਼ਟਰ ਹੋ ਗਏ ਉਹ ਅੱਡ ਗੱਲ ਆ ਪਰ ਭੂਗੋਲਿਕ ਤੌਰ ਤੇ ਕੁਦਰਤ ਤਾਂ ਨਾ ਵੰਡੀ ਗਈ ਇਹ ਤਾਂ ਤੁਸੀਂ ਲੈਣ ਵਾਲੀ ਆ ਆਪਸ ਚ ਠੀਕ ਹੈ ਨਾ ਪਗਾਲਿਕ ਤੌਰ ਤੇ ਕਿਤਾ ਉਵੇਂ ਹੀ ਆ ਨਾ ਤਾਂ ਤੁਸੀਂ ਇਹ ਸਾਰੇ ਨੂੰ ਇੱਕ ਇਕੱਠਾ ਪਲਾਨ ਬਣਾਓ ਕਿ ਪਾਣੀ ਨੂੰ ਵਰਤਣਾ ਕਿਵੇਂ ਹੂੰ ਤਾਂ ਉਹਨਾਂ ਦੇ ਨਾਲ ਚੀ ਇਹਨਾਂ ਨੇ ਇੱਕ ਆਈਡੀਆ ਪੁਸ਼ ਕੀਤਾ ਕਿ ਸਾਨੂੰ ਰਾਜਸਥਾਨ ਕਨਾਲ ਬਣਾਉਣੀ ਬਹੁਤ ਜ਼ਰੂਰੀ ਹੈ ਜੀ ਹੂੰ ਹਾਂ ਉਹਦਾ ਕਾਰਨ ਕਿ ਪਾਣੀ ਵਿਖਾਉਣਾ ਸੀ ਨਾ ਸਾਡੀ ਡਿਮਾਂਡ ਕਿੰਨੀ ਆ ਉਹਦੇ ਵਿੱਚ ਐਂਡੀ ਗੁਲਾਟੀ ਜਿਹੜਾ ਆਪਣਾ ਮੇਨ ਨੇਗੋਸ਼ੀਏਟਰ ਸੀ ਉਹ ਆ ਦੀ ਕਿਤਾਬ 'ਚ ਵੀ ਇਹ ਗੱਲ ਬਿਲਕੁਲ ਕਲੀਅਰ ਲਿਖਦਾ ਹੈ ਕਿ ਅਸੀਂ ਜਿਹੜੇ ਮਾਉਂਟ ਗੁੰਮਰੀ ਤੋਂ ਤੇ ਲਾਇਲਪੁਰ ਮੈਂ ਹੁਣ ਅਗਲਾ ਤੱਕ ਆਸ ਰਿਹਾ ਤੁਹਾਨੂੰ ਕੀ ਹੋਇਆ ਆਪਣੇ ਕਿ ਅਸੀਂ ਮਾਉਂਟ ਗੁੰਮਰੀ ਤੇ ਤੇ ਲਾਇਲਪੁਰ ਚੋਂ ਜਿਹੜੇ ਲੋਕ ਸਾਡੇ ਉਜੜ ਕੇ ਇਸ ਕਰਕੇ ਸਾਨੂੰ ਇਹ ਪਾਣੀ ਚਾਹੀਦਾ ਹੈ ਇੰਨਾ ਹਾਂ ਰਾਜਸਥਾਨ ਚ ਰਾਜਸਥਾਨ ਚ ਕਨਾਲ ਬਣਾਉਣੀ ਜ਼ਰੂਰੀ ਹੈ ਸਭ ਹੂੰ ਠੀਕ ਹੈ ਨਾ ਜੀ ਹੁਣ ਅੱਜ ਦੇ ਹਾਲਾਤ ਕੀ ਹੈ ਕਿ ਜੇ ਪੰਜਾਬੀ ਉੱਥੇ ਜਾ ਕੇ ਜ਼ਮੀਨ ਖਰੀਦਣਾ ਚਾਹੁੰਦਾ ਹੈ ਹੂੰ ਤੇ ਜ਼ਮੀਨ ਨਹੀਂ ਲੈ ਸਕਦਾ ਆਪਾਂ ਇੱਥੋਂ ਤੱਕ ਵੀ ਇੱਕ ਹੋਰ ਬੈਨ ਲਾਇਆ ਉਹਨਾਂ ਨੇ ਰੁਕਾਵਟ ਲਾਈ ਵੀ ਹੈ ਕਿ 1927 ਤੋਂ ਬਾਅਦ ਕੋਈ ਸੈਟਲ ਹੋਇਆ ਹੈ ਜੇ ਰਾਜਸਥਾਨ ਚ ਆ ਕੇ ਗੰਗ ਕਨਾਲ ਤੇ ਠੀਕ ਹੈ ਉਹ ਵੀ ਨਹੀਂ ਜ਼ਮੀਨ ਲੈ ਸਕਦਾ ਰਾਜਸਥਾਨ ਕਨਾਲ ਤੇ ਹੂੰ ਮਤਲਬ ਇੰਨੀਆਂ ਰੁਕਾਵਟਾਂ ਲਾਈਆਂ ਉਹਨਾਂ ਨੇ ਹੂੰ ਠੀਕ ਹੈ ਤੇ ਲਿਟਰਲੀ ਜਿਵੇਂ ਆਫ ਦਿ ਰਿਕਾਰਡ ਗੱਲ ਕਰਾਂ ਜਿਹਦਾ ਮੈਂ ਐਵੀਡੈਂਸ ਨਹੀਂ ਤੁਹਾਨੂੰ ਦੇ ਸਕਦਾ ਇਹ ਆ ਕਿ ਸਰਦਾਰ ਨੂੰ ਜ਼ਮੀਨ ਲੈਣ ਹੀ ਨਹੀਂ ਦਿੰਦੇ ਹੁਮ ਉਹਨਾਂ ਨੇ ਸੌੜ ਚ ਨਾ ਪੋੜਿਆ ਇਹ ਮਤਲਬ ਇੱਕ ਤਰ੍ਹਾਂ ਵਿਤਕਰਾ ਅੱਜ ਵੀ ਆ ਆਪਣਾ ਪਾਣੀ ਵਰਤ ਕੇ ਆਪਣੀ ਜ਼ਿਆਦੀ ਜ਼ਮੀਨ ਨੂੰ ਠੀਕ ਕਰਕੇ ਉਹ ਵੀ ਜਾਂਦੇ ਆ ਵੀ ਕਾਗਜ਼ਪਾਤ ਦੇ ਵਿੱਚ ਪਲੀ ਲੈ ਕੇ ਹਮ ਕਿ ਵਰਲਡ ਬੈਂਕ ਦੇ ਕੇ ਕਿ ਪਾਣੀ ਸਾਨੂੰ ਤਾਂ ਚਾਹੀਦਾ ਦੇ ੱੱਕਾ ਆਪਣੇ ਨਾਲ ਆ। ਆ ਵੀ ਉਹਨਾਂ ਅੱਗੇ ਤਾਂ ਤੁਸੀਂ ਦਿਖਾਤਾ ਵੀ ਸਾਡੇ ਤਰਸਜੋਗ ਹਾਲਾਤ ਆ ਜਾਂ ਨਹੀਂ ਰਾਈਟ ਹੀ ਇਹ ਬਣਾਇਆ ਕਿ ਜੇ ਮੌਂਟ ਗੋਮਰੀ ਲਾਇਲਪੁਰ ਵਾਲਾ ਪਾਣੀ ਇੱਧਰ ਦਿੱਤਾ ਜਾਵੇ। ਹੱਕ ਬਣਾ ਲਿਆ ਬਹਾਨਾ ਬਣਾ ਲਿਆ ਬਹਾਨਾ ਬਣਾ ਲਿਆ ਬਹਾਨਾ ਬਹਾਨਾ ਹਾਂ ਇਹ ਬਹਾਨਾ ਕਹਿ ਲੋ ਜਾਂ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਤੁਸੀਂ ਜੇ ਆ ਕਰਨਾ ਚਾਹੁੰਦੇ ਹੋ। ਜ ਜਿਉਂ ਉਹਨੇ ਇੱਕ ਚੋਰਮੂਰੀ ਲੱਭ ਲਈ। ਹਾਂ। ਮੈਂ ਮਤਲਬ ਇੱਕ ਐਕਸਕਿਊਜ਼ ਦਿੱਤਾ ਕਿ ਅਸੀਂ ਉਹਨਾਂ ਨੂੰ ਪਾਣੀ ਫਸਲਾਂ ਜ਼ਮੀਨ ਨਾ ਦੇਣੀ ਆ। ਹੁਣ ਤੁਸੀਂ ਇਹਦਾ ਅਸਰ ਜਿਵੇਂ ਆਪਾਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਵੇਖੋ ਇਹਦਾ ਕਿੰਨਾ ਅਸਰ ਆ। ਅੱਜ ਜੇ ਤੁਹਾਡੇ ਕੋਲੇ ਉਹ ਤਾਂ ਨੈਚਰਲ ਜੀ ਦੇ ਕੋਲੇ ਇੱਥੇ 4 5 7 ਕਿੱਲੇ ਜ਼ਮੀਨ ਆ ਉਹ ਉੱਥੇ ਜਾ ਕੇ 50 60 70 ਕਿੱਲੇ ਦਾ مالک ਹੋ ਜਾਂਦਾ ਹੂੰ ਜੇ ਉਹਨੇ ਦੀ ਮਲਕੀਅਤ ਹੁੰਦੀ ਉਹਨੂੰ ਕਿਤੇ ਦੁਨੀਆ ਦੇ ਵਿੱਚ ਜਾਣ ਦੀ ਲੋੜ ਸੀ ਹੂੰ ਵਧੀਆ ਆ ਉਹਦਾ ਵਾਸਤਾ ਬਾਈ ਇੱਥੇ ਹੂੰ ਠੀਕ ਹੈ ਨਾ ਪਰ ਉਹਨਾਂ ਨੇ ਸਾਨੂੰ ਗਰੀਬ ਰੱਖ ਕੇ ਇੱਥੋਂ ਇੱਕ ਤਰ੍ਹਾਂ ਦਾ ਸਾਡਾ ਮਾਈਗ੍ਰੇਸ਼ਨ ਦਾ ਵੀ ਬਹੁਤ ਵੱਡਾ ਕਾਰਨ ਅੱਜ ਇਹ ਹੈ ਕਿ ਵੇਖੋ ਅੱਜ ਆਪਾਂ 1 ਕਰੋੜ ਏਕੜ ਜ਼ਮੀਨ ਹੈਗੀ ਆ ਪੰਜਾਬ 'ਚ ਜਿਹਦੇ ਤੇ 12 ਲੱਖ ਪਰਿਵਾਰ ਹੈਗੇ ਆਪਾਂ ਨੂੰ 8 ਕਿੱਲੇ ਐਵਰੇਜ ਆਉਂਦੀ ਜੇ ਇਹੀ ਐਵਰੇਜ ਹੈ ਸਾਡੀ 8 ਕਿੱਲਿਆਂ ਤੋਂ ਅੱਜ ਦੀ ਪ੍ਰੋਡਕਟਿਵ ਦੇ حساب ਨਾਲ 30 ਕਿੱਲੇ ਤੇ ਆਜੇ ਤੇ ਆਪਾਂ ਨੂੰ ਦੁਨੀਆਂ ਲਈ ਵੇਖਣ ਦੀ ਲੋੜ ਨਹੀਂ 30 35 40 ਕਿੱਲੇ ਵਾਲਾ ਜਿਹੜਾ ਹੈਗਾ ਉਹਨੂੰ ਕਿਤੇ ਜਾ ਕੇ ਮਾਈਗ੍ਰੇਸ਼ਨ ਕਰਕੇ ਆਦਾ ਘਰੋਂ ਬੇਕਾਰ ਹੋਣ ਦੀ ਲੋੜ ਨਹੀਂਗੀ ਬਹੁਤ ਸੋਨਾ ਜੀਵਨ ਬਤੀਤ ਕਰ ਸਕਦਾ ਇੱਥੇ ਹੂੰ ਠੀਕ ਹੈ ਉਹਨੂੰ ਕਿਸੇ ਹੋਰ ਆਪਣੇ ਬੱਚੇ ਆਮੀ ਕਹਿੰਦੇ ਆ ਵੀ ਜਿਆਦਾ ਜ਼ਮੀਨ ਵਾਲਾ ਭਾਈ ਕਿਉਂ ਬਾਹਰ ਜਾ ਰਿਹਾ ਉਹ ਤਾਂ ਇੱਥੇ ਹੀ ਰਾਜੇਗਾ ਨਹੀਂ ਉਹ ਤਾਂ ਹੁਣ ਜਾ ਰਿਹਾ ਕੋਈ ਤਾਂ ਅਲੱਗ ਹੈ ਪਰ ਉੱਥੇ ਰਹਿ ਤਾਂ ਸਕਦਾ ਹੈ ਨਾ ਮਤਲਬ ਇਕਨੋਮਿਕ ਉਹਦਾ ਉਹਦਾ ਆਰਥਿਕ ਕਾਰਨ ਨਹੀਂਗਾ ਹੂੰ ਉਹ ਹੋਰ ਕਿਸੇ ਨੂੰ ਕੋਈ ਜਾਂਦਾ ਹੁੰਦਾ ਹੁੰਦਾ ਆਪਾਂ ਰੋਕ ਹੀ ਨਹੀਂ ਸਕਦੇ ਹਾਂ ਜੇ ਕੋਈ ਕਹਿੰਦਾ ਮੈਂ ਰਿਸਰਚ ਕਰਨ ਚੱਲੇ ਆਇਆ ਜਾਂ ਉਚੇਰੀ ਸਿੱਖਿਆ ਲੈਣ ਜਾ ਰਿਹਾ ਜਾਂ ਉਹੀ ਸਵਾਦ ਨੂੰ ਹੀ ਚੱਲਿਆ ਹੈ ਨਾ ਉਹਨੂੰ ਛੱਡ ਦੋ ਸੀ ਉਹ ਉੰਜੇ ਤਾਂ ਲੋਕ ਹਮੇਸ਼ਾ ਰਹਿਣਗੇ ਉਹ ਤਾਂ ਇਹ ਆਰਥਿਕ ਕਾਰਨ ਕਦੇ ਨਹੀਂ ਹੈ ਪਰ ਮਜਬੂਰੀ ਨਾ ਕਿਸੇ ਦੀ ਬਣੇ ਹੈ ਨਾ ਮਜਬੂਰੀ ਬਣਨੀ ਮਾੜੀ ਗੱਲ ਆ ਦੇਖੋ ਉਹ ਕੋਈ ਜਾਂਦਾ ਉਹਨੂੰ ਆਪਾਂ ਨਾ ਰੋਕ ਸਕਦੇ ਆ ਨਾ ਉਹ ਰੁਕੂਗਾ ਠੀਕ ਹੈ ਮਸਲਾ ਇਹ ਹੈ ਕਿ ਕੋਈ ਵਿਚਾਰਾ ਇਸ ਕਰਕੇ ਜਾ ਰਿਹਾ ਕਿ ਮੇਰੇ ਕੋਲ ਜ਼ਮੀਨ ਹੀ ਥੋੜੀ ਰਹਿ ਗਈ ਤੇ ਮੇਰੇ ਕੋਲ ਇੱਥੇ ਕੋਈ ਰੋਜ਼ਗਾਰ ਨਹੀਂ ਮੈਨੂੰ ਮਿਲ ਰਹੀ ਮੇਰੇ ਕੋਲ ਲੈਂਡ ਹੈ ਨਹੀਂ ਗੀ ਹ ਉਹ ਆਪ ਦਾ ਤਿੰਨ ਕਿੱल्ल्या ਚੋਂ ਇੱਕ ਕਿੱਲਾ ਵੇਚ ਕੇ ਡੇਢ ਕਿੱਲਾ ਵੇਚ ਕੇ ਡਾਡਾ ਰਿਸਕ ਲੈ ਰਿਹਾ ਹੈ ਉੱਥੇ ਜਾਣ ਦਾ ਉਹ ਮਜਬੂਰੀ ਤਾਂ ਨਾ ਬੜੇ ਹਾਂ ਬਾਕੀ ਸ਼ੌਂਕ ਨੂੰ ਜਾਵੇ ਜਾਵੇ ਨਾ ਜਾਵੇ ਨਾ ਜਾਵੇ ਪਰ ਇੱਕ ਕੰਪਲਸ਼ਨ ਆਪਣੀ ਬਣਾਈ ਮਤਲਬ ਮੈਂ ਉਸ ਗੱਲ ਤੇ ਆ ਰਿਹਾ ਕਿ ਆਪਾਂ ਦੇ ਨਾਲ ਕਿਵੇਂ ਹੋਇਆ ਉਸ ਤੋਂ ਬਾਅਦ ਇਹ ਰਾਜਸਥਾਨ ਕਨਾਲ ਉਹ ਰਾਜਸਥਾਨ ਕਨਾਲ ਮਤਲਬ ਉਹ ਉਹਨਾਂ ਨੇ ਪਾਸ ਕਰਤੀ ਠੀਕ ਹੈ ਜੀ ਪਰ ਉਹਦੇ ਵਿੱਚ ਜਦੋਂ ਇਹ ਬਹਿਸ ਚੱਲਦੀ ਪਈ ਸੀਗੀ ਤਾਂ ਹਿੰਦੁਸਤਾਨ ਦੀਆਂ ਨੂੰ ਇੱਕ ਮੇਜਰ ਪ੍ਰੋਬਲਮ ਆਈ ਉਹ ਸੀਗਾ ਕਿ ਜਿਹੜੀ ਸਾਡੀ ਸੈਕੰਡ 5 ਇਅਰ ਪਲਾਨ ਸੀਗੀ ਜੀ ਉਹ ਨੂੰ ਉਹਦੇ ਵਾਸਤੇ ਕਰਜ਼ਾ ਬਹੁਤ ਚਾਹੀਦਾ ਸੀ ਆਈਐਮਐਫ ਤੋਂ ਹੂੰ ਉਹ ਫੇਲ ਹੋਣੀ ਸ਼ੁਰੂ ਹੋ ਗਈ ਨਹਿਰੂ ਦੀਆਂ ਸਾਰੀਆਂ ਪਲਾਨਾਂ ਹੀ ਬੇਸਿਕਲੀ ਫੇਲ ਹੋਈਆਂ ਹੂੰ ਉਹ ਵੀ ਫੇਲ ਹੋਣੀ ਸ਼ੁਰੂ ਹੋ ਗਈ ਉਹਦੇ ਵਾਸਤੇ ਪੈਸਾ ਚਾਹੀਦਾ ਸੀ ਤਾਂ ਉਹ ਦੋ ਸ਼ਰਤਾਂ ਰੱਖ ਰਹੇ ਸੀਗੇ ਭਾਰਤ ਉਹ ਕਹਿੰਦੇ ਸੀ ਪਹਿਲੀ ਗੱਲ ਤਾਂ ਡਾਲਰ ਨੂੰ ਜਿਹੜਾ ਰੁਪਇਆ ਦੀ ਕੀਮਤ ਸੀ ਡਾਲਰ ਦੇ ਬਦਲੇ ਪਹਿਲਾਂ ਡਾਲਰ 4 ਰੁਪਏ ਤੇ ਰੱਖਿਆ ਹੋਇਆ ਸੀ ਹਿੰਦੁਸਤਾਨ ਨੇ ਤੇ ਨਾਲ ਜਿਹੜਾ ਬਲੈਕ ਮਾਰਕੀਟ ਦੇ ਵਿੱਚ ਡਾਲਰ 5 1.5 ਰੁਪਏ ਦਾ ਸੀਗਾ ਉਹ ਕਹਿੰਦੇ ਇਹਨੂੰ ਬਦਲੋ ਇਹਨੂੰ ਇਹਨੂੰ ਡਾਲਰ ਨੂੰ 4 ਤੋਂ ਵਧਾ ਕੇ ਤੁਸੀਂ ਦੀ ਵੈਲਿਊ ਘਟਾਓ ਮਤਲਬ ਇਹਨੂੰ ਡੀ ਵੈਲਿਊ ਕਰੋ ਡਾਲਰ ਰੁਪਏ ਨੂੰ ਆਪ ਦੇ ਰੁਪਏ ਨੂੰ ਡੀ ਵੈਲਿਊ ਕਰਨਾ ਸੀਗਾ ਉਹ ਹਿੰਦੁਸਤਾਨ ਮੰਨ ਨਹੀਂ ਰਿਹਾ ਸੀ ਪਰ ਉਦੋਂ ਉਹਨੇ ਮੰਨਿਆ ਪਹਿਲੀ ਵਾਰ ਡੀ ਵੈਲਿਊਏਸ਼ਨ ਉਦੋਂ ਲਿਆਂਦੀ ਇੰਡੀਆ ਨੇ ਆਈ ਐਮ ਐਫ ਦੇ ਪ੍ਰੈਸ਼ਰ ਤਲੇ ਕਿਉਂਕਿ ਲੋਨ ਲੈਣਾ ਸੀ ਇਕੇ ਸੈਕਿੰਡ ਉਹਨਾਂ ਨੇ ਕੀ ਕਿਹਾ ਕਿ ਵੀ ਆ ਟ੍ਰੀਟੀ ਸਾਈਨ ਕਰੋ ਰਾਜਸਥਾਨ ਨਹੀਂ ਪਾਕਿਸਤਾਨ ਪਾਕਿਸਤਾਨ ਨਾਲ ਜਿਹੜੀ ਹੂੰ ਤਾਂ 19 ਸਤੰਬਰ 1960 ਨੂੰ ਇਹ ਟ੍ਰੀਟੀ ਸਾਈਨ ਹੋਈ ਨਹਿਰੂ ਨੇ ਪਰਸਨਲ ਦਖਲਅੰਦਾਜ਼ੀ ਕੀਤੀ ਜਿਹਦੇ ਵਿੱਚ ਇਹ ਹੋਇਆ ਕਿ ਵੀ ਰਾਵੀ ਬਿਆਸ ਤੇ ਸਤਲੁਜ ਦਾ ਪਾਣੀ ਭਾਰਤ ਪੰਜਾਬ ਦੇ ਹਿੱਸੇ ਭਾਰਤ ਦੇ ਨਹੀਂ अगेन ਮੈਂ ਕਹੂੰਗਾ ਪੰਜਾਬ ਦੇ ਹਿੱਸੇ ਆਇਆ ਤੇ ਦੂਜਾ ਸਾਰਾ ਉਹਨਾਂ ਦੇ ਹਿੱਸੇ ਆਇਆ ਹੁਣ ਇਹਦੇ ਵਿੱਚ ਫਰਕ ਵੇਖੋ ਕੀ ਆ ਕਿ ਸਿੰਧ ਜਿਹੜਾ ਦਰਿਆ ਹੈ ਉਹਦੇ ਚ 90 ਮਿਲੀਅਨ ਏਕੜ ਫੁੱਟ ਪਾਣੀ ਫਲੋ ਹੁੰਦਾ ਹੂੰ ਚਨਾ ਜਿਹੜਾ ਉਹਦੇ 23 ਮਿਲੀਅਨ ਏਕੜ ਫੁੱਟ ਪਾਣੀ ਫਲੋ ਹੁੰਦਾ ਹੈ ਉਹ ਤੋਂ ਬਾਅਦ ਜੇਹਲਮ ਉਹਦੇ ਚ 23 ਮਿਲੀਅਨ ਏਕੜ ਫੁੱਟ ਪਾਣੀ ਹੁੰਦਾ ਠੀਕ ਹੈ ਜੀ ਉਹ ਤੋਂ ਬਾਅਦ ਰਾਵੀ ਚ ਸਿਰਫ 6 ਮਿਲੀਅਨ ਏਕੜ ਫੁੱਟ ਪਾਣੀ 46 ਦਾ ਗਿਆ ਉਹਨਾਂ ਕੋਲੇ ਨਹੀਂ 23 ਤੇ 23 46 ਤੇ 90 ਹੂੰ 136 35 135 ਮਿਲੀਅਨ ਏਕੜ ਫੁੱਟ ਪਾਕਿਸਤਾਨ ਉਹਦੇ ਨਾਲੋਂ ਜ਼ਿਆਦਾ ਰਿਹਾ ਤੁਹਾਨੂੰ ਮਿਲਿਆ 6 ਮਿਲੀਅਨ ਏਕੜ ਫੁੱਟ ਰਾਵੀ ਚੋਂ ਹੂੰ 12 ਕਿ ਮਿਲੀਅਨ ਏਕੜ ਫੁੱਟ ਫਲੋ ਹੁੰਦਾ ਜਬਿਆਸ ਚੋਂ ਤੇ 12 ਕੀ ਫਲੋ ਹੁੰਦਾ ਇਹਦੇ ਚੋਂ ਤੇ ਤੁਹਾਡੇ ਪੱਲੇ ਆਇਆ 32 ਮਿਲੀਅਨ ਏਕੜ 30 32 ਹਮ ਮਤਲਬ ਤਿੰਨ ਹਿੱਸੇ 160 ਜਾਂ 65 ਚੋਂ ਤਿੰਨ 3.5 ਹਿੱਸੇ ਤਾਂ ਉਹ ਲੈ ਗਿਆ ਤੇ ਤੁਹਾਡੇ ਹਿੱਸੇ ਕੋਈ 1 ਪੌਣਾ ਹਿੱਸਾ ਆ ਆਬਾਦੀ ਤੁਹਾਡੇ ਕੋਲੇ ਓਨੀ ਆ ਗਈ ਫੀਡ ਕਰਨ ਨੂੰ ਹਮ ਜਿੰਨੀ ਉਹਨਾਂ ਕੋਲੇ ਸੀ ਠੀਕ ਹੈ ਸੋ ਇਹ ਨਹਿਰੂ ਦੀਆਂ ਜ਼ਰੂਰਤਾਂ ਨੇ ਨੇਰੂ ਦੀਆਂ ਬੇਵਕੂਫੀਆਂ ਨੇ ਕਹਿ ਲੋ ਆਈਐਮਐਫ ਦੇ ਅੱਗੇ ਉਹਨੂੰ ਪੈਸਾ ਚਾਹੀਦਾ ਸੀ ਤੇ ਉਹਨੇ ਦੂਜੀ ਵਾਰ ਪੰਜਾਬ ਦਾ ਆਪਾਂ ਹੱਕ ਗਵਾਤਾ ਮਤਲਬ ਹੁਣ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਅੰਗਰੇਜ਼ ਨੇ ਆਪਦੇ ਫਾਇਦੇ ਵਾਸਤੇ ਹੁਣ ਨਹਿਰੂ ਨੇ ਕੀਤਾ ਉਹ ਦਿਨ ਰਾਤ ਨੂੰ ਜਦੋਂ ਅਯੂਬ ਉਸ ਤੋਂ ਬਾਅਦ ਉੱਥੇ ਮਿਲਟਰੀ ਚੇਂਜ ਆ ਗਈ ਸੀ لیاقت ਅਲੀ ਤੋਂ ਯੂਬ ਖਾਨ ਆ ਗਿਆ ਸੀ ਜਰਨਲ ਉਹ ਜਿਮ ਖਾਨਾ ਕਰਾਚੀ ਚ ਬੈਠਾ ਸੀਗਾ ਉਹ ਦਿਨ ਰਾਤ ਨੂੰ ਉਹਨੇ ਕਹਿੰਦੇ ਹੈ ਵੀ ਸਕੌਚ ਪੀ ਕੇ ਆਇਆ ਕਿ ਨਹਿਰੂ ਤਾਂ ਬਹੁਤ ਖੁੱਲ੍ਹ ਦਿਲ ਦਾ ਬੰਦਾ ਹੈ ਸਾਡਾ ਬੜਾ ਫਾਇਦਾ ਕਰ ਗਿਆ ਹਮ ਮਤਲਬ ਇਹ ਨੁਕਸਾਨ ਹੋਇਆ ਇਦੇ ਵਿੱਚ ਜਿਹੜਾ ਐਕਚੁਅਲੀ ਜਿਹੜੀ ਰਾਜਸਥਾਨ ਕਨਾਲ ਨੂੰ ਜਿਹੜਾ ਪਾਣੀ ਦੇਣਾ ਸੀ ਉਹ ਚਨਾਅ ਦੇ ਵਿੱਚ ਦੋ ਟ੍ਰਿਬਿਊਟਰੀਜ਼ ਪੈਂਦੀਆਂ ਚਨਾਅ ਨੂੰ ਪਾਣੀ ਜਾਂਦਾ ਉਹ ਹਿਮਾਚਲ ਚੋਂ ਦੀਆਂ ਸੀਗੀਆਂ ਚੰਦਰਾ ਤੇ ਭਗਾ ਜਿਹੜਾ ਇਹ ਯੂਬ ਖਾਨ ਸੀ ਉਹ ਤਾਂ ਹੀ ਫੌਜ ਵਾਲਾ ਸੀ ਨਾ ਹਾਂ ਉਹਨੇ ਸ਼ਾਇਦ ਜਦੋਂ ਇਹ ਮਲਖਾ ਸਿੰਘ ਜੈਦਾਗਾ ਉਹ ਉਹ ਕਰਾਇਆ ਸੀ ਜਿਹੜਾ ਉਹ ਫਿਲਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਹਾਂ ਈਯੂਬ ਖਾਨ ਜਿਹੜਾ ਸੀਗਾ ਜੀ ਉਹ ਬੇਸਿਕਲੀ ਪਠਾਨ ਸੀ ਯੂਬ ਖਾਨ ਨੇ ਮਲਖਾ ਸਿੰਘ ਨੂੰ ਕਿਹਾ ਸੀ ਉੱਡਣਾ ਸਿੱਖ ਹਾਂ ਉਡਣਾ ਸਿੱਖ ਹਾਂ ਜੀ ਤੇ ਯੂਬ ਖਾਨ ਪਠਾਨ ਸੀ ਵੈਸੇ ਤੇ ਉਹਦਾ ਫਾਦਰ ਰਿਸਾਲਦਾਰ ਸੀਗਾ ਫੌਜ ਦੇ ਵਿੱਚ ਇਹਨਾਂ ਆਪੀ ਬਹੁਤ ਵੱਡਾ ਅਫਸਰ ਬਣਿਆ ਤੇ ਇਹ ਇੱਕ ਚਮਾਰਾਂ ਦੀ ਕਰੇਜਮੈਂਟ ਬਣਾਈ ਸੀ ਅੰਗਰੇਜ਼ ਨੇ ਚਮਾਰ ਰੈਜਮੈਂਟ ਉਹਦੇ ਵਿੱਚ ਇਹ ਪਹਿਲਾ ਉਹਨਾਂ ਦਾ ਸੀਜੋ ਸੀ ਇਹ ਆਪਣਾ ਕੈਪਟਿਵ ਵੀ ਹੋ ਗਿਆ ਸੀਗਾ ਦਾ ਜਰਮਨੀ ਵਾਲਿਆਂ ਦਾ ਤੇ ਫਿਰ ਉਹਨਾਂ ਦੇ ਵਿੱਚੋਂ ਕਿਵੇਂ ਨਾ ਕਿਵੇਂ ਨਿਕਲਿਆ ਉਹ ਰੈਜਮੈਂਟ ਬਾਅਦ ਚ ਡਿਸਬੈਂਡ ਵੀ ਕਰਤੀ ਸੀ ਅੰਗਰੇਜ਼ ਨੇ ਹੂੰ ਚਲਾਈ ਨਹੀਂ ਅੱਗੇ ਚਲੋ ਇਹ ਦੂਜੀ ਵਾਰ ਆਪਣੇ ਨਾਲ ਫਿਰ ਠੱਕਾ ਕਰਤਾ ਹਾਂ ਦੂਜੀ ਵਾਰ ਇਹ ਤਾਂ ਵੱਡੇ ਪੱਧਰ ਵਾਲੀ ਹੋ ਗਈ ਇਹ ਵੱਡੇ ਪੱਧਰ ਦਾ ਹੀ ਹੋ ਗਿਆ ਪਾਣੀ ਜਿਹੜਾ ਦੇਣਾ ਸੀ ਉਹ ਚਨਾਅ ਤੇ ਚਨਾ ਦੀਆਂ ਉਹ ਦੋ ਟ੍ਰਿਬਿਊਟਰੀਜ਼ ਸੀਗੀਆਂ ਜਿਹੜੀਆਂ ਉਹਦੇ ਵਿੱਚੋਂ ਦੇਣਾ ਸੀਗਾ ਮਾੜੂ ਇੱਕ ਜਗ੍ਹਾ ਹੈਗੀ ਆ ਉੱਥੋਂ ਪਾਣੀ ਡਿਵਰਟ ਕਰਨਾ ਸੀ ਰਾਵੀ ਤੋਂ ਰਾਵੀ ਤੋਂ ਬਿਆਸ ਚ ਤੇ ਹਰੀਕੇ ਦੇ ਵਿੱਚੋਂ ਪਾਣੀ ਰਾਜਸਥਾਨ ਨੂੰ ਦੇਣਾ ਸੀ ਉਤੋਂ 20000 ਕਿਊਸਿਕ ਪਾਣੀ ਸੀ ਤੇ 18500 ਕਿਊਸਿਕ ਦੀ ਤਾਂ ਹੀ ਇਹ ਨਹਿਰ ਬਣੀ ਆ ਕਿ ਵੀ ਉਹ ਪਾਣੀ ਦੇਣਾ ਸੀਗਾ ਉਹ ਪਾਣੀ ਨਹਿਰੂ ਜੀ ਨੇ ਆਪ ਦੀਆਂ ਫਾਇਦੇ ਵਾਸਤੇ ਉਧਰ ਦਿੱਤਾ ਸਮਝ ਲਓ ਭਾਰਤ ਦੀ ਡਿਵੈਲਪਮੈਂਟ ਦੀ ਕੀਮਤ ਜਿਹੜੀ ਆ ਉਹ ਪੰਜਾਬ ਨੇ ਚੁੱਕੀ ਜਿਹੜੀ ਉਹ ਆਈਐਮਐਫ ਨੂੰ ਲੋਨ ਲੈਣਾ ਸੀਗਾ ਹੁਣ ਉਦੋਂ ਬਾਅਦ ਫੇਰ ਅੜਚਨ ਪੈ ਗਈ ਰਾਜਸਥਾਨ ਕਨਾਲ ਚ ਕਿ ਵੀ ਹੁਣ ਪਾਣੀ ਕਿੱਥੋਂ ਆਊਗਾ ਹੂੰ ਤਾਂ ਉਦੋਂ ਇਲੈਕਸ਼ਨ ਆ ਗਏ ਹੂੰ ਠੀਕ ਹੈ ਇਲੈਕਸ਼ਨਾਂ ਦੇ ਵਿੱਚ ਰਾਜਸਥਾਨ ਦੇ ਇਲੈਕਸ਼ਨ ਆ ਗਏ ਤੇ ਰਾਜਸਥਾਨ ਦੇ ਵਿੱਚ ਰੌਲਾ ਪੈ ਗਿਆ ਤੇ ਅਟਲ ਬਿਹਾਰੀ ਵਾਜਪਾਈ ਨੇ ਸਵਾਲ ਚੱਕਨੇ ਸ਼ੁਰੂ ਕਰਤੇ ਕਿ ਵੀ ਤੁਸੀਂ ਸਿੰਧ ਦੀ ਸਿੰਧ ਟ੍ਰੀਟੀ ਤਾਂ ਇਹ ਕਰਤੀ ਆ ਪਾਰਲੀਮੈਂਟ ਚ ਉਹਨੇ ਸਵਾਲ ਚੱਕੇ ਤੇ ਹੁਣ ਸਾਨੂੰ ਪਾਣੀ ਕਿੱਥੋਂ ਦਿਓਗੇ ਰਾਜਸਥਾਨ ਨੂੰ ਠੀਕ ਹੈ ਨਾ ਤਾਂ ਨਹਿਰੂ ਨੇ ਕੈਰੋਂ ਦੇ ਉੱਤੇ ਦਬਾਅ ਪਾਇਆ ਤੇ ਇਹ ਕਿਹਾ ਕਿ ਵੀ ਇਹ ਨਹਿਰ ਬਣਨੀ ਚਾਹੀਦੀ ਹੈ ਹਰ ਹਾਲਤ ਵਿੱਚ ਇਹ ਦੇਣਾ ਹੀ ਦੇਣਾ ਤਾਂ ਤਿੰਨ ਗੱਲਾਂ ਹੋਈਆਂ ਪਹਿਲਾਂ ਅੰਗਰੇਜ਼ ਨੇ ਧੱਕਾ ਕੀਤਾ ਫਿਰ ਭਾਰਤ ਦੇ IMF ਤੋਂ ਲੋਨ ਲੈਣ ਕਰਕੇ ਤੁਹਾਨੂੰ ਪਾਣੀ ਘੱਟ ਮਿਲਿਆ ਫਿਰ ਰਾਜਸਥਾਨ ਦੇ ਇਲੈਕਸ਼ਨ ਜਿੱਤਣ ਵਾਸਤੇ ਕੈ ਲ lobby ਆ ਪਾਣੀ ਵੀ ਆਪਣਾ ਇਹਨੂੰ ਬਦਲਿਆ ਨਹੀਂ ਗਿਆ ਇੰਨਾ ਪਾਣੀ ਹੀ ਧੱਕਦੇ ਨਹੀਂ ਤਾਂ ਚਲੋ ਕੋਈ ਸੈਟਲਮੈਂਟ ਘੱਟ ਵੱਧ ਕਰਦੇ ਜਦੋਂ ਪਾਣੀ ਉਧਰੋਂ ਘੱਟ ਮਿਲਿਆ ਸੀ ਤਾਂ ਇਹ ਪਾਣੀ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ ਰਾਜਸਥਾਨ ਵੋਟਾਂ ਖਾਤਰ ਉਹ ਉਹ ਨਹਿਰੂ ਦੀਆਂ ਵੋਟਾਂ ਕਰਦਾ ਉਹ ਉਹ ਵੀ ਕਾਂਗਰਸ ਦੇ ਸੀ ਉਹ ਰਸਤੇ ਠੀਕ ਹੈ ਜੀ ਤੇ ਉਹ ਉਹ ਸੀਗੇ ਇੱਥੋਂ ਤੱਕ ਕਿ ਜਦੋਂ ਉਸ ਸਮੇਂ ਦੇ ਇੰਜੀਨੀਅਰਸ ਨੇ ਕਿਹਾ ਕਿ ਜੀ ਇਹ ਨਹਿਰ ਠੀਕ ਨਹੀਂ ਗਈ ਇਹ ਗਲਤ ਬਣਾਈ ਜਾ ਰਹੀ ਆ ਇਹਨੂੰ ਇਹ ਵਾਇਬਲ ਨਹੀਂ ਰਹਿਣੀ ਇਹਦਾ ਨੁਕਸਾਨ ਹੋਣਾ ਤਾਂ ਇਹਦਾ ਇਹਦਾ ਫਰਸ਼ ਵੀ ਜਿਹੜਾ ਹੈ ਉਹ ਪ੍ਰੋਬਲਮ ਕਰੂਗਾ ਤਾਂ ਕਹਿੰਦੇ ਕੈਰ ਉਹਨੇ ਆਖਿਆ ਕਿ ਵੀ ਸਾਨੂੰ ਸੋਨਾ ਛੱਡੋ ਜੇ ਸਾਨੂੰ ਪਲੈਟੀਨਮ ਦਾ ਹਰਸ਼ ਵੀ ਪਾਉਣਾ ਪਿਆ ਨਾ ਤਾਂ ਵੀ ਪਾਵਾਂਗੇ ਨਹਿਰ ਜਾਣੀ ਚਾਹੀਦੀ ਇਹ ਪਹਿਲੀ ਸਾਡੇ ਲੋਕ ਪ੍ਰਤਾਪ ਸਿੰਘ ਕਰੋਂ ਦੇ ਬੋਲ ਪ੍ਰਤਾਪ ਸਿੰਘ ਕਰੋਂ ਬੋਲਾ ਇਹ ਹੋ ਸਕਦਾ ਪ੍ਰਤਾਪ ਸਿੰਘ ਕਰੋਂ ਸੋਚਦਾ ਚੱਲ ਸਾਡੇ ਲੋਕ ਉੱਤੇ ਵਸ ਜਾਣਗੇ ਹਾਲਾਂਕਿ ਪ੍ਰਤਾਪ ਸਿੰਘ ਕਰੋਂ ਬਾਰੇ ਇਹ ਵੀ ਇੱਕ ਗੱਲ ਮੈਂ ਚਲੋ ਇਹ ਵੀ ਆਪਾਂ ਗੱਲ ਜਾਂਦੇ ਜਾਂਦੇ ਕਰ ਹੀ ਜਾਏਗੇ ਵੀ ਕਿਹਾ ਜਾਂਦਾਗਾ ਵੀ ਉਹ ਬੜੇ ਵਿਜਨਰੀ ਸੀਗੇ ਉਹਨਾਂ ਦੇ ਹੁੰਦੇ ਬੜੀ ਡਿਵੈਲਪਮੈਂਟ ਹੋਈ ਇਦਾਂ ਦਾ ਕੁਝ ਹਾਂ ਡਿਵੈਲਪਮੈਂਟ ਬਹੁਤ ਹੋਈ ਆ ਵਿਜਨਰੀ ਬਹੁਤ ਸੀ ਪਰ ਦੇਖੋ ਹਰ ਬੰਦੇ ਦਾ ਇੱਕ ਪਰਸਪੈਕਟਿਵ ਹੁੰਦਾ ਹੈ ਨਾ ਜੇ ਆਪ ਸਿੱਖ ਜਿਵੇਂ ਪੁਰਾਣੇ ਬੁੜੇ ਵੀ ਇਹ ਗੱਲ ਕਰਦੇ ਸੀ ਕੈਰੋਂ ਦਾ ਰਾਜ ਬੜਾ ਹੋ ਨਹੀਂ ਉਹਨੇ ਬਹੁਤ ਕੁਝ ਕੀਤਾ ਪਰ ਉਹਨੇ ਵੇਖੋ ਮਰਬਾਬੰਦੀ ਕੀਤੀ ਆਪਣੀ ਇਹਦੇ ਕਰਕੇ ਆਪਣੀ ਆਮਦਨਾਂ ਵਧੀਆਂ ਹੋਰ ਪਰ ਜਿਹੜਾ ਉਹਦਾ ਪਰਸਪੈਕਟਿਵ ਸੀ ਸੋਚਦਾ ਹਾਂ ਜਿਸ ਐਂਗਲ ਤੋਂ ਸੋਚਦਾ ਸੀ ਹਾਂ ਉਹ ਐਂਗਲ ਉਹਦਾ ਜਿਹੜਾ ਸੋਚਦਾ ਸੀ ਉਹ ਸਿੱਖ ਜਾਂ ਪੰਜਾਬੀ ਐਂਗਲ ਸੀ ਜਿਵੇਂ ਮਹਾ ਪੰਜਾਬ ਦੀ ਗੱਲ ਕਰਦਾ ਸੀ ਹਾਂ ਉਹਦੇ ਵਿੱਚ ਉਹ ਕਹਿੰਦਾ ਵੀ ਰਾਜਸਥਾਨ ਹਰਿਆਣਾ ਸਾਰਾ ਇਕੱਠਾ ਕਰ ਦੋ ਹੂੰ ਠੀਕ ਹੈ ਨਾ ਤਾਂ ਉਹ ਉਹ ਕੋਈ ਉਹ ਮਤਲਬ ਉਹ ਸਿਧਾਂਤ ਤੇ ਉਹ ਔਰ ਇਸ ਪ੍ਰੋਸਪੈਕਟਿਵ ਤੋਂ ਨਹੀਂ ਸੋਚਦਾ ਸੀ ਕਲਚਰ ਤੋਂ ਸਿਰਫ ਇੱਕ ਇਕਨੋਮਿਕ ਪ੍ਰੋਸਪੈਕਟ ਤੋਂ ਸੋਚਦਾ ਸੀ ਸਾਰਿਆਂ ਨੇ ਠੀਕ ਹੈ ਨਾ ਮਤਲਬ ਕਿ ਉਹ ਤਾਂ ਰਾਸ਼ਟਰਵਾਦੀ ਸਿਧਾਂਤ ਜਿਹਨੂੰ ਆਪਾਂ ਅੱਜ ਕਹਿੰਦੇ ਭਾਰਤੀ ਸਿਧਾਂਤ ਤੇ ਸਾਰਿਆਂ ਨੇ ਸੋਚਦੇ ਸੀ ਉਸੇ ਤਹਿਤ ਹੀ ਉਹ ਪਾਣੀ ਦੇ ਗਿਆ ਸੋ ਪਾਣੀ ਦੇ ਮਸਲੇ ਚ ਕਾਂਗਰਸ ਦਾ ਰਿਕਾਰਡ ਆ ਵੈਸੇ ਤਾਂ ਸਾਰਿਆਂ ਦਾ ਰਿਕਾਰਡ ਹੀ ਮਾੜਾ ਰਿਹਾ ਪਰ ਇਹਨਾਂ ਦਾ ਆ ਜਿਆਦਾ ਥੋੜਾ ਜਿਆਦਾ ਰਿਹਾ ਤਾਂ ਇਹ ਆਪਣਾ ਪਾਣੀ ਉਦੋਂ ਚਲਾ ਗਿਆ ਇਹ ਜਿਹੜੇ ਤਿੰਨ ਮੇਨ ਜਿਹੜੇ ਆਪਾਂ ਕਹਦੇ ਵੀ ਟੱਕ ਲੱਗੇ ਪੰਜਾਬ ਦੇ ਸੀਨੇ ਇਹ ਪਹਿਲਾਂ ਹੀ ਲੱਗ ਗਏ ਵੱਡੇ ਹਣਾ ਪਹਿਲੀ ਲੱਗੇ ਹਾਂ ਫੇਰ ਪਾਣੀ 1955 ਦੇ ਵਿੱਚ ਸੂਬਿਆਂ ਦਾ ਅਧਿਕਾਰ ਖੇਤਰ ਬਣਾ ਦਿੱਤਾ ਗਿਆ ਹੂੰ ਤਾਂ ਫੇਰ ਤਾਂ ਉਸ ਤੋਂ ਬਾਅਦ ਨਹੀਂ ਲੱਗਣਾ ਚਾਹੀਦਾ ਸੀ ਜਦੋਂ ਹਰਿਆਣਾ ਤੇ ਪੰਜਾਬ ਦੀ ਵੰਡ ਹੋਈ ਹੂੰ ਠੀਕ ਹੈ ਜੀ ਫੇਰ ਫੇਰ ਰੌਲਾ ਪੈ ਗਿਆ ਵੀ ਕਿਵੇਂ ਹਣਾ ਦੇਣਾ ਤਾਂ ਫੇਰ ਫੇਰ ਇੰਦਰਾ ਗਾਂਧੀ ਨੇ ਇੰਟਰਫੇਅਰ ਕੀਤਾ ਤੇ ਦਰਬਾਰਾ ਸਿੰਘ ਤੇ ਪ੍ਰੈਸ਼ਰ ਪਾ ਕੇ ਉਹ ਤਾਂ ਸਾਰਿਆਂ ਨੂੰ ਕਹਾਣੀ ਪਤਾ ਹੀ ਹੈ ਕਿ ਇਹ ਇਹ ਟੱਕ ਆਪਾਂ ਨੂੰ ਸਮਝਣ ਨੂੰ ਲੱਗਦੇ ਰਹੇ। ਉਦੋਂ ਬਾਅਦ ਜਿਹੜੀ ਪ੍ਰੋਬਲਮ ਆਈ ਹੈ ਉਹ ਹੈ ਕਿ ਆਪਣੇ ਲੋਕਾਂ ਨੇ ਉਹਨੂੰ ਪਰਸੂ ਨਹੀਂ ਕੀਤਾ। ਜੇ ਕਿਤੇ ਪਾਣੀ ਰੁਕਿਆ ਐ ਐਸਵਾਈਐਲ ਕਨਾਲ ਦਾ ਤਾਂ ਉਹ ਕੋਈ ਸਰਕਾਰਾਂ ਤੋਂ ਨਹੀਂ ਰੁਕਿਆ। ਸਰਕਾਰਾਂ ਤੋਂ ਨਹੀਂ ਰੁਕਿਆ। ਉਹ ਤਾਂ ਇੰਟਰਵੈਂਸ਼ਨ ਜਿਸ ਤਰੀਕੇ ਦੀ ਹੋਈ ਜਿਹਾਰੂ ਸਿੰਘਾਂ ਨੇ ਰੋਕਿਆ ਪਣੀ ਦਾ ਰੁਕਣਾ ਉਹ ਵੀ ਨਹੀਂ ਸੀ। ਜਦ ਮੈਂ ਹੁਣ ਵਾਲੀ ਪੀੜ੍ਹੀ ਨੂੰ ਸਿੱਧੂ ਮੂਸੇ ਵਾਲਾ ਦੱਸ ਗਿਆ। ਹਾਂ। ਵੀ ਪੁੱਤ ਬਗਾਨੇ ਨਾਰਾ ਕਿਹਾ। ਸਿੱਧੂ ਮੂਸੇ ਵਾਲਾ ਗਿੱਦੜ ਅਸ ਗਿਆ ਉਹਦੇ ਬਾਰੇ ਤੇ ਹੁਣ ਮੇਰੇ ਖਿਆਲ ਜੇ ਹਾਲੇ ਇੰਨੇ ਫਲੱਡ ਝੱਲ ਕੇ ਨਹੀਂ ਆਪਾਂ ਨੂੰ ਸਮਝਾਈ ਫੇਰ ਨਹੀਂ ਆਪਣੀ ਕੌਮ ਜਾਗ ਸਕਦੀ ਹਣਾ ਹੁਣ ਆਪਾਂ ਫਲੱਡਾਂ ਵਾਲੀ ਗੱਲ ਤੇ ਆਈਏ ਹੁਣ ਜਿਵੇਂ ਫਲੱਡ ਅਸੀਂ ਫਿਰੋਜ਼ਪੁਰ ਜਿਹੜੇ ਚ ਗਏ ਉੱਥੇ ਕਹਿੰਦੇ ਵੀ 88 ਵੇਲੇ ਪਾਣੀ ਆਇਆ ਸੀ ਪਰ ਇੰਨਾ ਨਹੀਂ ਆਇਆ ਸੀ ਦੂਜੀ ਗੱਲ ਇੱਧਰ ਕਹਿੰਦੇ ਪਟਿਆਲੇ ਚ ਕਹਿੰਦੇ ਵੀ 93 ਵੇਲੇ ਆਈ ਹੋ ਗਿਆ ਸੀ ਜਿਵੇਂ ਹੁਣ ਹੋ ਗਿਆ ਪਰ ਹੁਣ ਤਾਂ ਕਹਿੰਦੇ ਖਤਰਾ ਪਾਲਾ ਹੀ ਬਣ ਗਿਆ ਕੁਝ ਇਨਸਾਨੀ ਗਲਤੀਆਂ ਵੀ ਉਹੀ ਗੱਲ ਜਿਵੇਂ ਆਪਾਂ ਗੱਲ ਤੇ ਆਵਾਂਗੇ ਹੀ ਮੈਨੂੰ ਲੱਗਦਾ ਇਹਦੇ ਤੇ ਤੇ ਸਰਕਾਰਾਂ ਸਰਕਾਰ ਵੀ ਉਹੀ ਇਨਸਾਨਾਂ ਦੀ ਹੁੰਦੀ ਹੈ ਚਲੋ ਹਣਾ ਵੀ ਉਹ ਸਾਰਾ ਕੁਝ ਹੁਣ ਇਹਨਾਂ ਦੇਖੋ ਵੀ ਇਹ ਕਿਵੇਂ ਆ ਵੀ ਜਿਹੜੀ ਇੱਕ ਉਹ ਗੱਲ ਟੈਕਨੀਕਲ ਤੌਰ ਤੇ ਆਖੀ ਜਾਂਦੀ ਆ ਹਾਲਾਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਸਹੀ ਗੱਲ ਆ ਕਿਤੇ ਨਾ ਕਿਤੇ ਸ਼ਾਇਦ ਆਪਾਂ ਵੀ ਸਹਿਮਤ ਹੋਵਾਂਗੇ ਵੀ ਕੁਦਰਤ ਦੀ ਕਰੋਪੀ ਆ ਪਰ ਦੂਜੇ ਪਾਸੇ ਸਰਕਾਰ ਨੂੰ ਜਿਹੜੇ ਲੋਕ ਕਹਿੰਦੇ ਵੀ ਸਰਕਾਰ ਨੇ ਗਲਤ ਕਰਤਾ ਉਹ ਕਿੱਥੇ ਇਹਦੇ 'ਚ ਥੋੜਾ ਜਿਹਾ ਸਮਝਾਓ ਵੀ ਕੁਦਰਤ ਦੀ ਕਰੋਪੀ ਆ 100% ਦੀ 100% ਕਿ ਅਸੀਂ ਕੁਝ ਬਚਾਅ ਕਰ ਸਕਦੇ ਸੀ ਉੱਥੇ ਗੱਲ ਕਿਵੇਂ ਆ ਦੇਖੋ ਜੇ ਤਾਂ ਆਪਾਂ ਉਵੇਂ ਵੇਖੀ ਆ ਨਾ ਰੋਹਾਨੀ ਜਾਂ ਦੇਵੀ ਸਾਹਣਾ ਵਿਖੇ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਨਾ ਹੁਣ ਪਿੱਛੇ ਜੇ ਪਿਛਲੇ ਸਾਲ 6 ਮਹੀਨੇ ਤੋਂ ਸਿੱਧੂ ਮੂਸੇ ਵਾਲੇ ਨੇ ਉਸ ਪਾਣੀ ਨੂੰ ਇੱਕ 메ਨ ਪਲੇਟਫਾਰਮ ਤੇ ਲਿਆਂਦਾ ਹਨਾ ਉਹ Song ਨੇ ਬਹੁਤ ਵੱਡਾ ਰੋਲ ਅਦਾ ਕੀਤਾ ਪਾਣੀ ਬਾਰੇ ਆਪਣੀ ਇਸ ਪੀੜੀ ਨੂੰ ਦੱਸਣਾ ਪਤਾ ਲੱਗ ਗਿਆ ਪਤਾ ਲੱਗ ਗਿਆ ਉਦੋਂ ਬਾਅਦ ਆ ਡੱਡ ਸਟਰਗਲਸ ਹੋਈਆਂ ਹਨਾ ਜਿਵੇਂ ਕਿ ਵੀ ਪਾਣੀ ਸਾਡਾ ਜੀ ਗਲਤ ਜਾ ਰਿਹਾ ਹੈ ਜਾਂ ਐ ਨਹੀਂ ਹੋਣਾ ਚਾਹੀਦਾ ਜਾਂ ਆ ਹੋਣਾ ਚਾਹੀਦਾ ਤਾਂ ਉਹਨੇ ਲੋਕਾਂ ਨੂੰ ਇੱਕ ਸੈਂਸਿਟੀਵਿਟੀ ਤਾਂ ਦਿੱਤੀ ਹਮ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਲੋਕ ਇੱਕ ਹੱਦ ਤੱਕ ਤਾਂ ਲੜਨ ਨੂੰ ਤਿਆਰ ਸੀ ਉਹਦੋਂ ਗਾਹ ਨਹੀਂ ਜਾਂਦੇ ਸੀ ਹਨਾ ਪੰਜਾਬ 'ਚ ਵੀ ਬਹੁਤ ਦੁਵਿਧਾ ਸੀ ਕੋਈ ਕਹਿੰਦਾ ਸੀ ਨਹੀਂ ਜੀ ਇਹ ਤਾਂ ਰਾਸ਼ਟਰੀ ਵਸੀਲਾ ਹੁੰਦਾ ਹੈ ਨਹੀਂ ਜੀ ਇਹ ਤਾਂ ਸਾਰਿਆਂ ਨੂੰ ਦੇਣਾ ਚਾਹੀਦਾ ਆਮ ਹੀ ਤੁਹਾਨੂੰ ਲੋਕੀ ਕਹਿੰਦੇ ਮਤਲਬ ਫੇਰ ਕੀ ਹੋ ਗਿਆ ਜੇ ਰਾਜਸਥਾਨ ਨੂੰ ਪਾਣੀ ਜਾਂਦਾ ਰਿਹਾ ਹਾਂ ਕਈ ਵੀ ਗੱਲ ਇਨਸਾਨ ਤਾਂ ਇਨਸਾਨ ਹੀ ਇਨਸਾਨ ਆ ਸਰਬੱਤ ਦੇ ਭਲੇ ਦੀ ਗੱਲ ਕਰੋ ਤੇ ਕਈ ਇੱਥੋਂ ਤੱਕ ਵੀ ਗੱਲ ਕਰਦੇ ਨੇ ਸੀਗੇ ਕਿ ਨਹੀਂ ਜੀ ਇਹ ਤਾਂ ਪਾਕਿਸਤਾਨ ਤੋਂ ਖਰੀਦਿਆ ਹੋਇਆ ਪਾਣੀ ਆ ਹੂੰ ਤਾਂ ਰਾਜਸਥਾਨ ਨੂੰ ਜੇ ਪੰਜਾਬ ਦਾ ਹੱਕ ਹੀ ਨਹੀਂ ਇਹਦੇ ਤੇ ਮਤਲਬ ਅੱਡਾ ਐਕਸਟਰਾ ਕੀ ਮੌਜੂਦਾ ਸਰਕਾਰ ਨੇ ਵੀ ਮਿੰਿਸਟਰ ਨੂੰ ਟ੍ਰਿਬਿਊਨਲ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਭੇਜਿਆ ਸੀ ਚਲੋ ਉਹਦੇ ਤੇ ਵੀ ਆਪਾਂ ਆਉਣੇ ਕਿ ਹੁਣ ਵਾਲੀਆਂ ਸਰਕਾਰਾਂ ਨੇ ਕੀ ਕੀਤਾ ਪਾਣੀ ਬਾਰੇ ਪਰ ਇੱਕ ਪਾਸੇ ਤਾਂ ਆਪਾਂ ਇਹ ਕਹਿੰਨੇ ਕਿ ਚਲੋ ਚੰਗਾ ਮਤਲਬ ਠੀਕ ਆ ਬਹੁਤ ਤਰਾਸਦੀ ਆ ਬਹੁਤ ਵੱਡੀ ਲੋਕਾਂ ਦੀ ਜਾਨਾਂ ਗਈਆਂ 11 12 ਤਾਂ ਇਹ ਪੇਪਰ ਸੀ ਕਹਿ ਰਹੇ ਪਤਾ ਨਹੀਂ ਕਿੰਨੇ ਲੋਕ ਹੀ ਵਿਚਾਰੇ ਹੜਾਂ 'ਚ ਰੁੜ ਗਏ ਹੋਣਗੇ ਨੌਜਵਾਨ ਇੱਕ ਵਿਚਾਰਾ ਬੰਨ ਲਾਉਂਦਾ ਮਰ ਗਿਆ ਠੀਕ ਆ ਨਾ ਜੀ ਤੇ ਉਦਵੱਜਾਂ ਜਾਨੀ ਨੁਕਸਾਨ ਤਾਂ ਜਿਹੜਾ ਹੋਇਆ ਤੇ ਮਾਲੀ ਨੁਕਸਾਨ ਡੰਗਰਾ ਪਸ਼ੂਆਂ ਦਾ ਮਤਲਬ ਬੜਾ ਚਿਰ ਲੱਗੂਗਾ ਹੂੰ ਹਲੇ 2019 ਚ ਹੀ ਹੋ ਕੇ ਹਟਿਆ ਸੀ ਹੁਣ ਫੇਰ ਹੋ ਗਿਆ ਪਰ ਇੱਕ ਗੱਲੋਂ ਤਾਂ ਉਹ ਸੈਂਸਟਾਈਜ਼ ਕਰ ਗਿਆ ਨਾ ਜੇ ਆਪਾਂ ਨੂੰ ਕਿ ਅੱਜ ਜਦੋਂ ਆਪਾਂ ਗੱਲ ਕਰਦੇ ਆਂ ਕਿ ਸਾਡਾ ਰੋਲਾ ਵੰਡ ਦਾ ਨਹੀਂ ਸਾਡਾ ਮਾਲਕੀ ਦਾ ਮਸਲਾ ਤੇ ਸਾਡਾ ਮਾਲਕੀ ਦਾ ਮਸਲਾ ਕਿਉਂ ਆ ਹੂੰ ਜੇ ਹਲੇ ਵੀ ਨਹੀਂ ਆਪਾਂ ਸਮਝਾਂਗੇ ਤਾਂ ਮੇਰਾ ਖਿਆਲ ਫੇਰ ਨਹੀਂ ਆਪਾਂ ਕੋਈ ਸਮਝਾਉਂਦੇ ਹਾਂ ਐਨੇ ਬੰਦੇ ਮਰਵਾ ਕੇ ਇੰਨੀ ਤਬਾਹੀ ਕਰਾ ਕੇ ਨਹੀਂ ਆਪਾਂ ਨੂੰ ਸਮਝ ਆਈ ਕਿ ਸਾਡਾ ਮਸਲਾ ਕਿਉਂ ਆ ਅੱਜ ਤੋਂ ਹੋਸਲਾ 6 ਮਹੀਨੇ ਬਾਅਦ ਫੇਰ ਉੱਠਣਗੇ ਉਹ ਲੋਕ ਕਿੰਨੀ ਤਾਂ ਕਿਸਾਨ ਯੂਨੀਅਨਸ ਹੀ ਆ ਜਿਹੜੀ ਉੱਠ ਉੱਠ ਕੇ ਕਹਿਣ ਲੱਗ ਜਾਂਦੇ ਨੇ ਜੀ ਇਹ ਤਾਂ ਵੇਖੋ ਉਹਨਾਂ ਉੱਤੇ ਪੰਜਾਬੀ ਬੈਟੇ ਆ ਉੱਥੇ ਕੋਈ ਹੋਰ ਰੀਜ਼ਨ ਦੇਣ ਲੱਗ ਜਾਂਦੇ ਆ ਉੱਥੇ ਕੋਈ ਰਾਸ਼ਟਰੀ ਰੀਜ਼ਨ ਦੇਣ ਲੱਗ ਜਾਂਦੇ ਆ ਪਰ ਮਸਲਾ ਇਹ ਆ ਕਿ ਵੰਡ ਦਾ ਨਹੀਂ ਮਾਲਕੀ ਦਾ ਮਸਲਾ ਹੈ ਮਾਲਕ ਕੌਣ ਦਾ ਉਹਦੇ ਬਰਤਣਾ ਕਿਵੇਂ ਉਹਦੇ ਰਾਹ ਲੱਭੇ ਜਾ ਸਕਦੇ ਆ ਤਾਂ ਇੱਕ ਤਾਂ ਇਹ ਤਾਂ ਮੈਂ ਤਾਂ ਇਹ ਕਹੂੰਗਾ ਕਿ ਵੀ ਸ਼ਾਇਦ ਅਸੀਂ ਊਂ ਨਹੀਂ ਸੁਚੇਤ ਹੁੰਦੇ ਜਦੋਂ ਸਾਨੂੰ ਪੈਂਦੀ ਆ ਉਦੋਂ ਆਪਸ ਸੁਚੇਤ ਹੁੰਨੇ ਤਾਂ ਕੁਦਰਤ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਟੋੜਾ ਹੈ ਦੂਸਰੀ ਗੱਲ ਜਿਹੜੀ ਹੈ ਕਿ ਕੀ ਸਰਕਾਰਾਂ ਇਹਨੂੰ ਬਚਾ ਸਕਦੀਆਂ ਸੀ ਕਿ ਨਹੀਂ ਉਹਦੇ ਵਿੱਚ ਬਹੁਤ ਬੁਨਿਆਦੀ ਗੱਲ ਆ ਕਿ 21 ਮਈ ਨੂੰ ਜਿਹੜਾ ਵਾਟਰ ਬਚਦਾ ਹੈ ਦਰਿਆਵਾਂ ਦੇ ਵਿੱਚ ਉਹ ਡੈਮ ਦੇ ਵਿੱਚ ਉਹ ਉਨਾ ਹੋਣਾ ਚਾਹੀਦਾ ਜਿਹੜਾ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਇੱਕ ਕਟ-ਆਫ ਡੇਟ ਬਣੀ ਆ ਸ਼ੁਰੂ ਤੋਂ ਹੀ ਇਹ ਤੁਸੀਂ ਜਲ ਸਰੋਤਾਂ ਵਾਲਿਆਂ ਤੋਂ ਵੀ ਪੁੱਛ ਸਕਦੇ ਹੋ ਹੋਰਾਂ ਤੋਂ ਵੀ ਲੈ ਸਕਦੇ ਹੋ ਹੁਣ ਜੇ 21 ਮਈ ਤੋਂ ਲੈ ਕੇ 5 ਜੁਲਾਈ ਜਾਂ 10 ਐਂਡ ਜੂਨ ਤੱਕ ਆਪਣੇ ਡੈਮ ਖਾਲੀ ਹੋਣੇ ਚਾਹੀਦੇ ਆ ਜੇ ਵੇਖੋ ਪਾਣੀ ਹੋਣਾ ਹੋਵੇ ਸਵੇਰੇ ਹਨਾ ਵੀ 7 ਵਜੇ ਆਪਾਂ ਕਹਿੰਦੇ ਸ਼ਹਿਰਾਂ ਦੇ ਵਿੱਚ ਆਪਾਂ ਕਹਿੰਦੇ ਵੀ 7 ਵਜੇ ਜਾਂ 6 ਵਜੇ ਜੀ ਫਰੈਸ਼ ਪਾਣੀ ਵਾਟਰ ਆਉਂਦਾ ਹੈ ਤਾਂ ਉਦੋਂ ਪਹਿਲਾਂ ਆਪਾਂ ਤੌੜੇ ਭੰਡੇ ਸਾਰੇ ਖਾਲੀ ਕਰਕੇ ਰੱਖਦੇ ਹਾਂ ਨਾ ਕਿ ਭਾਈ ਹੁਣ ਭਰ ਲਾਂਗੇ ਆਪਾਂ ਭਰ ਲਾਂਗੇ ਹਾਂ ਠੀਕ ਹੈ ਹੁਣ ਆਪਾਂ ਨੂੰ ਪਤਾ ਹੈ ਵੀ ਮੌਨਸੂਨ ਜਾਂ ਦਰਿਆ ਬਾਰਿਸ਼ ਜਿਹੜੀ ਆ ਉਹ 20 25 ਜੂਨ ਤੋਂ ਪੈਣੀ ਸ਼ੁਰੂ ਹੋ ਜਾਣੀ ਆ ਤੇ ਆਪਣੇ ਭਾਂਡੇ ਤਾਂ ਖਾਲੀ ਹੋਣੇ ਚਾਹੀਦੇ ਉਹਦੀ ਡੀਸੇਲਟਿੰਗ ਹੋਈ ਹੋਣੀ ਚਾਹੀਦੀ ਆ ਚੋਰ ਗਾਰ ਕੱਢੀ ਹੋਣੀ ਚਾਹੀਦੀ ਆ ਸਾਫ਼ ਕੀਤਾ ਹੋਣਾ ਚਾਹੀਦਾ ਨਹਿਰਾਂ ਸਾਫ਼ ਹੋਣੇ ਚਾਹੀਦੀ ਹੈਟਾਂ ਵਾਟਰਵੇਜ਼ ਤ ਸਮਝ ਲਓ ਅਪ੍ਰੈਲ ਪੂਰਾ ਮਈ ਹੁੰਦਾ ਜਦੋਂ ਪੂਰੀ ਆਪਣੇ ਕੋਲ ਟਾਈਮ ਹੁੰਦਾ ਜਦੋਂ ਆਪੇ ਸਾਰਾ ਕੁਝ ਕਰ ਸਕਦੇ ਆ ਕੀ ਸਰਕਾਰਾਂ ਕਰਦੀਆਂ ਹਮ ਨੱਕੋ ਨੱਕ ਡੈਮ ਭਰਿਆ ਹੁੰਦਾ ਡੈਮ ਇਸ ਕਰਕੇ ਭਰਿਆ ਹੁੰਦਾ ਕਿ ਫੇਰ ਜੀ ਰਾਜਸਥਾਨ ਨੂੰ ਪਾਣੀ ਜਾਣਾ ਪਲਾਨੇ ਨੂੰ ਜਾਣਾ ਉਹ ਕਿੱਥੋਂ ਦੇਵਾਂਗੇ ਹਮ 7.5 ਮਿਲੀਅਨ ਏਕੜ ਫੁੱਟ ਦੀ ਉਹਦੀ ਕਪੈਸਿਟੀ ਆ ਭਾਖੜਾ ਦੀ ਉਹ ਪੂਰਾ ਹੀ ਭਰਿਆ ਹੁੰਦਾ 7 ਮਿਲੀਅਨ ਏਕੜ ਫੁੱਟ ਤੱਕ ਭਰਿਆ ਹੁੰਦਾ ਤੇ ਫੇਰ ਤਾਂ ਪਾਣੀ ਭਾਵੇਂ ਕੁਝ ਵੀ ਆ ਜਾਏ ਆਪਨ ਤਾਂ ਡੈਮ ਦਾ ਕੋਈ ਫਾਇਦਾ ਨਹੀਂ ਪੰਜਾਬ ਨੂੰ ਹਮ ਆਪਾਂ ਤਾਂ ਉਹ ਜੇ ਹੜਾਂ ਦੀ ਮਾਰਚ ਫੇਰ ਸਭੋਂ ਖਤਰੇ 'ਚ ਹੋਰ ਆ ਖਤਰੇ ਜੀ ਪਾਣੀ ਹੋ ਠੀਕ ਹੈ ਨਾ ਅੱਛਾ ਦੂਸਰੀ ਗੱਲ ਕਾਲਨੀਆਂ ਪਾਸ ਹੋ ਗਈਆਂ ਉਹ ਮੌਜੂਦਾ ਸਰਕਾਰ ਚ ਬੰਨ ਰਹੀਆਂ ਪਹਿਲਾਂ ਵਾਲਿਆਂ ਨੇ ਪਾਸ ਕਰ ਗਏ ਜਮਾ ਸੜਕਾਂ ਤੇ ਚੋਹਾ ਦੇ ਉੱਤੇ ਚੋਹਾ ਦੇ ਉੱਤੇ ਜਿਵੇਂ ਡੇਰਾ ਬਸੀ ਜੀਰੇ ਕਪੌਰਾ ਉਹ ਤੁਸੀਂ ਖਰੜ ਵੜਦੇ ਜਾਓ ਉਹ ਕਿਸੇ ਟਾਈਮ ਚੌੜਾ ਚੋਹ ਹੁੰਦਾ ਸੀ ਸਣੀ ਐਨਕਲੇ ਵੇਖ ਲਓ ਮੇਰੇ ਸਾਹਮਣੇ ਉੱਥੇ ਜੋ ਸੜਕ ਬਣੀ ਉਹਦੇ ਕਹਿੰਦੇ ਵੀ ਸੜਕ ਗਲਤ ਬਣ ਗਈ ਜੀ ਉਹਦੇ ਸਾਹਮਣੇ ਜਿਹੜੀ ਉੱਚੀ ਕਿ ਵੀ ਇੱਥੇ ਪਾਣੀ ਇਕੱਠਾ ਹੋ ਜਾਈ ਉਹਨੂੰ ਉੱਥੇ ਸ਼ਾਪਿੰਗ ਕੰਪਲੈਕਸ ਬਣਿਆ ਹੋਵੇ ਉਹਨੂੰ ਪਾਣੀ ਤਾਂ ਕਿਤੇ ਜਾਣਾ ਹੀ ਜਾਣਾ ਨਾ ਹੂੰ ਠੀਕ ਹੈ ਨਾ ਸੋ ਇਹ ਇਹ ਤਾਂ 2019 ਚ ਹੋ ਕੇ ਹਟਿਆ ਸੀ ਹਲੇ ਤਾਜ਼ਾ ਤਾਜ਼ਾ ਤੇ ਉਹਦੇ ਨਾਲ ਨੰਬਰ ਆਫ ਟਾਈਮਸ ਪਾਣੀ ਜ਼ਿਆਦਾ ਆ ਗਿਆ ਤੇ ਇਹ ਹਾਲਾਤ ਬਣ ਗਏ ਸੋ ਸਰਕਾਰਾਂ ਨੂੰ ਸੁਰਖਰੂ ਬਿਲਕੁਲ ਨਹੀਂ ਕੀਤਾ ਜਾ ਸਕਦਾ ਸਰਕਾਰਾਂ ਦਾ ਤਾਂ ਕੰਮ ਆ ਸੈਕੰਡਲੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਸਾਡੇ ਤੋਂ ਖੋਲ੍ਹਿਆ ਕਾਸੀ ਕਰ ਕੀ ਸਕਦੇ ਹਾਂ ਤੇ ਕੁਝ ਨਹੀਂ ਕਰ ਸਕਦੇ ਜਿਹੜੀ ਸਭ ਤੋਂ ਵੱਡੀ ਗੱਲ ਅੱਜ ਕੋਈ ਸਵਾਲ ਚੁੱਕ ਰਿਹਾ ਐਮ ਐਲ ਏ ਵੜ ਜਾਂਦਾ ਪਾਣੀ ਦੇ ਵਿੱਚ ਪਾਣੀ ਚ ਵੜ ਕੇ ਤੂੰ ਕੀ ਕਰਦਾ ਯਾਰ ਤੇਰਾ ਕੰਮ ਆ ਵਿਧਾਨ ਸਭਾ ਚ ਪਾਲਿਸੀ ਬਣਾ ਕੀ ਵੀ ਆ ਨਹੀਂ ਹੋਣਾ ਚਾਹੀਦਾ ਤਾਂ ਮੁੱਖ ਮੰਤਰੀ ਸਾਹਿਬ ਪਾਣੀ ਚ ਨੇ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਵੇਖੋ ਇਹ ਸਰਕਾਰ ਤਾਂ ਡਰਾਮਾ ਕਰਦੀ ਹੈ ਨਾ ਉਹ 800 ਕਰੋੜ ਜਿਹੜਾ ਸਾਲ ਦਾ ਖਰਚਣਾ ਤੁਸੀਂ ਕਹਿ ਰਹੇ ਹੋ ਡਰਾਮਾ ਤੁਸੀਂ ਤਾਂ ਇਹ ਮੈਨੂੰ ਲੱਗਦਾ ਵੀ ਗਲਤ ਕਹਿ ਰਹੇ ਹੋ ਥੋੜੇ ਤੇ ਤਾਂ ਕੋਈ ਹੋਰ ਨਾ ਉਹ ਨੋਟਿਸ ਨੋਟਿਸ ਨਾ ਭੇਜ ਦੇਣ ਉਹ ਇਹ ਦੱਸਦੇ ਨੇ ਤੁਹਾਨੂੰ ਮੈਂ ਦੱਸ ਦੱਸ ਗੱਲ ਉਹ ਇਹ ਕਹਿੰਦੇ ਨੇ ਵੀ ਕੈਪਟਨ ਮਹਾਰਾਜਾ ਸਾ ਤੇ ਬਾਦਲ ਸਾਹਿਬ ਉਹ ਕਹਿੰਦੇ ਵੀ ਜਹਾਜ਼ ਦੇ ਉੱਤੇ ਰਹਿੰਦੇ ਸੀ ਜਦੋਂ ਇਹ ਸਾਡਾ ਮੁੱਖ ਮੰਤਰੀ ਪਾਣੀ ਚਾਹ ਦੇਖੋ ਕਿ ਢੀ ਇਨਸਾਨੀ ਨੂੰ ਇਨਸਾਨੀਅਤ ਨੂੰ ਬਚਾਉਣ ਵਾਲੀ ਗੱਲ ਆ ਚਲੋ ਇੱਕ ਦੋ ਵਾਰੀ ਵੜ ਜਾਈ ਐ ਤਾਂ ਕਾ ਲੋ ਕਹਿੰਦੇ ਉਹ ਬੀਬੀ ਜੈਹੰਦਰ ਕੋਰ 5-5 ਰੁਪਏ ਵਾਲੀਆਂ ਬੋਤਲਾਂ ਲੈ ਕੇ 5-5 ਉਹ ਛੋਟੀਆਂ ਬੋਤਲਾਂ ਲੈ ਕੇ ਪਾਣੀ ਚ ਵੜੀ ਵੀ ਸੀ ਪੂਰੇ 16 ਮਿੰਟ ਹਾਂ ਕਿੰਨੇ ਮਿੰਟ ਪਤਾ ਨਹੀਂ ਜੀ ਮੈਂ ਲਾਈਵ ਸਾਰਾ ਦੇਖਿਆ ਜੀ ਠੀਕ ਆ ਜੀ ਤੇ ਉਹ ਉੱਪਰ ਵੇਖੋ ਮੁੱਖ ਮੰਤਰੀ ਦਾ ਕੰਮ ਆ ਕਿ ਆਦਾ ਸਮਾਂ ਬਚਾਵੇ ਹੈਲੀਕਾਪਟਰ ਨਾਲ ਦੌਰਾ ਕਰੇ ਮੋਟੀ ਅਸੈਸਮੈਂਟ ਹੋ ਜਾਂਦੀ ਹੈ ਸਿਚੁਏਸ਼ਨ ਦੀ ਆਜੇ ਹੁਕਮ ਦੇਵੇ ਤੇ ਆਉਣ ਵਾਲੀਆਂ ਪ੍ਰੋਬਲਮਸ ਹੁਣ ਹੋਰ ਆਉਣਗੀਆਂ ਹੜ ਹੜ ਖਤਮ ਹੋਣਗੇ ਬਿਮਾਰੀਆਂ ਫੈਲਣਗੀਆਂ ਪਸ਼ੂਆਂ ਦੀਆਂ ਫੈਲਣਗੀਆਂ ਇਨਸਾਨੀ ਫੈਲਣਗੀਆਂ ਹੋਰ ਪ੍ਰੋਬਲਮਸ ਆਉਣਗੀਆਂ ਉਹ ਮਸ਼ੀਨਰੀ ਨੂੰ ਗੇਅਰ ਅਪ ਕਰੇ ਹੂੰ ਠੀਕ ਹੈ ਜੀ ਫੇਰ ਉਹ 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 ਸਾਰੇ ਇਹ ਬਿਲਕੁਲ ਕਿਤੇ ਇਹ ਆਪ ਆਏ ਰੁਲੇ ਫਿਰਨ ਦੀ ਬਜਾਏ ਭੱਜੇ ਫਿਰਨ ਠੀਕ ਹੈ ਨਾ ਉਹ ਜਿਵੇਂ ਕਹਿੰਦੇ ਵੀ ਬਾਂਦਰ ਰਾਜਾ ਬਣਾ ਲਿਆ ਤੇ ਹੜ ਆ ਗਿਆ ਹਨਾ ਉਹ ਹੋਈ ਆਪਣੇ ਨਾਲ ਉਹ ਅੱਗ ਲੱਗੀ ਸੀ ਜੰਗਲ 'ਚ ਭੱਜੇ ਫਿਰਦੇ ਵੀ ਇਧਰ ਭੱਜੋ ਉਧਰ ਭੱਜ ਭੱਜਣ ਦੀ ਲੋੜ ਨਹੀਂ ਪਲੈਨਿੰਗ ਦੀ ਲੋੜ ਆ ਤੇ ਸਾਰੇ ਅਮਲੇ ਸ਼ਮਲੇ ਨੂੰ ਕੰਮ ਤੇ ਲਾਉਣ ਦੀ ਲੋੜ ਆ ਇੱਕ ਮੁੱਖ ਮੰਤਰੀ ਹਾਰਡ ਨਹੀਂ ਰੋਕ ਸਕਦਾ ਇੱਕ ਐਮ ਐਲ ਏ ਜਾਂ ਇੱਕ ਕੋਈ ਪਾਣੀ ਦੀ ਬੋਤਲਾਂ ਨਹੀਂ ਪਚਾ ਸਕਦੀ ਬੀਬੀ ਉੱਥੇ ਤਾਂ ਵੇਖੋ ਇੱਕ ਸਿਸਟਮ ਨੇ ਪਚਾਉਣਾ ਸਾਰਾ ਕੁਝ ਇੱਕ ਆਰਗੇਨਾਈਜ਼ਡ ਸਿਸਟਮ ਹੋਣਾ ਚਾਹੀਦਾ ਹੈ ਵਰਲਡ ਦੇ ਵਿੱਚ ਭਾਰਤ ਦੇ ਵਿੱਚ ਕਿਤੇ ਵੀ ਕੋਈ ਮਸ਼ੀਨਰੀ ਪਈ ਆ ਕਿਤੇ ਵੀ ਕੋਈ ਰਿਸੋਰਸ ਪਿਆ ਉਹਨੂੰ ਪ੍ਰਕਿਊਰ ਕਰੋ ਚਾਹੇ 에ਅਰ ਲਿਫਟ ਕਰਨਾ ਪੈ ਜੇ ਠੀਕ ਹੈ ਜੀ ਇਹ ਕਹਿੰਦੇ ਵੀ ਨਹਿਰਾ ਨਹੀਂ ਅਸੀਂ ਖੋਲ ਸਕਦੇ ਜੀ ਗਾਰ ਆ ਜੂ ਤੁਸੀਂ ਨਹਿਰਾ ਇੱਕ ਵਾਰੀ ਖੋਲ ਦੋ ਗਾਰਨ ਵਾਲੀ ਭਰਨਗੀ ਆ ਨਾ ਆਪਾਂ ਉਹਨੂੰ ਗਾਰ ਨੂੰ ਕੱਢ ਲਾਂਗੇ ਜੇ ਆਪਾਂ 10 ਇਨਸਾਨ ਵੀ ਆਏ ਬਚਾ ਲੇ ਤਾਂ ਕੀ ਉਹ ਗਾਰ ਦੀ ਕੀਮਤ ਕੱਢਣ ਦੀ ਕੀਮਤ ਨਾਲੋਂ ਮਤਲਬ ਕੀਮਤ ਦੇ ਨਹੀਂ ਸਕਦੀ ਸਟੇਟ ਮੈਨੂੰ ਅਜ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਲਖਾਰੀ ਨੇ ਉਹ ਕਬੱਡੀ ਨੂੰ ਵੀ ਬਹੁਤ ਜ਼ਿਆਦਾ ਉਹ ਕਰਦੇ ਰਹੇ ਨੇ ਕਬੱਡੀ ਬਾਰੇ ਲਿਖਦੇ ਵੀ ਨੇ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਮੈਨੂੰ ਇਹ ਤੇ ਮਤ ਤੁਸੀਂ ਮੈਨੂੰ ਕਲੀਅਰ ਕਰ ਦਿਓ ਉਹ ਕਹਿੰਦੇ ਵੀ ਜੇ ਗਾਰ ਆਉਂਦੀ ਆ ਤੋ ਖੇਤਾਂ 'ਚ ਵੀ ਹੁੰਦੀ ਵੀ ਉਹ ਚੰਗੀ ਮੰਨੀ ਜਾਂਦੀ ਸੀ ਪਹਿਲਾਂ ਵਾਲੇ ਬਜ਼ੁਰਗ ਇਹਨੂੰ ਉਸ ਹਿਸਾਬ ਨਾਲ ਚੰਗੀ ਮੰਨਦੇ ਇਹ ਕੋਈ ਗੱਲ ਹੈ ਕਿ ਇਹ ਬਿਲਕੁਲ ਜੀ ਗਾਰ ਗਾਰ ਤੋਂ ਗਾਰਾਂ ਗਾਰ ਆਉਣ ਕਰਕੇ ਹੀ ਆਪਣੀਆਂ ਜ਼ਮੀਨਾਂ ਬਣੀਆਂ ਨਹਿਰੀ ਪਾਣੀ ਲੱਗਦਾ ਤਾਂ ਗਾਰ ਆਉਂਦੀ ਹੈ ਗਾਰ ਕੋਣ ਨਾਲ ਆਪਣੀ ਜ਼ਮੀਨਾਂ ਬਣਦੀਆਂ ਗਾਰ ਤਾਂ ਸਗੋਂ ਮਤਲਬ ਹੋਣਾ ਆਉਣੀ ਚਾਹੀਦੀ ਆਪਣੇ ਖੇਤਾਂ 'ਚ ਰਾਦਰ ਪਹਿਲਾਂ ਫਲੱਡ ਕਿਉਂ ਕਹਿੰਦੇ ਸੀ ਕਿ ਚੰਗਾ ਆ ਗਿਆ ਗਾਰ ਆ ਜਾਂਦੀ ਸੀ ਚੰਗਾ ਚੰਗਾ ਹੋ ਜਾਂਦਾ ਹੁਣ ਇਹਨਾਂ ਨੂੰ ਆਏ ਆ ਵੀ ਸਾਨੂੰ ਪੱਕੀਆਂ ਨਹਿਰਾਂ ਸਾਨੂੰ ਸਾਫ਼ ਨਾ ਕਰੀਆਂ ਪੈ ਜਾਂ ਨਾਲ ਇਹ ਤਾਂ ਇਹ ਤਾਂ ਉਹ ਗੱਲ ਆ ਵੀ ਆਪਾਂ ਬੱਚੇ ਨੂੰ ਵੀ ਪ੍ਰੋਟੀਨ ਖਵਾ ਰਿਆਂ ਜਿਆਦਾ ਇਹ ਨਾ ਹੋਵੇ ਵੀ ਕਿ ਇਹਨੂੰ ਆਪਣਾ ਘਿਓ ਜਿਆਦਾ ਖਵਾਤਾ ਹੁਣ ਪਰਵਰਜਿਸ਼ ਵੀ ਕਰਉਣੀ ਪਊਗੀ ਠੀਕ ਹੈ ਨਾ ਇਹ ਥੋੜਾ ਮਤਲਬ ਇਹ ਤਾਂ ਮਤਲਬ ਉਹ ਥੋੜੀ ਮਾਤਰਾ ਚ ਗਾਰ ਆਉਣੀ ਚਾਹੀਦੀ ਥੋੜੀ ਕੀ ਵੱਧ ਵੀ ਜੇ ਆਜੇ ਤਾਂ ਕੀ ਪ੍ਰੋਬਲਮ ਆ ਜੂ ਜੇ ਨਹਿਰ ਤੋਂ ਲੱਗਦਾ ਬਲੌਕ ਹੋ ਜੂ ਅੱਜਕੱਲ ਤੁਹਾਡੇ ਕੋਲ ਇੰਨਾ ਸੋਹਣਾ ਇਕਵਿਪਮੈਂਟ ਆ ਤੁਸੀਂ ਕੱਢ ਦੋਗੇ ਬਾਹਰ ਪਹਿਲੀ ਗੱਲ ਤਾਂ ਫਲੋਰ ਰਵੇ ਨਹਿਰ ਦਾ ਸੈਕੰਡ ਆ ਕਿ ਵੀ ਜੇ ਮੈਨੂੰ ਗੱਲ ਦੱਸੋ ਵੀ ਰਾਜਸਥਾਨ ਪਾਣੀ ਦਾ ਤਾਂ ਲੈਣਾ ਚਾਹੁੰਦਾ ਤੇ ਗਾਰ ਵਾਲੇ ਪਾਣੀ ਨੂੰ ਉਹਨੂੰ ਕੀ ਪ੍ਰੋਬਲਮ ਸੋ ਗਾਰ ਤਾਂ ਉਹਨੂੰ ਚੰਗਾ ਕਰੂਗੀ ਉਹ ਰੇਤਿਆਂ ਨੂੰ ਜਾ ਕੇ ਬੈਟਰ ਬੈਟਰ ਕਰੂ ਜੇ ਬਲੌਕ ਹੁੰਦੀ ਆ ਵਰਸਟ ਸਿਚੁਏਸ਼ਨ ਹੈ ਨਾ ਬਲੌਕ ਤੇ ਬਲੌਕ ਤੁਸੀਂ ਮਸ਼ੀਨਰੀ ਲਾ ਕੇ ਕਾੜ ਦਿਓ ਜਾਨਾ ਤਾਂ ਬਚਾਓ ਤੁਸੀਂ 20000 ਕਿਉ ਸਿੱਖ ਪਿੱਛੇ ਛੱਡ ਰਹੇ ਹੋ ਉਹਦੀ 18000 ਕਿਉ ਸਿੱਖ ਦੀ ਕੈਪੈਸਿਟੀ ਆ ਉਹ ਇੱਕ ਵਾਰੀ ਪਾਣੀ ਨੂੰ ਖਿੱਚ ਤਾ ਲੈ ਜਾਊਗੀ ਹਾਂ ਠੀਕ ਆ ਨਾ ਦੇਖੋ ਮੌਕੇ ਤੇ ਕਿਹੜੀ ਚੀਜ਼ ਜ਼ਰੂਰੀ ਆ ਜਿਵੇਂ ਤੁਹਾਡੇ ਲੱਤ ਨੂੰ ਗੈਂਗਰੀਨ ਹੋ ਗਿਆ ਤਾਂ ਭਈ ਉੱਥੋਂ ਵੱਡਣ ਦੀ ਜੇ ਇੱਥੋਂ ਵੱਢ ਲਓ ਇੱਕ ਵਾਰੀ ਇਹ ਦਾ ਵਡਾ ਆਪਾਂ ਉਹ ਪਾ ਦਾਂਗੇ ਇਹਦਾ ਪੈਰ ਹੂੰ ਠੀਕ ਆ ਨਾ ਇੱਕ ਵਾਰੀ ਜਾਨ ਤਾਂ ਬਚਾਓ ਲੋਕਾਂ ਦੀ ਜਿਹੜਾ ਕਿਸੇ ਦਾ ਜੀ ਮਰ ਗਿਆ ਉਹਦੀ ਕੀਮਤ ਹੈ ਕੋਈ ਉਹ ਗਾਰ ਕੱਢਣ ਨਾਲੋਂ ਵੱਧ ਤਾਂ ਨਹੀਂ ਕੀਮਤ ਪਾਕਿਸਤਾਨ ਨੇ ਸੁਲੇਮਾਨੀ ਹੈਡ ਤੋਂ ਉਹ 10 ਗੇਟ ਚੱਕ ਤੇ ਤਾਂ ਉਹਦੇ ਨਾਲ 2-2 2.5-2.5 ਫੁੱਟ ਥੱਲੇ ਆ ਗਿਆ ਪਾਣੀ ਆ ਗਿਆ ਹੁਣ ਹੁਣ ਮੈਨੂੰ ਗੱਲ ਦੱਸੋ ਵੀ ਇਹ ਗਾਰ ਸੁਲੇਮਾਨ ਕੀ ਨਹਿਰ ਆ ਉੱਥੇ ਹਾਂ ਠੀਕ ਆ ਨਾ ਸੁਲੇਮਾਨ ਕੀ ਨਹਿਰ ਦੇ ਵਿੱਚ ਗਾਰ ਨਹੀਂ ਜਾਊਗੀ ਹੂੰ ਕੋਈ ਤਾਂ ਗਾਰ ਹੀ ਜਾਊਗੀ ਉਹ ਉਹ ਵੀ ਤਾਂ ਕੋਈ ਹੱਲ ਕੱਢਣਗੇ ਗਾਰ ਦਾ ਪਰ ਇਨਸਾਨੀਅਤ ਦੇ ਨਾਤੇ ਤੁਹਾਨੂੰ ਵੇਖੋ ਇੱਕ ਵਾਰੀ ਹੱਲ ਕੱਢਣਾ ਜ਼ਰੂਰੀ ਆ ਕਿ ਪ੍ਰੋਬਲਮ ਆਈ ਆ ਪ੍ਰੋਬਲਮ ਜਿਹੜੇ ਅਫਸਰ ਕਹਿ ਰਹੇ ਆ ਵੀ ਗਾਰ 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 ਇਹ ਐਵੇਂ ਲਓ ਜੀ ਲੌਜੀਕਲ ਗੱਲ ਨਹੀਂ ਮੈਂ ਕਹਿੰਦਾ ਜੀ ਅਫਸਰ ਜਿਹੜਾ ਕਹਿੰਦਾ ਨਾ ਵੀ ਗਾਰ ਆਊਗੀ ਗਾਰ ਆਊਗੀ ਉਹਨਾਂ ਕੋਲ ਦਾ ਜਵਾਕ ਬਿਠਾਖਾ ਹੈ ਫਲੱਡ ਦੇ ਸਾਹਮਣੇ ਤੂੰ ਤੂੰ ਤਾਂ ਸਾਰਾ ਕੁਝ ਦੇਂਗਾ ਗਾਰ ਕੱਢਣ ਵਾਸਤੇ ਹੂੰ ਠੀਕ ਹੈ ਨਾ ਜਿਹਦਾ ਬੱਚਾ ਜਿਹੜਾ ਰੋੜ ਰਿਹਾ ਉੱਥੇ ਮਤਲਬ ਤੁਸੀਂ ਇੱਕ ਚੰਗੇ ਏਸੀ ਕਮਰੇ 'ਚੋਂ ਬਹਿ ਕੇ ਚੰਡੀਗੜ੍ਹ ਦੇ ਵਿੱਚ ਜੋ ਮਰਜ਼ੀ ਗੱਲਾਂ ਕਰੀ ਜਾਓ ਹੂੰ ਠੀਕ ਹੈ ਨਾ ਮਤਲਬ ਗਾਰ ਨਾਲ ਮੰਨ ਲਓ ਆਪਾਂ ਮੰਨ ਲਓ ਵੀ ਆਪਣੀਆਂ ਸਾਰੀਆਂ ਨਹਿਰਾਂ ਪਰ ਜਾਂਦੀਆਂ ਗਾਰ ਨਾਲ ਹੂੰ ਅਸਿਊਮ ਕਰ ਪਰ ਕੀ ਉਹ ਲਾਈਫਸ ਜ਼ਿਆਦਾ ਇੰਪੋਰਟੈਂਟ ਆ ਕਿ ਗਾਰ ਕੱਢਣੀ ਦਾ ਐਫਰਟ ਹੂੰ ਨਾਲ ਇਹ ਤਾਂ ਸਾਧਰੀ ਬੜੇ ਆ ਜੇ ਮਸ਼ੀਨਾਂ ਬੜੀਆਂ ਵੱਡੀਆਂ ਆ ਉਹ ਲੋਕ ਹੀ ਕੱਢ ਦੇਣਗੇ ਜਿਹੜੇ ਫਲੱਡ ਨਾਲ ਲੜਲੇ ਯਾਰ ਉਹ ਗਾਰਾਂ ਨਹੀਂ ਕੱਢ ਦੇਣਗੇ ਮਿੰਟਾਂ 'ਚ ਕੱਢ ਦੇਣਗੇ ਉਹ ਆਦੋ ਆ ਜ਼ਿੰਮੇਦਾਰ ਨਾਲ ਖੇਤ ਸੱਟ ਲਉਂਨ ਤਾਂ ਫੇਰ ਕੰਮ ਦੀ ਹੋ ਗਾਰ ਗਾਰ ਵੈਸੇ ਬਹੁਤ ਚੰਗੀ ਹੁੰਦੀ ਹੈ ਜੀ ਰਾਦਰ ਜਦੋਂ ਪਾਖੜਾ ਨਹਿਰ ਬਣੀ ਸੀ ਤਾਂ ਕਾਮਰੇਡਾਂ ਨੇ ਇੱਕ ਨਹਿਰ ਨਾਰਾ ਦਿੱਤਾ ਸੀ ਲੋਕੋ ਨੇ ਹਾਸਦੇ ਵੀ ਆ ਹਲੇ ਤੁਸੀਂ ਵੇਖੋ ਨਾ ਪਾਖੜਾ ਦਾ ਪਾਣੀ ਪਾਖੜਾ ਮੇਨ ਲਾਈਨ ਦਾ ਪਾਣੀ ਕਦੀ ਵੇਖੋ ਇੰਨਾ ਸਾਫ ਹੁੰਦਾ ਹੈ ਨਾ ਹਰਾ ਹਰਾ ਜਾਂ ਨਜ਼ਰ ਆਉਂਦਾ ਜਿਵੇਂ ਪਟਿਆਲੇ ਤੱਕ ਵੀ ਉਹ ਜੀ ਆਉਂਦਾ ਹਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਬਿਜਲੀ ਤਾਂ ਕੱਢ ਲਈ ਹੈ ਤੇ ਫੋਕਾ ਪਾਣੀ ਦੇ ਦਤਾ ਤੁਹਾਨੂੰ ਹਾਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਗਾਰ ਤਾਂ ਕੱਢ ਲਈ ਹੋੜੇ ਜ਼ਮੀਨਾਂ ਜ਼ਰਕੀਜ਼ ਨਹੀਂ ਹੋਣੀਆਂ ਤੇ ਜਦੋਂ ਅੱਗੇ ਉਹ ਪਾਣੀ ਲੱਗਦਾ ਸੀ ਨਾ ਜਿੱਥੇ ਤਾ ਉਥੇ ਤੇ ਨਹਿਰੀ ਦੂਜੇ ਪਾਣੀ ਵਾਲੀ ਜ਼ਮੀਨਾਂ ਦਾ ਰੇਟ ਦਾ ਕਾਫੀ ਦੇਰ ਅੰਤਰ ਰਿਹਾ। ਕਿ ਵੀ ਨਹਿਰੀ ਪਾਣੀ ਜਿਹੜੀਆਂ ਜ਼ਮੀਨਾਂ ਬਣ ਗਈਆਂ ਚੰਗੀਆਂ, ਗਾਰੋਂਣ ਕਰਕੇ ਤੇ ਇਹ ਪਾਖੜਾ ਦੇ ਮੈਨ ਲਾਈਨ ਤੇ ਜਿਹੜੀਆਂ ਫਸਲਾਂ ਹੁੰਦੀਆਂ ਪਰ ਹੁਣ ਤਾਂ ਆਪਾ ਟਿਊਲਾਂ ਤੇ ਕਰਦੇ ਹਾਂ ਤਾਂ ਜਿਵੇਂ ਫਿਲਟਰਡ ਵਾਟਰ ਹੁੰਦਾ ਨਾ ਗਾਰ ਤਾਂ ਆਪ ਬੋਲੀ ਗਏ। ਤੇ ਆਪਾਂ ਹੁਣ ਤਾਂ ਪੈਸਟੀਸਾਈਡ ਤੇ ਫਰਟੀਲਾਈਜ਼ਰ ਤੇ ਫਲਾਨਾ ਉਹ ਬਣਾਉਣੇ ਆ ਉਹ ਤਾਂ ਚਲੋ ਇੱਕ ਮੈਂ ਇਹ ਜਿਵੇਂ ਹੁਣ ਆ ਗਿਆ ਚਲੋ ਜਿਹੜਾ ਨੁਕਸਾਨ ਹੋਇਆ ਨੁਕਸਾਨ ਸਾਰੇ ਲੋਕਾਂ ਨੂੰ ਆਪਾਂ ਕਹਿ ਦਈਏ ਮੁਸੀਬਤ ਹੋ ਗਈ। ਦੂਜੇ ਪਾਸੇ ਜਿਹੜੀ ਇੱਕ ਗੱਲ ਹੋਰ ਆਉਂਦੀ ਆ ਕੱਲ ਖੇਤਰੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਵੀਰ ਸਿੰਘ ਬਾਦਲ ਉਹ ਫਿਰੋਜ਼ਪੁਰ ਪਹੁੰਚਦੇ ਨੇ ਐਮਪੀ ਵੀ ਨੇ ਉੱਥੋਂ ਦੇ ਉਹ ਇੱਕ ਗੱਲ ਕਰ ਗਏ ਵੀ ਇਹ ਜਿਹੜੇ ਹਰੀਕਿਆਂ ਵਾਲੇ ਦੇ 31 ਗੇਟ ਚੱਕ ਤੇ ਇਹਨਾਂ ਨੇ ਇਹ ਕਦੇ ਹੋਈ ਨਹੀਂ 31 ਆਲਾ ਕੰਮ ਵੀ ਇਹ ਵੀ ਇੱਕੋ ਦਮ ਹੀ ਚੱਕਤਾ ਇਹਦਾ ਕੀ ਤੁਹਾਨੂੰ ਲੱਗਦਾ ਵੀ ਇਹ ਵੀ ਉੱਥੇ ਵੀ ਇੰਬੈਲੈਂਸ ਜਾ ਹੋ ਗਿਆ ਇਹ ਨਾ ਸਾਰੇ ਪੋਲਿਟਿਕਸ ਖੇਡਦੇ ਆ ਹਾਂ ਤੁਸੀਂ ਸੁਖਵੀਰ ਬਾਦਲ ਨੂੰ ਪੁੱਛੋ ਹੂੰ ਪਹਿਲੀ ਗੱਲ ਤਾਂ ਵੇਖੋ ਆਪਾਂ ਪਾਣੀ ਦੀ ਆਪਣੇ ਦੀ ਗੱਲ ਹੀ ਕਰਦੇ ਸੀਗੇ ਕਿ ਪਹਿਲਾਂ ਤਾਂ ਜੇ SYL ਜਦੋਂ ਬਣਾਉਣ ਦਾ ਪ੍ਰੈਸ਼ਰ ਪਿਆ ਤਾਂ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਕਟ ਲਿਆਂਦਾ 2004 ਜਿਹੜੂ ਫਿਰ ਉਹਦੇ ਬੜਾ ਸੈਲੀਬ੍ਰੇਟ ਹੋਇਆ ਕਿ ਜੀ ਪਾਣੀ ਦਾ ਰੱਖ ਭੁਲਾਨਾ ਹਾਂ ਕੈਪਟਨ ਹਾਂ ਉਹ ਐਕਟ ਲਿਆਂਦਾ ਕਿ ਜੀ ਪੰਜਾਬ ਨੇ ਜਿੰਨੇ ਹੁਣ ਤੱਕ ਐਗਰੀਮੈਂਟ ਕੀਤੇ ਹੋ ਐਗਰੀਮੈਂਟ ਕੀਤੇ ਆਂ ਦਾ ਕੋਈ ਐਗਰੀਮੈਂਟ ਨਹੀਂ ਸਾਡਾ ਯਾ ਮਤਲਬ ਐਗਰੀਮੈਂਟ ਰੱਦ ਕਰਤੇ ਪਲਾਨ ਨੇ ਜਿਹੜਾ ਜਵੇਂ ਜਿੰਨਾ ਪਾਣੀ ਹੋਣ ਜਾ ਰਿਹਾ ਉਹ ਮੰਨਾਂਗੇ ਅਸੀਂ ਪਹਿਲੀ ਗੱਲ ਤਾਂ ਵੇਖੋ ਉਹਨੇ ਨੁਕਸਾਨ ਆਪਣਾ ਕੀਤਾ ਕਿ ਉਹ ਮੰਨ ਗਿਆ ਕਿ ਹਾਂ ਵੀ ਜਿੰਨਾ ਜਾ ਰਿਹਾ ਤਾਂ ਜਾ ਰਿਹਾ ਹੂੰ ਠੀਕ ਹੈ ਇਹ ਤਾਂ ਪਹਿਲੀ ਬੁਨਿਆਦੀ ਗਲਤੀ ਸੀ ਉਸ ਤੋਂ ਬਾਅਦ ਉਹ ਕੋਰਟ ਚ ਚਲਾ ਗਿਆ ਮਸਲਾ ਲੜਦੇ ਰਹੇ ਹੈ ਉਸ ਗੱਲ ਤੇ ਉਸ ਤੇ ਉਹਨੂੰ ਵੀ ਚਲੋ ਜਿੱਤਿਆ ਜਾ ਸਕਦਾ ਸੀਗਾ ਕਿ ਵੀ ਅਸੀਂ ਰੋਕ ਸਕਦੇ ਸੀ ਉੱਥੇ ਵੀ ਠੱਲ ਪਾ ਸਕਦੇ ਸੀ ਤੇ 2015 ਚ ਸੁਖਬੀਰ ਸਿੰਘ ਹਰਿਆਣਾ ਕੀ ਕੀਤਾ ਇਹਨਾਂ ਨੇ ਜਾ ਕੇ ਜੀ ਸੁਪਰੀਮ ਕੋਰਟ ਚ ਅਰਜੀ ਦੇਤੀ ਕਿ ਸਾਡੇ ਪਾਸ ਤੇ ਟ੍ਰਿਬਿਊਨਲ ਬਣਾਇਆ ਜਾਵੇ ਸਾਡੇ ਵੰਡ ਕੀਤੀ ਜਾਵੇ ਪਾਣੀ ਦੀ ਮਲਾਕੀ ਦਲ ਜਿਹੜਾ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਵੀ ਪੰਜਾਬ ਦੇ ਪਾਣੀ ਪੰਜਾਬ ਦੇ ਮਾਲਕੀ ਆ ਉਹ ਵੰਡਾਸਤੇ ਜਾਂਦਾ ਰਿਹਾ 2015 ਚ ਹਾਂ 2015 ਚ ਸੋ ਇਹ ਪਤਾ ਨਹੀਂ ਕਿਹੜੇ ਮੂ ਨਾਲ ਬੋਲਦੇ ਆ ਇਹ ਸਾਰੇ ਚੋਰ ਆ ਸਾਰਿਆਂ ਨੇ ਕੀਤਾ ਇਹਨਾਂ ਨੂੰ ਸਿਰਫ ਹੁੰਦਾ ਹੋਣ ਦੀ ਪੋਲਿਟਿਕਸ ਅਸੀਂ ਕੀ ਫਕਾਉਣੀ ਆ 31 ਗੇਟ ਚੱਕ ਤੇ 32 ਚੱਕ ਤੇ ਉਹਦੇ ਨਾਲ ਠੀਕ ਅੱਗੇ ਪਾਣੀ ਵੱਧ ਗਿਆ নো ਡਾਊਟ ਅਬਾਊਟ ਇਟ ਪਰ ਇਹ ਮੈਂ ਵੀ ਕਹਿਣਾ ਹੈ ਕਿ ਵੀ ਉਹ ਸਾਰੇ ਇੰਨਾ ਪਾਣੀ ਇਕੱਠਾ ਚੱਕਣ ਦੀ ਬਜਾਏ ਰਾਜਸਥਾਨ ਕਨਾਲ ਨੂੰ ਚੱਕ ਦਿੰਦੇ ਸਰਹੰਦ ਫੀਡਰ ਚ ਪਾਣੀ ਪਾ ਦਿੰਦੇ ਚਲੋ ਕੁਸ਼ਤਾਂ ਘਟਦਾ ਗਾਰ ਫੇਰ ਕੱਢ ਲੈਂਦੇ ਪਰ ਇਹਨਾਂ ਦਾ ਜਿਹੜਾ ਬੋਲਣਾ ਹੈ ਨਾ ਉਹ ਕੋਈ ਹੈ ਨਹੀਂ ਇਹ ਤਾਂ ਇੱਕ ਦੂਜੇ ਨੂੰ ਸਿਰਫ ਇਹ ਵੇਖੋ ਕੀ ਡਰਾਮੇबाजी ਕਰ ਰਹੇ ਇੱਕ ਦੂਜੇ ਨੂੰ ਕ੍ਰਿਟਿਸਾਈਜ਼ ਹੀ ਕਰ ਰਹੇ ਹੈ ਨਾ ਹੋਰ ਤਾਂ ਹੁਣ ਆਪਣਾ ਭਗਵੰਤਮਾਨ ਕਹਿ ਰਿਹਾ ਜੀ ਹਿਮਾਚਲ ਦਾ ਕੀ ਹੱਕ ਆ ਫਨਲਾਂ ਨੇ ਪਾਣੀ ਮੰਗਦਿਆ ਕੀ ਤੂੰ ਇਹ ਗੱਲਾਂ ਜਿਹੜੀਆਂ ਅੱਜ ਕਰ ਰਿਹਾ ਇਹਨੂੰ ਪੇਪਰ 'ਚ ਕਨਵਰਟ ਕਰੇਂਗਾ ਉੱਥੇ ਜਾ ਕੇ ਬਾਲੇ ਬੋਲੇਗਾ ਇਹ ਤਾਂ ਸਾਨੂੰ ਸੁਣਾ ਰਿਹਾ ਤੂੰ ਇੱਥੇ ਕੁਝ ਬੋਲਦਾ ਹੈ ਰਾਜਸਥਾਨ ਜਾ ਕੇ ਗੰਗਾ ਨਗਰ 'ਚ ਬੋਲ ਕੇ ਹੁੰਦਾ ਬਾਈ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਆ ਗਈ ਤੁਹਾਨੂੰ ਪਾਣੀ ਖੁੱਲਾ ਹੋਊਗਾ ਉਹਨਾਂ ਦੇ ਵਰਕਰ ਬਹੁਤ ਬੋਲ ਰਹੇ ਕਹਿ ਰਹੇ ਨੇ ਹਾਂ ਜੀ ਦੀ ਚੱਲੇ ਸੀ ਪਾਣੀ ਉੱਥੇ ਰੌਲਾ ਪਾਇਆ ਇਹ ਵੀ ਇੱਕ ਤੁਹਾਨੂੰ ਲੱਗਦਾ ਨਹੀਂ ਵੀ ਪਾੜੇ ਵਾਲੀ ਗੱਲ ਹੈ ਜਿਵੇਂ ਹੁਣ ਅੱਜ ਆਪਾਂ ਪੌਡਕਾਸਟ 'ਚ ਇਹ ਗੱਲ ਕਰੀਏ ਜਿਹੜੇ ਹੁਣ ਉਹ ਜਿਵੇਂ ਮੈਂ ਕਹਿਣਾ ਹੁੰਦਾ ਵੀ ਜਿਹੜੇ ਅਖੀਰ ਤੱਕ ਪਹੁੰਚਣਗੇ ਪੌਡਕਾਸਟ ਦੇ ਜਿਹੜੀ ਆ ਗੱਲ ਆ ਜਿਵੇਂ ਅਕਾਲੀ ਦਲ ਦਾ ਕੈਡਰ ਆ ਕਾਂਗਰਸ ਦਾ ਕੈਡਰ ਆ ਬੀਜੇਪੀ ਦਾਗਾ ਆਮ ਆਦਮੀ ਪਾਰਟੀ ਦਾ ਹੈਗੇ ਤਾਂ ਇਹ ਪੰਜਾਬੀ ਪੰਜਾਬ ਦੇ ਪੰਜਾਬੀ ਬੰਦੇ ਆ ਸਾਰੇ ਪਰ ਜਦੋਂ ਇਹ ਉਹ ਪਾਰਟੀ ਲਾਈਨ ਦੇ ਉੱਤੇ ਕਿਸੇ ਨੇ ਐਮਸੀ ਬਣ ਜਮੇ ਛੋਟੀ ਗੱਲ ਤੇ ਐਮਸੀ ਮੈਂਬਰ ਸਰਪੰਚ ਫਿਰ ਤਾਂ ਚੇਅਰਮੈਨ ਮੇਅਰ ਉੱਥੇ ਜਿਹੜੀ ਗੱਲ ਜਾਂਦੀ ਆ ਜਦੋਂ ਕੋਈ ਬੰਦਾ ਗੱਲ ਕਰਦਾ ਵੀ ਨਹੀਂ ਸਾਡੇ ਵਾਲਾ ਭਗਵੰਤ ਮਾਨ ਇਹ ਸਹੀ ਗੱਲ ਕਰ ਰਿਹਾ ਉਹ ਦੂਜਾ ਕਹਿੰਦਾ ਨਹੀਂ ਸਾਡੇ ਵਾਲਾ ਸੁਖਬੀਰ ਬਾਦਲ ਸਹੀ ਗੱਲ ਕਰ ਰਿਹਾ ਉਹ 2015 ਦੀ ਗੱਲ ਵੀ ਭੁੱਲ ਜਾਂਦਾ ਉਹ ਕਾਂਗਰਸ ਵਾਲਾ ਉਹ ਵੀ ਭੁੱਲ ਜਾਂਦਾ ਵੀ 2004 ਚ ਕੈਪਟਨ ਸਾਡਾ ਸੀ ਉਹ ਗੱਲ ਵੀ ਭੁੱਲ ਜਾਂਦਾ ਉਹ ਕਹਿੰਦਾ ਵੀ ਨਹੀਂ ਵੀ ਇਹ ਤਾਂ ਜਾਣਾ ਚਾਹੀਦਾ ਰਾਜਸਥਾਨ ਇੱਥੇ ਆਪਣੇ ਲੋਕਾਂ ਚ ਵੀ ਉਹ ਫਿਰ ਪਾੜਾ ਪੈ ਰਿਹਾ ਲੋਕ ਸਮਝ ਨਹੀਂ ਰਹੇ ਉਨੀ ਡੰਗਾਈ ਜਿੱਤਰ ਨਹੀਂ ਰਹੇ ਹਨ ਇਹ ਡੈਮੋਕਰੇਸੀ ਦੀ ਵੀ ਪ੍ਰੋਬਲਮ ਆ ਕੁਝ ਆਪਦੇ ਨੀਜੀ ਵਫਾਦ ਵੀ ਆ ਫਿਰ ਆਪਾਂ ਸਾਰੀ ਇਨਫੋਰਮੇਸ਼ਨ ਮਤਲਬ ਹੁਣ ਜਿਵੇਂ ਆ ਆਪਾਂ ਐਨੀ ਲੰਬੀ ਗੱਲ ਕੀਤੀ ਇਹਦੇ ਵਿੱਚ ਵੀ ਕੁਝ ਅੰਸ਼ਕਤਾਤੀ ਆਪਾਂ ਦੇ ਸਕਾਂਗੇ ਨਾ ਦੋ ਕੰਟੇਜ ਹਾਂ ਸਾਰਾ ਕੁਝ ਤਾਂ ਆਪਾਂ ਵੀ ਨਹੀਂ ਸੁਣਾ ਸਕਦੇ ਹਨ ਪਰ ਇਹ ਤੋਂ ਬਾਅਦ ਜਦੋਂ ਆਪਾਂ ਫੇਸਬੁੱਕ ਯੂਨੀਵਰਸਿਟੀ ਤੇ ਜਾਂ ਵਟਸਐਪ ਯੂਨੀਵਰਸਿਟੀ ਤੇ ਜੋ ਸਿੱਖੇ ਜੋ ਕੀਤਾ ਹਨਾ ਥੋੜਾ ਬਹੁਤ ਉਹਦੇ ਨਾਲ ਤਾਂ ਵੇਖੋ ਗੱਲ ਬਣਦੀ ਨਹੀਂ ਨਾ ਉਹ ਫਿਰ ਜਿੰਨਾ ਸਮਝਿਆ ਹੁੰਦਾ ਹੈ ਹਨਾ ਹੁਣ ਜਿਵੇਂ ਕੋਈ ਲੌਜਿਕ ਦੇ ਰਿਹਾ ਕਿ ਜੀ ਨਹੀਂ ਜੀ ਹੁਣ ਉਹ ਜੇ ਉਹ ਹੀ ਰੀਲ ਚ ਲਈ ਜਾਵਾਂਗੇ ਕਿ ਉਹਨੇ ਵੇਖੋ ਜੀ ਹਿਮਾਚਲ ਨੂੰ ਹੀ ਕਹਿ ਤਾ ਜਵਾਬ ਦੇ ਤਾ ਉਹਨੂੰ ਹੀ ਦੇ ਤਾ ਹਨਾ ਪਰ ਅੱਗੇ ਇਹ ਨਹੀਂ ਨਾਲ ਉਹਨਾਂ ਦੇ ਵਰਕਰ ਵੇਖਦੇ ਵੀ ਉੱਥੇ ਜਾ ਕੇ ਬੋਲ ਕੇ ਕੀ ਆਇਆ ਜਾਂ ਤਾਂ ਇਕੱਠਾ ਗੱਲ ਕਰੋ ਠੀਕ ਹੈ ਫੇਰ ਵੇਖੋ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਤੋਂ ਅੱਜ ਦੀ ਡੇਟ 'ਚ ਤੁਹਾਡੇ ਡੀਸੀ ਭੱਜੇ ਫਿਰਦੇ ਆ ਰੋਲਾ ਪਾਈ ਫਿਰਦੇ ਆ ਪਰ ਕੀ ਉਹਨਾਂ ਦੇ ਹੁਣ ਆ ਹੀ ਲਾ ਲੋ ਤੁਸੀਂ ਪਟਿਆਲੇ ਦਾ ਇਸ਼ੂ ਹੀ ਲਾ ਲੋ ਕੀ ਡਿਪਟੀ ਕਮਿਸ਼ਨਰ ਨੂੰ ਇਹ ਨਹੀਂ ਦੇਖਣਾ ਚਾਹੀਦਾ ਸੀ ਕਿ ਵੀ ਉੱਥੇ ਬਾਈਪਾਸ ਬਣ ਗਿਆ ਜੇ ਪਾਣੀ ਤੇਜ਼ ਆ ਗਿਆ 93 ਵਾਂਗੂ ਹੈ ਤਾਂ ਫੇਰ ਕੀ ਕਰਾਂਗੇ ਨਾਲੇ ਇਹ ਕੋਈ ਆਪਾਂ ਇਹ ਨਹੀਂ ਕਹ ਰਹੇ ਵੀ 100 ਸਾਲ ਪਹਿਲਾਂ ਆ ਜਾਣਾ 93 'ਚ ਹੀ ਆ ਕੇ ਹਟਿਆ ਉਹ ਬਲਾਕਟ ਬਣ ਗਿਆ ਨਾ ਹੁਣ ਹਾਈਵੇ ਬਲਾਕਟ ਬਣ ਗਈ ਤੁਹਾਡਾ ਉਥੋਂ ਨਿਕਾਸ ਹੀ ਨਹੀਂਗਾ ਅੱਜ ਹੁਣ ਕੁਝ ਮੈਂ ਦੇਖ ਰਿਹਾ ਸੀ ਨਵੇਂ ਬੱਸ ਸਟੈਂਡ ਦੇਆਂ ਤਸਵੀਰਾਂ ਹਾਂਜੀ ਉੱਥੋਂ ਹੀ ਆਪਾਂ ਦੇਖ ਰਹੇ ਸੀ ਵੀ ਉਹ ਕੀ ਗੱਲ ਹੈ ਜਿਵੇਂ ਆਪਾਂ ਕਹਿਆ ਸੀ ਸੀਵਰੇਜ ਸਿਸਟਮ ਨਾ ਆਪਾਂ ਕਹਿੰਦੇ ਵੀ ਨਵੀਂ ਟੈਕਨੋਲੋਜੀ ਹੈ ਬਿਹਤਰ ਆ ਪਿੰਡਾਂ 'ਚ ਵੀ ਸੀਵਰੇਜ ਪਾ ਦੋ ਨਾ ਮੈਂ ਸਰਕਾਰੇ ਹੀ ਉਹ ਕਹਿੰਦੀ ਵੀ ਤੁਹਾਡੇ ਪਿੰਡ 'ਚ ਵੀ ਸੀਵਰੇਜ ਪਾ ਦਾਂਗੇ ਸ਼ਹਿਰਾਂ ਵਾਂਗ ਪਰ ਗੱਲ ਤਾਂ ਉਹੀ ਆ ਤੁਸੀਂ ਵੇਖੋ ਜੀ ਸਾਰੀ ਅਰਬਨ ਸਟੇਟ ਭਰੀ ਪਈ ਆ ਪਾਣੀ ਨਾਲ ਪਟਿਆਲੇ ਦੀ ਹੁਣ ਮੈਂ ਤੁਹਾਨੂੰ ਮੁਹਾਲੀ ਦਾ ਹਾਲ ਦੱਸਦਾ ਹਾਂ ਮੁਹਾਲੀ ਦੇ ਵਿੱਚ ਸੈਕਟਰਾਂ ਦੀਆਂ ਸੜਕਾਂ ਕ੍ਰਿਸ-ਕ੍ਰੋਸ ਕਰਾਤੀਆਂ ਉਹ ਇੱਥੋਂ ਮਿੱਟੀ ਚੱਕੀ ਵਿੱਚ ਪਾਈ ਤੇ ਸੜਕਾਂ ਉੱਚੀਆਂ ਬਣਾਤੀਆਂ। ਉੱਥੇ ਹੁਣ ਜਿਹੜਾ ਨਵਾਂ ਏਰੀਆ ਆ ਉਹਦੇ ਵਿੱਚ ਸੰਭਾਲਕੀ ਪਿੰਡ ਮੈਂ ਕੁਝ ਦਿਨ ਪਹਿਲਾਂ ਜਿਹ ਦਿਨ ਮੈਂ ਬਾਰਿਸ਼ ਦੇ ਵਿੱਚ ਟਰੈਵਲ ਜਾ ਕਰਕੇ ਵੇਖਿਆ ਉਹ ਸੰਭਾਲਕੀ ਦੇ ਵਿੱਚ ਪਾਣੀ ਭਰਿਆ ਹੋਇਆ ਪੂਰੀ ਤਰ੍ਹਾਂ। ਹੂੰ ਤੇ ਉਹਦੇ ਆਸੇ ਪਾਸੇ ਚਾਰ ਪਾਸੇ ਸੜਕਾਂ ਬਣ ਗਈਆਂ ਸੈਕਟਰ ਦੀਆਂ। ਹੂੰ ਤਾਂ ਟੱਬ ਬਣਾਤਾ ਹਨਾ। ਉੱਥੇ ਰੋਲਾ ਪਾਇਆ ਉਹ ਪਿੰਡਦਿਆਂ ਨੇ ਵਿਚਾਰਿਆਂ ਨੇ ਔਖੇ ਸੌਕੇ ਹੋ ਕੇ ਬਹੁਤ ਧਿਆਨ ਨਾਲ ਇੱਕ ਸੜਕ ਪੰਨੀ। ਹੂੰ ਤੇ ਅੱਗੋਂ ਅਗਲੇ ਸੈਕਟਰ ਚ ਪਾਣੀ ਵੜ ਗਿਆ। ਹੁਣ ਜਿੱਦਨ ਉੱਥੇ ਸੈਕਟਰ ਦੀ ਵਸੋਂ ਹੋ ਗਈ ਤੁਸੀਂ ਡਰੇਨੇਜ ਹੀ ਨਹੀਂ ਬਣਾਈ ਤਾਂ ਕੀ ਹੋਊ? ਮੈਂ ਇੱਕ ਹੁਣ ਹੋਰ ਗੱਲ ਦੇਖ ਰਿਹਾ ਸੀ ਜਿਵੇਂ ਅਰਬਨ ਸਟੇਟ ਦੀ ਗੱਲ ਆਉਦੀ ਹੈ ਉੱਥੇ ਪੱਤਰਕਾਰ ਭਾਈਚਾਰਾ ਵੀ ਬਹੁਤ ਦੇਖਿਆ ਬਹੁਤ ਉਹ ਹਾਈਲਾਈਟਡ ਹੋ ਗਿਆ ਜਿਵੇਂ ਆਪਾਂ ਕਹਿ ਦਈਏ ਵੀ ਸ਼ੰਭੂ ਸ਼ੰਭੂ ਬਾਰਡਰ ਸੌਰੀ ਜਿਵੇਂ ਆਪਾਂ ਕਹਿ ਦਈਏ ਵੀ ਸਿੰਘੂ ਬਾਰਡਰ ਜ਼ਿਆਦਾ ਹਾਈਲਾਈਟਡ ਸੀ ਟਿੱਕਰੀ ਕੋਈ ਨਹੀਂ ਸੀ ਹਾਂ ਉਹ ਵੀ ਹਾਈਲਾਈਟ ਹੋ ਗਿਆ ਹਾਈਲਾਈਟਡ ਹੋ ਗਿਆ ਮੀਡੀਆ ਨੇ ਚਲੋ ਹਾਈਲਾਈਟਡ ਕਰਤਾ ਚਲੋ ਕੁਝ ਚੀਜ਼ਾਂ ਵਧੀਆ ਵੀ ਆ ਪਰ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਵੀ ਜਿਹੜੇ ਪੌਸ਼ ਏਰੀਏ ਹੁੰਦੇ ਆ ਜਿੱਥੇ ਅਫਸਰਾਂ ਨੇ ਵੀ ਘਰ ਲੈਣੇ ਜਿੱਥੇ ਹੋਰ ਵੀ ਜਿਹੜੇ ਐਕਸ ওয়ਾਈ ਜ਼ੈਡ ਆਪਾਂ ਪੋਲੀਟੀਸ਼ੀ ਵੀ ਜਿਹੜਾ ਪੌਸ਼ ਏਰੀਆ ਉੱਥੇ ਕਿਹੜੀ ਇਹ ਡਿਵੈਲਪਮੈਂਟ ਆ ਇਹ ਕਿਹੜਾ ਪੌਸ਼ ਏਰੀਆ ਹੋ ਗਿਆ ਵੀ ਜਿੱਥੇ ਅਗਲਾ 5-6 ਕਰੋੜ ਲਾ ਕੇ 10 ਕਰੋੜ ਲਾ ਕੇ ਚਾਹੇ ਇੱਕ ਨੰਬਰ ਦਾ ਚਾਹੇ ਦੋ ਨੰਬਰ ਦਾ ਉਹ ਕੋਠੀ ਪਾ ਰਿਹਾ ਵਧੀਆ ਏ ਕਲਾਸ ਤੇ ਕਹਾਣੀ ਆ ਨਿਬੜਦੀ ਆ ਸਾਰੀ ਨਹੀਂ ਬਹੁਤ ਇਹ ਤਾਂ ਬੜੀ ਥਾਵਾਂ ਤੇ ਹੋਇਆ ਤੁਸੀਂ ਮੁਹਾਲੀ ਦੇਖ ਲਓ ਕਿੰਨੇ ਐਕਸਪੈਂਸਿਵ ਪ੍ਰਾਪਰਟੀਆਂ ਬਣ ਗਈਆਂ ਜ਼ੀਰਕਪੁਰ ਜਾਂ ਜਿਹੜਾ ਉਹ ਏਰੀਆ ਦੇਖ ਲਓ ਇਵਨ ਮਤਲਬ ਮੇਨ ਨਵਾਂ ਜਿਹੜਾ ਟਾਊਨ ਜਿਹਨੂੰ ਕਹਿ ਰਹੇ ਆ ਯੂਰਾਂ ਨਹੀਂ ਆ ਨਿਊ ਚੰਡੀਗੜ੍ਹ ਤਾਂ ਜਮਾਂ ਹੀ ਕਿਸੇ ਡਿਜ਼ਾਸਟਰ ਤੇ ਬੈਠਾ ਜਿੱਦਣ ਉੱਥੇ ਡਿਜ਼ਾਸਟਰ ਹੋਇਆ ਤੁਸੀਂ ਵੇਖਿਓ ਕਿ ਉਹਨੇ ਆ ਜਿਹੜੇ ਫਾਰਮ ਹਾਊਸ ਜੇ ਸਾਰੇ ਡੁੱਬਣੇ ਹੈਗੇ ਆ ਉੱਥੇ ਉਹ ਵੇਟਿੰਗ ਫॉर ਡਿਜ਼ਾਸਟਰ ਆ ਨਜ਼ਰ ਕਿਉਂ ਰੋਡ ਬਣਾਈ ਉੱਚੀ ਸਿਸਮਾ ਸਸਮਾ ਸਾਰਾ ਡੁੱਬਾ ਹਾਂ ਵੇਖੋ ਤੁਸੀਂ ਸਿਸਮਾ ਤੋਂ ਜਿਹੜੇ ਆਊਟਲੈਟ ਆ ਵਾਟਰ ਦਾ ਇਕੋ ਸਿਟੀ ਦੇ ਵਿੱਚ ਉਹਨੇ ਭਰ ਜਾਣਾ ਉਹ ਆਮ ਹੀ ਭਰ ਜਾਂਦਾ ਥੋੜੇ ਜੇ ਨਾਲ ਹੀ ਮੇਰਾ ਖਿਆਲ ਐਤ ਕੀ ਵਰਤੋਂ ਉਧਰ ਧਿਆਨ ਨਹੀਂ ਗਿਆ ਉਹਨਾਂ ਨਾਲ ਤੱਕ ਕਿਸੇ ਪੱਤਰਕਾਰ ਦਾ ਜੇ ਉਹ ਜਾ ਕੇ ਵੇਖੂਗਾ ਉਹ ਡੁੱਬਿਆ ਹੋਇਆ ਹੋਊਗਾ ਵਿਚਪਾਟ ਕਿਉਂਕਿ ਵੇਖੋ ਇੱਕ ਪਾਸੇ ਤੁਸੀਂ ਨਹਿਰ ਬਣਾ ਰੋਡ ਬਣਾਤੀ ਹਾਈ ਉੱਚੀ ਕਰਕੇ ਚੰਡੀਗੜ੍ਹ ਤੋਂ ਬਹੁਤ ਉੱਚੀ ਬਹੁਤ ਉੱਚੀ ਦੂਜੇ ਪਾਸੇ ਵਾਟਰ ਦੇ ਆਊਟਲੈਟਸ ਉਹਨੇ ਹੈ ਨਹੀਂ ਵਿੱਚ ਹੋਰ ਲੋਕ ਵਸਣੇ ਸ਼ੁਰੂ ਹੋ ਗਏ ਇਹ ਤਾਂ ਜਿਆਦਾ ਮੁੱਲਾਪੁਰ ਵਾਲੀ ਖਰਾਬੀ ਖਰਾਬ ਹੋਊਗਾ ਹਾਂ ਹੂੰ ਉਹਨੇ ਭਰ ਜਾਣਾ ਕਿਸੇ ਦਿਨ ਪਾਣੀ ਨਾਲ ਉੱਥੇ ਕੋਈ ਝੀਲ ਚਾਹੀਦੀ ਸੀ ਜਾਂ ਕੋਈ ਵਾਟਰ ਬੋਡੀ ਚਾਹੀਦੀ ਸੀ ਪਰ ਉਹ ਜੀ ਕੋਈ ਪਲੈਨਿੰਗ ਹੀ ਹੈ ਨਹੀਂ ਹਰੇਕ ਨੂੰ ਲਾਲਚਾ ਮੁਹਾਲੀ ਦੀ ਗਮਾਡਾ ਨੂੰ ਇਹ ਲਾਲਚਾ ਕੀ ਸੀ ਹਰੇਕ ਪੀਸ ਛੋਟਾ ਮੋਟਾ ਵੇਚ ਦਈਏ ਕਿਰਾ ਠੀਕ ਹੈ ਪੋਲੀਟੀਸ਼ੀਅਨਸ ਨੂੰ ਤੇ ਬਿਊਰੋਕਰੇਟਸ ਨੂੰ ਇਹ ਕਿ ਇਹ ਵੇਖ ਜੇ ਚਾਲੇ ਵਿੱਚ ਸਾਡਾ ਕੁਝ ਬਣ ਜੇ ਹੈ ਅਗੇ ਜਿਹੜੇ ਬਿਲਡਰ ਆ ਉਹ ਫਟਾਫਟ ਬਣਾ ਕੇ ਉਹਨਾਂ ਨੇ ਵੇਚ ਕੇ ਉਹ ਟੱਪ ਜਾਣਾ ਮਰਨਾ ਕਿ ਨੇ ਫਸਣਾ ਕਿ ਨੇ ਮਿਡਲ ਕਲਾਸ ਜਿਹੜੀ ਵਿਚਾਰੀ ਬਹੁਤ ਪੈਸੇ ਇਕੱਠੇ ਕਰ ਕਰਕੇ ਫਲੈਟ ਲੈਂਦੇ ਉਹ ਗੁਲਮੋਰ ਐਂਕਲੇ ਜਿੱਤੇ ਉਹ ਕਵਰ ਹੋਇਆ ਵੇਖੋ ਇੱਕ ਆਪਣਾ ਚੈਨਲ ਨੇ ਕਵਰ ਕੀਤਾ ਡੇਰਾ ਬੱਸੀ ਵਾਲਾ ਠੀਕ ਆ ਉਹ ਜਮਾ ਕੱਗਰ ਦੇ ਵਿੱਚ ਬਣਿਆ ਹੋਇਆ ਕੋਲ ਨਹੀਂ ਫਿਰ ਆਪਾਂ ਇਹ ਕਹਿ ਸਕਦੇ ਆ ਵੀ ਜਿਹਦੇ ਕੋਲੇ ਆਪਦੀ ਮਿਹਨਤ ਦੀ ਕਮਾਈ ਆ ਚਾਰ ਪੈਸੇ ਆ ਫਲੈਟਾਂ ਫਲੂਟਾਂ ਚ ਜਾ ਉਹ ਤਕੜੇ ਉਧਰਲੇ ਪਾਸੇ ਰਾਜਧਾਨੀ ਵਾਲੇ ਪਾਸੇ ਨੂੰ ਜਾ ਉਹਨਾਂ ਜੇ ਜਾਓ ਧਿਆਨ ਨਾਲ ਜਾਓ ਵੀ ਜਿੱਥੇ ਉਹ ਸਹੀ ਬਣਿਆ ਵਾ ਸਿਸਟਮ ਉਹ ਤਾਂ ਨਾ ਉਹ ਤਾਂ ਮਤਲਬ ਇੰਨੀ ਤਰਾਸਦੀ ਆ ਨਾ ਤੁਸੀਂ ਸੋਚ ਨਹੀਂ ਸਕਦੇ ਬਿੰਨਾ ਦੇ ਵਿੱਚ ਫਲੈਟਸ ਅਲਾਉ ਕਰਦੇ ਉੱਚੇ ਉੱਚੇ ਉਹ ਤਾਂ ਹਿਊਮਨ ਟ੍ਰੇਜੇਡੀ ਆ ਮਤਲਬ ਤੁਸੀਂ ਵੇਖੋ ਅੱਜ ਮੁਹਾਲੀ ਦੇ ਵਿੱਚ ਮਲੇ ਇਹ ਤਾਂ ਬਿਲਕੁਲ ਅਡਰ ਗੱਲ ਰਹੀ ਗਈ ਆ ਮੁਹਾਲੀ ਦੇ ਵਿੱਚ ਅੱਜ ਦੀ ਡੇਟ 'ਚ ਤੁਹਾਨੂੰ 5-7000 ਤੇ ਨਾ ਬੜੀ ਗੰਦੀ ਅਕੋਮੋਡੇਸ਼ਨ ਮਿਲਦੀ ਆ ਕਮਰਾ ਠੀਕ ਆ ਨੀ ਸਹੀ ਗੱਲ ਆ ਇਦੋਂ ਬਹੁਤ ਮਾੜੀ ਹਾਲਤ ਚ ਮਿਲਦਾ ਤੇ 15000 ਤੁਸੀਂ ਉਸ ਵਰਕਰ ਨੂੰ ਵਿਚਾਰਨ ਤਨਖਾਹ ਦੇ ਰ ਚੰਗਾ ਪੜਿਆ ਲਿਖਿਆ ਬੱਚਾ 15 20000 ਚ ਲੱਗਿਆ ਹੁੰਦਾ ਠੀਕ ਆ ਉਹਨੇ ਟਰਾਂਸਪੋਰਟੇਸ਼ਨ ਵੀ ਕਰਨੀ ਉਹਨੇ ਖਾਣਾ ਵੀ ਖਾਣਾ ਉਹਨੇ ਰਹਿਣਾ ਵੀ ਆ ਤੇ ਪਥੈਟਿਕ ਕੰਡੀਸ਼ਨ ਚ ਉਹ ਰਹਿ ਰਹੇ ਆ ਉਹ ਜਿਹੜਾ ਵੇਜ ਰੇਟ ਸਰਪਲਸ ਜਿਹੜਾ ਕ੍ਰੀਏਟ ਕਰ ਰਿਹਾ ਉਹ ਬੱਚਾ ਉਹ ਕਿਸੇ ਕੈਪਟਲਿਸਟ ਦੀ ਜੇਬ ਚ ਜਾ ਰਿਹਾ ਉਹ ਸਸਤੇ ਲੇਬਰ ਮਿਲ ਰਹੀ ਆ ਲੇਬਰੀ ਬਣਾਤੀ ਨਾ ਬੱਚਾ ਤੇ ਹੁਣ ਉਹ ਫਲੈਟ ਉਹ ਪੈਸੇ ਇਕੱਠੇ ਕਰ ਕਰਕੇ ਕੋਈ ਦੇਖੋ ਉਹਨੇ ਕੀ ਆ ਉਹਨੇ ਸੋਚਣਾ ਯਾਰ ਮੈਨੂੰ ਆ ਫਲੈਟ 25 ਲੱਖ ਦਾ ਮਿਲ ਰਿਹਾ ਤੀਦਾ ਉਹ ਕਿਸੇ ਚੋਹ ਚੋਣਾ ਕਿਸੇ ਨਦੀ ਚੋਣਾ ਹੁਣ ਮਤਲਬ ਉਹ ਕਿਸ਼ਤਾਂ ਭਰ ਰਿਹਾ ਹੁਣ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕੱਠੀਆਂ ਹੀ ਦੱਸ ਦੇਣੀਆਂ ਇੱਕ ਤਾਂ ਜਿਹੜਾ ਫਿਰੋਜ਼ਪੁਰ ਅਸੀਂ ਉੱਥੇ ਗਏ ਉੱਥੇ ਇੱਕ ਏਡੀਸੀ ਸਾਹਿਬ ਸੀ ਉਹ ਸਾਨੂੰ ਕਹਿੰਦੇ ਵੀ ਜਦੋਂ ਸਾਨੂੰ ਲੱਗਿਆ ਵੀ ਉਹਨਾਂ ਦਾ ਸ਼ਬਦ ਸੀ ਵੀ ਕ੍ਰਿਟੀਕਲ ਸਿਚੁਏਸ਼ਨ ਲੱਗੀ ਅਸੀਂ ਪਹੁੰਚ ਗਏ सरपंच ਤੇ ਲੋਕਪਿੰਡ ਦੇ ਕਹਿੰਦੇ ਵੀ ਤਿੰਨ ਦਿਨਾਂ ਤੋਂ ਪਾਣੀ ਆ ਰਿਹਾ ਸੀ ਤੀਜੇ ਦਿਨ ਤਾਂ ਤਿੰਨ ਘੰਟਿਆਂ 'ਚ ਹੀ ਪਹਿਲਾਂ ਧਰਤੀ ਦੀਂਦੀ ਸੀ ਤੇ ਤਿੰਨ ਘੰਟਿਆਂ 'ਚ ਹੀ ਦਲ ਜਲਥਲ ਹੋ ਗਿਆ 15-15 ਫੁੱਟ ਟਰਾਂਸਫਾਰਮ ਤੱਕ ਡੁੱਬ ਗਏ ਖੇਤਾਂ ਵਾਲੇ ਸਾਰੇ ਕੋਠੇ-ਕੂਠੇ ਸਾਰੇ ਕੁੱਪ ਤਾਇਏ ਜਾਂਦੇ ਸੀ ਪਤਾ ਨਹੀਂ ਕੀ ਕੁਛ ਤਰਿਆ ਜਾਂਦਾਗਾ ਲੈਂ ਵੀ ਜਿਹੜੀ ਇੰਡੋਪਾਕ ਲਾਈਨ ਆ ਉਹ ਟੱਗ ਗਈ ਟੱਗ ਗਈ ਹੁਣ ਇੱਕ ਤਾਂ ਇਹ ਗੱਲ ਹੋ ਗਈ ਦੂਜੇ ਪਾਸੇ ਕਿਤੇ ਨਾ ਕਿਤੇ ਇੱਕ ਲੋਕ ਜਿਹੜੇ ਸਾਨੂੰ ਫੋਨ ਕਰ ਰਹੇ ਆ ਜਾਂ ਗੱਲਬਾਤ ਕਰ ਰਹੀ ਆ ਉਹ ਕਹਿੰਦੇ ਵੀ ਜਿਹੜਾ ਸਟੇਟ ਦਾ ਮੁਖੀ ਆ ਹੁਣ ਭਗਵੰਤ ਮਾਨਾ ਚਲੋ ਭਗਵੰਤ ਮਾਨ ਨੂੰ ਹੀ ਅਖਾਂਗੇ ਉਹ ਕਹਿੰਦੇ ਵੀ ਇੱਕ ਸਿੰਬੋਲਿਕ ਤੌਰ ਤੇ ਇਹ ਮੈਂ ਬਹੁਤ ਸਾਰੇ ਕਿਤੇ ਮੈਂ ਕਲਿੱਪ ਵੀ ਪਾਈ ਆ ਆਪਦੀ ਵੀ ਸਟੇਟ ਦਾ ਆਗੂ ਹੋਣ ਦੇ ਨਾਤੇ ਵੀ ਪ੍ਰਧਾਨ ਹੋਣ ਦੇ ਨਾਤੇ ਜੋ ਵੀ ਮੁੱਖ ਮੰਤਰੀ ਵੀ ਉਹ ਇਹ ਗੀ ਕਹਿ ਰਿਹਾ ਵੀ ਪਹਿਲਾਂ ਹੀ ਪੰਜਾਬ ਘਰ ਜੇ ਚਾਰੇ ਲੋਕ ਜਾਣਦੇ ਆ ਇਹ ਤਾਂ ਇਹ ਹੈ ਨਹੀਂ ਵੀ ਆਪ ਦਾ ਢੱਡ ਝੱਗਾ ਚੱਕਾਂਗੇ ਆਪ ਦਾ ਢੱਡ ਨੰਗਾ ਹੋਊਗਾ ਤਾਂ ਨੰਗਾ ਹੀ ਆ ਢੱਡ ਪਤੀ ਆ ਸਾਰਿਆਂ ਨੂੰ ਵੀ ਸਾਡੀ ਝੋਲੀ ਚ ਕਿੰਨੇ ਕੇ ਦਾਣੇ ਆ ਵੀ ਉਹ ਸਾਰਿਆਂ ਨੂੰ ਚਾਹੇ ਉਹ ਖਾਲਸਾ ਏਡ ਜਿੰਨੇ ਐਨ ਜੀਓ ਲੋਕ ਵੀ ਉਹਨਾਂ ਨੇ ਇੱਕ ਉਵੇਂ ਲੋਕ ਤਾਂ ਜਾ ਰਹੇ ਆ ਮਦਦ ਕਰਨ ਵੀ ਉਹਵੇਂ ਕਿਉਂ ਨਹੀਂ ਦੱਸ ਰਹੇ ਵੀ ਆਹ ਚੀਜ਼ ਆ ਤੇ ਭਾਈ ਇਕੱਠੇ ਹੋ ਕੇ ਜਿਵੇਂ ਅੱਗੇ ਹੁੰਦਾ ਸੀ ਸਰ ਪਾਰਟੀ ਮੀਟਿੰਗ ਦਾ ਉਵੇਂ ਲੋਕ ਇਕੱਠੇ ਹੋ ਕੇ ਆਓ ਕਿੱਥੇ ਇਹ ਤਸਵੀਰਾਂ ਆ ਰਹੀਆਂ ਵੀ ਜਾਇੰਦਰ ਕੌਰ ਚੇਤਨ ਸਿੰਘ ਜੋੜਾਵਾਜਰਾ ਨਾਲ ਬੈਠ ਰਹੇ ਆ ਉਹ ਇਹ ਜੀਆਂ ਗੱਲਾਂ ਨਿਕਲ ਰਹੀਆਂ ਉਹ ਕਹਿ ਰਹੇ ਆ ਵੀ ਪਹਿਲਾਂ ਕੋਈ ਆਉਂਦਾ ਹੁੰਦਾ ਸੀਗਾ ਜਾ ਉਹ ਹੀ ਸਟੇਟਮੈਂਟ ਆ ਵੀ ਉਹ ਘਾਟ ਕਿੱਥੇ ਰਹਿ ਗਈ ਕਿਉਂਕਿ ਉਹ ਲੋਕ ਫਰੋਜਪੁਰ ਵਾਲੇ ਤਾਂ ਇੱਥੋਂ ਤੱਕ ਕਹਿ ਗਏ ਉਹ ਕਹਿੰਦੇ ਵੀ ਸਾਨੂੰ ਤੇ ਸਾਡੇ ਪਸ਼ੂਆਂ ਨੂੰ ਜਿਹੜੇ ਅਸੀਂ ਧੀਆ ਪੁੱਤਾਂ ਵਾਂਗੂ ਪਾਲੇ ਸੀ ਸਾਨੂੰ ਫੌਜ ਬਾਹਰ ਕੱਢ ਸਕਦੀ ਸੀ ਜਦੋਂ ਅੰਮ੍ਰਿਤਪਾਲ ਦੇ ਨਾਲ ਜਾਂ ਹੋਰ ਚੀਜ਼ਾਂ ਹੋਣਾ ਉਦੋਂ ਫੌਜ ਕਿਵੇਂ ਇੰਟਰਨੈਟ ਬੰਦ ਕਿਵੇਂ ਤੇ ਹੁਣ ਕਿਵੇਂ ਇਹ ਤੁਹਾਨੂੰ ਲੱਗਦਾ ਵੀ ਇਹ ਕੀ ਹੋ ਗਿਆ ਵੀ ਕੰਟਰੋਲ ਹੀ ਨਹੀਂ ਹੋਇਆ ਬਿਊਰੋਕਰੇਸੀ ਦਾ ਹੋਰ ਹਸਾਬਕਿਤਾਬ ਹੋ ਗਿਆ ਵੀ ਹੋ ਕੀ ਰਿਹਾ ਕੋ ਜਿੱਥੋਂ ਤੱਕ ਡਿਪਟੀ ਕਮਿਸ਼ਨਰ ਕਹਿੰਦਾ ਮੈਂ ਕ੍ਰਿਟੀਕਲ ਸਿਚੁਏਸ਼ਨ ਚ ਪਹੁੰਚ ਗਿਆ ਨਾ ਇਹ ਵੈਸੇ ਬਹੁਤ ਹਾਸੋਹੀਣੀ ਗੱਲ ਆ ਹਾਂ ਕਿਸੇ ਵੀ ਡਿਪਟੀ ਕਮਿਸ਼ਨਰ ਲੈਵਲ ਤੇ ਐਡੀਸੀ ਐਡੀਸੀ ਸਾਹਿਬ ਹਾਂ ਹਾਂ ਵਾ ਵੀ ਉਹੀ ਹੁੰਦਾ ਡੀਸੀ ਆਫਿਸ ਤੋਂ ਉਹਦਾ ਇੱਕ ਪਾਰਟੀ ਐ ਨੋ ਐਡਮਿਨਿਸਟ੍ਰੇਸ਼ਨ ਦਾ ਆਪਾਂ ਇੱਕ ਕਹਿੰਦੇ ਨੇ ਧੂਰਾ ਕਹਿ ਸਕਦੇ ਆ ਸੂਬੇ ਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਕ੍ਰਿਟੀਕਲ ਸਰਵੇਸ਼ਨ ਹੋਗੀ ਤੇ ਅਸੀਂ ਆ ਜਾਈਏ ਹੁਣ ਉਹਦੇ ਕੋਲੇ ਇਨਫੋਰਮੇਸ਼ਨ ਵੇਖੋ ਕਿੰਨੀ ਹੁੰਦੀ ਆ ਕਦੀ ਤੁਸੀਂ ਪਤਾ ਕਰਿਓ ਉਹਦੇ ਕੋਲੇ ਇਹ ਇਨਫੋਰਮੇਸ਼ਨ ਹੁੰਦੀ ਆ ਕਿ ਵੀ ਸਾਡੇ ਕੋਲ ਕਿਸ਼ਤੀਆਂ ਕਿੰਨੀਆਂ ਉਹਦੇ ਕੋਲੇ ਇਹ ਇਨਫੋਰਮੇਸ਼ਨ ਹੁੰਦੀ ਹੈ ਮੈਂ ਕਿਸ਼ਤੀਆਂ ਨੂੰ ਪਹਿਲਾਂ ਗੇਅਰ ਅਪ ਕਰਕੇ ਰੱਖਣਾ ਫਿਰੋਜ਼ਪੁਰ ਦਾ ਏਰੀਆ ਦੇ ਵਿੱਚ ਕਿ ਵੀ ਪਾਣੀ ਹੈ ਨਾ ਮੈਂ ਦਵਾਈ ਛਿੜਕਣੀ ਆ ਹੈਲਥ ਵਾਲੇ ਦਾ ਕੰਮ ਆ ਮਨ ਉਹਨੇ ਕੰਮ ਸਮਝਾਉਣੇ ਹੁੰਦੇ ਹਰੇਕ ਨੂੰ ਕਿਹੜੇ ਏਰੀਆ ਕਲੀਅਰ ਹੋ ਚੁੱਕਿਆ ਕਿੱਥੇ ਬੈਂਕਮੈਂਟ ਕਮਜ਼ੋਰ ਆ ਇਹ ਕੰਮ ਸਾਰਾ ਉਹਨੇ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸੈੱਟ ਫਾਰਮੈਟ ਬਣੇ ਹੋਏ ਆ ਜਿਹੜੇ ਉਹਨੇ ਕਰਨੇ ਹੁੰਦੇ ਆ ਉਦੋਂ ਬਾਅਦ ਉਹਦੇ ਉੱਤੇ ਕ੍ਰਾਸ ਚੈੱਕ ਵੀ ਹੈ ਕਿ ਵੀ ਝੂਠ ਤਾਂ ਨਹੀਂ ਕੋਈ ਬੋਲਿਆ ਜਾ ਰਿਹਾ ਸੀ ਆਈਡੀ ਨੇ ਇਨਫਰਮੇਸ਼ਨ ਦੇਣੀ ਹੁੰਦੀ ਆ ਉਹਨੂੰ ਸੀ ਆਈਡੀ ਦਾ ਵਨ ਆਫ ਦਾ ਰੋਲਸ ਆ ਕਿ ਜੀ ਇੱਥੇ ਤੁਹਾਨੂੰ ਝੂਠ ਬੋਲਿਆ ਗਿਆ ਹੈ ਇੱਥੇ ਪੈਸਾ ਨਹੀਂ ਲੱਗਿਆ ਹਾਲੇ ਹਾਂ ਠੀਕ ਹੈ ਇਹਨੂੰ ਠੀਕ ਕਰਨਾ ਹੈ ਜੇ ਉਹਦੇ باوجود ਤੁਹਾਡੀ ਸਿਚੁਏਸ਼ਨ ਇੰਨੀ ਕ੍ਰਿਟੀਕਲ ਹੋ ਗਈ ਆ ਕਿ ਤੁਹਾਡਾ ਸਾਰਾ ਸਟਰਕਚਰ ਹੀ ਟੁੱਟ ਗਿਆ ਤੇ ਤੁਸੀਂ ਕਹਿੰਦੇ ਮੈਂ ਕ੍ਰਿਟੀਕਲ ਟਾਈਮ ਤੇ ਪਹੁੰਚਿਆ ਇਹਦਾ ਮਤਲਬ ਤੁਹਾਡਾ ਤਾਂ ਸਾਰਾ ਸਿਸਟਮ ਹੀ ਕਲਾਪਸ ਤੁਹਾਨੂੰ ਤਾਂ ਪਹਿਲਾਂ ਪਤਾ ਹੁੰਦਾ ਜਿਦੋਂ ਵੀ ਇੱਥੇ ਮੇਰੀ ਬੈਂਕਿੰਗ ਮੈਂਟ ਕਮਜ਼ੋਰ ਆ ਇੱਥੋਂ ਟੁੱ ਤੁਸੀਂ ਮੈਂ ਦੱਸ ਸਕਦੇ ਆ ਅੱਜ ਕਿ ਵੀ ਬਿਮਾਰੀਆਂ ਫੈਲਣਗੀਆਂ ਹੂੰ ਲੋਕ ਰੌਲਾ ਪਾ ਰਹੇ ਆ ਵੀ ਮੱਛਰ ਫੈਲ ਗਿਆ ਮੱਛਰ ਫੈ ਗਿਆ ਆਡੋਮਾਸ ਸਿੱਟ ਦੋ ਕੁਝ ਸਿੱਟ ਦੋ ਉੱਥੇ ਫਿਊਮਿਗੇਸ਼ਨ ਕਰ ਦੋ ਕੁਝ ਤਾਂ ਕਰੋ ਠੀਕ ਹੈ ਨਾ ਉਹ ਉਸ ਤੋਂ ਬਾਅਦ ਪਹੁੰਚਾਂਗੇ ਆਪਾਂ ਜਦੋਂ ਫੇਰ ਬਿਮਾਰ ਹੋਣੇ ਸ਼ੁਰੂ ਹੋਣਗੇ ਇੱਕ ਹੋਰ ਗੱਲ ਮੈਂ ਮਾਫੀ ਜਾਊਂਗਾ ਇੱਕ ਧੀਰਾਖਾਰਾ ਪਿੰਡ ਆ ਨਿਹਾਲੇ ਲਵੇਰੇ ਅੱਜ ਪੰਜਾਬ ਦੇ ਮੁੱਖ ਮੰਤਰੀ ਜਾਂਦੇ ਨਾਲ ਹੀ ਧੀਰਾਖਾਰਾ ਪਿੰਡ ਆ ਸਰਪੰਚ ਨੂੰ ਵੀ ਤਿੰਨ ਦਿਨਾਂ ਬਾਅਦ ਰੈਸਕਿਊ ਕੀਤਾ ਚਲੋ ਕੁਝ ਪਰਿਵਾਰ ਨਹੀਂ ਵੀ ਆ ਰਹੇ ਸੀ ਘਰ ਨਹੀਂ ਛੱਡਿਆ ਜਾਂਦਾ ਬਹੁਤ ਔਖੇ ਔਖੇ ਛੱਡ ਉਹ ਕਹਿੰਦੇ ਵੀ ਜਿਹੜੀ ਫੀਡ ਮੰਗੀ ਸੀ ਅਸੀਂ ਪਸ਼ੂਆਂ ਲਈ ਉਹ ਵੀ ਉਸ ਕੈਲਕੂਲੇਸ਼ਨ ਦੇ ਹਿਸਾਬ ਨਾਲ ਪੂਰੀ ਨਹੀਂ ਆਈ ਜਿਹੜੀ ਕੈਲਕੂਲੇਸ਼ਨ ਪਟਵਾਰੀ ਦੇ ਹੱਥ 'ਚ ਸੀ ਵੀ 175 ਘਰ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਤੇ ਬਣੇ ਹੋਏ ਨੇ 100 ਬਹਿ ਗਈ ਆ ਕਹਿੰਦੇ ਉੱਥੇ ਵੀ ਉਹ ਕਹਿ ਰਹੇ ਸੀ ਬੰਡ ਲੋ ਵੀ ਸਾਨੂੰ ਪਤਾ ਵੀ 100 ਘਰਾਂ ਦੀ ਪਸ਼ੂ ਰੱਖੇ ਪਿਆ ਵੀ ਪਟਵਾਰੀ ਕਹਿ ਰਿਹਾ ਪਟਵਾਰੀ ਦੱਸ ਰਿਹਾ ਪਿੰਡ ਦੇ ਸਰਪੰਚ ਨੂੰ ਵੀ 100 ਕਰਾਂ ਦੇ ਤੇ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਸਮਝ ਨਹੀਂ ਉਹ ਵੀ ਆਫਤ ਦੇ ਟਾਈਮ 'ਚ ਤੁਸੀਂ ਕੈਲਕੂਲੇਸ਼ਨ 'ਚ ਪਏ ਹੋਏ ਹੋ ਇਹ ਨਹੀਂ ਇਹ ਤਾਂ ਟੋਟਲ ਕਲਾਪਸ ਆ ਮੇਰੇ ਖਿਆਲ ਇਹ ਕੰਮ ਸਾਰੇ ਅਪ੍ਰੈਲ ਮਈ 'ਚ ਹੋਣ ਦੀ ਲੋੜ ਸੀ ਸਾਰੇ ਸਾਰਿਆਂ ਨੂੰ ਪਤਾ ਸੀਗਾ ਕਿ ਇਤਿਹਾਸ ਪਰਸਾਦ ਜ਼ਿਆਦਾ ਹੋ ਸਕਦੀ ਹੈ ਸਾਰੇ ਡੇਟਾ ਆ ਰਹੇ ਸੀ ਸਭ ਕੁਝ ਪਤਾ ਸੀਗਾ ਇਹ ਹੁੰਦੇ ਹੋਏ ਵੀ ਨਹੀਂ ਕੀਤਾ ਗਿਆ ਐਡਮਿਨਿਸਟ੍ਰੇਸ਼ਨ ਕਹਿ ਲੋ ਜਾਂ ਟੌਪ ਦੀ ਤੁਹਾਡੀ ਜਿਹੜੀ ਪੋਲਿਟੀਕਲ ਕਲਾਸ ਹੋ ਕਿਸੇ ਹੋਰ ਹੁਣ ਆਈ ਗੱਲ ਕੀ ਵੀ ਲੜਦੇ ਤੇ ਭੜਦੇ ਤੇ ਕੀ ਕੀ ਡਰਾਮੇ ਕਰਦੇ ਫਿਰਦੇ ਆ ਉਹ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਕੋਲੇ ਅੱਜ ਇੱਕ ਵੀ ਸਟੇਟਸਮੈਨ ਹੈ ਨਹੀਂ ਕੋਈ ਵੀ ਐਕਸੈਪਟ ਜਿਹੜੇ ਲੋਕ ਐਕਟਿਵਿਸਟਸ ਹੈਗੇ ਆ ਉਹ ਗੱਲ ਕਰ ਰਹੇ ਆ ਲੋਕਾਂ ਦੇ ਦਰਦ ਦੀ ਕੁਈ ਪੋਲੀਟੀਸ਼ੀਅਨ ਆਪਦੀ ਪਾਰਟੀ ਲਾਈਨ ਤੋਂ ਉੱਠ ਕੇ ਲੋਕਾਂ ਦੀ ਦਰਦ ਦੀ ਗੱਲ ਕਰ ਰਿਹਾ ਨਹੀਂ ਕਰ ਰਿਹਾ ਉਹ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਵੀ ਇਹਨੇ ਗੇਟ ਖੋਲਤੇ ਉਹ ਕਹਿ ਰਿਹਾ ਮੈਂ ਫੋਟੋਆਂ ਖਿਚਾਲਾਂ ਪਾਣੀ ਚ ਵੜ ਕੇ ਕਿਤੇ ਹੈ ਦੂਜੇ ਕੋਈ ਹੋਰ ਡਰਾਮੇ ਕਰਦੇ ਫਿਰਦੇ ਇੱਕ ਦੂਜੇ ਨਾਲ ਲੜਦੇ ਫਿਰਦੇ ਆ ਬਲੇਮ ਗੇਮ ਸ਼ਰਨੀ ਸ਼ੁਰੂ ਕਰਦੀ ਹੈ ਜਦੋਂ ਹਿਊਮਨ त्रास ਨਹੀਂ ਆਉਂਦੀ ਹੈ ਜਦੋਂ ਇਨਸਾਨੀ ਡਿਫਿਕਲਟੀਜ਼ ਹੁੰਦੀਆਂ ਹੈ ਠੀਕ ਹੈ ਜੀ ਚਾਹੇ ਹੋ ਜੰਗ ਆ ਜਾਏ ਚਾਹੇ ਪਾਣੀ ਦੀ ਆ ਜਾਏ ਕੋਈ ਅੱਗਾਂ ਲੱਗ ਜਾਣ ਕੋਈ ਬਿਮਾਰੀਆਂ ਫੈਲ ਜਾਣ ਉਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਇੱਕ ਦੂਜੇ ਨੂੰ ਮਾੜਾ ਕਹਿਣ ਦੀ ਬਜਾਏ ਸਾਨੂੰ ਇਹ ਹੁੰਦਾ ਕਿ ਅਸੀਂ ਆਦੇ ਲੋਕਾਂ ਨੂੰ ਤੋਂ ਕੱਢੀਏ ਕਿਵੇਂ ਕਿ ਲੋਕ ਤਾਂ ਆਪਣੇ ਆ ਨਾ ਪਰ ਲੋਕੀਆ ਲੋਕ ਆਪ ਹੀ ਇਕ ਨਿਕਲ ਰਹੇ ਆ ਵਿਚਾਰੇ ਆਪ ਇਕ ਦੂਜੇ ਨੂੰ ਮਦਦ ਕਰ ਰਹੇ ਆ ਉਹ ਕਿੰਨੀ ਕੁ ਕੋਆਰਡੀਨੇਟਡ ਹੋ ਸਕਦੀ ਆ ਕਿੰਨੀ ਕੁ ਨਹੀਂ ਹੋ ਸਕਦੀ ਕੋਈ ਮੈਨੂੰ ਫੋਨ ਕਰੀ ਜਾਂਦਾ ਕਿ ਭਾਜੀ ਉੱਥੇ ਅਸੀਂ ਆ ਪਚਾਉਣਾ ਦੱਸੋ ਕਿਵੇਂ ਕਰੀਏ ਅੱਜ ਮੈਨੂੰ ਇੱਕ ਬੰਦੇ ਨੇ ਕਿਹਾ ਜੀ ਅੱਛਾ ਅਸੀਂ ਇਹ ਦੱਸੋ ਵੀ ਆਪਾਂ 2-3 ਲੱਖ ਦੇ ਜੀ ਆਡੋਮਾਸ ਪਚਾਉਣੀ ਆ ਕਿ ਬਚਾਏ ਅਜੀਪਾਲ ਸਿੰਘ ਨੂੰ ਕੀ ਪਤਾ ਡਿਪਟੀ ਕਮਿਸ਼ਨਰ ਵੁਡ ਨੋ ਕੀ ਵੀ ਆ ਇਹ ਬੰਦਾ 3 ਲੱਖ ਦੇਣਾ ਚਾਹੁੰਦਾ ਹੈ ਇਹ ਮੈਂ ਆਡੋਮਾਸ ਦੇਵਾਂ ਕੀ ਦੇਵਾਂ ਪਰ ਉਹ ਲੋਕਾਂ ਨੂੰ ਭਰੋਸਾ ਨਹੀਂ ਉਹ ਸਿਸਟਮ ਤੇ ਉਹਨਾਂ ਨੂੰ ਆਏ ਖਾ ਜਾਣਗੇ ਤਾਂ ਸੀ ਗਣਾ ਮੈਂ ਮੈਂ ਤਾਂ ਕੁਝ ਨਹੀਂ ਦੱਸ ਸਕਦਾ ਨਾ ਮੋਹਾਲੀ ਚ ਬੈਠਾ ਵੀ ਕਿਥੇ ਪਚਾਈ ਜਾ ਸਕਦੀ ਹੈ ਤੇ ਕਿਵੇਂ ਪਚਾਈ ਜਾ ਸਕਦੀ ਹੈ ਗਵਰਨਮੈਂਟ ਦੱਸ ਸਕਦੀ ਆ ਇਨਫਰਾਸਟ੍ਰਕਚਰ ਉਹਨਾ ਕੁਲੇ ਹੈਗਾ ਜਾਂ ਜਿਹੜੀਆਂ ਬਾਡੀਜ਼ ਦੇ ਕੰਮ ਕਰ ਰਹੀਆਂ ਮੈਂ ਤਾਂ ਇਹ ਕਹਿ ਸਕਦਾ ਵੀ ਖਾਲਸਾਡ ਨੂੰ ਦੇ ਦਿਓ ਜਾਂ ਐਸਜੀਪੀਸੀ ਨੂੰ ਦੇ ਦਿਓ ਭਾਈ ਉਹ ਪਚਾ ਦੇਣਗੇ ਲੋਕ ਕੁਲੇ ਇਹ ਕਹਿ ਸਕਦਾ ਮੈਂ ਜਿਵੇਂ ਇੱਕ ਨੈਰੇਟਿਵ ਦੀ ਨੈਰੇਟਿਵ ਦੀ ਗੱਲ ਆਉਂਦੀ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਜਿਵੇਂ ਇੱਕ ਗੱਲ ਹੋ ਗਈ ਵੀ ਬਰਸਾਤੀ ਲੱड्डੂ ਬਾਹਰ ਨਿਕਲੇ ਪੱਤਰਕਾਰਾਂ ਤੇ ਇਲਜ਼ਾਮ ਹੋ ਗਿਆ ਕਿਉਂਕਿ ਤੁਹਾਨੂੰ ਵੀ ਪਤਾ ਵੀ ਮੀਡੀਆ ਦਾ ਕਿਵੇਂ ਇੱਕ ਤਰ੍ਹਾਂ ਦੀ ਪਲਟੀ ਹੀ ਵੱਜ ਗਈ ਕਿਸਾਨੀ ਅੰਦੋਲਨ ਤੋਂ ਬਾਅਦ ਹੋਰ ਉਥਲ ਪਥਲ ਜਿਹੀ ਹੋ ਗਿਆ ਪਰ ਸਮਝ ਹੀ ਨਹੀਂ ਆ ਰਿਹਾ ਵੀ ਇਹ ਕੀ ਹੋ ਗਿਆ ਵੀ ਬਿਕੇ ਵੀ ਆ ਤਾਂ ਕਿਹੜੇ ਹਸਾਬ ਨਾਲ ਬਿਕੇ ਜਾਂ ਕੀ ਹੋ ਗਿਆ ਚਲੋ ਆ ਹੁਣ ਇੱਕੋ ਥੋਂ ਆਵਾਜ਼ ਨਿਕਲ ਰਹੀ ਆ ਵੀ ਹੁਣ ਅਸੀਂ ਮੁਸੀਬਤ 'ਚ ਆ ਉਹੀ ਜਿਹੜੀ ਆਵਾਜ਼ ਦੀ ਤੁਸੀਂ ਗੱਲ ਕਰੀਆ ਵੀ ਇਕੱਠੇ ਹੋ ਜੋ ਪੰਜਾਬ ਇਕੱਠਾ ਲੀਡਰਾਂ ਲੀਡਰ ਰੀਲਾਂ ਬਣਾ ਰਹੇ ਆ ਰੀਲਾਂ ਦੇ ਪਿੱਛੇ ਉਹ ਗਾਣੇ ਚੱਲ ਰਹੇ ਆ ਜਿਹੜਾ 30 ਸਕਿੰਟਾਂ ਵਾਲਾ ਰਵਾਜ ਚੱਲ ਪਿਆ ਵੀ ਅਸੀਂ ਇਕੱਠੇ ਆ ਉਹੋ ਜਿਹੇ ਗਾਣੇ ਚੱਲ ਪਏ ਹਨਾ ਮੋਟੀਵੇਸ਼ਨਲ ਟਾਈਪ ਪਰ ਜਿਹੜਾ ਉਹ ਮੁੱਦਾ ਹੈਗਾ ਜਿਹੜਾ ਸਵਾਲ ਪੁੱਛਣਾਗਾ ਜਾਂ ਜਿਹੜਾ ਆਪਾਂ ਕਹਿ ਦਈਏ ਵੀ ਅਸਲੀ ਸਿਆਪੇ ਦੀ ਜੜਾ ਉਹ ਕੋਈ ਨਹੀਂ ਕਰ ਰਿਹਾ ਤੁਹਾਨੂੰ ਲੱਗਦਾ ਵੀ ਉਹ ਹੁਣੀ ਉਹ ਵੀ ਜ਼ਰੂਰੀ ਆ ਹਨਾ ਅਨਫੋਰਚਨਟਲੀ ਗੱਲ ਕੀ ਹੈ ਕਿ ਹੋਣੀ ਤਾਂ ਚਲੋ ਇੱਕ ਵਾਰੀ ਆਪਾਂ ਪ੍ਰੋਬਲਮ ਚੋਂ ਨਿਕਲ ਜੀ ਉਸ ਤੋਂ ਬਾਅਦ ਹੋਣੀ ਚਾਹੀਦੀ ਆ ਪਰ ਆਪਣੇ ਹੋਊਗਾ ਕਿ ਜਿੱਦਣੇ ਇਹ ਦਿੱਕਤ ਛੱਟ ਜੂਗੀ ਉਸ ਦਿਨ ਕੋਈ ਆਪਾਂ ਨੂੰ ਨਵਾਂ ਮੁੱਦਾ ਮਿਲ ਜੂ ਆਪਾਂ ਸਾਰੇ ਉਧਰ ਭੱਜ ਜਾਵਾਂਗੇ ਐਗਜ਼ੈਕਟਲੀ ਹੋਣਾ ਤਾਂ ਇਹ ਚਾਹੀਦਾ ਕਿ ਜਿੱਦਣੇ ਫਲੱਡ ਦੀ ਸਿਚੁਏਸ਼ਨ ਨੂੰ ਫਾਈਟ ਕਰ ਲਈਏ ਉਸ ਤੋਂ ਬਾਅਦ ਕੋਈ ਕਮਿਸ਼ਨ ਬੈਠੇ ਹੈ ਉਹ ਚੁਣ-ਚੁਣ ਕੇ ਅਫਸਰ ਪੋਲੀਟਿਸ਼ੀਅਨ ਸਾਰਿਆਂ ਨੂੰ ਹੇਟ ਲੈਵਲ ਤੱਕ ਉਹਨਾਂ ਨੂੰ ਪੁਆਇੰਟ ਆਊਟ ਕਰੇ ਕਿ ਇਹ ਬੰਦੇ ਨੇ ਆਜੀ ਡਿਊਟੀ ਨਹੀਂ ਕੀਤੀ ਸੀ ਜਿਹਦੇ ਕਰਕੇ ਇੰਨਾ ਨੁਕਸਾਨ ਇੰਨੇ ਲੋਕ ਮਰੇ ਐਨੇ ਪਸ਼ੂ ਮਰੇ ਆ ਪਰ ਆ ਤਾ ਕਿ ਅੱਗੇ ਇਹ ਫਲੱਡ ਆਉਣੇ ਹਟਨੇ ਤਾਂ ਨਹੀਂ ਨਾ ਇਹ ਤਾਂ ਵੇਖੋ ਰੈਪੀਟੀਸ਼ਨ ਹੈ ਜੇ 93 ਤੱਕ ਕੋਈ ਦੂਰ ਨਹੀਂ 2019 ਕੱਲ ਪਰਸੋਂ ਹੋ ਕੇ ਹਟਿਆ ਹੈ ਇਹ ਤਾਂ ਵੇਖੋ ਇਹ ਕੋਈ ਫਲੱਡ ਆ ਸਕਦਾ ਕੋਈ ਬਿਮਾਰੀ ਆ ਸਕਦੀ ਜੇ ਅਸੀਂ ਇੰਨਾ ਇਸ ਤਰੀਕੇ ਨਾਲ ਚੱਲਾਂਗੇ ਤਾਂ ਇਹ ਤਾਂ ਕਲਾਈਮੇਟ ਚੇਂਜ ਤਾਂ ਸਭ ਤੋਂ ਵੱਡਾ ਪ੍ਰੋਬਲਮ ਆ ਆਉਣ ਵਾਲੇ ਸਮੇਂ ਦੀ ਪਰ ਜਿਸ ਤਰੀਕੇ ਨਾਲ ਚੱਲ ਰਹੇ ਆ ਬਹੁਤ ਹਾਸੋ ਹੀ ਨਹੀਂ ਸਥਿਤੀ ਆ ਮਤਲਬ ਆਏ ਆਏ ਹੋ ਗਿਆ ਤੁਸੀਂ ਇਹ ਵੇਖੋ ਮਤਲਬ ਚਾਰ ਬੋਤਲਾਂ ਲੈ ਕੇ ਆਪਾਂ ਫੋਟੋ ਖਿਚਾਉਣ ਤੇ ਜ਼ੋਰ ਦੇਤਾ ਯਾਰ ਕਿੱਥੇ ਆਪਣੀ ਮਾਨਸਿਕਤਾ ਗਈ ਵੀ ਇੱਕ ਇੱਕ ਬਰਾੜ ਸਾਹਿਬ ਹੋਰ ਵੀ ਗੱਲ ਹੋ ਗਈ ਵੀ ਜਿਵੇਂ ਉਹ ਹੁਣ ਲਾਲੋ ਵੀ ਇਧਰੋਂ ਆ ਗਿਆ ੱਤਕਾ ਮਾਰਿਆ ਪਾਣੀ ਨੇ ਹਿਮਾਚਲ ਤੋਂ ੱਤਕਤਾ ਸਾਰਾ ਸਿਸਟਮ ਹੈ ਚਲੋ ਮਜਬੂਰੀ ਚੇ ਗੇਟ ਖੋਲਣੇ ਪੈਗੇ ਪਰ ਗੇਟ ਖੋਲਣ ਤੋਂ 2 ਦਿਨ ਪਹਿਲਾਂ 4 ਦਿਨ ਪਹਿਲਾਂ ਪਾਣੂ ਪਤਾ ਸੀ ਵੀ ਉਹਨਾਂ ਨੂੰ ਰੈਸਕਿਊ ਜਾਨਵਰਾਂ ਨੂੰ ਆਪਾਂ ਪਸ਼ੂ ਮੰਡੀਆਂ ਦੇ ਵਿੱਚ ਤੇ ਆਪਾਂ ਕਹਿ ਦਈਏ ਵੀ ਇਨਸਾਨਾਂ ਨੂੰ ਉਹਨਾਂ ਦੇ ਕੈਂਪ ਕਿਤੇ ਵੀ ਸਰਕਾਰੀ ਸਕੂਲਾਂ ਦੇ ਕਾਲਜਾਂ ਦੇ ਵਿੱਚ ਜਿਵੇਂ ਵੀ ਹੁੰਦਾ ਹੁਣ ਛੁੱਟੀਆਂ ਤਾਂ ਕਰੀਆਂ ਵੀ ਆ ਕਿਤੇ ਵੀ ਹੁੰਦਾ ਜਿੰਨੇ ਵੀ ਸਰਕਾਰੀ ਜਗਾ ਮਾਂ ਹੁੰਦੀਆਂ ਪ੍ਰਾਈਵੇਟ ਲੋਕ ਵੀ ਦੇ ਦਿੰਦੇ ਆ ਬਹੁਤ ਸਾਰਾ ਕੁਝ ਹੁੰਦਾ ਕਰੋਨਾ ਚ ਹੋਈ ਆ ਤੇ ਮਤਲਬ ਵੀ ਉੱਥੇ ਵੀ ਅਸੀਂ ਤਾਂ ਅਸਤ ਪਤੀ ਨਹੀਂ ਲਿਖੀ ਮੈਂ ਤਾਂ ਹੈਰਾਨ ਆ ਮੈਂ ਤਾਂ ਹੁਣ ਇੱਕ ਦੋ ਰੀਲਾਂ ਵੇਖਿਆ ਜਿੱਥੇ ਉਹ ਲੇਡੀਜ਼ ਕਹਿ ਰਹੀਆਂ ਕਿ ਅਸੀਂ ਆਦੇ ਬੱਚਿਆਂ ਨੂੰ ਲੈ ਕੇ ਭੱਜੀਆਂ ਮੌਕੇ ਤੇ ਠੀਕ ਹੈ ਨਾ ਜੇ ਮੌਕੇ ਤੇ ਭੱਜਣਾ ਪੈ ਗਿਆ ਇਹਦਾ ਮਤਲਬ ਤੁਹਾਡਾ ਮਨਿਆਦੀ ਦਾ ਸਿਸਟਮ ਵੀ ਹੈ ਨਹੀਂ ਵੇਖੋ ਜਦੋਂ ਲੈਟਸ ਸੇ ਭਾਖੜਾ ਦਾ ਗੇਟ ਆਪਾਂ ਨੂੰ ਦੱਸੇ ਬਿਨਾਂ ਖੁੱਲ ਗਿਆ ਖੋਲ ਦਿੱਤਾ ਗਿਆ ਹਨਾ ਪਾਣੀ ਉਤੋਂ ਚੱਲ ਪਿਆ ਪਾਣੀ ਇੱਕੋ ਸੈਕਿੰਡ ਬਾਅਦ ਤਾਂ ਨਹੀਂ ਨਾ ਹਰੀਕੇ ਆ ਜਾਂਦਾ ਉਹ ਇੱਕ ਸਮਾਂ ਲੈਂਦਾ ਆਉਣ ਵਾਸਤੇ ਹੂੰ ਠੀਕ ਹੈ ਨਾ ਜੇ ਮੈਂ ਮੁਹਾਲੀ ਰਹਿਣਾ ਤਾਂ ਮੇਰੇ ਕੋਲ ਮੈਨੂੰ ਇੰਨਾ ਤਾਂ ਨੋਟਿਸ ਗਵਰਨਮੈਂਟ ਦੇਵੇ ਨਾ ਕਿ ਭਈ ਤੇਰੇ ਇੱਥੇ ਖਤਰਾ ਹੈ ਤੂੰ ਭਾਈ ਫਰਸਟ ਫਲੋਰ ਤੇ ਆਦੇ ਇੰਪੋਰਟੈਂਟ ਕਾਗਜ਼ ਕਰ ਲਾ ਠੀਕ ਹੈ ਨਾ ਲੋਕਾਂ ਦੇ ਸਿਰਾਂ ਤੇ ਪਾਣੀ ਆ ਗਿਆ ਤੇ ਇਹ ਇਹਦਾ ਮਤਲਬ ਤੋੜਾ ਜਿਹੜਾ ਪਬਲਿਕ ਐਡਰੈਸ ਸਿਸਟਮ ਆ ਉਹ ਵੀ ਫੇਲ ਹੋ ਗਿਆ ਇਹ ਤਾਂ ਆਪ ਗੁਰਦੁਆਰੇ ਚ ਬੁਨਿਆਦੀ ਹੋ ਸਕਦੀ ਸੀ ਲੋਕ ਉੱਚੇ ਥਾਂ ਤੇ ਇਕੱਠੇ ਕੀਤੇ ਜਾ ਸਕਦੇ ਸੀ ਹਰੇਕ ਏਰੀਆ ਦੇ ਵਿੱਚ ਸਾਰਾ ਥਾਂ ਤੇ ਇੱਕੋ ਲੈਵਲ ਤੇ ਨਹੀਂ ਨਾ ਹੁੰਦਾ ਫਰਸਟ ਐਕਸ਼ਨ ਆਫ ਰੈਸਕਿਊ ਤਾਂ ਕਿਤੇ ਨੀਰੈਸਟ ਕੀਤਾ ਜਾ ਸਕਦਾ ਬਿਖੋ ਦਰਿਆ ਤੋਂ 5-7 ਕਿਲੋਮੀਟਰ ਜਦੋਂ ਆਪਾਂ ਪਾਸੇ ਆ ਜਾਂਦੇ ਆ ਉਥੇ ਸਪੇਸ ਇੰਨੀ ਕੁ ਹੋ ਜਾਂਦੀ ਆ ਕਿ ਵੀ ਪਾਣੀ ਨਹੀਂ ਹੁੰਦਾ 5-10 ਕਿਲੋਮੀਟਰ ਟਰੈਵਲ ਕਰਨ ਜੋਗੇ ਲੋਕ ਜੇ ਆਪਾਂ आज ਉਥੋਂ ਪਾਣੀ ਛੱਡਣਾ ਪੈ ਗਿਆ ਪਹਿਲੀ ਗੱਲ ਜਦੋਂ ਉਥੇ ਡਿਸੀਜਨ ਹੋਣਾ ਹੈ ਤਾਂ ਆਪਣੇ ਅਫਸਰ ਨੂੰ ਪਤਾ ਹੁੰਦਾ ਕਿ ਹੁਣ ਵੀ ਗੇਟ ਖੁੱਲਣ ਦਾ ਡਿਸੀਜਨ ਹੋ ਸਕਦਾ ਹੈ ਜੀ ਠੀਕ ਹੈ ਜੀ ਮੀ ਇੰਨਾ ਬਾਤ ਗਿਆ ਰਿਪੋਰਟ ਸਾਡੇ ਕੋਲੇ ਆ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਨਾ ਵੀ ਕਿ ਤੁਸੀਂ ਆਪਦੇ ਪਿੰਡਾਂ ਚੋਂ ਆਪਦੇ ਇੰਪੋਰਟੈਂਟ ਚੀਜ਼ਾਂ ਕੱਢ ਕੇ ਆਦਾ ਮਾਲ ਡੰਗਰ ਲੈ ਕੇ ਤੇ ਤੁਸੀਂ ਘੱਟੋ-ਘੱਟ ਇਦੋਂ 5-5 ਕਿਲੋਮੀਟਰ ਪਿੱਛੇ ਆ ਜਾਓ ਵੀ ਹੂੰ ਠੀਕ ਹੈ ਹਰੇਕ ਬੰਦੇ ਦਾ ਦੇਖੋ ਫਲੱਡ ਵਾਲੇ ਏਰੀਆ ਚ ਲੋਕਾਂ ਨੇ ਗੁਰੂ ਘਰ ਰਹਿ ਗਏ ਆ ਹੋਰ ਬੜਾ ਕੁਛ ਆ ਇਨਫਰਾਸਟ੍ਰਕਚਰ ਆ ਕਮਿਊਨਿਟੀ ਸੈਂਟਰਸ ਹੈਗੇ ਆ ਪਿੰਡਾਂ ਦੇ ਪੰਚਾਇਤ ਪੰਚਾਇਤ ਘਰ ਖੋਲੇ ਜਾ ਸਕਦੇ ਸੀ ਲੋਕੀ ਆਪਦੇ ਘਰ ਖੋਲ ਦਿੰਦੇ ਪਹਿਲੀ ਸਟੇਜ ਸਕੂਲ ਖੋਲੇ ਜਾ ਸਕਦੇ ਸੀ ਮਤਲਬ ਦਰਿਆ ਤੋਂ ਤੁਸੀਂ 10 ਕਿਲੋਮੀਟਰ ਪਿੱਛੇ ਪੋਪੂਲੇਸ਼ਨ ਖਿੱਚ ਲੋ ਹੂੰ ਨਾਲੇ ਤੋਂ ਜਾਂ 10 ਕਿਲੋਮੀਟਰ ਲੈਟਸ ਸੇ ਸਿਹਣੀ ਵਾਲਾ ਹੈ ਨਾ ਤੁਸੀਂ ਦੇਖੋ ਫਰੋਜ਼ਪੁਰ ਕੁਝ ਨਹੀਂ ਹੋਇਆ ਹੋਇਆ ਉਹ ਕਿੰਨਾ ਏਰੀਆ 10 ਕਿਲੋਮੀਟਰ ਰਾਈ ਖੇਚਣੇ ਲੋਕ ਜਾਂ ਜਮੇ ਸੀ ਉਹ ਬੰਨ ਦੀ ਇੱਕ ਉਹ ਉੱਥੇ ਬੰਨਣਾ ਹੁੰਦਾ ਉਹ ਬੜੀਆਂ ਰੋਡਸ ਆ ਜਿਹੜੀਆਂ ਦੇ ਉੱਤੇ ਟੈਂਟਸ ਲੱਗ ਸਕਦੇ ਸੀਗੇ ਸਰਕਾਰ ਟੈਂਟ ਤਾਂ ਘੰਟਿਆਂ ਚ ਲਿਆ ਸਕਦੀ ਆ ਘੰਟਿਆਂ ਚ ਠੀਕ ਆ ਨਾ ਲੋਕਾਂ ਨੂੰ ਉੱਥੇ ਉੱਥੇ ਘੱਟੋ ਘੱਟ ਤੁਸੀਂ ਉਹਨਾਂ ਦਾ ਡੰਗਰ ਤਾਂ ਖੜੇ ਕਰ ਸਕਦੇ ਹੋ ਨਾ ਲਿਆ ਕੇ ਭਾਈ ਇੱਥੇ ਖੜੇ ਕਰ ਲਓ ਉੱਚੀ ਤਾਂ ਸੜਕਾਂ ਦਾ ਤੁਸੀਂ ਆਏ ਬਣਾ ਲਈਆਂ ਕਿ ਵੀ ਜਹਾਜ਼ ਉਤਰ ਸਕਦੇ ਆ ਨਿਊਕਲੀਅਰ ਮਿਜ਼ਾਈਲਾਂ ਚਲਾ ਸਕਦੇ ਹੋ ਉਹਨਾਂ ਤੇ ਟੋਲ ਟੈਕ ਸਾਡੇ ਤੋਂ ਲੈ ਲੈ ਤੇ ਉਹ ਸੜਕਾਂ ਸਾਨੂੰ ਹੋਣੀ ਵਰਤ ਲੈਣ ਦੋ ਆ ਸੜਕਾਂ ਦਾ ਚਾਰਪਾਣਾ ਹਾਏ ਸੜਕਾਂ ਇੱਕ ਸੜਕਾਂ ਕਦੋਂ ਥਾਂ ਫਿਰ ਕੀ ਕਰਦੇ ਪਏ ਸੀ ਕੀ ਟ੍ਰਾਇਲ ਇਹਦੇ ਲੈ ਰਹੇ ਹੋ ਸਾਡਾ ਬੜਾ ਬਹੁਤ ਸਪੇਸ ਹੁੰਦੀ ਹੈ ਜੀ ਆਪਾਂ ਧਿਆਨ ਨਾਲ 5 ਮਿੰਟ ਬੈਠ ਕੇ ਸੋਚੀਏ ਪਟਿਆਲਾ ਹੀ ਲਾ ਲਓ ਤੁਸੀਂ ਪਟਿਆਲੇ ਲੋਕ ਡੁੱਬਰੇ ਆ ਨਾ ਜਿੰਨਾ ਬਾਈਪਾਸ ਆ ਉਹ ਅਵੇਲੇਬਲ ਆ ਨਾ ਉਸ ਬਾਈਪਾਸ ਦੇ ਉੱਤੇ ਤੁਸੀਂ ਕੋਈ ਵੀ ਇੱਕ ਵਾਰੀ ਤੁਸੀਂ ਪਹਿਲੀ ਲਾਈਨ ਆਫ ਡਿਫੈਂਸ ਆ ਉਹਦੀ ਉੱਥੇ ਬਣਾ ਲਓ ਭਾਈ ਇੱਥੇ ਪਹੁੰਚੋ ਇੱਥੋਂ ਅਸੀਂ ਤੁਹਾਨੂੰ ਵੈਕੂਏਟ ਕਰ ਲਾਂਗੇ ਹੂੰ ਠੀਕ ਆ ਨਾ ਇੱਥੋਂ ਤੁਹਾਨੂੰ ਅਸੀਂ ਕੱਢ ਲੈ ਜਾਾਂਗੇ ਕਿਸੇ ਟਾਂਗ ਨਾ ਉਹ ਲਾਈਨ ਤੱਕ ਚੱਲਦੀ ਰੱਖੋਗੇ ਉਹ ਤਾਂ ਬੜੀ ਇੰਪੋਰਟੈਂਟ ਰੋਡ ਆ ਉਹ ਤਾਂ ਬਣਾਈਏ ਹਿਸਾਬ ਨਾਲਾ ਕੀ ਵੀ ਉਹਦੇ ਤੇ ਟੈਂਕ, ਐਰੋਪਲੇਨ ਸਾਰੇ ਕੁਝ ਕਰ ਸਕਦੇ ਜੇ ਉਹ ਆਈ ਬੰਦ ਦੇ ਕੀ ਆ ਵੇਰ ਤਾਂ ਦੂਜੀ ਖੇਡ ਵੀ ਕਿਹੜੇ ਪਏ ਤੁਹਾਡੀ ਹਾਰੇ ਯਾਰ ਵੀ ਪੱਕੀ ਆ ਤੁਹਾਡੀ ਸੋ ਇਹ ਇਹ ਤਾਂ ਮੇਰੇ ਮੈਂ ਇਹ ਫੀਲ ਕਰਦਾ ਕਿ ਅ ਜੋ ਮੈਨੂੰ ਮਤਲਬ ਦੁੱਖ ਹੋਇਆ ਵੇਖ ਕੇ ਗੱਲ ਦਾ ਐਸ ਅ ਫਲੱਡਸ ਆਏ ਹਾਲਾਤ ਵਿਗੜੇ ਇੱਕ ਸੈਕਸ਼ਨ ਤਾਂ ਉਹ ਆ ਜਿਹੜਾ ਉਹਦੀ ਮਾਰ ਚੱਲ ਰਿਆ ਤੇ ਇੱਕ ਸੈਕਸ਼ਨ ਚਾਹੇ ਉਹ ਪ੍ਰੈਸ ਆ ਚਾਹੇ ਉਹ ਲੀਡਰ ਆ ਕਿਸੇ ਪਾਰਟੀ ਦੇ ਚਾਹੇ ਮੌਜੂਦਾ ਪਾਰਟੀ ਦੇ ਆ ਉਹਨਾਂ ਨੂੰ ਆਇਆ ਲੱਗਿਆ ਜਿਵੇਂ ਕਿ ਸਾਡੇ ਕੋਲੇ ਬੜੀ ਡਿਫਿਕਲਟੀ ਨਾਲ ਇੱਕ ਮੌਕਾ ਮਿਲਿਆ ਕਿ ਅਸੀਂ ਦੁਬਾਰਾ ਆਪਦੀ ਪ੍ਰੈਜੈਂਸ ਲੋਕਾਂ ਚ ਬਣਾ ਸਕੀਏ ਲੋਕਾਂ ਚ ਵਾਵਾ ਖੜ ਸਕੀ ਗਈ ਮੈਂ ਪਹੁੰਚ ਗਿਆ ਮੈਂ ਪਹੁੰਚ ਗਿਆ ਮੈਂ ਪਹੁੰਚ ਗਿਆ ਉਹ ٹی ਆਰ ਪੀ ਵਾਲੀ ਗੱਲ ਹੀ ٹی ਆਰ ਪੀ ਹਾਂ ਮਤਲਬ ਬਹੁਤ ਇਹ ਨਾ ਮਤਲਬ ਬਹੁਤ ਦੁੱਖਦਾਈ ਗੱਲ ਆ ਕਿ ਉਹਨਾਂ ਨੂੰ ਸਿਰਫ ਇਹ ਹੋ ਗਿਆ ਕਿ ਵਾਟ ਐ ਵੰਡਰਫੁਲ ਓਪਰਚੁਨਿਟੀ ਓਪਰਚੁਨਿਟੀ ਕਿ ਵੀ ਲੋਕੀ ਮਰ ਰਿਆ ਪ੍ਰੋਬਲਮ ਚ ਆ ਤੇ ਮੈਂ ਇਹਦੇ ਬੈਸਟ ਵਖਾਵਾ ਹੂੰ ਠੀਕ ਹੈ ਨਾ ਮੈਂ ਲਾਈਮ ਲਾਈਟ ਚ ਆ ਜਾ ਹੁਣ ਕਿ ਵੀ ਮੈਂ ਸਭ ਤੋਂ ਵੱਧ ਕੰਮ ਕੀਤਾ ਹੂੰ ਕੋਈ ਬੰਦਾ ਵੇਖੋ ਹੈਰਾਨੀ ਦੀ ਗੱਲ ਆ ਕਿ ਵਰਦਾ ਮੀ ਬੁਰਾ ਹਾਲ ਕੈਮਰੇ ਲੈ ਲੈ ਕੁੰਮ ਰਿਹਾ ਯਾਰ ਕੈਮਰਾ ਇੰਪੋਰਟੈਂਟ ਆ ਕਿ ਉਸ ਬੰਦੇ ਦੇ ਹੱਥ ਚ ਜਿਹਨੂੰ ਤੁਸੀਂ ਕੈਮਰਾ ਦੇ ਕੇ ਪੇਜੋ ਉਹਦੇ ਹੱਥ ਚ ਕੋਈ ਚੋਲਾ ਫੜਾ ਦਿਓ ਸਮਾਨ ਨਹੀਂ ਲੈ ਚੋ ਹੂੰ ਪਰ ਕੈਮਰਾ ਇੰਪੋਰਟੈਂਟ ਹੋ ਗਿਆ ਨੇਤੇ ਵਾਸਤੇ ਉਹ ਹੀ ਇੰਪੋਰਟੈਂਟ ਆ ਉਹਦੇ ਬੰਦੇ ਰੀਲਾਂ ਬਣਾ ਰਹੇ ਆ ਠੀਕ ਹੈ ਜੀ ਉਵੇਂ ਉਹੀ ਹਾਲ ਪ੍ਰੈਸ ਦਾ ਹੋਇਆ ਪਿਆ ਮਤਲਬ ਐਜ਼ ਅ ਫਕੀਰ ਅਸੀਂ ਤਾਂ ਵੇਟ ਕਰ ਰਹੇ ਸੀ ਕਿ ਇਹ ਬੰਦੇ ਵਿਚਾਰੇ ਇਹ ਟਰੈਜੇਡੀ ਚੋਂ ਤੇ ਅਸੀਂ ਬਰਾਉਨੀ ਪੁਆਇੰਟ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਸਾਡੇ ਪੁਆਇੰਟ ਬਣ ਲੋ ਕਿ ਕਿਨੇ ਫਲਾਣ ਨੇ ਨੇ ਮਦਦ ਕੀਤੀ ਫਲਾਣ ਨੇ ਕੀਤੀ ਹੂੰ ਫਲਾਣਾ ਬਣਿਆ ਪੰਜਾਬ ਦਾ ਜਝਾਰੂ ਪੱਤਰਕਾਰ ਚਲੋ ਵਟ ਏਵਰ ਇਟ ਇਜ਼ ਕਿ ਵੀ ਲੋਕੀ ਮਤਲਬ ਹਰੇਕ ਨਹੀਂ ਮਤਲਬ ਆਪਾਂ ਇਕੱਲਾ ਇਕ ਮੈਨੂੰ ਗੜ੍ਹ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸ਼ਾਇਦ ਇਹ ਮੇਰੀ ਗੱਲ ਆ ਹੂੰ ਇਦੇ ਵਿੱਚ ਇੱਕ ਗੱਲ ਹੋਰ ਦੇਖੀਏ ਵੀ ਹੁਣ ਜਿਹੜੀ ਇਹ ਬੈਸ ਬਸਈਆ ਚੱਲ ਪਿਆ ਮਤਲਬ ਚੰਗੇ ਤਰੀਕੇ ਦੀ ਚੱਲ ਪਿਆ ਸੀ ਵੀ ਕਰ ਰਹੇ ਆ ਮਤਲਬ ਸਾਨੂੰ ਤਾਂ ਲੱਗਦਾ ਵੀ ਸਾਨੂੰ ਤਾਂ ਹੁਣ ਡਿਊਟੀ ਜੀ ਲੱਗੀ ਵੀ ਕਰ ਦੋ ਚਲੋ ਠੀਕ ਆ ਸਾਨੂੰ ਬਹੁਤ ਜਣੇ ਇਹ ਕਹਿ ਰਹੇ ਵੀ ਇਹ ਨਿੰਦ ਵੀ ਰਹੇ ਨੇ ਆਪਦੇ ਹੀ ਭਾਈਚਾਰੇ ਨੂੰ ਪਰ ਇੱਕ ਹਿਸਾਬ ਨਾਲ ਇਹ ਲੱਗ ਰਿਹਾ ਹੈਗਾ ਵੀ ਜੇ ਤਾਂ ਤੁਸੀਂ ਪੰਜਾਬ ਦੇ ਹੱਕ 'ਚ ਖੜੇ ਹੁੰਦੇ ਫੇਰ ਤਾਂ ਤੁਸੀਂ ਉਹ ਦਿਖਾਉਂਦੇ ਸਾਰਾ ਕੁਝ ਸੋਹਣਾ ਵੀ ਲੱਗਦੇ ਹੁਣ ਇਹ ਤਰਕ ਦਿੱਤਾ ਜਾ ਰਿਹਾ ਵੀ ਜੇ ਅਸੀਂ ਨਹੀਂ ਦਿਖਾਵਾਂਗੇ ਤਾਂ ਪਤਾ ਕਿਵੇਂ ਲੱਗੂ ਇਨਫੋਰਮੇਸ਼ਨ ਕਿਵੇਂ ਉਹ ਜਾਊਗੀ ਇਹ ਮੇਰਾ ਖਿਆਲ ਆ ਜਿਹੜਾ মিডিਆ ਹੈ ਨਾ ਉਹ ਮੱਚ ਡੀਪਰ ਪ੍ਰੋਬਲਮ ਆ ਬੜੀ ਜ਼ਿਆਦਾ ਡੂੰਗੀ ਦਿੱਕਤ ਆ ਉਹਦੇ ਵਿੱਚ ਕੀ ਆ ਕਿ ਕੁਝ ਆਪਣੇ ਚ ਵੀ ਕਮੀ ਆ ਹਨਾ ਜਦੋਂ ਅਸੀਂ ਮੈਂ ਮਤਲਬ ਇਹ ਚਾਹਣਾ ਵੀ ਰਤਨ ਹਰ ਸ਼ੁੱਕਰਵਾਰ ਸ਼ਨੀਵਾਰ ਇੱਕ ਪੋਡਕਾਸਟ ਵੀ ਮੈਨੂੰ ਦੇਵੇ ਸਾਰਾ ਕੁਝ ਕਰਕੇ ਵੀ ਦੇਵੇ ਤੇ ਜਿਹੜੀ ਉਹਦੇ ਉਹ ਨੂੰ ਮੈਂ ਸਬਸਕ੍ਰਿਪਸ਼ਨ ਸਬਸਕ੍ਰਿਪਸ਼ਨ ਨਾ ਦੇਵਾਂ ਹੂੰ ਮਤਲਬ ਫ੍ਰੀਜੀ ਮੇਰਾ ਦਿਲ ਕਰੇ ਮੈਂ ਵੇਖਾਂ ਤਿੰਨ ਮਹੀਨੇ ਮੈਂ ਵੇਖ ਲਾਂ ਫਿਰ ਇੱਕ ਦਿਨ ਝਾੜ ਵੀ ਦੇਵਾਂ ਮਤਲਬ ਕਿਸੇ ਤਰੀਕੇ ਨਾਲ ਮੇਰੀ ਐਜ਼ ਅ ਕੰਜ਼ਿਊਮਰ ਕੋਈ ਲਾਇਲਟੀ ਨਹੀਂ ਤੁਹਾਡੇ ਨਾਲ ਹੂੰ ਠੀਕ ਹੈ ਨਾ ਉਸੇ ਤੇ ਉਹ ਫਿਰ ਜਿਹੜੀ ਇਨਫਰਾਸਟ੍ਰਕਚਰ ਬਣ ਜਾਂਦਾ ਜਿਹੜੇ ਪਲੈਟਫਾਰਮਸ ਹੈਗੇ ਆ ਜਿਹੜੇ ਜਿਹਨੇ ਤੇ ਆਪਾਂ ਗੱਲਬਾਤ ਕਰਦੇ ਆਂ ਅੱਜਕੱਲ ਇਹ ਪਲੈਟਫਾਰਮਸ ਤਾਂ ਬਣੇ ਹੋਏ ਬਹੁਤ ਘੱਟ ਬਜਟ ਦੇ ਕੰਮਾਂ 'ਤੇ ਇਹ ਪਲੈਟਫਾਰਮ ਦਾ ਡਿਜ਼ਾਈਨ ਹੀ ਆਇਆ ਪਰ ਜਦੋਂ ਉਹ ਪਲੈਟਫਾਰਮ ਨੂੰ ਵਰਤਦੇ ਹੋਏ ਤੁਸੀਂ bigger ਇਨਫਰਾਸਟ੍ਰਕਚਰ ਖੜਾ ਕਰ ਲੈਨੇ ਹੋ ਹੂੰ ਮਲੇਕ ਤੁਹਾਡਾ ਇਨਫਰਾਸਟ੍ਰਕਚਰ bigger size ਦਾ ਹੋ ਜਾਂਦਾ ਹੈ ਤਾਂ ਉਹਨੂੰ ਫੀਡ ਕਿੱਥੋਂ ਕਰੋਗੇ ਤੁਸੀਂ ਇਹ ਪਲੇਟਫਾਰਮ ਤੁਹਾਨੂੰ ਫੀਡ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਫਾਰ ਇਗਜ਼ਾਮਪਲ ਮੈਂ ਸਿਟੀ ਬੈਂਕ ਨਾਲ ਕੰਮ ਕਰਦਾ ਸੀ ਮੇਰੇ ਮਨ ਚ ਆਇਆ ਕਿ ਮੈਂ ਇਹਨਾਂ ਦਾ ਆਪਣਾ ਉਹਨਾਂ ਦੇ ਨਾਲ ਚ ਕਾਰ ਫਾਈਨਾਂਸਿੰਗ ਜਿਹੜੀ ਹੁੰਦੀ ਸੀ ਉਹ ਡੀਲਰ ਤੋਂ ਨਹੀਂ ਹੁੰਦੀ ਸੀ ਡੀਐਮਏ ਕਰਦਾ ਸੀ ਹਮ ਮਲੇਕ ਡਾਇਰੈਕਟ ਮਾਰਕੀਟਿੰਗ ਏਜੰਟਸ ਹੁੰਦੇ ਸੀ ਉਹ ਕਰਦੇ ਸੀ ਤਾਂ ਅਸੀਂ ਉਹ ਕੰਟਰੈਕਟ ਲੈ ਲਿਆ ਉਹਨਾਂ ਦਾ ਤੇ ਮੈਂ ਉਹਨਾਂ ਵਾਂਗੂੰ ਹੀ ਨਾ ਦਫ਼ਤਰ ਥਾਂ ਥਾਂ ਖੋਲ ਲੇ ਠੀਕ ਹੈ ਜੀ ਤਾਂ ਮੇਰੇ ਐਕਸਪੈਂਸਸ ਰਾਈਜ਼ ਹੋ ਗਏ ਉਹਨਾਂ ਦਾ ਜਿਹੜਾ ਮਾਡਲ ਸੀ ਉਹ ਇਹ ਸੀਗਾ ਕਿ ਵੀ ਦੋ ਚਾਰ ਬੰਦੇ ਇਕੱਠੇ ਹੋ ਕੇ ਕੰਟਰੈਕਚੁਅਲ ਜੌਬ ਕਰਨ ਆਪ ਵੀ ਜਾਨ ਫੀਲਡ ਚ ਆਪ ਵੀ ਕੰਟਰੈਕਟ ਸਾਈਨ ਕਰਨ ਉਹਦੇ ਬੇਸਿਸ ਤੇ ਸੀ ਪਰ ਜੇ ਮੈਂ ਉਹਨਾਂ ਵਾਂਗੂ ਇਨਫਰਾਸਟ੍ਰਕਚਰ ਰਨ ਕਰੂੰਗਾ ਤਾਂ ਮੈਂ ਨੈਟ ਲਾਸਟ ਹੀ ਜਾਊਗਾ ਨਾ ਤਾਂ ਆਪ ਵੀ ਕਰ ਲੈਂਦੇ ਫਿਰ ਜੋ ਉਹਨੇ ਵੱਡੇ ਖਰਚੇ ਵਾਲਾ ਕਰ ਦਿੱਤਾ ਤਾਂ ਜਦੋਂ ਤੁਸੀਂ ਇਨਫਰਾਸਟ੍ਰਕਚਰਸ ਵੱਡੇ ਕਰ ਲਏ ਤੁਹਾਡੇ ਕੋਲੇ YouTube ਜਾਂ Facebook ਉਹ ਰੈਵਨਿਊ ਮਾਡਲ ਨਹੀਂ ਦੇ ਸਕਦੇ ਠੀਕ ਹੈ ਨਾ ਤਾ ਉਹ ਜਾਂ ਤਾਂ سبسਕ੍ਰਿਪਸ਼ਨ ਮਾਡਲ ਹੋਵੇ ਤੁਹਾਡੇ ਕੋਲੇ ਜੇ سبسਕ੍ਰਿਪਸ਼ਨ ਮਾਡਲ ਨਹੀਂਗਾ ਤੁਹਾਡੇ ਕੋਲੇ ਤਾਂ ਫਿਰ ਉਹ ਨੂੰ ਕਿਤੇ ਨਾ ਕਿਤੇ ਤਾਂ ਉਹ ਨੂੰ ਫਿਰ ਉਹ ਬੈਂਕ ਅਪਨ ਕਰਨਾ ਪੈਂਦਾ ਨਾ ਆਪਦੇ ਸਿਸਟਮ ਚ ਚੱਲਦਾ ਰੱਖਣ ਵਾਸਤੇ ਸੋ ਇਹ ਇਹਦੇ ਵਿੱਚ ਬਹੁਤ ਹੱਦ ਤੱਕ ਆ ਪ੍ਰੋਬਲਮ ਹੈਗੀ ਆ ਸਾਡੇ ਕੰਜ਼ਿਊਮਰ ਦੀ ਵੀ ਕਿ ਉਹ ਸਬਸਕ੍ਰਾਈਬ ਨਹੀਂ ਕਰਕੇ ਰਾਜੀ ਕਿਸੇ ਉਹ ਕੁਝ ਵੀ ਪੇ ਕਰਕੇ ਨਹੀਂ ਰਾਜੀ ਤੇ ਮੋਰਲ ਹਾਈ ਗਰਾਉਂਡ ਆਇ ਲੱਭਦਾ ਉਹਦੇ ਤੋਂ ਜਿਵੇਂ ਕਿ ਵੀ ਇਹ ਦਾ ਸ਼ਹੀਦ ਹੋ ਜੇ ਪਤਰਕਾਰ ਸਾਹਿਬ ਮੈਂ ਬੈਠਾ ਕਹਿੰਦਾ ਹਾਂ ਹਾਂ ਬਈ ਠੀਕ ਕੀਤਾ ਆ ਨਹੀਂ ਆ ਤਾਂ ਤੂੰ ਯਾਰ ਆ ਕਰਦਾ ਮਤਲਬ ਉਸ ਨੂੰ ਬੈਲੈਂਸ ਦਾ ਕਰੋ ਨਾ ਯਾਰ ਉਹ ਕਿਵੇਂ ਕਰੂਗਾ ਨਾ ਹਾਊ ਵਿਲ ਹਾਊ ਇਟ ਪੋਸੀਬਲ ਫਾਰ ਹਿਮ ਤਾਂ ਇਹ ਆਪਾਂ ਨੂੰ ਵੇਖਣਾ ਪਊਗਾ ਕਿ ਵੀ ਆਪਾਂ ਇੱਕ ਟਰੈਕ ਤੇ ਬੰਦੇ ਨੂੰ ਚਲਾਉਣਾ ਚਾਹੁੰਦੇ ਆ ਉਹ ਸਾਨੂੰ ਸਾਰਾ ਕੁਝ ਦੇ ਦੇ ਵੀ ਤੇ ਉਸ ਤੋਂ ਬਾਅਦ ਉਹ ਬਿਲਕੁਲ ਸਾਡੀ ਲਾਈਨ ਤੇ ਵੀ ਚੱਲੇ ਤੇ ਅਸੀਂ ਕੁਛ ਨਾ ਨ ਰਿਟਰਨ ਦੀ ਹੈ ਜੇ ਅਸੀਂ ਚਾਹੁੰਦੇ ਚੰਗੀ ਪੱਤਰਕਾਰਤਾ ਹੋਵੇ ਅਸੀਂ ਚਾਹੁੰਦੇ ਆ ਕਿ ਕੁਆਲਿਟੀ ਕੰਟੈਂਟ ਸਾਨੂੰ ਮਿਲੇ ਅਸੀਂ ਚਾਹੁੰਦੇ ਆ ਵੀ ਇੰਡੀਪੈਂਡੈਂਟ ਸੋਰਸ ਮਿਲੇ ਤਾਂ ਸਾਨੂੰ ਦੋ ਕੰਮ ਤਾਂ ਬਹੁਤ ਜ਼ਰੂਰੀ ਕਰਨੇ ਪੈਣੇ ਆ ਇੱਕ ਤਾਂ ਜਦੋਂ ਪ੍ਰੈਸ ਪ੍ਰੈਸ਼ਰ ਚ ਆਉਂਦੀ ਆ ਕਿਸੇ ਵੱਡੀ ਤਰ੍ਹਾਂ ਦੀ ਹੂੰ ਦਬਾਅ ਚ ਆਉਂਦੀ ਆ ਤਾਂ ਸਾਡੇ ਕੋਲ ਸਿਵਲ ਸੁਸਾਇਟੀ ਹੋਣੀ ਚਾਹੀਦੀ ਆ ਜਿਹੜੀ ਉਹਨੂੰ ਪੁਸ਼ ਕਰੇ ਉਹਨੂੰ ਸਪੋਰਟ ਚਾਵੇ ਉਹਦੀ ਠੀਕ ਆ ਦੂਜੀ ਗੱਲ ਘੱਟੋ ਘੱਟ ਅਸੀਂ ਕਿਸੇ ਤਰੀਕੇ ਨਾਲ ਤੁਹਾਨੂੰ ਰੇਨਿਮਰੇਸ਼ਨ ਦੇਈਏ ਨਾ ਸੁਸਾਇਟੀ ਦੇ ਤੌਰ ਤੇ ਠੀਕ ਆ ਮੈਂ ਇੱਕ ਵਾਰੀ ਸੁਝਾਸ਼ਨ ਨਹੀਂ ਦਿੱਤੀ ਸੀਗੀ ਕਿ ਵੀ ਤੁਸੀਂ ਪ੍ਰੈਸ ਦਾ ਕੋਈ ਇੱਕ ਬੋਡੀ ਬਣਾ ਲਓ ਜਿਹੜੀ ਰੇਟਿੰਗ ਕਰਦੀ ਰਹੇ ਪ੍ਰੈਸ ਤੇ ਕਿ ਇਹ ਨੇ ਇੰਡੀਪੈਂਡੈਂਟ ਪੱਤਰਕਾਰਤਾ ਕੀਤੀ ਕਿ ਨਹੀਂ ਕੀਤੀ ਪਰ ਵੇਖੋ ਗਵਰਨਮੈਂਟਸ ਜਿਹੜੀਆਂ ਇਸ ਟਾਈਮ ਇਸ ਖਿੱਤੇ ਦੀਆਂ ਸਰਕਾਰਾਂ ਫੀਅਰ ਤੇ ਚਲਾਉਂਦੀਆਂ ਫੀਅਰ ਤੇ ਗਰੀਡ ਚਲਾ ਰਹੀਆਂ ਬਹੁਤ ਜ਼ਿਆਦਾ ਪ੍ਰੈਸ 'ਚ ਹਮ ਤੇ ਉਹ ਉਹਦੇ ਵਿੱਚ ਪ੍ਰੈਸ ਕੀ ਕੋਈ ਸਟਰਕਚਰ ਹੀ ਤੁਹਾਡਾ ਕਾਮਯਾਬ ਨਹੀਂ ਹੋ ਰਿਹਾ ਤੁਹਾਡੀ ਜੁਡੀਸ਼ਰੀ ਨੂੰ ਵੇਖ ਲਓ ਕੋਈ ਹੋਰ ਚੀਜ਼ਾਂ ਨੂੰ ਵੇਖ ਲਓ ਤਾਂ ਉਹਦੇ ਵਿੱਚ ਤਾਂ ਲੋਕਾਂ ਨੂੰ ਹੀ ਉੱਠਣਾ ਪਊਗਾ ਸਿਵਲ ਰਾਈਟਸ ਨੂੰ ਹੀ ਉੱਠਣਾ ਪਊਗਾ ਤੇ ਇਕ ਤੋ ਉਹਨਾਂ ਚੈਨਲ ਨੂੰ ਸੁਣਨਾ ਪਊਗਾ ਤੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਪਊਗਾ ਜਿਹੜੇ ਇੰਡੀਪੈਂਡੈਂਟ ਥਾਟ ਦੇ ਰਹੇ ਆ ਠੀਕ ਆ ਉਹਨਾਂ ਨੂੰ ਸੁਣੋ ਵੱਧ ਸੈਕਿੰਡ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਬਸਕ੍ਰਿਪਸ਼ਨ ਮਾਡਲ ਵੀ ਉਹਨਾਂ ਦਾ ਹੋਵੇ ਕਿ ਵੀ ਇੰਨਾ ਕੰਟੈਂਟ ਵੇਖੋ ਮੈਂ ਤੁਹਾਨੂੰ ਭਾਈ ਦੇ ਦੇਣਾ ਫ੍ਰੀ ਆਹ ਕੰਟੈਂਟ ਫਰਦਰ ਜੇ ਤੁਸੀਂ ਹੋਰ ਡੂਗਾ ਕੰਟੈਂਟ ਲੈਣਾ ਤਾਂ ਭਾਈ ਇੰਨਾ ਪੇ ਵੀ ਕਰੋ ਜਿਵੇਂ ਅਸੀਂ ਕਹਿੰਦੇ ਆ ਵੀ ਜੁਆਇਨ ਵਾਲਾ ਬਟਨ ਜਿਹਨੇ ਸਪੈਸ਼ਲ ਹੈ ਬੇ ਹੋਰ ਪੋਡਕਾਸਟ ਹੋਰ ਪੋਡਕਾਸਟ ਜਾਂ ਲੈਟਸ ਸੇ ਤੁਸੀਂ ਕਹੋ ਕਿ ਵੀ ਜਿਵੇਂ ਆਪਾਂ ਗੱਲਬਾਤ ਕੀਤੀ ਇਹਦੇ ਵਿੱਚ ਉਹ ਬਹੁਤ ਕੁਝ ਹੋਊਗਾ ਜਿਹੜਾ ਪੀਡੀਐਫ ਬਣ ਕੇ ਵੀ ਆਪਾਂ ਦੇ ਸਕਦੇ ਹਾਂ ਹਨਾ ਤਾਂ ਵੀ ਅਸੀਂ ਉਹ ਤੁਹਾਨੂੰ ਦੇ ਦਾਂਗੇ ਪਰ ਪ੍ਰੋਵਾਈਡਡ ਤੁਸੀਂ ਸਾਨੂੰ ਵੀ ਇੰਨਾ ਕੁ ਤਾਂ ਮੰਥਲੀ ਹੋਵੇ ਤਾਂ ਕਿ ਘੱਟੋ ਘੱਟ ਤੁਹਾਡੀ ਸੇਫਗਾਰਡ ਤਾਂ ਕੋਈ ਬਣੇ ਨਾ ਜੇ ਇੰਨੀ ਹਨਾ ਤੁਸੀਂ ਬਿਲਕੁਲ ਅਨਸਰਟਨ এনवायरमेंट ਵਿੱਚ ਬੈਠੇ ਹੋ ਜਿਹਦੇ ਵਿੱਚ ਇਹ ਹੈ ਕਿ ਸੱਡਨਲੀ YouTube ਰੀਚ ਘਟਾ ਦੇ ਤੁਸੀਂ ਖਤਮ ਹੂੰ ਠੀਕ ਹੈ ਨਾ ਕੋਈ ਸਰਟਨਟੀ ਤਾਂ ਦੇਣੀ ਪਊ ਨਾ ਤੁਸੀਂ ਜੇ ਉਹਦੇ ਤੋਂ ਐਕਸਪੈਕਟ ਕਰਦੇ ਹੋ ਕਿ ਉਹ ਮੋਰਲੀ ਰਾਈਟ ਪੱਤਰਕਾਰਤਾ ਕਰੇ ਜੀ ਸੋ ਇਹ ਇਹ ਲੋਕਾਂ ਨੂੰ ਵੀ ਕਰਨਾ ਪਊ ਉਹਨਾਂ ਨੂੰ ਇੱਕ ਸਿਵਲ ਸੋਸਾਇਟੀ ਡਿਵੈਲਪ ਕਰਨੀ ਪਊ ਜਦੋਂ ਕਿਸੇ ਪੱਤਰਕਾਰ ਤੇ ਜਿਵੇਂ ਪਿੱਛੇ ਇੰਨਾ ਕੁਝ ਹੋਇਆ ਕੋਈ ਉੱਠ ਕੇ ਗਿਆ ਕਿ ਵੀ ਇਹ ਪੱਤਰਕਾਰ ਤੇ ਹੋ ਗਿਆ ਵੀ ਕਿਵੇਂ ਕਿਵੇਂ ਹੋ ਗਿਆ ਹੂੰ ਕਿਸੇ ਨੇ ਸਵਾਲ ਹੀ ਨਹੀਂ ਚੱਕਿਆ ਹੂੰ ਠੀਕ ਹੈ ਨਾ ਸਾਰਾ ਤੁਹਾਡੀ ਪ੍ਰੈਸ ਨੂੰ ਤਹਿਲਾਤੀ ਹੂੰ ਠੀਕ ਹੈ ਉਹ ਐਸਾ ਡਰ ਪਿਆ ਕਿ ਹੁਣ ਮਤਲਬ ਇੱਕ ਬੰਦਾ ਹੀ ਜੇ ਕੁਝ ਬੋਲ ਦਿੰਦਾ ਫੋਨ ਕਰ ਦਿੰਦਾ ਵੀ ਕਿਵੇਂ ਉਹ ਹੀ ਆਣਾ ਵੀ ਸਾਰੇ ਕਾਣੇ ਜੇ ਆ ਡਰ ਫੀਅਰ ਵੀ ਬਹੁਤ ਵੱਡੀ ਗੱਲ ਆ ਫਿਰ ਜਦੋਂ ਫੀਅਰ ਆ ਜਾਂਦਾ ਬੰਦਾ ਕਹਿੰਦਾ ਮੈਂ ਆਏ ਕਰਾਂ ਉਹ ਕਿਤੇ ਨਾ ਕਿਤੇ ਉਹਨੂੰ ਲੱਗਦਾ ਵੀ ਚਲੋ ਲੈਟਸ ਮੀ ਮੇਕ ਮਨੀ ਵਾਈ ਨਾ ਜਦੋਂ ਮੈਂ ਕਰੀ ਜੀ ਸੋ ਜੇ ਅੱਜ ਦਾ ਆਪਾਂ ਪੋਡਕਾਸਟ ਦੀ ਗੱਲ ਕਰੀਏ ਪਾਣੀ ਦੀ ਗੱਲਬਾਤ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਟੱਚ ਕਰ ਲਿਆ ਤੇ ਅਖੀਰ ਦੇ ਵਿੱਚ ਕੋਈ ਜਿਹੜੇ ਸਾਡੇ ਨੌਜਵਾਨ ਭਰਾ ਸੁਣ ਰਹੇ ਆ ਚਾਹੇ ਕੋਈ ਵੀ ਦੇਸ਼ ਆਪਦੇਸ਼ਾਂ 'ਚ ਬੈਠੇ ਕਿਤੇ ਵੀ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਚਲੋ ਨੁਕਸਾਨ ਹੋਇਆ ਪੰਜਾਬ ਇੱਕ ਮੁੱਠ ਵੀ ਆ ਹਾਲਾਂਕਿ ਮੁੱਖ ਮੰਤਰੀ ਸਾਹਿਬਾ ਨੂੰ ਫੋਟੋ ਲੱਭ ਰਿਹਾ ਸੀ ਮੈਨੂੰ ਲੱਭੀ ਨਹੀਂ ਉਹ ਲਿਖ ਵੀ ਰਹੇ ਨੇ ਪੰਜਾਬ ਉੱਠੂਗਾ ਖੜਾ ਹੋਊਗਾ ਇਦਾਂ ਦੀ ਇੱਕ ਗੱਲ ਆ ਰਹੀ ਆ ਤੇ ਇੱਕ ਪਾਸੇ ਤਾਂ ਇੱਕ ਪੱਤਰਕਾਰ ਇਹ ਵੀ ਕਹਿ ਰਹੇ ਨੇ ਵੀ ਪੰਜਾਬ ਤਾਂ ਬੇਵਸੀ ਹੋ ਗਿਆ ਵੀ ਬਸ ਇਦੋ ਹੀ ਬਾਹਰ ਗੱਲ ਹੋਊਗੀ ਪਰ ਜਿਹੜੀ ਉਹ ਅਸੀਂ ਗੱਲ ਕਰਦੇ ਆ ਸਾਡੇ ਖੂਨ ਦੀ ਗੱਲ ਹੁੰਦੀ ਆ ਚੜ੍ਹਦੀ ਕਲਾ ਦੀ ਗੱਲ ਹੁੰਦੀ ਆ ਤਸਵੀਰ ਦੀ ਗੱਲ ਹੁੰਦੀ ਆ ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ ਮੇਕੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਕੋਈ ਵੀ ਸੱਟ ਜਿਹੜੀ ਜਾਂ ਕੋਈ ਵੀ ਜਿਹੜਾ ਫੱਟ ਵੱਜਦਾ ਜਿਹੜਾ ਤੁਹਾਨੂੰ ਬਿਲਕੁਲ ਖਤਮ ਨਹੀਂ ਕਰ ਸਕਦਾ ਹਨਾ ਉਹ ਤੁਹਾਨੂੰ ਹੋਰ ਵੀ ਮਜ਼ਬੂਤ ਕਰਕੇ ਜਾਂਦਾ ਹੈ ਜੀ ਤੇ ਕਿਤੇ ਨਾ ਕਿਤੇ ਇਹ ਜਿਹੜਾ ਸਾਡੇ ਸਾਡੇ ਤੇ ਜਿਹੜਾ ਆਈ ਹੈ ਵਿਪਤਾ ਇਹ ਵਿਪਤਾ ਜ਼ਰੂਰ ਆ ਪਰ ਇਹਦੇ ਵਿੱਚੋਂ ਦੋ ਗੱਲਾਂ ਸਮਝੋ ਕੀ ਪਹਿਲੀ ਗੱਲ ਤਾਂ ਇਹ ਗੱਲ ਤੇ ਪੱਕੇ ਹੋਵੋ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਆ ਉਹ ਪੰਜਾਬ ਦੀ ਆ ਉਹਗਾ ਦਿੱਤਾ ਕਿਵੇਂ ਜਾ ਰਿਹਾ ਉਹਨੂੰ ਆਪਾਂ ਸੈਕੰਡ ਦੇਖਾਂਗੇ ਵਾਪਸ ਕਿਵੇਂ ਲੈਣਾ ਦੂਜੀ ਇਹਦੇ ਵਿੱਚ ਜਿਹੜੇ ਲੋਕ ਦੁਬਿਧਾ ਚ ਉਹ ਵੀ ਸਮਝਣ ਇਸ ਗੱਲ ਨੂੰ ਕਿ ਉਹਨੂੰ ਤਾਂ ਮਤਲਬ ਕੁਦਰਤ ਨੇ ਪ੍ਰਤਾਖੀ ਵਿਖਾਤਾ ਤੇ ਜਿਹੜੇ ਲੋਕ ਸ਼ਤਾਨੀ ਤੌਰ ਤੇ ਆਪਣੇ ਨਾਲ ਕਹਿੰਦੇ ਆ ਆਪਦੇ ਕਿਸੇ ਮੁਫਾਦਾਂ ਕਰਕੇ ਜੀ ਗੱਲ ਕਰਦੇ ਉਹਨਾਂ ਨਾਲ ਨਾ ਖੇਡਾ ਕਰੋ ਤਾਂ ਕਿ ਆਪਾਂ ਆਪਦੇ ਵਸੀਲਿਆਂ ਨੂੰ ਕੰਟਰੋਲ ਕਰ ਸਕੀਏ ਦੂਸਰੀ ਗੱਲ ਇਹ ਆ ਕਿ ਵੀ ਇਹਨਾਂ ਗੱਲਾਂ ਦੇ ਉੱਤੇ ਟੈਂਦੀ ਕਲਾ ਕਰਨ ਵਾਲੀ ਗੱਲ ਨਹੀਂ ਜਦੋਂ ਵੀ ਵਿਪਤਾਵਾਂ ਆਉਂਦੀਆਂ ਉਹ ਕੌਮਾਂ ਨੂੰ ਕਮਿਊਨਿਟੀਜ਼ ਨੂੰ ਇਕੱਠਾ ਕਰਕੇ ਜਾਂਦੀਆਂ ਤੇ ਹੋਰ ਵੀ ਮਜ਼ਬੂਤ ਕਰਕੇ ਜਾਂਦੀਆਂ ਤੇ ਸਾਨੂੰ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਿੱਥੇ ਕਿੱਥੇ ਸਾਡੀਆਂ ਕਮੀਆਂ ਕਿੱਥੇ ਕਿੱਥੇ ਸਾਡੀਆਂ ਸਰਕਾਰਾਂ ਦੀ ਕਮੀਆਂ ਇਹ ਭੁੱਲਣਾ ਨਹੀਂ ਚਾਹੀਦਾ ਇਸ ਤੋਂ ਬਾਅਦ ਆਪਾਂ ਨੂੰ ਉਹਨਾਂ ਨੂੰ ਯਾਦ ਰੱਖ ਕੇ ਉਹਨਾਂ 'ਤੇ ਸਵਾਲ ਖੜੇ ਕਰਨੇ ਚਾਹੀਦੇ ਜੀ ਸੋ ਇਹ ਗੱਲਬਾਤ ਸਾਰੀ ਮੈਨੂੰ ਲੱਗਦਾਗਾ ਵੀ ਅਸੀਂ ਮੈਂ ਇੱਥੇ ਸਰੋਤਿਆਂ ਨੂੰ ਵੀ ਕਹਿਣਾ ਚਾਹੂੰਗਾ ਜੇ ਤੁਹਾਨੂੰ ਲੱਗਿਆ ਤੁਸੀਂ ਟਿੱਪਣੀ ਕਰਕੇ ਜ਼ਰੂਰ ਦੱਸਿਓ ਆਪਾਂ ਬਾਈ ਹੁਣਾਂ ਨੂੰ ਫੇਰ ਆਪਾਂ ਸੱਦਾ ਦਵਾਂਗੇ ਜ਼ਰੂਰ ਆਪਾਂ ਹੋਰ ਵੀ ਜਿਹੜੇ ਮੁੱਦੇ ਆ ਬਹੁਤ ਸਾਰੇ ਗੰਭੀਰ ਮੁੱਦਿਆਂ ਤੇ ਬੋਲ ਸਕਦੇ ਆ ਪਰ ਪਾਣੀ ਦੇ ਮੁੱਦਿਆਂ ਤੇ ਜੇ ਬਹੁਤ ਸਾਰੀਆਂ ਗੱਲਾਂ ਟਿੱਪਣੀਆਂ ਤੁਸੀਂ ਵੀ ਬਰਾੜ ਸਾਹਿਬ ਜ਼ਰੂਰ ਪੜਿਓ ਪੌਡਕਾਸਟ ਦੇ ਥੱਲੇ ਤੇ ਆਪਾਂ ਜੇ ਅੱਗੇ ਵੀ ਕੁਝ ਗੱਲ ਲੋਕਾਂ ਨੂੰ ਕੁਝ ਕੁ ਕਲੈਰਿਟੀ ਕਰਨੀ ਹੈ ਜਾਂ ਆਪਾਂ ਕੁਝ ਗੱਲ ਸ਼ਾਰਟ ਕਰ ਗਏ ਜਾਂ ਨਹੀਂ ਪੂਰੀ ਦੱਸ ਸਕੇ ਹਾਂ ਚਾਹੇ ਇੰਟਰਵਿਊ ਕਰੀਏ ਹਾਂ ਹਾਂ ਨ ਗਾਰਡਡ ਜੀ ਤੋਂ ਗੱਲ ਕਰਦੇ ਹਾਂ ਕਿਤੇ ਕਿਤੇ ਇੱਧਰ ਉੱਧਰ ਵੀ ਜਾਂਦੀ ਰਹਿੰਦੀ ਹੈ ਤਾਂ ਆਪਾਂ ਉਹਨੂੰ ਕਲੀਅਰ ਵੀ ਕਰ ਸਕਦੇ ਹਾਂ ਕੋਈ ਇੰਜ ਗੱਲ ਜੀ ਤੁਸ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਕੋਲ ਸਮਾਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਬਾਈ ਗੁਰਜੀ ਕੀ ਫਤਿਹ ਸੋ ਇਹ ਅੱਜ ਦਾ ਪੌਡਕਾਸਟ ਸੀਗਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਖਾਸ ਕਰਕੇ ਉਹ ਅਸੀਂ ਜੜ ਨੂੰ ਮੰਨ ਕੇ ਚੱਲੋ ਵੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹ ਰੋਲੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿੱਥੋਂ ਜਿਵੇਂ ਤੁਸੀਂ ਉਹ ਕਹਾਣੀ ਸਾਰੀ ਸਮਝ ਲਈ ਆ ਵੀ 1919 ਚ ਰਾਜੇ ਨੇ ਕੀ ਕੀਤਾ ਫਿਰ ਨਹਿਰੂ ਨੇ ਕੀ ਕੀਤਾ ਤੇ ਫਿਰ ਗਾਂਹ ਵਾਲਿਆਂ ਨੇ ਕੀ ਕੀਤਾ ਉਹ ਜਿਹੜਾ ਸਾਰਾ ਕੁਝ ਵੋਟਾਂ ਕਰਕੇ ਜਿਵੇਂ ਗੱਲਾਂ ਵਿਗੜੀਆਂ ਤੇ ਪਹਿਲਾਂ ਆਪਾਂ ਕਹਿ ਦਈਏ ਵੀ ਫੇਵਰ ਬਦਲੇ ਫੇਵਰ ਹੋਇਆਗਾ ਉਹ ਗੱਲ ਵੀ ਮੈਨੂੰ ਲੱਗਦਾ ਵੀ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗੀ ਹੋਊਗੀ ਬਹੁਤ ਸਾਰੇ ਗੱਲਾਂ ਸਮਝੇ ਹੋਣਗੇ ਤੇ ਦੂਜੀ ਗੱਲ ਇੱਥੇ ਆ ਜਾਂਦੀ ਆ ਵੀ ਜਦੋਂ ਵੀ ਅਸੀਂ ਘਰ ਲੈਣੇ ਆ ਜਾਂ ਹੋਰ ਚੀਜ਼ਾਂ ਉੱਥੇ ਵੀ ਸਾਨੂੰ ਬਹੁਤ ਚੀਜ਼ਾਂ ਦੇਖਣੀਆਂ ਚਾਹੀਦੀਆਂ ਇਹ ਨਹੀਂ ਦੇਖਣਾ ਚਾਹੀਦਾ ਵੀ ਅੱਜ 2.5 ਕਰੋੜ ਦਾ ਲਿਆ ਤੇ 5 ਸਾਲਾਂ ਨੂੰ 5 ਦਾ ਵਿਕ ਜਾਊਗਾ ਏ ਨਹੀਂ ਪਰ ਉਹ ਦੇਖਣਾ ਚਾਹੀਦਾ ਜੋ ਸਰਕਾਰ ਆਪਦੇ ਨਿਜ ਦੇ ਲਈ ਕਰਦੀ ਆ ਜਾਂ ਲੀਡਰ ਜੋ ਆਪਦੇ ਨਿਜ ਦੇ ਲਈ ਕਰਦੇ ਆ ਉਹ ਕਿੰਨੇ ਖਤਰਨਾਕ ਹੋ ਸਕਦੇ ਆ ਤੇ ਕੁਦਰਤ ਫਿਰ ਸਾਨੂੰ ਕੀ ਦਿੰਦੀ ਆ ਤੋਹਫੇ ਵਜੋਂ ਸੋ ਅੱਜ ਦਾ ਪੌਡਕਾਸਟ ਸੀ ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹੂਗਾ ਸਾਰਥਕ ਸ਼ਬਦਾਂ ਦੇ ਵਿੱਚ ਤੇ ਵਧੀਆ ਸ਼ਬਦਾਵਲੀ ਦੇ ਵਿੱਚ ਤੁਸੀਂ ਟਿੱਪਣੀ ਕਰਿਓ ਜੋ ਵੀ ਜੇ ਅਸੀਂ ਕੁਝ ਗਲਤ ਕਿਹਾ ਜਾਂ ਕੋਈ ਗੱਲਬਾਤ ਹੋਈ ਆ ਤੁਸੀਂ ਟਿੱਪਣੀ ਕਰ ਸਕਦੇ ਹੋ ਸਾਰਥਕ ਰੂਪ ਦੇ ਵਿੱਚ ਉਦੇ ਤੁਹਾਨੂੰ ਅਗਲੇ ਆਉਣ ਵਾਲੇ ਪੌਡਕਾਸਟਾਂ ਦੇ ਵਿੱਚ ਜਵਾਬ ਅਸੀਂ ਜ਼ਰੂਰ ਦਵਾਂਗੇ ਹੁਣ ਮੈਨੂੰ ਤੇ ਅਜੀਪਾਲ ਭਾਈ ਹੁਣਾਂ ਨੂੰ ਦਿਓ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ